ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਇੰਡੀਆ ਤੋਂ ਯੂਕੇ ਤੱਕ ਦਾ ਸਫ਼ਰ ਹੈ ਜਿਹੜਾ ਉਹ ਸ਼ੇਅਰ ਕਰਨ ਲਈ ਲਾਈਵ ਹੋਈਆਂ ਕਈ ਲੋਕੀ ਮੈਨੂੰ ਪੁੱਛਦਿਆ ਕਿ ਕੋਰੋਨਾ ਚੱਲਦੇ-ਚੱਲਦੇ ਤੁਸੀਂ ਯੂਕੇ ਕਿਵੇਂ ਚਲੇ ਗਏ ਸੋ ਆਪਣੀ ਜ਼ਿੰਦਗੀ ਦੇ ਇਹ 5 ਮੰਥ 5 ਮਹੀਨੇ ਕਿਵੇਂ ਲੰਗੇ ਇੰਗਲੈਂਡ ਦੇ ਵਿੱਚ ਅੱਜ ਮੈਂ ਉਹ ਗੱਲਾਂ ਕਰਨ ਦੇ ਲਈ ਲਾਈਵ ਹੋਈਆਂਗੀ ਹਰ ਇੱਕ ਦਾ ਸ਼ੌਂਕ ਹੁੰਦਾ ਕਿ ਅਸੀਂ ਇੰਡੀਆ ਤੋਂ ਬਾਹਰ ਨਿਕਲੀਏ ਕੁਝ ਨਵਾਂ ਸਿੱਖੀਏ ਆਪਣੀ ਜ਼ਿੰਦਗੀ ਨੂੰ ਸਵਾਰੀਏ ਜਦੋਂ ਵੀਜ਼ੇ ਤੇ ਸਟੈਂਪ ਲੱਗਦੀ ਹੈ ਤਾਂ ਅਸੀਂ ਉਦੋਂ ਇਹ ਵੀ ਨਹੀਂ ਦੇਖਦੇ ਵੀ ਕਿਹੜੇ ਏਰੀਆ ਦੇ ਵਿੱਚ ਸਾਨੂੰ ਵੀਜ਼ਾ ਮਿਲ ਰਿਹਾ ਹੈ ਸਾਨੂੰ ਇਹ ਹੁੰਦਾ ਵੀ ਪ੍ਰਮਾਤਮਾ ਇੱਕ ਵਾਰ ਬਾਹਰਲੇ ਦੇਸ਼ ਪਹੁੰਚਾ ਦੇ ਬਾਕੀ ਮੰਗਰੋਂ ਦੇਖਾਂਗੇ ਸੋ ਮੈਂ ਵੀ ਤੁਹਾਡੇ ਸਾਰਿਆਂ ਵਿੱਚੋਂ ਇੱਕਾਂ ਜਨਵਰੀ ਦੇ ਵਿੱਚ ਮੈਂ ਸਟੂਡੈਂਟ ਵੀਜ਼ੇ ਤੇ ਆਈ ਸੀ ਮੈਨੂੰ 3 3 ਸਾਲ ਹੋ ਗਏ ਅ ਅਪਲਾਈ ਕਰਦੀ ਨੂੰ ਬਟ ਮੈਂ ਪਹੁੰਚੀ ਹਾਂ ਜੁਕੇ ਸੋ ਥੋੜੀਆਂ ਜੀਆਂ ਗੱਲਾਂ ਅੱਜ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਿਸ ਦਿਨ ਵੀਜ਼ਾ ਆਇਆ ਸੀ ਬਹੁਤ ਖੁਸ਼ੀ ਹੋਈ ਸੀ ਬਹੁਤ ਖੁਸ਼ੀ ਹੋਈ ਸੀ ਇਦਾਂ ਲੱਗਦਾ ਸੀ ਬਸ ਹੁਣ ਤਾਂ ਜ਼ਿੰਦਗੀ ਸੈੱਟ ਹੋ ਗਈ 21 ਜਨਵਰੀ ਨੂੰ ਮੈਂ ਇੰਗਲੈਂਡ ਪਹੁੰਚੀ ਆਂਗੀ 1 ਲੱਖ ਰੁਪਏ ਇੰਡੀਆ ਦਾ ਨਾਲ ਲੈ ਕੇ ਆਈ ਸੀ ਨੀਅਰ ਅਬਾਊਟ 1000 ਪਾਉਂਡ ਯੂਨੀਵਰਸਿਟੀ ਮੈਨੂੰ ਉੱਥੇ ਮਿਲੀ ਜਿੱਥੇ ਆਪਣੇ ਪੰਜਾਬੀ ਬਹੁਤ ਘੱਟ ਰਹਿੰਦੇ ਸੀ ਮਾਂਚੈਸਟਰ ਸਿਟੀ ਦੇ ਵਿੱਚ ਉੱਤਰੀ ਬਰਮਿੰਗਮ 에어ਪੋਰਟ ਤੇ ਮੇਰੀ ਕਜ਼ਨ ਰਹਿੰਦੀ ਸੀ ਇੱਥੇ ਉਹਦੇ ਕੋਲ ਮੈਂ ਆਈ ਸੀਗੀ ਇੱਥੋਂ ਮਾਂਚੈਸਟਰ ਜੇ ਆਪਾਂ ਜਾਣਾ ਆ ਤਾਂ ਇੱਕ ਦਿਨ ਦੇ 40-45 ਪੌਂਡ ਜਿਹੜਾ ਕਿਰਾਇਆ ਬਰਮਿੰਗਮ ਤੋਂ ਮਾਂਚੈਸਟਰ ਜਾਣ ਦਾ ਲੱਗਦਾ ਸੀ ਇੱਥੇ ਰਹੀ ਇੱਕ ਹਫਤਾ ਯੂਨੀਵਰਸਿਟੀ ਜਾਇਆ ਕਰਾਂ ਬਰਮਿੰਗਮ ਤੋਂ ਮਾਂਚੈਸਟਰ 40 45 ਪਾਉਂਡ ਲੱਗਿਆ ਕਰਨ ਇੱਕ ਦਿਨ ਦੇ ਮੈਨੂੰ ਐਂ ਲੱਗਿਆ ਕਰੇ ਬਸ 40 45 ਪਾਉਂਡ ਆਪਣੇ ਇੰਡੀਆ ਵਾਲੇ ਰੁਪਈਆ ਦੀ ਮੈਨੂੰ ਫੀਲਿੰਗ ਆਉਂਦੀ ਸੀ ਵੀ ਜਿੱਦਾਂ ਇੰਡੀਆ 'ਚ 40 45 ਰੁਪਏ ਹੁੰਦੇ ਨੇ ਵੀ ਉਹੀ 40 45 ਪਾਉਂਡ ਯੂਨੀਵਰਸਿਟੀ ਇੰਡੀਆ ਤੋਂ ਮਾਂਚੈਸਟਰ ਜਾਂਦੀ ਸੀ 45 ਪਾਉਂਡ ਹਰ ਰੋਜ਼ ਦੇ ਲਾ ਕੇ 1000 ਪਾਉਂਡ ਮੇਰੇ ਕੋਲ ਸੀ ਕਰਾਏ ਕਰਾਏ ਦੇ ਵਿੱਚ ਘੱਟੋ ਘੱਟ ਮੇਰਾ 400 ਪਾਉਂਡ ਲੱਗ ਗਿਆ ਰਹਿ ਗਿਆ 600 ਪਾਉਂਡ ਕੰਮ ਕੋਈ ਹੈ ਨਹੀਂ ਸੀ ਕਿਉਂ ਨਵੇਂ ਨਵੇਂ ਆਇਆ ਕੰਮ ਕਿੱਥੋਂ ਮਿਲ ਜੂਗਾ ਉਸ ਤੋਂ ਬਾਅਦ ਮਾਂਚੈਸਟਰ ਚਲੀ ਗਈ ਮਾਂਚੈਸਟਰ ਜਾ ਕੇ ਸੋਚਿਆ ਵੀ ਚਲੋ ਰੂਮ ਮਾਂਚੈਸਟਰ ਲੱਭ ਲੈਣੇ ਆ ਕਿ ਕਿਰਾਇਆ ਬਹੁਤ ਜ਼ਿਆਦਾ ਆ ਮਾਂਚੈਸਟਰ ਕੋਈ ਜਾਣਦਾ ਨਹੀਂ ਸੀ ਨਵੇਂ ਨਵੇਂ ਹੈਗੇ ਸੀ ਨਵੇਂ ਲੋਕ ਸੀ ਨਵਾਂ ਦੇਸ਼ ਸੀ ਮਾਂਚੈਸਟਰ ਗਈ ਤਾਂ ਉਥੇ ਇੱਕ ਮੈਨੂੰ ਕੁੜੀ ਮਿਲ ਗਈ ਯੂਨੀਵਰਸਿਟੀ ਚ ਉਹ ਕਹਿੰਦੀ ਵੀ ਦੀਦੀ ਮੈਂ ਵੀ ਰੂਮ ਲੈਣਾ ਆਪਾਂ ਦੋਏ ਲੱਭ ਲੈਨੇ ਆ ਅਸੀਂ ਦੋਏ ਕੁੜੀਆਂ ਸੀਗੀਆਂ ਅਸੀਂ ਮਾਂਚੈਸਟਰ ਦੇ ਵਿੱਚ ਗਏ ਅਸੀਂ ਡੋਰ ਟੂ ਡੋਰ ਲੋਕਾਂ ਦੇ ਦਰਵਾਜ਼ੇ ਖੜਕਾਏ ਵੀ ਸਾਨੂੰ ਰੂਮ ਚਾਹੀਦਾ ਉਥੇ ਪੰਜਾਬੀ ਬਹੁਤ ਘੱਟ ਸੀਗੇ ਇੱਕ ਘਰ ਗਏ ਗੇਟ ਖੜਕਾਇਆ ਵੀ ਸਾਨੂੰ ਰੂਮ ਚਾਹੀਦਾ ਉਹ ਕਹਿੰਦੇ ਨਹੀਂ ਰੂਮ ਨਹੀਂ ਹੈਗਾ ਫਿਰ ਦੂਜੇ ਘਰ ਗਏ ਫਿਰ ਤੀਜੇ ਘਰ ਗਏ ਸਵੇਰ ਤੋਂ ਅਸੀਂ ਸ਼ਾਮ ਤੱਕ ਲੋਕਾਂ ਦੇ ਗੇਟ ਖੜਕਾਉਂਦੇ ਰਹੇ ਵੀ ਸਾਨੂੰ ਇੱਥੇ ਰਹਿਣ ਲਈ ਰੂਮ ਦੇ ਦਿਓ ਤਾਂ ਕਿ ਸਾਨੂੰ ਸਸਤਾ ਪੈ ਜਾਊਗਾ ਸਾਡੇ ਕੋਲ ਸਿਰਫ 600 ਪਾਉਂਡ ਆ ਜੇ ਅਸੀਂ ਬਰਮਿੰਗਮ ਤੋਂ ਹਰ ਰੋਜ਼ ਮਾਂਚੈਸਟਰ ਆਵਾਂਗੇ ਤਾਂ ਸਾਨੂੰ ਕਿਰਾਇਆ ਬਹੁਤ ਜ਼ਿਆਦਾ ਪੈ ਜੂ ਸਾਡੇ ਕੋਲ ਕੋਈ ਕੰਮ ਹੈ ਨਹੀਂਗਾ ਤੇ ਸਾਨੂੰ ਰੂਮ ਨਹੀਂ ਮਿਲਿਆ ਸ਼ਾਮ ਪੈ ਗਈ ਸ਼ਾਮ ਪੈ ਗਈ ਮੇਰਾ ਇੱਕ ਕਲਾਸਮੇਟ ਮੁੰਡਾ ਰਹਿੰਦਾ ਵਿਚਾਰਾ ਮਾਂਚੈਸਟਰ ਐ ਉਹ ਉਹਨੂੰ ਮੈਂ ਫੋਨ ਕੀਤਾ ਮੈਂ ਕਿਹਾ ਵੀ ਹੁਣ ਅਸੀਂ ਅੱਜ ਬਰਮਿੰਗਮ ਚਲੇ ਗਏ ਤੇ ਸਾਨੂੰ ਕੱਲੂ ਫੇਰ ਆਵਾਂਗੇ ਅਸੀਂ 40-45 ਪਾਉਂਡ ਲਾ ਕੇ ਵੀ ਸਾਡੇ ਕੋਲ ਹੁਣ ਪੈਸੇ ਕਿੰਨੇ ਕਿਆ ਸਾਨੂੰ ਤਾਂ ਅਸੀਂ ਤਾਂ ਇੰਡੀਆ ਦੇ ਹਿਸਾਬ ਨਾਲ ਚਲਾਤੇ ਬਹੁਤ ਜਿਆਦਾ ਵੀ ਕੀ 40 45 ਪਾਉਂਡ ਹੀ ਨੇ ਸਮਝ ਹੀ ਗਏ ਜਿਵੇਂ ਇੰਡੀਆ ਦੇ 40 45 ਰੁਪਏ ਹੁੰਦੇ ਨੇ ਤੇ ਉੱਥੇ ਮੁੰਡੇ ਨੂੰ ਫੋਨ ਕੀਤਾ ਉਹ ਕਹਿੰਦਾ ਚਲ ਦੀ ਦੀ ਤੁਸੀਂ ਇਦਾਂ ਕਰੋ ਤੁਸੀਂ ਅੱਜ ਸਾਡੇ ਕੋਲ ਰਹਿ ਜਿਓ ਸਾਡੇ ਘਰ ਰੁਕ ਜਿਓ ਤੇ ਤੁਸੀਂ ਕੱਲੂ ਰੂਮ ਲੱਭ ਲਿਓ ਮੈਂ ਜੇ ਤੇ ਮੇਰੇ ਨਾਲ ਇੱਕ ਹੋਰ ਕੁੜੀ ਸੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਚੱਲ ਆਪਾਂ ਰੁੱਕ ਜਾਂਦੇ ਆ ਮੈਂ ਕਿਹਾ ਮੈਂ ਵੀ ਮੁੰਡਿਆਂ ਨੂੰ ਜਾਣਦੀ ਨਹੀਂ ਨਵੇਂ-ਨਵੇਂ ਹੈਗੇ ਆ ਹਨਾ ਨਵੇਂ-ਨਵੇਂ ਇਹ ਮੁੰਡੇ ਨੇ ਉਹ ਸਾਡੇ ਸ਼ਹਿਰ ਤੋਂ ਹੀ ਸੀ ਸੰਗਰੂਰ ਤੋਂ ਵਿਚਾਰੇ ਮੇਰੀ ਕਲਾਸ ਕਲਾਸ 'ਚ ਪੜਦਾ ਸੀ ਮੁੰਡਾ ਅਸੀਂ ਚਲੋ ਅਸੀਂ ਕਿਹਾ ਵੀ ਚਲੋ ਦੇਖ ਲੈਂਦੇ ਆ ਸ਼ਾਮ ਨੂੰ ਵੀ ਜੇ ਨਾ ਚੰਗਾ ਲੱਗਿਆ ਤਾਂ ਆਪਾਂ ਗੁਰੂ ਘਰ ਆ ਜਾਾਂਗੇ ਗੁਰੂ ਘਰ ਆ ਕੇ ਰੁੱਕ ਜਾਾਂਗੇ ਹਨਾ ਤੇ ਭੱਟ ਗੁਰੂ ਘਰ ਦੇ ਵਿੱਚ ਆਪਾਂ ਰਹਿ ਨਹੀਂ ਨਾ ਸਕਦੇ ਤੇ ਇੱਥੇ ਇੰਡੀਆ ਵਾਂਗੂ ਤਾਂ ਹੈ ਨਹੀਂਗਾ ਵੀ ਆਪਾਂ ਰਹਿ ਜਾਵਾਂਗੇ ਹਨਾ ਇੱਥੇ ਆਪਾਂ ਰਹਿ ਫਿਰ ਉਹ ਵਿਚਾਰੇ ਮੁੰਡੇ ਨੇ ਕਿਹਾ ਕਿ ਚਲੋ ਤੁਸੀਂ ਸਾਡੇ ਕੋਲ ਹੀ ਰੁਕ ਜਿਓ ਅਸੀਂ ਗਏ ਉਹਨਾਂ ਦੇ ਘਰ ਅਸੀਂ ਦੇਖਿਆ ਉਹਨੇ ਓਨਰ ਨਾਲ ਗੱਲ ਕੀਤੀ ਵੀ ਦੋ ਹਨਾ ਕੁੜੀਆਂ ਨੇ ਸਾਡੇ ਸ਼ਹਿਰ ਤੋਂ ਵੀ ਉਹਨਾਂ ਨੂੰ ਅੱਜ ਰੂਮ ਨਹੀਂ ਮਿਲਿਆ ਉਹਨਾਂ ਨੇ ਰਹਿਣਾਗਾ ਤੇ ਵੀ ਜਿਉਹ ਅੱਜ ਰਾਤ ਇੱਥੇ ਰਹਿਲਣ ਸਵੇਰੇ ਇੱਥੇ ਰੂਮ ਲੱਭ ਲੈਣੀਆਂ ਚਲੋ ਅਸੀਂ ਔਖੇ ਸੌਖੇ ਅਸੀਂ ਉੱਥੇ ਰਹਿ ਗਏ ਬਿਚਾਰਿਆ ਨੇ ਸਾਨੂੰ ਆਨਰ ਨਾਲ ਗੱਲ ਕਰਕੇ ਰੱਖ ਲਿਆ ਸਾਨੂੰ ਰੋਟੀ ਖਵਾਈ ਹੈ ਨਾ ਸਾਨੂੰ ਰੱਖਿਆ ਉਸ ਤੋਂ ਬਾਅਦ ਰਾਤ ਲੰਘੀ ਸਵੇਰ ਹੋਇਆ ਸਵੇਰੇ ਫੇਰ ਉਹੀ ਸਿਲਸਿਲਾ ਸ਼ੁਰੂ ਕੀ ਸਾਨੂੰ ਰੂਮ ਚਾਹੀਦਾ ਸਾਡੇ ਕੋਲ ਰੂਮ ਨਹੀਂ ਹੈਗਾ ਅਸੀਂ ਸਵੇਰੇ ਅਸੀਂ ਗੁਰੂ ਘਰ ਚਲੇ ਗਏ ਵੀ ਚੱਲ ਨਾਲੇ ਮੱਥਾ ਟੇਕਦੇ ਆਂ ਨਾਲੇ ਲੰਗਰ ਛਕਦੇ ਆਂ ਉਸ ਤੋਂ ਬਾਅਦ ਦੇਖਾਂਗੇ ਕਿਵੇਂ ਬਣਦਾ ਗੁਰੂ ਘਰ ਚਲੇ ਗਏ ਸਵੇਰੇ ਅਸੀਂ ਸਵੇਰੇ ਆ ਕੇ ਮੈਂ ਤੇ ਮੇਰੀ ਫਰੈਂਡ ਨੇ ਅਸੀਂ ਅਰਦਾਸ ਕੀਤੀ ਕਿ ਪ੍ਰਮਾਤਮਾ ਸਾਨੂੰ ਰੂਹ ਮਿਲ ਜਵੇ ਅੱਜ ਤੇ ਅਰਦਾਸ ਕਰਦੇ ਕਰਦੇ ਉੱਥੇ ਇੱਕ ਪੰਜਾਬੀ ਪੰਜਾਬੀ ਭਰਾ ਆਇਆ ਪੰਜਾਬੀ ਹੈ ਨਾ ਮੁੰਡਾ ਆ ਆਪਣੀਆਂ ਬੇਟੀਆਂ ਦੇ ਨਾਲ ਦੋ ਉਹਨਾਂ ਦੇ ਬੇਟੀਆਂ ਸੀਗੀਆਂ ਅਸੀਂ ਉਹਨਾਂ ਨਾਲ ਗੱਲ ਕੀਤੀ ਸਾਨੂੰ ਪੰਜਾਬੀ ਉੱਥੇ ਕੋਈ ਦਿਖਦਾ ਹੀ ਨਹੀਂ ਸੀਗਾ ਬਹੁਤ ਘੱਟ ਪੰਜਾਬੀ ਨੇ ਉੱਥੇ ਤੇ ਫਿਰ ਸਾਨੂੰ ਮਿਲਿਆ ਜਦੋਂ ਮੈਂ ਉਹਦੇ ਨਾਲ ਅਸੀਂ ਉਹਦੇ ਨਾਲ ਗੱਲ ਕੀਤੀ ਮੈਂ ਤੇ ਮੇਰੀ ਫਰੈਂਡ ਨੇ ਕਿ ਸਾਨੂੰ ਵੀਰੇ ਸਾਨੂੰ ਹਨਾ ਰੂਮ ਚਾਹੀਦਾ ਅਸੀਂ ਕੱਲ ਦੇ ਇੱਥੇ ਮਾਂਚੈਸਟਰ ਆਏ ਹੋਇਆ ਸਾਡੇ ਕੋਲ ਰੂਮ ਨਹੀਂ ਹੈਗਾ ਅਸੀਂ ਪਰੇਸ਼ਾਨ ਆ ਕਾਫੀ ਤੇ ਉਹ ਕਹਿੰਦਾ ਚਲੋ ਮੈਂ ਆਪਣੀ ਵਾਈਫ ਨਾਲ ਗੱਲ ਕਰਦਾ ਵੀ ਮੇਰੀ ਵਾਈਫ ਨਾਲ ਗੱਲ ਕਰਕੇ ਜੇ ਕੋਈ ਕੁਝ ਬਣਿਆ ਹਿੱਲਾ ਤਾਂ ਜ਼ਰੂਰ ਕਰੂੰਗਾ ਉਹ ਗੁਰੂ ਘਰ ਮੱਥਾ ਟੇਕਣ ਆਏ ਸੀ ਸਵੇਰ ਦੇ ਟਾਈਮ ਹਰ ਰੋਜ਼ ਗੁਰੂ ਘਰ ਆਉਂਦੇ ਸੀਗੇ ਉੱਕਰੇ ਗਏ ਉਹਨਾਂ ਨੇ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਆਪਣਾ ਤੇ ਮੈਂ ਨੰਬਰ ਲੈ ਗਏ ਸਾਡਾ ਤੇ ਘਰੇ ਜਾ ਕੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਹਾਂ ਵੀ ਮੇਰੀ ਉਹਦੀ ਵਾਈਫ ਨਾਲ ਗੱਲ ਕੀਤੀ ਕਿ ਦੋ ਕੁੜੀਆਂ ਮਿਲੀਆਂ ਸੀ ਗੁਰੂ ਘਰ ਦੇ ਵਿੱਚ ਜਿਨ੍ਹਾਂ ਨੂੰ ਰੂਮ ਨਹੀਂ ਮਿਲ ਰਿਹਾ ਕਾਫੀ ਪਰੇਸ਼ਾਨ ਸੀਗੀਆਂ ਹਨਾ ਵੀ ਜੇ ਉਹਨਾਂ ਲਈ ਰੂਮ ਦਾ ਅਰੇਂਜਮੈਂਟ ਹੋ ਸਕਦਾ ਤਾਂ ਦੇਖੋ ਤੇ ਉਹਦੀ ਵਾਈਫ ਨੇ ਵਿਚਾਰੀ ਨੇ ਨਾਲ ਦੀ ਨਾਲ ਆਪਣੇ ਹਸਬੰਦ ਨੂੰ ਕਿਹਾ ਵੀ ਤੈਨੂੰ ਉਹ ਕੁੜੀਆਂ ਮਿਲੀਆਂ ਹਨਾ ਵੀ ਗੁਰੂ ਘਰ ਤੈਨੂੰ ਕੁੜੀਆਂ ਮਿਲੀਆਂ ਵੀ ਪਤਾ ਨਹੀਂ ਕਿਹੜੀ ਵਿਪਤਾ ਦੇ ਵਿੱਚ ਹੋਣਗੀਆਂ ਜਦੋਂ ਅਸੀਂ ਇੰਗਲੈਂਡ ਆਏ ਸੀ ਵੀ ਆਪਣੇ ਕਿੰਨੇ ਮਾੜੇ ਹਾਲਾਤ ਵੀ ਆਪਣਾ ਕਿਹੜਾ ਕੋਈ ਹੈਗਾ ਸੀਗਾ ਵੀ ਪਤਾ ਨਹੀਂ ਵਿਚਾਰੀਆਂ ਨੇ ਰੋਟੀ ਖਾਧੀ ਹੋਊਗੀ ਕਿ ਨਹੀਂ ਖਾਧੀ ਹੋਊਗੀ ਤੇ ਫਿਰ ਉਹ ਵੀਰੇ ਨੇ ਵਿਚਾਰੇ ਨੇ ਸਾਨੂੰ ਫੋਨ ਕੀਤਾ ਕਹਿੰਦਾ ਵੀ ਮੇਰੀ ਵਾਈਫ ਕਹਿੰਦੀ ਆ ਵੀ ਤੂੰ ਘਰੇ ਕਿਉਂ ਨਹੀਂ ਲੈ ਕੇ ਆਇਆ ਹਨਾ ਉਹਨਾਂ ਨੂੰ ਵੀ ਤੂੰ ਘਰੇ ਲੈ ਆਉਂਦਾ ਕੁੜੀਆਂ ਨੂੰ ਤੇ ਚਲੋ ਅਸੀਂ ਸੋਚਿਆ ਵੀ ਹੋਰ ਕੋਈ ਹਿੱਲਾ ਵੀ ਹੈ ਨਹੀਂ ਵੀ ਸਾਨੂੰ ਸ਼ਾਇਦ ਰੂ ਦਵਾ ਦੇ ਸਾਨੂੰ ਪੰਜਾਬੀ ਵੀ ਇਹੀ ਮਿਲਿਆ ਹੋਰ ਸ਼ਾਇਦ ਪੰਜਾਬੀ ਮਿਲੂ ਕਿ ਨਹੀਂ ਮਿਲੂ ਸਾਨੂੰ ਨਹੀਂ ਪਤਾ ਤੇ ਉਹਨੇ ਵਿਚਾਰੇ ਨੇ ਉਹ ਵਿਚਾਰਾ ਆਇਆ ਸਾਨੂੰ ਫੋਨ ਕੀਤਾ ਸਾਨੂੰ ਕਹਿੰਦਾ ਵੀ ਮੈਂ ਤੁਹਾਨੂੰ ਘਰੇ ਲੈ ਕੇ ਜਾਣਾ ਆਪਣੇ ਵੀ ਤੁਸੀਂ ਘਰੇ ਆਓ ਤੁਸੀਂ ਰੋਟੀ ਖਾਓ ਹਨਾ ਰੋਟੀ ਪਾਣੀ ਖਾ ਕੇ ਫਿਰ ਉਸ ਤੋਂ ਬਾਅਦ ਤੁਸੀਂ ਰੂਮ ਦਾ ਤੁਹਾਡਾ ਅਸੀਂ ਕਰਵਾ ਦਾਂਗੇ ਉਹਨੇ ਵਿਚਾਰੇ ਨੇ ਸਾਨੂੰ ਗੱਡੀ ਲੈ ਕੇ ਆਇਆ ਸਾਨੂੰ ਘਰ ਲੈ ਗਿਆ ਆਪਣੇ ਅਸੀਂ ਉਹਦੇ ਘਰ ਚਲੇ ਗਏ ਤੇ ਉੱਥੇ ਜਾ ਕੇ ਵਿਚਾਰੇ ਨੇ ਸਾਨੂੰ ਰੋਟੀ ਖਵਾਈ ਸਾਡਾ ਅਸੀਂ ਨਾਤੇ ਉੱਥੇ ਸਾਡਾ ਮਾਨ ਤਾਨ ਬਹੁਤ ਮਾਨ ਤਾਨ ਕੀਤਾ ਉਹਨਾਂ ਨੇ ਹਨਾ ਤੇ ਅਸ ਤੋਂ ਬਾਅਦ ਉਹ ਦੀਦੀ ਨੇ ਫਿਰ ਫੋਨ ਕੀਤਾ ਆਪਣੀ ਕਿਸੇ ਫਰੈਂਡ ਨੂੰ ਵੀ ਕੁੜੀਆਂ ਨੇ ਕੱਲ ਦੀ ਆਈਆਂ ਹੋਈਆਂ ਨੇ ਉਹਨਾਂ ਨੂੰ ਰੂਮ ਨਹੀਂ ਮਿਲ ਰਿਹਾ ਉਹ ਕਾਫੀ ਜ਼ਿਆਦਾ ਪਰੇਸ਼ਾਨ ਨੇ ਫਿਰ ਉਹ ਦੀਦੀ ਕਹਿੰਦੀ ਵੀ ਹਾਂ ਮੇਰੇ ਕੋਲ ਰੂਮ ਪਿਆ ਵੀ ਕੁੜੀਆਂ ਇੱਥੇ ਆਜਣ ਮੇਰੇ ਘਰੇ ਸਾਨੂੰ ਰੂਮ ਮਿਲ ਗਿਆ ਤੇ ਸਾਨੂੰ ਦੀਦੀ ਉਹਨਾਂ ਦੇ ਘਰੇ ਲੱਗੇ ਸਾਨੂੰ ਰੂਮ ਮਿਲ ਗਿਆ ਉਹ ਵੀ ਹਰਿਆਣੇ ਤੋਂ ਆ ਫੈਮਿਲੀ ਜਿੱਦਾਂ ਪੰਜਾਬੀ ਨੇਗੇ ਤੇ ਫਿਰ ਅਸੀਂ ਉਹਨਾਂ ਦੇ ਘਰ ਚਲੇ ਗਏ ਫਿਰ ਸਾਡਾ ਸਮਾਨ ਇੱਥੇ ਬਰਮਿੰਗਮ ਪਿਆ ਸੀ ਤੇ ਫਿਰ ਉਸ ਤੋਂ ਬਾਅਦ ਅਸੀਂ ਇੱਥੋਂ ਆ ਕੇ ਵਰਮਿੰਗਮ ਤੋਂ ਦੁਆਰਾ ਫੇਰ ਆਪਣਾ ਸਮਾਨ ਚੱਕ ਕੇ ਉੱਥੇ ਲੈ ਗਈ ਤੇ ਸਾਨੂੰ ਰੂਮ ਮਿਲ ਗਿਆ ਮਾਂਚੈਸਟਰ ਰਹੀ ਮੈਂ ਤੇ ਜਿੱਦਾਂ ਫਰਵਰੀ ਮਾਰਚ ਮੈਂ ਉੱਥੇ ਲਾਈ 2 ਮੰਥ ਮੈਂ ਉੱਥੇ ਲਾਈ ਹੈ ਨਾ ਤੇ ਉਸ ਤੋਂ ਬਾਅਦ ਫੇਰ ਮੇਰੀ ਕੰਮ ਦੀ ਥੋੜੀ ਮੇਰੀ ਸੈਟਿੰਗ ਨਹੀਂ ਆਈ ਹੈਗੀ ਉੱਥੇ ਹੈ ਨਾ ਮੈਨੂੰ ਇਦਾਂ ਲੱਗਦਾ ਸੀ ਕਿ ਉੱਥੇ ਕੋਈ ਪੰਜਾਬੀ ਨਹੀਂ ਹੈਗਾ ਵੀ ਪੰਜਾਬੀ ਬਹੁਤ ਘੱਟ ਮਿਲਦੇ ਸੀ ਦੇਖਣ ਨੂੰ ਦਿਲ ਨਹੀਂ ਸੀ ਲੱਗਦਾ ਹਨਾ ਐਂ ਲੱਗਦਾ ਸੀ ਵੀ ਆਪਾਂ ਕਿੱਥੇ ਆ ਕੇ ਫਸ ਗਏ ਐਂ ਲੱਗਦਾ ਸੀ ਵੀ ਆਪਾਂ ਕਿਉਂ ਪੰਜਾਬ ਛੱਡਿਆ ਕਿਉਂ ਨਾ ਆਪਾਂ ਪੰਜਾਬ 'ਚ ਰਹੇ ਬਹੁਤ ਮਨ ਦੁਖੀ ਹੁੰਦਾ ਸੀਗਾ ਤੇ ਲੋਕਾਂ ਦੀਆਂ ਕਹੀਆਂ ਹੋਈਆਂ ਗੱਲਾਂ ਬਹੁਤ ਜ਼ਿਆਦਾ ਆਉਂਦੀਆਂ ਸੀ ਕਹਿੰਦੇ ਕਹਿਣਾ ਬਹੁਤ ਸੌਖਾ ਬਾਹਰਲੇ ਮੁਲਕ ਪਰ ਤੰਗੀਆਂ ਬਹੁਤ ਆਉਂਦੀਆਂ ਨੇ ਤੇ ਕਹਿੰਦੇ ਬਾਥਰੂਮਾਂ ਦੇ ਵਿੱਚ ਤੁਸੀਂ ਲੁਕ ਲੁਕੇ ਰੋਇਆ ਕਰੋਗੇ ਕਿਸੇ ਦੇ ਸਾਹਮਣੇ ਵੀ ਤੁਹਾਡੇ ਤੋਂ ਰੋ ਨਹੀਂ ਹੋਣਾ ਉਹੀ ਗੱਲ ਹੋ ਗਈ ਸੀ ਉੱਥੇ ਰਹਿ ਕੇ ਇਦਾਂ ਲੱਗਣ ਲੱਗਿਆ ਵੀ ਆ ਕਿੱਥੇ ਗਏ ਉਸ ਤੋਂ ਬਾਅਦ ਫਿਰ ਮੈਂ ਮੈਂ ਆਪਣੀ ਕਜ਼ਨ ਨੂੰ ਫੋਨ ਕੀਤਾ ਮੈਂ ਉਹ ਵਰਮਿੰਗਮ ਸੀਗੀ ਮੈਂ ਕਿਹਾ ਵੀ ਮੇਰਾ ਨਹੀਂ ਇੱਥੇ ਦਿਲ ਲੱਗਦਾ ਵੀ ਮੈਂ ਵਰਮਿੰਗਮ ਆਉਣਾਗਾ ਤੇ ਚਲੋ ਜੀ ਮੈਂ ਮਾਰਚ ਅਪ੍ਰੈਲ ਅਪ੍ਰੈਲ ਹਾਂ ਅਪ੍ਰੈਲ ਦੇ ਵਿੱਚ ਮੈਂ ਵਰਮਿੰਗਮ ਆ ਗਈ ਅਪ੍ਰੈਲ ਤੇ ਮਈ ਹੁਣ ਮੈਂ ਬਰਮਿੰਗਮ ਦੇ ਵਿੱਚ ਆ ਬਰਮਿੰਗਮ ਆ ਕੇ ਕੰਮ ਨਹੀਂ ਮਿਲਿਆ ਕੰਮ ਕਿੱਥੋਂ ਮਿਲੇ ਕਰੋਨਾ ਕਰਕੇ ਸਾਰੇ ਸਾਰੀਆਂ 숍ਾਂ ਬੰਦ ਐ ਸਾਰੇ ਕੰਮ ਬੰਦ ਐ ਬਹੁਤ ਘੱਟ ਕੰਮ ਸੀ ਜਿਹੜੇ ਖੁੱਲੇ ਹੋਏ ਸੀਗੇ ਨਾ ਤੇ ਇੱਥੇ ਬਰਮਿੰਗਮ ਆ ਕੇ ਮੈਂ ਇੰਨੇ ਕੁ ਲੋਕਾਂ ਨੂੰ ਫੋਨ ਕੀਤੇ ਇੰਨੇ ਕੁ ਸੋਸ਼ਲ ਵਰਕਰਾਂ ਨੂੰ ਫੋਨ ਕੀਤੇ ਬਹੁਤ ਮਤਲਬ ਫੋਨ ਕੀਤਾ ਵੀ ਮੈਨੂੰ ਕੰਮ ਦਵਾ ਦਿਓ ਵੀ ਮੇਰੇ ਕੋਲ ਵੀ ਰੈਂਟ ਵੀ ਨਹੀਂ ਨਿਕਲਣਾ ਹੈਗਾ ਮੇਰੇ ਕੋਲ ਵੀ ਮੈਂ ਕੀ ਕਰੂੰਗੀ ਮੈਂ ਇੰਡੀਆ ਤੋਂ ਵੀ ਨਹੀਂ ਮੰਗਾ ਸਕਦੀ ਕਿਉਂਕਿ ਇਹ ਤਾਂ ਹੈ ਨਹੀਂਗਾ ਵੀ 2000 4000 ਵਿਚਾਰੇ ਇੰਡੀਆ ਵਾਲੇ ਭੇਜ ਦਿਆ ਕਰਨਗੇ ਹਰ ਮਹੀਨੇ ਆਪਣਾ ਗੁਜ਼ਾਰਾ ਚੱਲੀ ਜਾਊਗਾ ਇੰਡੀਆ ਦਾ ਜੇ ਆਪਣੇ ਕੋਲ 40 50000 ਰੁਪਏ ਹੈਗਾ ਆ ਤਾਂ ਇੱਥੇ ਇੱਕ ਮਹੀਨੇ ਦਾ ਖਰਚਾ ਮੈਂ ਨਹੀਂ ਸੀ ਮੰਗਾ ਸਕਦੀ ਤੇ ਫੇ ਮੈਂ ਫੇਸਬੁੱਕ ਤੇ ਵੀ ਮੈਂ ਪਾਇਆ ਸੀ ਵੀ ਜੇ ਕੋਈ ਬਰਮਿੰਗਮ ਤੋਂ ਕੋਈ ਵੀਰ ਕੋਈ ਭੈਣ ਹੈਗੀ ਆ ਮੇਰੀ ਫੇਸਬੁੱਕ ਤੇ ਮੇਰੇ ਨਾਲ ਜੁੜੀ ਹੋਈ ਆ ਤਾਂ ਪਲੀਸ ਵੀ ਮੇਰੇ ਨਾਲ ਕੰਟੈਕਟ ਕਰਨ ਮੈਂ ਪ੍ਰੋਬਲਮ ਦੇ ਵਿੱਚ ਆ ਤੇ ਕਾਫੀ ਵਿਚਾਰੇ ਮੁੰਡਿਆਂ ਨੇ ਮੈਨੂੰ ਕੰਟੈਕਟ ਵੀ ਕੀਤੇ ਜਿਹੜੇ ਬਰਮਿੰਗਮ ਤੋਂ ਸੀਗੇ ਕੰਟੈਕਟ ਕੀਤੇ ਕਾਫੀ ਨੇ ਤੇ ਕਹਿੰਦੇ ਚਲੋ ਹਨਾ ਵੀ ਅਸੀਂ ਤੁਹਾਡੀ ਜਿਹੜੀ ਹੈਲਪ ਆ ਉਹ ਕਰਾ ਦਾਂਗੇ ਤੁਹਾਨੂੰ ਕੰਮ ਲਵਾ ਦਾਂਗੇ ਤੁਹਾਨੂੰ ਉਹਨਾਂ ਨੇ ਬਹੁਤ ਕੰਮ ਲੱਭੇ ਮੈਨੂੰ ਕੰਮ ਨਹੀਂ ਮਿਲਿਆ ਮੈਂ ਸੋਸ਼ਲ ਵਰਕਰਾਂ ਨੂੰ ਕਿਹਾ ਵੀ ਤੁਹਾਡੇ ਕੰਟੈਕਟ ਦੇ ਵਿੱਚ ਵੀ ਮਤਲਬ ਇੱਥੋਂ 버밍ਹਮ ਤੋਂ ਲੋਕ ਜੁੜੇ ਹੋਣਗੇ ਉਹਨਾਂ ਨੂੰ ਕਹਿ ਕੇ ਮੇਰੀ ਹੈਲਪ ਕਰਾ ਦਿਓ ਮੈਨੂੰ ਕੰਮ ਦਿਵਾ ਦਿਓ ਮੇਰੇ ਕੋਲ ਕੰਮ ਨਹੀਂਗਾ ਤੇ ਵਿਚਾਰੇ ਬਹੁਤ ਸੋਸ਼ਲ ਵਰਕਰਾਂ ਨੇ ਇੱਥੇ ਆ ਕੇ ਫੋਨ ਕੀਤਾ ਹਨਾ ਫੋਨ ਕੀਤਾ ਲੋਕਾਂ ਨੂੰ ਵੀ ਹਰਜੀਤ ਨੂੰ ਕੰਮ ਦਵਾ ਦਿਓ ਬਹੁਤ ਮੁੰਡੇ ਮੇਰੇ ਕੰਟੈਕਟ ਚ ਆਏ ਜਿਹੜੇ ਕਹਿੰਦੇ ਸੀ ਵੀ ਭੈਣੇ ਹਾਂ ਸੀ ਤੈਨੂੰ ਕੰਮ ਦਵਾ ਦਾਂਗੇ ਅਸੀਂ ਤੇਰੀ ਹੈਲਪ ਕਰ ਦਾਂਗੇ ਬਟ ਮੈਂ ਹਰ ਪਾਸੋਂ ناکਾਮ ਰਹੀ ਮੈਨੂੰ ਜੋਬ ਨਹੀਂ ਮਿਲੀ ਮੈਂ ਇੰਨੀ ਜ਼ਿਆਦਾ ਮੈਂ ਡਿਪਰੈਸ਼ਨ ਦੇ ਵਿੱਚ ਹੋ ਗਈ ਸੀ ਕਿ ਟਾਈਮ ਮੈਨੂੰ ਇਦਾਂ ਲੱਗਦਾ ਸੀ ਵੀ ਮੈਂ ਕਿੱਥੇ ਆ ਕੇ ਫਸ ਗਈ ਨਾ ਤਾਂ ਮੈਂ ਇੰਡੀਆ ਵਾਪਸ ਹੋ ਸਕਦੀ ਸੀ ਕਿਉਂਕਿ ਇੰਡੀਆ ਦਾ ਮੈਂ 15 ਲੱਖ ਇੱਥੇ ਲਾ ਕੇ ਆਈਆਂਗੀ ਜੇ ਮੈਂ ਇੰਡੀਆ ਵਾਪਸ ਹੋ ਜਾਂ ਤਾਂ ਮੈਂ ਕਾਸੀ ਯੋਗ ਵੀ ਨਹੀਂ ਰਹਿਣਾ ਇੰਡੀਆ ਮੈਂ ਵਾਪਸ ਨਹੀਂ ਹੋ ਸਕਦੀ ਥੀ ਕਰੋਨਾ ਕਰਕੇ ਕੰਮ ਨਹੀਂ ਸੀ ਮਿਲਦਾ ਬਹੁਤ ਮਾੜੇ ਹਾਲਾਤ ਹੋ ਗਏ ਸੀ ਫਿਰ ਉਸ ਤੋਂ ਬਾਅਦ ਮੈਨੂੰ ਇੱਕ ਕੰਮ ਮਿਲਿਆ ਰੈਸਟੋਰੈਂਟ ਤੇ ਹਨਾ ਜਿੱਥੇ ਮੈਂ ਭਾਂਡੇ ਵੀ ਮਾਂਜੇ ਨੇਗੇ ਤੇ ਮੈਂ ਪਰੌਂਠੇ ਵੀ ਰਾਹੇ ਨੇਗੇ ਮੈਂ ਪੈਕਿੰਗਾਂ ਵੀ ਕਰੀਆਂ ਨੇਗੀਆਂ ਕਿਉਂਕਿ ਇਹਨਾਂ ਕੰਟਰੀਆਂ ਦੇ ਵਿੱਚ ਕੋਈ ਵੀ ਕੰਮ ਛੋਟਾ ਵੱਡਾ ਨਹੀਂਗਾ ਇੰਡੀਆ ਦੇ ਵਿੱਚ ਆਪਾਂ ਨਹੀਂ ਕਰ ਸਕਦੇ ਪਰ ਇੱਥੇ ਆ ਕੇ ਕਿਉਂਕਿ ਕੋਈ ਵੀ ਬੰਦਾ ਇਹ ਨਹੀਂ ਫੀਲ ਕਰਾਉਂਦਾ ਤੁਹਾਨੂੰ ਵੀ ਤੁਸੀਂ ਛੋਟਾ ਕੰਮ ਕਰਦੇ ਹੋ ਕੋਈ ਵੀ ਬੰਦਾ ਫੀਲ ਨਹੀਂ ਕਰਦਾ ਵੀ ਕੰਮ ਕੋਈ ਛੋਟਾ ਜਾਂ ਵੱਡਾ ਇੱਥੇ ਲੋਕੀ ਫੀਲ ਨਹੀਂ ਕਰਾਉਂਦੇ ਤੁਹਾਨੂੰ ਸਾਹਮਣੇ ਵਾਲਾ ਬੰਦਾ ਜੇ ਤੁਸੀਂ ਭਾਂਡੇ ਵੀ ਮਾਏਂਦੇ ਹੋ ਨਾ ਤਾਂ ਵੀ ਸਾਹਮਣੇ ਵਾਲਾ ਬੰਦਾ ਤੁਹਾਨੂੰ ਇੱਜ਼ਤ ਦੇ ਕੇ ਲੰਘੂਗਾ ਉਹ ਇਹ ਨਹੀਂ ਕਹਿੰਦਾ ਵੀ ਇਹ ਤਾਂ ਭਾਂਡੇ ਮਾਂਜੇ ਨਾਲ ਹੈਗਾ ਮਜਬੂਰੀ 'ਚ ਸਾਰੇ ਕੰਮ ਕਰਨੇ ਪੈਂਦੇ ਨੇਗੇ ਫਿਰ ਮੈਨੂੰ ਰੈਸਟੋਰੈਂਟ ਤੇ ਕੰਮ ਮਿਲਿਆ ਜਿੱਦਾਂ ਉਹ ਬਹੁਤ ਚੰਗੇ ਸੀਗੇ ਬਹੁਤ ਬਹੁਤ ਚੰਗੇ ਸੀ ਬਹੁਤ ਵਧੀਆ ਸੀਗੇ ਵਿਚਾਰੇ ਥੋੜੇ ਜਿਹੇ ਦਿਨ ਹੀ ਕੀਤਾ ਮੈਂ ਕਿਉਂਕਿ ਮੇਰੇ ਕੋਲ ਮੈ ਰੈਂਟ ਵੀ ਕੱਢਣਾ ਸੀਗਾ ਮੇਰੇ ਕੋਲ ਰੈਂਟ ਨਹੀਂ ਸੀ ਮੇਰੇ ਹਾਲਾਤ ਬਹੁਤ ਔਖੇ ਸੀਗੇ ਬਹੁਤ ਮਤਲਬ ਔਖਾ ਸੀਗਾ ਤੇ ਫਿਰ ਮੈਂ ਇੱਥੇ ਮੈਨੂੰ ਚਲੋ ਉਹ ਮੇਲੇ ਭਾਜੀ ਭਾਜੀ ਕਹਿੰਦੇ ਚੱਲ ਅਸੀਂ ਤੈਨੂੰ ਕੰਮ ਤੇ ਰੱਖ ਲੈਂਦੇ ਆ ਉਹਨਾਂ ਨੇ ਮੈਨੂੰ ਕੰਮ ਤੇ ਰੱਖ ਲਿਆ ਚਲੋ ਜੀ ਮੈਂ ਰੈਸਟੋਰੈਂਟ ਤੇ ਕੰਮ ਕੀਤਾ ਚੰਗੇ ਸੀ ਇਦਾਂ ਰਿਸਪੈਕਟ ਬਹੁਤ ਦਿੰਦੇ ਸੀਗੇ ਤੇ ਉਸ ਤੋਂ ਬਾਅਦ ਮੇਰੀ ਉੱਥੇ ਵੀ ਮਤਲਬ ਮੈਨੂੰ ਪੇਪਰਾਂ ਤੇ ਕੰਮ ਨਹੀਂ ਸੀ ਮਿਲਦਾ ਥੋੜੇ ਜਿਹੇ ਦਿਨ ਹੀ ਮਿਲਿਆ ਜਿੱਦਾਂ ਮੈਂ ਕਹਿ ਸਕਦੀ ਆ ਬਹੁਤ ਔਖਾ ਹੋ ਗਿਆ ਫਿਰ ਮੈਨੂੰ ਇੱਕ ਮੇਰੇ ਫੇਸਬੁੱਕ ਤੇ ਫੇਸਬੁੱਕ ਥਰੂ ਇੱਕ ਜਿੱਦਾਂ ਗਰੋਸਰੀ ਲਈ ਇੱਕ ਆਪਣਾ ਪੰਜਾਬੀ ਵੀਰ ਆ ਸਾਬੀ ਜਿਨ੍ਹਾਂ ਦੀ ਮੈਂ ਪੋਸਟ ਆ ਹਰ ਸੰਡੇ ਪਾਉਣੀ ਆ ਹਰ ਸੰਡੇ ਸਾਡੇ ਸਟੂਡੈਂਟਾਂ ਨੂੰ ਉਹ ਗਰੋਸਰੀ ਦਿੰਦੇ ਨੇਗੇ ਹਨਾ ਫਿਰ ਮੈਂ ਸਾਬੀ ਵੀਰਾਂ ਮੇਰੇ ਕੰਟੈਕਟ ਚ ਆਇਆ ਤੇ ਹੁਣ ਵੀ ਮੇਰੀ ਲਾਈਵ ਵੀਡੀਓ ਉਹ ਦੇਖ ਰਹੇ ਨੇ ਉੱਪਰ ਮੈਨੂੰ ਸ਼ੋ ਹੋ ਰਿਹਾ ਤੇ ਫਿਰ ਸਾਬੀ ਵੀਰਾ ਮੇਰੇ ਕੰਟੈਕਟ ਚ ਆਇਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਕਿੱਦਾਂ ਹਰਜੀਤ ਹਨਾ ਕਿੱਦਾਂ ਸਾਰਾ ਕੁਝ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਕੋਰੋਨਾ ਕਰਕੇ ਵੀਰੇ ਸਾਰੇ ਕੰਮ ਬੰਦ ਨੇ ਮੇਰੇ ਕੋਲ ਕੰਮ ਨਹੀਂ ਕੋਈ ਹੈਗਾ ਹਨਾ ਵੀ ਮੈਂ ਆਹ ਕੰਮ ਕਰਦੀ ਆ ਰੈਸਟੋਰੈਂਟ ਤੇ ਜਿਹਦੇ ਨਾਲ ਮੇਰਾ ਗੁਜ਼ਾਰਾ ਨਹੀਂ ਹੋਣਾ ਹਨਾ ਤੇ ਫਿਰ ਉਹਨਾਂ ਨੇ ਵਿਚਾਰਿਆਂ ਨੇ ਮੈਨੂੰ ਹਰ ਸੰਡੇ ਜਿੱਦਾਂ ਗਰੋਸਰੀ ਸਾਰੇ ਸਟੂਡੈਂਟਾਂ ਨੂੰ ਦਿੰਦੇ ਉਹ ਮੈਨੂੰ ਵੀ ਗਰੋਸਰੀ ਦਿੰਦੇ इवन ਕਿਉਂਕਿ ਹਾਲਾਤ ਇੰਨੇ ਮਾੜੇ ਸੀ ਕਿ ਗਰੋਸਰੀ ਗਰੋਸਰੀ ਵੀ ਨਹੀਂ ਖਰੀਦ ਸਕਦੇ ਸੀ ਤੇ ਉਹਨਾਂ ਨੇ ਮੈਨੂੰ ਗਰੋਸਰੀ ਦੇਣੀ ਹਰ ਹਰ ਸੰਡੇ ਉਹ ਗਰੋਸਰੀ ਸਾਰੇ ਸਟੂਡੈਂਟਾਂ ਨੂੰ ਦੇ ਕੇ ਜਾਂਦੇ ਤਾਂ ਮੈਨੂੰ ਵੀ ਦੇ ਕੇ ਜਾਂਦੇ ਹਨਾ ਤੇ ਉਹਨਾਂ ਦੀ ਗਰੋਸਰੀ ਨਾਲ ਟਾਈਮ ਲੰਘਿਆ ਉਹ ਵੀਰੇ ਨੇ ਮੇਰੀ ਇੰਨੀ ਕੁ ਜ਼ਿਆਦਾ ਹੈਲਪ ਕੀਤੀ ਜਿੱਦਾਂ ਆਪਾਂ ਕਹਿ ਦਿੰਨੇ ਆ ਨਾ ਜੇ ਕੋਈ ਇੱਕ ਵਾਰ ਤਾਂ ਮੇਰਾ ਜਮੀ ਰੱਬ ਤੋਂ ਵੀ ਯਕੀਨ ਟੁੱਟ ਗਿਆ ਸੀ ਜਦੋਂ ਹਾਲਾਤ ਮੇਰੇ ਮੈਂ ਹਰ ਇੱਕ ਨੂੰ ਜੌਬ ਲਈ ਕਹਿੰਦੀ ਹਰ ਇੱਕ ਨੂੰ ਜੌਬ ਲਈ ਕਹਿੰਦੀ ਜੌਬ ਲੱਭਦੀ ਮੈਨੂੰ ਜੌਬ ਦਵਾ ਦਿਓ ਜੌਬ ਦਵਾ ਦਿਓ ਜੌਬ ਜੌਬ ਦਾ ਨਹੀਂ ਕਿਤੇ ਬਣਦਾ ਸੀ ਤਾਂ ਮੈਨੂੰ ਇਵਨ ਮੈਨੂੰ ਰੱਬ ਤੋਂ ਵੀ ਯਕੀਨ ਉੱਠ ਗਿਆ ਸੀ ਮੈਨੂੰ ਇਹ ਲੱਗਦਾ ਸੀ ਵੀ ਜਿਹੜੇ ਲੋਕੀ ਚੰਗੇ ਕੰਮ ਕਰਦੇ ਆ ਸ਼ਾਇਦ ਹਨਾ ਸੱਚ ਦੀ ਜ਼ਿੰਦਗੀ ਜਿਉਂਦੇ ਆ ਰੱਬ ਉਹਨਾਂ ਦਾ ਸਾਥ ਨਹੀਂ ਦਿੰਦੇ ਰੱਬ ਉਹਨਾਂ ਦਾ ਸਾਥ ਦਿੰਦੇ ਆ ਜਿਹੜੇ ਮਾੜੇ ਕੰਮ ਕਰਦੇ ਆ ਇੱਕ ਟਾਈਮ ਮੈਨੂੰ ਰੱਬ ਤੋਂ ਵੀ ਮੇਰਾ ਜਮਈ ਯਕੀਨ ਉੱਠ ਗਿਆ ਸੀ ਇੱਥੇ ਯੂਕੇ ਆ ਕੇ ਜਦੋਂ ਦਿਲ ਦੁਖੀ ਹੁੰਦਾ ਨਾ ਤਾਂ ਆਪਾਂ ਹੀ ਇਵਨ ਰੱਬ ਨੂੰ ਵੀ ਕਹਿੰਨੇ ਆ ਵੀ ਰੱਬਾ ਤੂੰ ਵੀ ਅਸੀਂ ਕਿਸੇ ਦਾ ਕੀ ਮਾੜਾ ਕਰਦੇ ਆ ਵੀ ਤੂੰ ਸਾਡੇ ਨਾਲ ਇਦਾਂ ਕਰਦਾਗਾ ਰੱਬ ਤੋਂ ਵੀ ਜਗੀਨ ਟੁੱਟਿਆ ਚਲੋ ਫਿਰ ਸਾਬੀ ਵੀਰਾ ਮਿਲਿਆ ਹਨਾ ਤੇ ਉਹਨੇ ਵਿਚਾਰੇ ਨੇ ਬਹੁਤ ਹੈਲਪ ਕੀਤੀ ਹਨਾ ਉਹਨਾਂ ਨੇ ਕਿਹਾ ਵੀ ਹਰਜੀਤ ਤੈਨੂੰ ਕੋਈ ਵੀ ਕਿਸੇ ਵੀ ਚੀਜ਼ ਦੀ ਲੋੜ ਹੈ ਤੂੰ ਮੈਨੂੰ ਦੱਸੀ ਤੂੰ ਮੈਨੂੰ ਫੋਨ ਕਰੀ ਹਨਾ ਐਵੇਂ ਕਹਿਣ ਵਾਲੇ ਲੋਕੀ ਬਹੁਤ ਘੱਟ ਹੁੰਦੇ ਆ ਤੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਨਾ ਲੋਡ ਪੈਣ ਤੇ ਤਾਂ ਉਹ ਵੀ ਭੱਜ ਜਾਂਦੇ ਆ ਸਭ ਉਹ ਵੀ ਨਹੀਂ ਫੋਨ ਚੱਕਣਾ ਬੰਦ ਕਰ ਜਾਂਦੇ ਆ ਰਿਸ਼ਤੇਦਾਰ ਵੀ ਮਾੜੇ ਟਾਈਮ 'ਚ ਅਸਲ ਕਹਿੰਦੇ ਆਪਣਿਆਂ ਤੇ ਬਕਾਨਿਆਂ ਦਾ ਬੇਗਾਨਿਆਂ ਦਾ ਸਿਆਣੇ ਕਹਿੰਦੇ ਸੀ ਹਨਾ ਸੁਣਦੇ ਸੀ ਵੀ ਆਪਣੇ ਤੇ ਬੇਗਾਨਿਆਂ ਦਾ ਉਦੋਂ ਪਤਾ ਲੱਗਦਾ ਜਦੋਂ ਤੁਹਾਨੂੰ ਲੋਡ ਹੁੰਦੀ ਆ ਜਦੋਂ ਲੋਡ ਹੁੰਦੀ ਉਦੋਂ ਪਰਖੇ ਜਾਂਦੇ ਨੇ ਕੌਣ ਆਪਣਾ ਕੌਣ ਬੇਗਾਨਾ ਜਿਹੜੇ ਖੂਨ ਦੇ ਰਿਸ਼ਤੇ ਸੀ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੇ ਫੋਨ ਵੀ ਚੱਕਣੇ ਬੰਦ ਕਰਤੇ ਵੀ ਹੁਣ ਔਖਾ ਟਾਈਮ ਆ ਕਿ ਸਾਡੇ ਤੋਂ ਕੁਝ ਮੰਗ ਨਾ ਲਵੇ ਹਰਜੀਤ ਤੇ ਵਿਚਾਰੇ ਚਲੋ ਸਾਬੀ ਵੀਰੇ ਦਾ ਸਹਾਰਾ ਹੋਇਆ ਹੌਸਲਾ ਹੋਇਆ ਹੋਰ ਵੀ ਕਾਫੀ ਵੀਰ ਸੀ ਜਿਹੜੇ ਵਿਚਾਰੇ ਮੇਰੇ ਨਾਲ ਜੁੜੇ ਜਿਹੜੇ ਕਹਿੰਦੇ ਸੀ ਵੀ ਹਰਜੀਤ ਕੋਈ ਨਹੀਂ ਜੇ ਕੋਈ ਤੈਨੂੰ ਪ੍ਰੋਬਲਮ ਆਈ ਤੂੰ ਸਾਨੂੰ ਫੋਨ ਕਰਦੀ ਹੈ ਨਾ ਹੋਰ ਵੀ ਹੈਗੇ ਸੀਗੇ ਤੇ ਇੱਕ ਦੋ ਵੀਰ ਮੇਰੇ ਨਾਲ ਲੰਡਨ ਤੋਂ ਜੁੜੇ ਹੋਏ ਨੇਗੇ ਇੱਕ ਦੋ ਮੇਰੇ ਤੋਂ ਅਮਰੀਕਾ ਤੋਂ ਜੁੜੇ ਹੋਏ ਨੇ ਜਿੱਦਾਂ ਹਨਾ ਉਹਨਾਂ ਨੇ ਹੌਸਲਾ ਦਿੱਤਾ ਵੀ ਕੋਈ ਨਹੀਂ ਉਹਨਾਂ ਨੂੰ ਮੈਂ ਦੱਸੀ ਫਿਰ ਆਪਦੀ ਪ੍ਰੋਬਲਮ ਵੀ ਮੈਨੂੰ ਤਾਂ ਬਹੁਤ ਮੈਨੂੰ ਪ੍ਰੋਬਲਮ ਆ ਰਹੀਆਂ ਨਹੀਂ ਗੀਆਂ ਉਹਨਾਂ ਨੇ ਵੀ ਵਿਚਾਰਿਆਂ ਨੇ ਬਹੁਤ ਮੈਨੂੰ ਉਹ ਕੀਤਾ ਸਹਾਰਾ ਦਿੱਤਾ ਹਨ ਤੇ ਫਿਰ ਸਾਬੀ ਵੀਰ ਨੇ ਤਾਂ ਦਿੱਤਾ ਹੀ ਦਿੱਤਾ ਫਿਰ ਉਹਨਾਂ ਨੇ ਵਿਚਾਰਿਆਂ ਨੇ ਜੌਬ ਲੱਭੀ ਇੰਨੀ ਜਗ੍ਹਾ ਤੇ ਫੋਨ ਕੀਤੇ ਕੰਟੈਕਟ ਕੀਤੇ ਵੀ ਇੱਕ ਕੁੜੀ ਆਈ ਆ ਹਨਾ ਇੰਡੀਆ ਤੋਂ ਵੀ ਉਹਨੂੰ ਕੰਮ ਦਵਾਉ ਮੇਰੀ ਛੋਟੀ ਭੈਣ ਆ ਤੇ ਉਹਨਾਂ ਨੇ ਵਿਚਾਰਿਆਂ ਨੇ ਇੰਨਾ ਟਾਈਮ ਤਾਂ ਕੰਮ ਦਾ ਨਹੀਂ ਬਣਿਆ ਹਨਾ ਚਲੋ ਉਹਨਾਂ ਦਾ ਹੌਸਲਾ ਰਿਹਾ ਚਲੋ ਇਦਾਂ ਸੀ ਵੀ ਹੁਣ ਆਪਾਂ ਭੁੱਖੇ ਨਹੀਂ ਮਰਦੇ ਚਲੋ ਹੈਗੇ ਨੇ ਪੰਜ ਸੱਤ ਵੀਰ ਹਨਾ ਜਿਹਦਾ ਸਹਾਰੇ ਆਪਾਂ ਰਹਿ ਸਕਦੇ ਹਾਂਗੇ ਜੇ ਇਨ ਕੇਸ ਆਪਣੇ ਕੋਲ ਕੁਝ ਵੀ ਨਹੀਂ ਹੋਊਗਾ ਤੈਨ ਆਪਾਂ ਉਹਨਾਂ ਨੂੰ ਫੋਨ ਕਰਾਂਗੇ ਉਹਨਾਂ ਤੋਂ ਹੈਲਪ ਲਵਾਂਗੇ ਤੇ ਫਿਰ ਸਾਬੀ ਵੀਰੇ ਨੇ ਹੌਲੀ 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 ਵਿਚਾਰਿਆਂ ਨੇ ਜੌਬ ਲੱਭੀ ਜੌਬ ਲੱਭੀ ਤੇ ਹੁਣ ਮੈਨੂੰ ਜੌਬ ਹੈ ਜਿਹੜੀ ਉਹ ਮਿਲ ਗਈ ਆ ਕਿਤੇ ਹੁਣ ਜਾ ਕੇ ਮੈਨੂੰ 5 ਮਹੀਨੇ ਹੋ ਗਏ ਇੱਥੇ ਆਈ ਨੂੰ ਮੈਨੂੰ ਹੁਣ ਇੱਥੇ ਜੌਬ ਮਿਲਿਆ ਸਾਬੀ ਵੀਰੇ ਨੇ ਉਹਨਾਂ ਦੇ ਰਿਸ਼ਤੇਦਾਰ ਸੀ ਜਿਹੜੇ ਹਨਾ ਤੇ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਚੱਲ ਅਸੀਂ ਹਰਜੀਤ ਨੂੰ ਰੱਖ ਲਾਂਗੇ ਉਹਨਾਂ ਨੇ ਮੈਨੂੰ ਕੰਮ ਤੇ ਰੱਖ ਲਿਆ ਹੁਣ ਮੈਂ ਜਿੱਦਾਂ ਹੁਣ ਮੈਂ ਕੰਮ ਕਰਦੀ ਆਂਗੀ ਗਰੋਸਰੀ ਸ਼ਾਪ ਆ ਜਿਹੜੀ ਉੱਥੇ ਮੈਂ ਕੰਮ ਕਰਦੀ ਆਂ ਚਲੋ ਦੇਰ ਨਾਲ ਸਹੀ ਪਰ ਮੈਂ ਜਿੱਥੇ ਕੰਮ ਕਰਦੀ ਆਂ ਮੈਨੂੰ ਬਹੁਤ ਰਿਸਪੈਕਟ ਮਿਲਦੀ ਆ ਬਹੁਤ ਮਾਣ ਮਿਲਦਾਗਾ ਤੇ ਬਹੁਤ ਵਧੀਆ ਨੇਗੇ ਉਹ ਤੇ ਹੁਣ ਥੋੜਾ ਜਿਹਾ ਲਾਈਫ ਕਿਤੇ ਜਾ ਕੇ ਇੰਨੇ ਮਹੀਨਿਆਂ ਬਾਅਦ ਲਾਈਫ ਥੋੜੀ ਸੈੱਟ ਹੋਈ ਹੈਗੀ ਤੇ ਸੋ ਤੁਸੀਂ ਸੋਚਦੇ ਹੋਵੋਗੇ ਵੀ ਹਰਜੀਤ ਇਹ ਗੱਲਾਂ ਪਤਾ ਨਹੀਂ ਕਿਉਂ ਦੱਸੀ ਜਾਂਦੀ ਆ ਕਿਉਂ ਸਾਡੇ ਨਾਲ ਸ਼ੇਅਰ ਕਰੀ ਜਾਂਦੀ ਆ ਪਤਾ ਨਹੀਂ ਉਹਨੇ ਪਬਲਿਸਿਟੀ ਲੈਣੀ ਆ ਪਤਾ ਨਹੀਂ ਉਹਨੇ ਲਾਈਕ ਵਧਾਉਣੇ ਆ ਪਤਾ ਨਹੀਂ ਉਹਨੇ ਕਮੈਂਟ ਵਧਾਉਣੇ ਆ ਨਹੀਂ ਵੀਰੋ ਮੈਂ ਇਸ ਲਈ ਤੁਹਾਨੂੰ ਗੱਲਾਂ ਨਹੀਂ ਦੱਸਦੀ ਮੈਂ ਤੁਹਾਨੂੰ ਇਸ ਲਈ ਗੱਲਾਂ ਦੱਸਦੀਆਂ ਜਿਹੜੇ ਲੋਕੀ ਆਪਣੀਆਂ ਕੱਲੀਆਂ ਕੁੜੀਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਭੇਜਦੇ ਨੇ ਅਨਮੈਰਿਡ ਕੁੜੀਆਂ ਜਿਹੜੀਆਂ ਸਾਡੀਆਂ ਭੈਣਾਂ ਕਹਿੰਦੀਆਂ ਨੇ ਨਾ ਅਸੀਂ ਅਨਮੈਰਿਡਾਂ ਅਸੀਂ ਬਾਹਰ ਚੱਲ ਜਾਾਂਗੇ ਅਸੀਂ ਬਾਹਰ ਜਾ ਕੇ ਆਹ ਕਰ ਲਾਂਗੇ ਅਸੀਂ ਬਾਹਰ ਜਾ ਕੇ ਆਹ ਕਰ ਲਾਂਗੇ ਇਹ ਵੀਡੀਓ ਉਹਨਾਂ ਕੁੜੀਆਂ ਲਈ ਆ ਮੇਰੇ ਨਾਲ 2 4 ਵੀਰ 5 ਵੀਰ 10 ਵੀਰ ਜੁੜੇ ਹੋਏ ਸੀ ਜਿਨ੍ਹਾਂ ਦਾ ਮੈਨੂੰ ਸਹਾਰਾ ਸੀ ਕਿ ਮੈਂ ਇਹ ਕੰਟਰੀ ਦੇ ਵਿੱਚ ਭੁੱਖੀ ਨਹੀਂ ਮਰਾਂਗੀ ਮੈਂ ਉਹਨਾਂ ਦੇ ਸਿਰ ਤੇ ਹੌਂਸਲਾ ਸੀ ਪਰ ਜਿਹੜੀਆਂ ਕੁੜੀਆਂ ਦਾ ਕੋਈ ਵੀ ਨਹੀਂ ਹੁੰਦਾ ਹਾਲਾਤ ਜਿੱਦਾਂ ਕਰੋਨਾ ਨੇ ਹਾਲਾਤ ਇੰਨੇ ਮਾੜੇ ਬਣਾਤੇ ਜੇ ਇੱਥੇ ਤੁਹਾਡਾ ਕੋਈ ਵੀ ਨਹੀਂ ਹੋਊਗਾ ਤਾਂ ਤੁਹਾਡਾ ਕੀ ਹੋਊਗਾ ਇਹ ਵੀਡੀਓ ਉਹਨਾਂ ਮਾਪੇ ਪਾਪਾ ਨੂੰ ਇੱਕ ਮੈਸੇਜ ਆ ਕਿ ਕੱਲੀਆਂ ਕੁੜੀਆਂ ਨੂੰ ਮਾਪੇ ਨਾ ਭੇਜਣ ਬਾਹਰ ਜੇ ਭੇਜਣਾ ਆ ਤਾਂ ਆਪਣੀਆਂ ਕੁੜੀਆਂ ਨੂੰ ਵਿਆਹ ਕਰਕੇ ਭੇਜੋ ਤਾਂ ਕਿ ਉਹਨਾਂ ਨੂੰ ਇੰਨਾ ਤਾਂ ਹੌਸਲਾ ਰਹੂਗਾ ਕਿ ਸਾਡਾ ਹਸਬੈਂਡ ਸਾਡੇ ਨਾਲ ਹੈਗਾ ਕੋਈ ਔਖਾ ਟਾਈਮ ਆਉਂਦਾ ਤਾਂ ਹਸਬੈਂਡ ਸਾਥ ਤਾਂ ਦੇ ਦੂਗਾ ਕਿਉਂਕਿ ਇਸ ਦੁਨੀਆ ਇਸ ਦੇਸ਼ਾਂ ਦੇ ਵਿੱਚ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਜੇ ਕੱਲੀਆਂ ਕੁੜੀਆਂ ਪਹਿਲਾਂ ਮੈਂ ਵੀ ਜਿੱਦਾਂ ਮੈਂ ਵੀ ਇੱਕ ਕੁੜੀਆ ਮੈਂ ਵੀ ਇਹ ਸੋਚਦੀ ਸੀ ਮੈਂ ਕੱਲੀ ਪਹਿਲਾਂ ਮੈਂ ਅਨਮੈਰਿਡ ਸੀਗੀ ਹਨਾ ਮੈਂ ਸੋਚਦੀ ਸੀ ਮੈਂ ਕੱਲੀ ਬਾਹਰ ਚੱਲ ਜਾ ਬਾਹਰ ਚੱਲ ਜਾ ਨਾ ਵੀ ਮੈਂ ਕੱਲੀ ਨਹੀਂ ਜਾਣਾ ਕੱਲੀ ਨਹੀਂ ਜਾਣਾ ਪਰ ਜਦੋਂ ਇੱਥੇ ਕੱਲੀਆਂ ਕੁੜੀਆਂ ਆਉਂਦੀਆਂ ਨੇ ਨਾ ਤਾਂ ਉਦੋਂ ਇਹ ਇਹੀ ਸੋਚਦੀਆਂ ਨੇ ਪਹਿਲਾਂ ਤਾਂ ਕੱਲੀਆਂ ਆ ਜਾਂਦੀਆਂ ਨੇ ਇੰਡੀਆ ਤੋਂ ਪਰ ਜਦੋਂ ਇੱਥੇ ਆ ਕੇ ਉਹਨਾਂ ਨੂੰ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਤਾਂ ਹਮੇਸ਼ਾ ਉਹ ਇਹ ਕਹਿੰਦੀਆਂ ਨੇ ਵੀ ਅਸੀਂ ਵਿਆਹ ਕਿਉਂ ਨਾ ਕਰਾ ਕੇ ਆਈਆਂ ਨਾ ਉਹ ਇੰਡੀਆ ਮੋੜਨ ਜੋਗੀਆਂ ਹੁੰਦੀਆਂ ਨੇਗੀਆਂ ਨਾ ਉਹ ਇੱਥੇ ਰਹਿਣਾ ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ ਹਾਂ ਜਿਨ੍ਹਾਂ ਦੇ ਮਾਪੇ-ਬਾਪਾਂ ਕੋਲ ਜਾਦਾ ਪੈਸਾ ਆ ਜਾਂ ਜਿਆਦਾ ਅਮੀਰ ਨੇ ਉਹਨਾਂ ਲਈ ਤਾਂ ਕੋਈ ਔਖਾ ਨਹੀਂ ਕਿਉਂਕਿ ਇੰਡੀਆ ਤੋਂ ਪੈਸੇ ਭੇਜੀ ਜਾਣਗੇ ਪਰ ਜਿਹੜੇ ਸਟੂਡੈਂਟ ਕਰ ਜਾ ਚੱਕ-ਚੱਕ ਆਉਂਦੇ ਨੇ ਕੁੜੀਆਂ ਜਿਹੜੀਆਂ ਕਹਿੰਦੀਆਂ ਅਸੀਂ ਇਕੱਲੀਆਂ ਜਾਵਾਂਗੇ ਮਾਪੇ-ਬਾਪ ਕਹਿੰਦੇ ਨੇ ਅਸੀਂ ਇਕੱਲੀਆਂ ਕੁੜੀਆਂ ਨੂੰ ਉਤਾਰਾਂਗੇ ਉਹਨਾਂ ਲਈ ਬਹੁਤ ਔਖਾ ਖਾਸ ਤੌਰ ਤੇ ਇੰਗਲੈਂਡ ਕੰਟਰੀ ਦੇ ਵਿੱਚ ਕਿਉਂਕਿ ਮੈਂ ਐਕਸਪੀਰੀਅੰਸ ਕੀਤਾ ਬਾਕੀ ਕੰਟਰੀਆਂ ਦਾ ਮੈਨੂੰ ਨਹੀਂ ਪਤਾ ਬਹੁਤ ਬਹੁਤ ਔਕੜਾਂ ਨੇ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਮੇਰੇ ਨਾਲ ਦੋ ਚਾਰ ਵੀਰ ਜੁੜੇ ਹੋਏ ਸੀ ਮੈਨੂੰ ਚਲ ਉਹਨਾਂ ਦਾ ਹੌਸਲਾ ਸੀਗਾ ਹਨਾ ਵੀ ਵੀ ਮੈਨੂੰ ਚਲ ਮੈਂ ਇੱਥੇ ਰਹਿ ਸਕਦੀ ਆਂਗੀ ਹਨਾ ਹੋਰ ਹੋਰ ਨਹੀਂ ਤਾਂ ਮਤਲਬ ਕਰ ਲੂੰਗੀ ਸੈਟਿੰਗ ਪਰ ਜਿਹੜੀਆਂ ਕੁੜੀਆਂ ਦੇ ਇੱਥੇ ਕੋਈ ਵੀ ਨਹੀਂ ਨਾ ਹੁੰਦਾ ਉਹਨਾਂ ਨੂੰ ਵੀਰੇ ਬਹੁਤ ਔਖਾ ਹੁਣ ਜਿੱਦਾਂ ਮੈਂ ਸੋਸ਼ਲ ਮੀਡੀਆ ਤੇ ਪਾਉਂਦੀ ਸੀਗੀ ਵੀ ਸੈਚਰਡੇ ਸੰਡੇ ਅਸੀਂ ਗਰੋਸਰੀ ਗਰੋਸਰੀ ਦੀ ਹੈਲਪ ਕਰਦੇ ਆ ਕੁੜੀਆਂ ਦੀ ਤਾਂ ਮੈਨੂੰ ਬਹੁਤ ਸਟੂਡੈਂਟ ਕੁੜੀਆਂ ਜਿਹੜੀਆਂ ਆਪਣੀਆਂ ਨਵੀਆਂ ਆਈਆਂ ਸੀ ਉਹਨਾਂ ਦੇ ਮੈਸੇਜ ਆਉਂਦੇ ਆ ਹਰ ਰੋਜ਼ ਮੈਸੇਜ ਆਉਂਦੇ ਆ ਕੁੜੀਆਂ ਰੋ ਰੋ ਕੇ ਮੈਸੇਜ ਕਰਦੀਆਂ ਨੇ ਰਿਕਾਰਡਿੰਗਾਂ ਵੀ ਮੇਰੇ ਕੋਲ ਪਈਆਂ ਨੇ ਕੱਲੀਆਂ ਕੁੜੀਆਂ ਆ ਗਈਆਂ ਕੰਮ ਉਹਨਾਂ ਨੂੰ ਮਿਲੇ ਨਹੀਂ ਵਿਚਾਰੀਆਂ ਕੋਲੋਂ ਰੈਂਟ ਨਿਕਲਦੇ ਨਹੀਂ ਪਏ ਤਾ ਮੈਨੂੰ ਹਰ ਰੋਜ਼ ਫੋਨ ਕਰਦੀਆਂ ਨੇ ਦੀਦੀ ਸਾਡੀ ਰੈਂਟ ਦੀ ਹੈਲਪ ਕਰ ਦੋ ਦੀਦੀ ਸਾਡੀ ਆ ਹੈਲਪ ਕਰ ਦੋ ਦੀਦੀ ਸੋਡੀ ਆ ਹੈਲਪ ਕਰ ਦੋ ਬਹੁਤ ਕੁੜੀਆਂ ਰੋਂਦੀਆਂ ਨੇ ਇੱਥੇ ਸੋ ਇਹੀ ਮੈਸੇਜ ਆ ਜਿਹੜੇ ਬੱਚੇ ਬਾਹਰ ਆਉਣਾ ਚਾਹੁੰਦੇ ਆ ਆਓ ਬਹੁਤ ਵਧੀਆ ਕੰਟਰੀਆਂ ਨੇ ਰੂਲ ਬਹੁਤ ਵਧੀਆ ਨੇ ਤੁਹਾਨੂੰ ਤੁਹਾਨੂੰ ਇੱਕ ਮਤਲਬ ਜ਼ਿੰਦਗੀ ਦਾ ਮਕਸਦ ਮਿਲ ਜਾਂਦਾ ਕਿ ਤੁਸੀਂ ਕਾਮਯਾਬ ਹੋ ਸਕਦੇ ਹੋ ਤੁਸੀਂ ਜੇ ਮਿਹਨਤ ਕਰੋਗੇ ਤਾਂ ਤੁਹਾਡੀ ਮਿਹਨਤ ਦਾ ਮੁੱਲ ਪੈਣਾ ਆ ਇਹਨਾਂ ਕਹੇਗਾ ਪਰ ਕੱਲੀਆਂ ਕੁੜੀਆਂ ਨਾ ਆਉਣ ਜਿਹੜੀਆਂ ਕੱਲੀਆਂ ਕੁੜੀਆਂ ਆਉਣਾ ਚਾਹੁੰਦੀਆਂ ਨੇ ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਆ ਕੁੜੀਆਂ ਨੂੰ ਭੇਜੋ ਪਰ ਵਿਆਹ ਕਰਕੇ ਭੇਜੋ ਕੱਲੀਆਂ ਕੁੜੀਆਂ ਨੂੰ ਨਾ ਭੇਜੋ ਇਹਨਾਂ ਕੰਟਰੀਆਂ ਦੇ ਵਿੱਚ ਬਹੁਤ ਔਖਾ ਬਹੁਤ ਸਟਰਗਲ ਆਗੀ ਕਿਉਂਕਿ ਕਿਉਂਕਿ ਫਿਰ ਕੁੜੀਆਂ ਇਹ ਵੀ ਨਹੀਂ ਦੱਸ ਸਕਦੀਆਂ ਆਪਣੇ ਪੇਰੈਂਟਸ ਨੂੰ ਉਹਨਾਂ ਨੇ ਕਰਜਾ ਚੱਕ ਕੇ ਵਿਚਾਰਿਆਂ ਨੂੰ ਭੇਜਿਆ ਹੁੰਦਾ ਇਹ ਵੀ ਨਹੀਂ ਦੱਸ ਸਕਦੀਆਂ ਕਿ ਅਸੀਂ ਕਿਹੜੀਆਂ ਪ੍ਰੋਬਲਮਾਂ ਫੇਸ ਕਰਦੀਆਂ ਅਸੀਂ ਕਿਹੜੇ ਦੁੱਖ ਫੇਸ ਕਰਦੀਆਂ ਨਹੀਂ ਦੱਸ ਸਕਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸਾਡੇ ਪੇਰੈਂਟਸ ਨੇ ਸਾਨੂੰ ਪਹਿਲਾਂ ਹੀ ਮਸਾ ਭੇਜਿਆ ਜੇ ਅਸੀਂ ਦੱਸਾਂਗੇ ਤਾਂ ਉਹਨਾਂ ਨੂੰ ਹੋਰ ਵੀ ਦੁੱਖ ਹੋਣਾ ਪਰ ਉਹ ਕਰ ਵੀ ਕੁਝ ਨਹੀਂ ਸਕਦੇ ਉਹ ਐਡੀ ਦੂਰ ਬੈਠੇ ਨੇ ਸਾਡੇ ਪੇਰੈਂਟਸ ਸੋ ਅੱਜ ਦੀ ਮੇਰੀ ਵੀਡੀਓ ਐਸ ਲਈ ਸੀਗੀ ਇੰਗਲੈਂਡ ਕੰਟਰੀ ਦੇ ਵਿੱਚ ਹੁਣ ਤੁਸੀਂ ਇਹ ਦੇਖੋ ਬਹੁਤ ਵੱਡੇ ਸੁਪਨੇ ਲੈ ਕੇ ਆਈ ਸੀ ਮੈਂ ਬਹੁਤ ਮਤਲਬ ਇਹ ਸੋਚਿਆ ਸੀਗਾ ਕਿ ਮੈਂ ਹੁਣ ਜਿੱਦਾਂ ਮੇਰੇ ਹਸਬੰਡ ਮੇਰੇ ਨਾਲ ਹਜੇ ਨਹੀਂ ਆਏ ਕਿਉਂਕਿ ਵੀਜ਼ਾ ਨਹੀਂ ਲੱਗਿਆ ਸੀਗਾ ਨਾਲ ਤੇ ਮੈਂ ਪਤਾ ਕੀ ਸੋਚਿਆ ਸੀ ਮੈਂ ਸੋਚਿਆ ਸੀ ਚਲੋ ਇੰਗਲੈਂਡ ਚਲੀ ਜਾਵਾਂਗੀ ਉੱਥੇ ਜਾ ਕੇ ਮੈਂ ਆਪਣੀ ਵਧੀਆ ਸਟੱਡੀ ਕਰੂੰਗੀ ਸਟੱਡੀ ਕਰੂੰਗੀ ਤੇ ਸਟੱਡੀ ਕਰਨ ਤੋਂ ਬਾਅਦ ਮੈਂ ਉੱਥੇ ਕੰਮ ਵੀ ਕਰੂੰਗੀ ਤੇ ਇੱਕ ਵਾਰ ਜਿੰਨੇ ਪੈਸੇ ਮੇਰੇ ਤੇ ਮੇਰੇ ਘਰਦਿਆਂ ਨੇ ਲਾ ਕੇ ਕਰਜ਼ਾ ਚੱਕ ਕੇ ਭੇਜਿਆ ਉਹ ਮੈਂ ਪੈਸੇ ਮੋੜ ਦੂੰਗੀ ਜਦ ਮੈਂ ਪੈਸੇ ਮੋੜ ਤੇ ਤੇ ਫਿਰ ਮੈਂ ਸੋਸ਼ਲ ਵਰਕ ਕਰੂੰਗੀ ਜਿਹੜੇ ਮੈਂ ਆਪਣਾ ਪੰਜਾਬ ਦੇ ਵਿੱਚ ਹਨਾ ਆਪਣੇ ਪਿੰਡ ਦੇ ਵਿੱਚ ਲਾ ਲਉ ਆਪਣੇ ਸ਼ਹਿਰ ਦੇ ਵਿੱਚ ਲਾ ਲਉ ਜਿਹੜੇ ਕੰਮ ਸੋਚੇ ਹੋਏ ਸੀ ਵੀ ਮੈਂ ਆਹ ਕੰਮ ਕਰਨੇ ਨੇ ਆਹ ਲੋਕਾਂ ਦੀ ਮੈਂ ਹੈਲਪ ਕਰਨੀ ਆ ਜਿਹੜੇ ਮੈਂ ਸਪਨੇ ਲੈ ਕੇ ਆਈ ਸੀ ਵੀ ਮੈਂ ਉਹਨਾਂ ਲਈ ਪੈਸਾ ਕਮਾਉਣਾ ਉਹਨਾਂ ਦੀ ਹੈਲਪ ਕਰਨੀ ਆ ਹਨਾ ਤੇ ਉਹ ਸਾਰੇ ਸਪਨੇ ਮੇਰੇ ਚੂਰਾ ਚੂਰ ਹੋ ਗਏ ਹਜੇ ਤਾਂ ਸ਼ੁਰੂਆਤ ਆ ਅੱਗੇ ਪਤਾ ਨਹੀਂ ਕੀ ਹੋਣਾ ਸਾਢੇ 12 ਲੱਖ ਸਾਲ ਦੀ ਫੀਸ ਆ 7 ਲੱਖ ਰੁਪਏ ਭਰ ਕੇ ਆਈ ਸੀ ਇੱਕ ਸਾਲ ਦੇ ਵਿੱਚ ਦੂਜੇ ਪੈਸੇ ਪੂਰੇ ਕਰਨੇ ਸੀ 4 ਲੱਖ 4 ਲੱਖ ਰੁਪਏ ਮੇਰਾ 4.5 4.5 ਲੱਖ ਰੁਪਏ ਮੇਰਾ ਹੁਣ ਮੈਂ ਭਰਨਾਗਾ ਉਹ ਇਸੇ ਸਾਲ ਦੇ ਵਿੱਚ ਇੰਡੀਆ ਦਾ 4.5 ਲੱਖ ਇੱਥੇ ਦਾ 4 4000 45000 ਪਾਉਂਡ ਮੈਂ ਦੇਣਾ ਆ ਮੇਰੀ ਯੂਨੀਵਰਸਿਟੀ ਨੂੰ ਕਿੱਥੋਂ ਦੇ ਦੂੰਗੀ ਕਰੋਨਾ ਕਰਕੇ ਕੰਮ ਸਾਰੇ ਬੰਦ ਹੋ ਗਏ ਜਿਹੜੇ ਜਿਹੜਾ ਕੰਮ ਮਿਲਿਆ ਆ ਉਹ ਤੋਂ ਗੁਜ਼ਾਰੀ ਹੋਣਾਗਾ ਕੱਲੀ ਕੁੜੀ ਫੀਸਾਂ ਕੱਢੂਗੀ ਜਾਂ ਕਰਜ਼ਾ ਮੋੜੂਗੀ ਜਾਂ ਫਿਰ ਅਬ ਦਾ ਕੁਝ ਬਣਾਉਗੀ ਜਾਂ ਕੀ ਕਰੂਗੀ ਕੱਲੀਆਂ ਕੁੜੀਆਂ ਤੋਂ ਫੀਸਾਂ ਕੱਢਣੀਆਂ ਬਹੁਤ ਔਖੀਆਂ ਨੇ ਫੀਸਾਂ ਨਹੀਂ ਨਿਕਲਦੀਆਂ ਇੱਥੇ ਜਿਹੜੇ ਬੱਚੇ ਇੰਗਲੈਂਡ ਇੰਗਲੈਂਡ ਨੇ ਹੁਣ ਵੀਜ਼ੇ ਖੋਲੇ ਐ ਆਓ ਮੋਸਟ ਵੈਲਕਮ ਆਓ ਪਰ ਇਹ ਸਾਰੀਆਂ ਚੀਜ਼ਾਂ ਦੇਖ ਕੇ ਆਓ ਤੁਸੀਂ ਫੀਸਾਂ ਕਿਵੇਂ ਕੱਢਣੀਆਂ ਨੇ ਤੁਸੀਂ ਰਹਿਣਾ ਕਿਵੇਂ ਆ ਕੱਲੀਆਂ ਕੁੜੀਆਂ ਨਾ ਆਓ ਜੇ ਆਉਣਾ ਤਾਂ ਵਿਆਹ ਕਰਾ ਕੇ ਆਓ ਜਾਂ ਫਿਰ ਕੋਈ ਮੁੰਡਾ ਇੱਥੇ ਦੇਖ ਕੇ ਰੱਖੋ ਆਪਦਾ ਇੰਗਲੈਂਡ ਦੇ ਵਿੱਚ ਇੰਡੀਆ ਤੋਂ ਆਓ ਇੱਥੇ ਆ ਕੇ ਵਿਆਹ ਕਰਾਓ ਆਪਦੀ ਜ਼ਿੰਦਗੀ ਸੈੱਟ ਕਰੋ ਜੇ ਤੁਸੀਂ ਪੜੋਗੇ ਤਾਂ ਤੁਹਾਡੇ ਹਸਬੰਡ ਨੇ ਪੈਸੇ ਕਮਾਉਣੇ ਨੇ ਤੁਹਾਡੀਆਂ ਫੀਸਾਂ ਲੈ ਜਾਣੀਆਂ ਨੇ ਹੁਣ ਇੰਡੀਆ ਦਾ 4.5 ਲੱਖ ਫੀਸ ਦੇਣੀ ਆ ਕੁਛ ਸਪਟੰਬਰ ਦੇ ਵਿੱਚ ਦੇਣੀ ਆ ਕੁਛ ਦਸੰਬਰ ਦੇ ਵਿੱਚ ਦੇਣੀ ਆ ਕੁਛ ਨੀਂਗਾ ਕੋਲੇ ਕਿੱਥੋਂ ਦਵੂੰਗੀ ਨਹੀਂ ਦਵੂੰਗੀ ਜੇ ਨਾ ਦਿੱਤੀ ਤਾਂ 2 ਨੰਬਰ 'ਚ ਰਹਿਣਾ ਪਊਗਾ ਜੇ ਨਾ ਦਿੱਤੀ ਫੀਸ ਤਾਂ ਮੈਂ ਆਪਣੇ ਹਸਬੈਂਡ ਨੂੰ ਇੰਡੀਆ ਤੋਂ ਨਹੀਂ ਬੁਲਾ ਸਕਦੀ ਕਿਉਂਕਿ ਯੂਨੀਵਰਸਿਟੀ ਨੇ ਮੈਨੂੰ ਲੈਟਰ ਹੀ ਨਹੀਂ ਦੇਣਾ ਵੀ ਤੋਂ ਆਪਣੇ ਹਸਬੈਂਡ ਨੂੰ ਬੁਲਾ ਲਾ ਜੇ ਫੀਸ ਦੇਤੀ ਮੰਨ ਲਓ ਮੈਂ ਪੈਸੇ ਕਮਾ ਲਏ ਹੁਣ ਮੈਨੂੰ ਜੋਬ ਮਿਲ ਗਈ ਹੈ ਹਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਨੂੰ ਜੋਬ ਮਿਲ ਗਈ ਚਲ ਮੈਂ ਪੈਸੇ ਕਮਾ ਵੀ ਲਈ ਮੈਂ ਯੂਨੀਵਰਸਿਟੀ ਨੂੰ ਭਰ ਦੂੰਗੀ ਨਾ ਤਾਂ ਮੈਂ ਆਪਣਾ ਕਰਜ਼ਾ ਮੋੜ ਸਕਦੀ ਆ। ਨਾ ਮੈਂ ਆਪਣੇ ਕੋਲ ਕੋਈ ਸੇਵਿੰਗ ਕਰ ਸਕਦੀ ਆ ਵੀ ਮੈਂ ਕੋਈ ਐਮਰਜੈਂਸੀ ਪੈਸਾ ਬਰਤ ਲੂੰਗੀ। ਉਹ ਵੀ ਨਹੀਂ ਕਰ ਸਕਦੀ ਮੈਂ। ਪਹਿਲੀ ਗੱਲ ਤਾਂ ਨਿਕਲਣ ਗਈ ਨਹੀਂ ਫੀਸਾਂ ਕਿੱਥੋਂ ਨਿਕਲਦੀਆਂ? ਰੈਂਟ ਹੀ ਨਿਕਲਦਾ। ਕਵਚਨ ਹੀ ਨਿਕਲਦਾ, ਕਵਚਨ ਹੀ ਬਚਦਾ। ਕਿਉਂਕਿ ਹਜੇ ਕੰਮ ਇੰਨੇ ਨਹੀਂ ਚੱਲੇ। ਆ ਕੰਮ ਚੱਲੇ ਆ ਥੋੜੇ-ਬਹੁਤੇ ਕੰਮ ਚੱਲੇ ਆ। ਕੋਈ ਇਹ ਮੈਸੇਜ ਮੇਰਾ ਉਹਨਾਂ ਲਈ ਆ ਜਿਹੜੀਆਂ ਕੁੜੀਆਂ ਬਾਹਰ ਹੋਣਾ ਚਾਹੁੰਦੀਆਂ ਆ ਜਿਹੜੀਆਂ ਕਹਿੰਦੀਆਂ ਨੇ ਸਾਨੂੰ ਇੱਕ ਵਾਰ ਭੇਜੋ ਬਸ ਅਸੀਂ ਬਾਹਰ ਜਾ ਕੇ ਅਸੀਂ ਆਹ ਕਰ ਲਾਂਗੇ ਅਸੀਂ ਆਹ ਕਰ ਲਾਂਗੇ ਇਹ ਗੱਲਾਂ ਨਾ ਜਦੋਂ ਆਪਾਂ ਇੰਡੀਆ ਹੁੰਨੇ ਆ ਉਦੋਂ ਹੀ ਹੁੰਦੀਆਂ ਆ ਵੀ ਹਾਂ ਅਸੀਂ ਆਹ ਕਰ ਲਾਂਗੇ ਅਸੀਂ ਆਹ ਕਰ ਲਾਂਗੇ ਅਸੀਂ ਐ ਕਰ ਲਾਂਗੇ ਮੈਨੂੰ ਵੀ ਬਹੁਤ ਸੀਗਾ ਮੈਂ ਖੁਦ ਉਹਨਾਂ ਜਿੱਕਿਆਂ ਪਰ ਮੈਂ ਇੱਥੇ ਆ ਕੇ ਐਕਸਪੀਰੀਅੰਸ ਦੇਖਿਆ ਕੋਈ ਨਹੀਂ ਕਿਸੇ ਦਾ ਸਾਥ ਦਿੰਦਾ ਲੋਕੀ ਵੀ ਕਹੀ ਇਹੋ ਜਿਹੇ ਨੇ ਜਿਹੜੇ ਦੇਖਦੇ ਨੇ ਵੀ ਇਹ ਕੁੜੀਆਂ ਦੀ ਮਜਬੂਰੀ ਆ ਮਜਬੂਰੀਆਂ ਦਾ ਫਾਇਦਾ ਚੱਕਦੇ ਨੇ ਲੋਕੀ ਜੋ ਕੁੜੀਆਂ ਨੇ ਨਾ ਆਪਣੇ ਪੇਰੈਂਟਸ ਨੂੰ ਫੋਨ ਕਰਕੇ ਦੱਸ ਨਹੀਂ ਸਕਦੀਆਂ ਆਪਣੀਆਂ ਮਜਬੂਰੀਆਂ ਪੇਰੈਂਟਸ ਜੇ ਐਨੇ ਅਮੀਰ ਹੁੰਦੇ ਤਾਂ ਇਨ੍ਹਾਂ ਕੰਟਰੀਆਂ ਚ ਕਰਜ਼ਾ ਚੱਕ ਕੇ ਕਿਉਂ ਭੇਜਦੇ ਕੁੜੀਆਂ ਦੀਆਂ ਆ ਕੇ ਬਹੁਤ ਤਰ੍ਹਾਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਨੇ ਕੰਟਰੀਆਂ ਦੇ ਵਿੱਚ ਆਪਣੀਆਂ ਜ਼ਿੰਦਗੀਆਂ ਖਰਾਬ ਕਰ ਲੈਂਦੀਆਂ ਨੇ ਕੁੜੀਆਂ ਹੁਣ ਜਿਹੜੀਆਂ ਕਈ ਕੁੜੀਆਂ ਆਈਆਂ ਨੇ ਹਨਾ ਵਿਚਾਰੀਆਂ ਪੁਛਤਾਉਂਦੀਆਂ ਨੇ ਵੀ ਅਸੀਂ ਵਿਆਹ ਕਿਉਂ ਨਹੀਂ ਕਰਾ ਕੇ ਆਈਆਂ ਵੀ ਵਿਆਹ ਕਰਾ ਕੇ ਆਉਣੇ ਸੀਗੇ ਇੱਥੇ ਆ ਕੇ ਪੁਛਤਾਵਾ ਹੁੰਦਾ ਜਦੋਂ ਇਹੋ ਜਿਹੇ ਹਾਲਾਤ ਬਣਦੇ ਨੇ ਆਓ ਜੀ ਸਦਕੇ ਆਓ ਕੰਟਰੀਆਂ ਬਹੁਤ ਸੋਹਣੀਆਂ ਨੇ ਬਹੁਤ ਇੱਥੇ ਦੇ ਰੂਲ ਰੈਗੂਲੇਸ਼ਨ ਚੰਗੇ ਆ ਇੱਥੇ ਦੀਆਂ ਸਰਕਾਰਾਂ ਚੰਗੀਆਂ ਨੇ ਇੱਥੇ ਸਾਰਾ ਕੁਝ ਚੰਗਾ ਪਰ ਵਿਆਹ ਕਰਾ ਕੇ ਆਓ ਇਸ ਲਈ ਅੱਜ ਦੀ ਮੈਂ ਵੀਡੀਓ ਹੈ ਜਿਹੜੀ ਇਸ ਲਈ ਪਾ ਰਹੀ ਆ ਬਾਹਰਲੇ ਮੁਲਕਾਂ ਦਾ ਭੂਤ ਹਰ ਇੱਕ ਨੂੰ ਸਵਾਰ ਹੁੰਦਾ ਮੈਨੂੰ ਵੀ ਸੀ ਮੈਂ ਵੀ ਉਹਨਾਂ ਚ ਇੱਕ ਸੀ ਇੱਥੇ ਆ ਕੇ ਇੰਗਲੈਂਡ 'ਚ ਖਾਸ ਤੌਰ ਤੇ ਫੀਸਾਂ ਕੱਢਣੀਆਂ ਬਹੁਤ ਔਖੀਆਂ ਆ। ਹੁਣ ਤਾਂ ਵੈਸੇ ਹੀ ਕੋਰੋਨਾ ਆ ਗਿਆ। ਚਲੋ 4 ਲੱਖ ਮੰਨ ਲਓ ਮੈਂ ਇਹ ਸਾਲ ਦਾ ਭਰ ਦੂੰਗੀ। ਅਗਲਾ ਸਾਲ ਫੇਰ ਆ ਗਿਆ। ਅਗਲੇ ਸਾਲ ਦੀ ਫੇਰ 12.5 ਲੱਖ ਫੀਸ ਆ। ਦਸੰਬਰ ਤੱਕ ਇਹ ਸਾਲ ਪੂਰਾ ਹੋ ਦਸੰਬਰ ਤੋਂ ਬਾਅਦ 12.5 ਲੱਖ ਫੇਰ ਫੀਸ ਆ ਗਈ। ਉਦੋਂ ਬਾਅਦ 12.5 ਲੱਖ ਫੇਰ ਫੀਸ ਆ ਗਈ। 35 ਲੱਖ ਰੁਪਈਆ ਮੇਰੇ ਇਕੱਲੇ ਕੋਰਸ ਦੀ ਫੀਸ ਹੈ। ਕੱਲੀ ਕੁੜੀ ਕਰਜ਼ਾ ਮੋੜੂਗੀ ਜਾਂ ਫੀਸ ਕੱਢੂਗੀ ਕੀ ਕਰੂਗੀ ਮਾਪੇ ਅੱਖਾਂ ਮੀਚ ਕੇ ਕੁੜੀਆਂ ਨੂੰ ਜਿਹੜੇ ਬਾਹਰ ਭੇਜ ਦਿਆ ਉਹਦਾ ਮੈਂ ਐਕਸਪੀਰੀਅੰਸ ਕਰਕੇ ਦੇਖ ਲਿਆ ਮਾਪਿਆਂ ਨੂੰ ਬੇਨਤੀ ਆਪਣੇ ਬੱਚਿਆਂ ਨੂੰ ਭੇਜੋ ਜ਼ਰੂਰ ਭੇਜੋ ਪਰ ਕੁੜੀਆਂ ਦੇ ਵਿਆਹ ਕਰਕੇ ਭੇਜੋ ਇੰਨੀ ਕੁ ਮੇਰੀ ਬੇਨਤੀ ਆ ਉਹਨਾਂ ਦੇ ਹਸਬੰਦ ਨਾਲ ਆਉਣ ਤਾਂ ਕਿ ਚਲੋ ਉਹਨਾਂ ਨੂੰ ਹੌਸਲਾ ਹੋਵੇ ਮੈਂ ਫੇਰ ਵੀ ਇੱਕ ਸਟਰੋਂਗ ਤੁਸੀਂ ਕੁੜੀ ਕਹਿ ਸਕਦੇ ਹੋ ਥੋੜੀ ਸਟਰੋਂਗ ਆ ਥੋੜਾ ਮੈਨੂੰ ਤੁਹਾਡੇ ਸਾਰਿਆਂ ਦਾ ਸਾਥ ਆ ਥੋੜੇ ਲੋਕੀ ਥੋੜੇ ਵੀਰ ਥੋੜੇ ਭੈਣਾਂ ਇੱਥੇ ਜੁੜੀਆਂ ਹੋਈਆਂ ਨੇ ਸਾਬੀ ਵੀਰ ਮੇਰਾ ਉਹਨਾਂ ਦਾ ਤਾਂ ਮੈਂ ਦੇਣਾ ਹੀ ਨਹੀਂ ਦੇ ਸਕਦੀ ਇੰਨਾ ਹੌਸਲਾ ਹੋਇਆ ਇੰਗਲੈਂਡ 'ਚ ਪਤਾ ਆ ਤੁਹਾਨੂੰ ਕੋਈ ਵੀ ਮੈਨੂੰ ਪ੍ਰੋਬਲਮ ਆ ਗਈ ਮੈਂ ਫੋਨ ਕਰ ਦੂੰਗੀ ਇੱਕ ਆਪਣੀ ਫੈਮਲੀ ਫੈਮਲੀ ਦਾ ਮੈਂਬਰ ਉਹ ਭਰਾ ਨੇ ਮੈਨੂੰ ਸਮਝਿਆ ਉਹਦੇ ਹੌਸਲੇ ਕਰਕੇ ਮੈਂ ਸ਼ਾਇਦ ਸਟਰਗਲ ਤਾਂ ਕਰ ਰਹੀ ਆ ਇੱਕ ਸਹਾਰਾ ਪਿੱਛੇ ਵੀ ਮੇਰਾ ਭਰਾ ਹੈਗਾ ਕੋਈ ਹੋਰ ਵੀ ਵੀਰ ਨੇ ਹੋਰ ਵੀ ਹੈਗੇ ਉਹ ਵੀ ਜੁੜੇ ਹੋਏ ਆ ਵਿਚਾਰੇ ਉਹਨਾਂ ਦਾ ਵੀ ਮੈਨੂੰ ਬਹੁਤ ਸਹਾਰਾ ਚਲੋ ਜੇ ਜੋਬ ਲੱਭ ਕੇ ਦਿੱਤੀ ਆ ਤਾਂ ਮੈਨੂੰ ਸਾਬੀ ਵੀਰ ਨੇ ਦਿੱਤੀ ਆ ਮੈਂ ਦਿਲੋਂ ਧੰਨਵਾਦ ਕਰਦੀ ਆ ਹਰ ਸੰਡੇ ਨੂੰ ਗਰੋਸਰੀ ਦੇ ਕੇ ਜਾਂਦੇ ਆ ਸਾਨੂੰ ਮੈਨੂੰ ਵੀ ਗਰੋਸਰੀ ਦੇ ਕੇ ਜਾਂਦੇ ਆ ਹੋਰ ਵੀ ਵੀਰ ਸਾਡੇ ਜੁੜੇ ਹੋਏ ਆ ਮੇਰਾ ਇੰਗਲੈਂਡ ਤੋਂ ਆ ਇੱਕ ਵੀਰਾ ਉਹਨੇ ਵੀ ਮੇਰਾ ਸਾਥ ਦਿੱਤਾ ਇੱਕ ਵੀਰਾ ਅਮਰੀਕਾ ਤੋਂ ਆ ਉਹਨੇ ਵੀ ਮੇਰਾ ਸਾਥ ਦਿੱਤਾ ਪਰ ਜਿਹੜੀਆਂ ਕੁੜੀਆਂ ਨੂੰ ਤੁਸੀਂ ਕੱਲੀਆਂ ਨੂੰ ਭੇਜ ਦਿੰਨੇ ਹੋ ਉਹਨਾਂ ਦਾ ਕੋਈ ਇੱਥੇ ਹੁੰਦਾ ਨਹੀਂਗਾ ਉਹ ਕੀ ਕਰਦੀਆਂ ਹੋਣੀਆਂ ਵਿਚਾਰੀਆਂ ਇਹ ਹਾਲਾਤ ਦੇ ਵਿੱਚ ਇਹ ਕਰੋਨਾ ਹੁਣ ਆ ਗਿਆ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ ਫਿਰ ਪੇਰੈਂਟਸ ਇੰਡੀਆ ਬੈਠੇ ਰੋਈ ਜਾਂਦੇ ਨੇ ਕੁੜੀਆਂ ਇੱਥੇ ਬੈਠੀਆਂ ਬੈਠੀਆਂ ਰੋਈ ਜਾਂਦੀਆਂ ਨਹੀਆਂ ਨਾ ਤਾਂ ਵਾਪਸ ਹੀ ਆ ਸਕਦੀਆਂ ਨੇ 15 ਲੱਖ ਲੱਖ ਕੇ ਕੌਣ ਆਜੂਗਾ ਵਾਪਸ ਸੋ ਮੇਰਾ ਮੈਸੇਜ ਉਹਨਾਂ ਲੋਕਾਂ ਲਈ ਹੈ ਮਾਪੇ ਪਾਪਾਂ ਲਈ ਹੈ ਕੁੜੀਆਂ ਲਈ ਹੈ ਜਿਹੜੀਆਂ ਕੁੜੀਆਂ ਦੇ ਸ਼ੌਂਕ ਨੇ ਕਿ ਅਸੀਂ ਬਾਹਰ ਆਈਏ ਕੱਲੀਆਂ ਮੈਂ ਵੀ ਤੁਹਾਡੇ ਸਾਰਿਆਂ ਚੋਂ ਇੱਕ ਸੀ ਮੈਨੂੰ ਵੀ ਬਹੁਤ ਸ਼ੌਂਕ ਸੀ ਇੱਕ ਦਿਨ ਤਾਂ ਮੈਂ ਰੱਬ ਨਾਲ ਵੀ ਗੁੱਸੇ ਹੋ ਗਈ ਸੀ ਰੱਬ ਤੋਂ ਵੀ ਦੁਖੀ ਹੋ ਗਈ ਸੀ ਮੈਂ ਕਿਹਾ ਰੱਬ ਤਾਂ ਹੈ ਹੀ ਨਹੀਂ ਦੁਨੀਆ ਤੇ ਮੈਂ ਕਿਹਾ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਫਿਰ ਵੀ ਰੱਬ ਮੇਰਾ ਸਾਥ ਨਹੀਂ ਦੇ ਰਿਹਾ ਮੈਨੂੰ ਜੋਬ ਨਹੀਂ ਮਿਲਦੀ ਮੈਂ ਦਰ ਦਰ ਤੇ ਭੜਕਦੀ ਸੀ ਜੋਬ ਲਈ ਹਰ ਇੱਕ ਸ਼ਾਪ ਤੇ ਮੈਂ ਜਾਣਾ ਮੈਨੂੰ ਜੋਬ ਦੇ ਦਿਓ ਮੈਨੂੰ ਜੋਬ ਦੇ ਦਿਓ ਮੈਨੂੰ ਜੋਬ ਦੇ ਦਿਓ ਮੈਂ ਹਰ ਇੱਕ ਸ਼ਾਪ ਤੇ ਗਈ ਬਹੁਤ ਲੋਕੀ ਮੈਂ ਫੇਸਬੁੱਕ ਤੇ ਵੀ ਪਾਇਆ ਵੀ ਜੇ ਕੋਈ ਬਰਮਿੰਗਮ ਤੋਂ ਆ ਮੇਰੇ ਨਾਲ ਸੰਪਰਕ ਕਰੋ ਕਿਤੇ ਵੀ ਵਿਚਾਰਿਆਂ ਨੇ ਸੰਪਰਕ ਮੁੰਡਿਆਂ ਨੇ ਮੇਰੇ ਨਾਲ ਮੈਂ ਉਹਨਾਂ ਨੂੰ ਕਿਹਾ ਫੋਨ ਤੇ ਫੋਨ ਕਰਨਾ ਵੀਰੇ ਮੈਨੂੰ ਜਵਾਬ ਦਵਾ ਦਿਓ ਵੀਰੇ ਮੈਨੂੰ ਜਵਾਬ ਦਵਾ ਦਿਓ ਬੱਟ ਮੈਨੂੰ ਜਵਾਬ ਤਾਂ ਨਹੀਂ ਬਣਿਆ ਥੇਰ ਉਸ ਤੋਂ ਬਾਅਦ ਮੈਂ ਸੋਸ਼ਲ ਵਰਕਰਾਂ ਨੂੰ ਵਿਚਾਰਿਆਂ ਨੂੰ ਫੋਨ ਕੀਤੇ ਵੀ ਮੈਨੂੰ ਤੁਹਾਡੀ ਲਿੰਕ ਚ ਕੋਈ ਹੋਣਾ ਉਹਨਾਂ ਤੋਂ ਮੈਨੂੰ ਜਵਾਬ ਦਵਾ ਦਿਓ ਆਪਣੇ ਪੰਜਾਬੀਆਂ ਦੇ ਬਹੁਤ ਛੋਪਾਂ ਨੇ ਇੱਥੇ ਬਹੁਤ ਕੰਮ ਨਹੀਂ ਇੱਥੇ ਬਰਮਿੰਗਮ ਦੇ ਵਿੱਚ ਉਹਨਾਂ ਵਿਚਾਰਿਆਂ ਨੇ ਬਹੁਤ ਫੋਨ ਕੀਤੇ ਪਰ ਕਿਸਮਤ दाना पानी ਨਹੀਂ ਸੀ ਲਿਖਿਆ ਨਹੀਂ ਮਿਲੀ ਹੁਣ ਆ ਕੇ ਕਿਤੇ ਮੈਂ ਸੈਟੀਸਫਾਈ ਹੋਈਆਂ ਹੁਣ ਮੈਨੂੰ ਜੋਬ ਮਿਲੀ ਆ ਹੁਣ ਮੈਂ ਜੋਬ ਤੋਂ ਸੈਟੀਸਫਾਈ ਆ ਜਿੱਥੇ ਮੈਂ ਜੋਬ ਕਰਦੀ ਆ ਚਲੋ دیر ਨਾਲ ਸਹੀ ਪਰ ਬਹੁਤ ਇੱਜ਼ਤ ਮਿਲਦੀ ਆ ਰਿਸ਼ਤੇਦਾਰ ਸਭ ਸਾਥ ਛੱਡ ਗਏ ਸੀ ਫੋਨ ਚੱਕਣੇ ਬੰਦ ਕਰਤੇ ਸੀ ਰਿਸ਼ਤੇਦਾਰਾਂ ਨੇ ਕਿਉਂਕਿ ਰਿਸ਼ਤੇਦਾਰਾਂ ਨੂੰ ਵੀ ਇਹੀ ਹੁੰਦਾ ਵੀ ਹੁਣ ਔਖਾ ਟਾਈਮ ਆ ਕਿਤੇ ਪੈਸੇ ਨਾ ਮੰਗ ਲੇ ਫੋਨ ਹੀ ਨਹੀਂ ਚੱਕੇ ਸੋ ਕਦੇ ਕਿਸੇ ਤੋਂ ਉਮੀਦ ਨਾ ਰੱਖੋ ਜ਼ਿੰਦਗੀ ਚ ਇਕੱਲੇ ਤੁਰੋ ਪਰਮਾਤਮਾ ਦਾ ਸਾਥ ਲੈ ਕੇ ਸਟਰਗਲ ਕਰੋ ਸਟਰਗਲ ਸਟਰਗਲ ਕਰਕੇ ਹੀ ਆਪਾਂ ਜ਼ਿੰਦਗੀ ਦੇ ਵਿੱਚ ਕੁਝ ਸਿੱਖਦੇ ਹਾਂ ਜੇਪਨੂੰ ਠੋਕਰਾਂ ਲੱਗਦੀਆਂ ਨੇ ਤਾਂ ਕੁਝ ਅੱਗੇ ਸਿੱਖਿਆ ਜਾਂਦਾ ਇੱਕ ਦਿਨ ਦੀ ਗੱਲ ਆ ਮੈਂ ਤੇ ਮੇਰੀ ਫਰੈਂਡ ਸੀਗੇ ਅਸੀਂ ਨਾ ਉੱਥੇ ਮਾਂਚੈਸਟਰ ਹੀ ਸੀਗੇ ਮੈਂ ਅਸੀਂ ਦੋਹੇ ਜਾ ਰਹੀਆਂ ਸੀਗੀਆਂ ਅਸੀਂ ਤੇ ਮਾਂਚੈਸਟਰ ਮੈਂ ਕਈ ਮੁੰਡਿਆਂ ਨੂੰ ਇਹ ਗੱਲ ਦੱਸੀ ਵੀ ਆ ਕਈ ਵੀਰਾਂ ਨੂੰ ਇਹ ਗੱਲ ਦੱਸੀ ਵੀ ਆ ਅਸੀਂ ਨਾ ਦੋਹੇ ਜਾਣੀਆਂ ਤੁਰੀਆਂ ਜਾਈਏ ਤੇ ਐਟ ਅ ਟਾਈਮ ਵੀ ਸਾਡੀ ਜੇਬ 'ਚ ਇੱਕ ਵੀ ਰੁਪਿਆ ਨਹੀਂ ਸੀਗਾ 1 ਪੌਂਡ ਮੇਰੇ ਕੋਲ ਸੀ ਤੇ 1 ਪੌਂਡ ਉਹ ਕੁੜੀ ਦੇ ਜੇਬ 'ਚ ਸੀ ਅਸੀਂ ਦੋਏ ਤੁਰਿਆਂ ਜਾਈਏ ਤੇ ਪੈਸੇ ਤਾਂ ਸਾਡੇ ਕੋਲ ਹੈਗੇ ਸੀ ਚਲੋ ਘਰੇ ਪਏ ਸੀਗੇ ਹਨਾ ਐਟ ਅ ਟਾਈਮ ਨਹੀਂ ਸੀਗੇ ਤੇ ਮੈਂ ਮੈਂ ਤੇ ਮੇਰੀ ਫਰੈਂਡਸ ਜਾਈਏ ਉੱਥੇ ਨਾ ਮੂਰੇ ਸਟਾਲਾਂ ਜੀਆਂ ਲੱਗੀਆਂ ਪਈਆਂ ਸੀ ਜਿੱਥੇ 5-5 ਪੌਂਡਾਂ ਦੀਆਂ ਚੀਜ਼ਾਂ ਵਿਕਦੀਆਂ ਸੀ ਜਿੰਦਾ ਖਾਣ ਵਾਲੇ ਹਨਾ ਤੇ ਖਾਣ ਵਾਲੇ ਪੰਪ ਪੰਡਾ ਦੀਆਂ ਚੀਜ਼ਾਂ ਲੱਗੀਆਂ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਇਦਾਂ ਕਰ ਮੈਂ ਕਿਹਾ ਤੇਰੀ ਜੇਬ 'ਚ ਪੈਸੇ ਹੈਗੇ ਆ ਮੈਂ ਕਿਹਾ ਚੱਲ ਮੈਨੂੰ ਭੁੱਖ ਬਹੁਤ ਲੱਗੀ ਹੋਈ ਅਸੀਂ ਯੂਨੀਵਰਸਿਟੀ 'ਚੋਂ ਆਏ ਸੀਗੇ ਨਾ ਬਹੁਤ ਭੁੱਖ ਲੱਗੀ ਹੋਈ ਮੈਂ ਕਿਹਾ ਵੀ ਕੁਝ ਖਾ ਲੈਨੇ ਆਪਾਂ ਵੀ ਮੇਰਾ ਦਿਲ ਕਰਦਾ ਖਾਣ ਨੂੰ ਮੈਨੂੰ ਬਹੁਤ ਭੁੱਖ ਲੱਗੀ ਉਹ ਕਹਿੰਦੀ ਮੈਨੂੰ ਵੀ ਬਹੁਤ ਭੁੱਖ ਲੱਗੀ ਆ ਮੈਂ ਕਿਹਾ ਚੱਲ ਤੂੰ ਪੈਸੇ ਕੱਢ ਜੇਬ 'ਚੋਂ ਉਹਨੇ ਜੇਬ 'ਚੋਂ ਪੌਂਡ ਕੱਢਿਆ 1 ਪੌਂਡ ਤੇ ਮੈਂ ਆਪਣੀ ਜੇਬ 'ਚ ਦੇਖਿਆ ਤਾਂ ਮੇਰੇ ਕੋਲ ਵੀ ਇੱਕ ਪੌਂਡ ਸਾਡੇ ਦੋਹਾਂ ਕੋਲ 2 ਪੌਂਡ ਅਸੀਂ ਸ ਤੇਸਟ ਆਲਾਂ ਤੇ ਚਲੇ ਗਏ ਅਸੀਂ ਕਿਹਾ ਵੀ 2 ਪਾਉਂਡ ਦੀ ਕੋਈ ਚੀਜ਼ ਹੈਗੀ ਉਹ ਕਹਿੰਦੇ ਨਹੀਂ ਕਹਿੰਦੇ ਇਟਸ ਅ ਸਟਾਰਟ ਫਰੋਮ 5 ਪਾਉਂਡ ਤੇ 5 ਪਾਉਂਡਾਂ ਤੋਂ ਸਟਾਰਟ ਹੁੰਦੀ ਆ ਕਹਿੰਦੇ 2 ਪਾਉਂਡਾਂ ਦੀ ਕੋਈ ਚੀਜ਼ ਨਹੀਂ ਅਸੀਂ ਉਹਨੂੰ ਕਿਹਾ ਚੱਲ ਤੂੰ ਜਿਹੜੀ 5 ਪਾਉਂਡਾਂ ਵਾਲੀ ਚੀਜ਼ ਆ ਉਹ ਹਾਫ ਕਰਕੇ ਦੇ ਦੇ ਸਾਨੂੰ 2 ਪਾਉਂਡਾਂ ਦੀ ਦੇ ਦੇ ਕਹਿੰਦੇ ਨਹੀਂ ਵੀ ਹਨਾ ਵੀ 5 ਪਾਉਂਡਾਂ ਦੀ ਮਿਲੂਗੀ ਤੇ ਇੰਨੀ ਭੁੱਖ ਲੱਗੀ ਹੋਈ ਉੱਥੇ ਨਾ ਗੋਰੇ ਸਾਰੇ ਗੋਰੇ ਸੀਗੇ ਤੇ ਸਾਰੇ ਗੋਰੇ ਖਾਣ ਲੱਗੇ ਪਏ ਗੋਰੀਆਂ ਖਾਣ ਲੱਗੀਆਂ ਪਈਆਂ ਸਾਡਾ ਮਤਲਬ ਸਾਨੂੰ ਇਦਾਂ ਦੀ ਫੀਲਿੰਗ ਆਈ ਜਿਦਾ ਵੀ ਅਸੀਂ ਨਾ ਗਰੀਬ ਹੁੰਦੇ ਆ ਜਿਦਾ ਇੰਡੀਆ ਦੇ ਵਿੱਚ ਨਹੀਂ ਹੁੰਦੇ ਜਿਹੜੇ ਗਰੀਬ ਲੋਕ ਹੁੰਦੇ ਆ ਵਿਚਾਰੇ ਆਪਾਂ ਖੜੇ ਆ ਨਾ ਖਾਈ ਜਾਂਦੇ ਉਹਨੇ ਰੈਸਟੋਰੈਂਟ ਤੇ ਉਹ ਬਾਹਰ ਖੜੇ ਹੁੰਦੇ ਆ ਲੋਕੀ ਉਹ ਦੇਖਦੇ ਹੁੰਦੇ ਆ ਖਾਂਦੇ ਆ ਨੂੰ ਹਨਾ ਵੀ ਵੀ ਸਾਹਮਣੇ ਵੀ ਮੈਂ ਵੀ ਸਾਹਮਣੇ ਵਾਲਾ ਬੰਦਾ ਖਾ ਰਿਹਾ ਮੈਂ ਦੇਖ ਰਿਹਾ ਵੀ ਮੈਂ ਉਹ ਤੋਂ ਲੈ ਲਵਾਂ ਜਾਂ ਉਹ ਤੋਂ ਮੰਗਦਾ ਬੰਦਾ ਭੀਖ ਮੰਗਦਾ ਆ ਹਨਾ ਵੀ ਮੈਨੂੰ ਦਵਾ ਦੇ ਚੀਜ਼ ਤੂੰ ਹਨਾ ਸਾਡੇ ਤੇ ਇਹੋ ਜਿਹੇ ਹਾਲਾਤ ਬਣੇ ਦਿਲ ਕਰੇ ਹਨਾ ਵੀ ਕੋਈ ਸਾਨੂੰ 5 ਪੌਂਡ ਦੇ ਦੇ ਤਾਂ ਅਸੀਂ ਚੀਜ਼ ਖਾ ਲਈਏ ਮਤਲਬ ਆਪਣੇ ਆਪ ਨੂੰ ਇੰਨਾ ਗਰੀਬ ਮਹਿਸੂਸ ਕੀਤਾ ਹਨਾ ਵੀ ਇੰਡੀਆ ਦੇ ਵਿੱਚ ਅਸੀਂ ਮਤਲਬ ਰਾਜੇ ਹੁੰਦੇ ਸੀਗੇ ਹਨਾ ਵੀ ਇੱਥੇ ਆ ਕੇ ਵੀ ਆਪਾਂ ਕਿੰਨੇ ਗਰੀਬ ਹੋ ਗਏ ਅਸੀਂ ਹੱਸੇ ਵੀ ਆਪਣੇ ਆਪ ਤੇ ਹਨਾ ਇਦਾਂ ਫੀਲ ਵੀ ਕਰੀ ਅੰਦਰੋਂ ਤੇ ਸਾਡੇ ਕੋਲ 5 ਪਾਉਂਡ ਨਾ ਤੇ ਉਦੋਂ ਮੈਨੂੰ ਅਹਿਸਾਸ ਹੋਇਆ ਵੀ ਜਿਹੜੇ ਮੰਗ ਤੇ ਆਪਣੇ ਘਰੇ ਵਿਚਾਰੇ ਗਰੀਬ ਲੋਕ ਜਿਹੜੇ ਮੰਗਣਾਉਂਦੇ ਨੇ ਨਾ ਆਪਾਂ ਉਹਨਾਂ ਨੂੰ ਜਦੋਂ ਦਿੱਲੀ ਤੇ ਖੜੇ ਹੁੰਦੇ ਨੇ ਆਪਾਂ ਉਹਦੀ ਕਹਿ ਦਿੰਦੇ ਆ ਵੀ ਆ ਆ ਗਿਆ ਸਵੇਰੀ ਮੰਗਣ ਆਪਾਂ ਉਹਨਾਂ ਨੂੰ ਬਹੁਤ ਗਾਲਾਂ ਕੱਢਦੇ ਆ ਆਪਾਂ ਉਹਨਾਂ ਨੂੰ ਬਹੁਤ ਬੁਰਾ ਭਰਾ ਭਲਾ ਬੋਲਦੇ ਆ ਇਹ ਚੀਜ਼ ਦਾ ਮੈਨੂੰ ਅਹਿਸਾਸ ਹੋਇਆ ਕਿ ਪਤਾ ਨਹੀਂ ਇਨਸਾਨ ਜਿਹੜਾ ਤੁਹਾਡੇ ਘਰੇ ਆ ਰਿਹਾ ਉਹ ਕਿਹੜੇ ਹਾਲਾਤਾਂ ਦੇ ਵਿੱਚ ਆ ਉਹਦਾ ਢਿੱਡ ਕਿੰਨਾ ਕੁ ਭੁੱਖਾ ਆ ਪਤਾ ਨਹੀਂ ਉਹ ਕਿਉਂਕਿ ਮੰਗਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਪਤਾ ਨਹੀਂ ਉਹ ਇਨਸਾਨ ਕਿਉਂ ਤੁਹਾਡੇ ਘਰ ਮੰਗਣ ਆਇਆ ਆਪਾਂ ਇੱਕ ਵਾਰ ਵੀ ਇਹ ਗੱਲ ਨਹੀਂ ਸੋਚਦੇ ਆਪਾਂ ਉਹ ਲੋਕਾਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਵੀ ਮੂੰਹ ਚੱਕ ਕੇ ਸਾਡੇ ਘਰ ਆ ਗਿਆ ਸਵੇਰੀ ਸਾਡੇ ਮੱਥੇ ਲੱਗ ਗਿਆ ਲੋਕੀਂ ਤਰ੍ਹਾਂ ਤਰਾਨੀਆਂ ਗਾਲਾਂ ਕੱਢਦੇ ਉਹਨਾਂ ਨੂੰ ਪਰ ਉਹ ਚੀਜ਼ ਹੈ ਸਾਾਸ ਮੈਨੂੰ ਉੱਥੇ ਹੋਇਆ ਸੀ ਇਹ ਹਾਲਾਤ ਕਦੋਂ ਵੀ ਕਿਸੇ ਵੇਲੇ ਵੀ ਕਿਸੇ ਤੇ ਹੋ ਸਕਦੇ ਆ ਇਹ ਅਮੀਰ ਬੰਦੇ ਤੇ ਵੀ ਹੋ ਸਕਦੇ ਆ ਸਮ ਟਾਈਮ ਅਮੀਰ ਬੰਦਾ ਆ ਉਹਦੇ ਕੋਲ ਬਹੁਤ ਪੈਸੇ ਆ ਹਨਾ ਤੇ ਪਰ ਉਹ ਆਪਣਾ ਪਰਸ ਘਰੇ ਭੁੱਲਿਆ ਆ ਪਰ ਉਹਨੂੰ ਭੁੱਖ ਬਹੁਤ ਲੱਗੀ ਆ ਉਹਦੇ ਕੋਲ ਪੈਸੇ ਨਹੀਂ ਹੈਗੇ ਇਹ ਹਾਲਾਤ ਉਸ ਬੰਦੇ ਤੇ ਵੀ ਬਣ ਸਕਦੇ ਨੇ ਸੋ ਜੇ ਕੋਈ ਵੀ ਬੰਦਾ ਤੁਹਾਡੇ ਘਰੇ ਮੰਗਣ ਆਉਂਦਾ ਨਾ ਤਾਂ ਇਵਨ ਉਹਨੂੰ ਰੋਟੀ ਜ਼ਰੂਰ ਪੁੱਛ ਲਿਆ ਕਰੋ ਕਿਉਂਕਿ ਕਈ ਵਾਰ ਬੰਦੇ ਦਾ ਟਿੱਡ ਬਹੁਤ ਭੁੱਖਾ ਹੁੰਦਾ ਉਹਨੂੰ ਰੋਟੀ ਖਵਾ ਕੇ ਆਪਣੇ ਘਰੋਂ ਭੇਜਿਆ ਕਰੋ ਪੈਸਾ ਬੇਸ਼ੱਕ ਨਾ ਤੁਸੀਂ ਦਿਓ ਪਰ ਉਹਨੂੰ ਰੋਟੀ ਜ਼ਰੂਰ ਖਵਾ ਦਿਆ ਕਰੋ ਜੇ ਤੁਹਾਡੇ ਘਰੇ ਕੋਈ ਬੰਦਾ ਆਉਂਦਾ ਇਹ ਜ਼ਿੰਦਗੀ ਦੇ ਐਕਸਪੀਰੀਅੰਸ ਉਦੋਂ ਮਿਲਦੇ ਆ ਜਦ ਇਹ ਜ਼ਿੰਦਗੀ ਦੇ ਐਕਸਪੀਰੀਅੰਸ ਉਦੋਂ ਮਿਲਦੇ ਆ ਜਦੋਂ ਆਪਾਂ ਇਹਨਾਂ ਦਾ ਐਕਸਪੀਰੀਅੰਸ ਲੈਣ ਇਹਨਾਂ ਦਾ ਸਾਹਮਣਾ ਕਰਦੇ ਆ ਉਨਾ ਟਾਈਮ ਆਪਾਂ ਨੂੰ ਅਕਲ ਨਹੀਂ ਆਉਂਦੀ ਜਿੰਨਾ ਟਾਈਮ ਆਪਣੇ ਤੇ ਇਹ ਚੀਜ਼ਾਂ ਨਾ ਗੁਜਰਨ ਆਪਾਂ ਨੂੰ ਨਾ ਫੀਲ ਹੋਣਾ ਬਾਕੀ ਤੁਹਾਡੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਕੀ ਤੁਹਾਡੇ ਸਾਰੇ ਤੁਹਾਡੇ ਸਾਰਿਆਂ ਕਰਕੇ ਬਾਕੀ ਤੁਹਾਡੇ ਸਹਾਰਾ ਬਾਕੀ ਤੁਹਾਡਾ ਸਾਰੇ ਵੀਰਾਂ ਦਾ ਸਾਰੀਆਂ ਭੈਣਾਂ ਦਾ ਦਿਲੋਂ ਧੰਨਵਾਦ ਕਰਦੀ ਆ ਕਿਉਂਕਿ ਮੇਰੇ ਕੋਲ ਤੁਹਾਡਾ ਆਸ਼ੀਰਵਾਦ ਆ ਅੱਜ ਦੀ ਮੇਰੀ ਵੀਡੀਓ ਉਹਨਾਂ ਪੇਰੈਂਟਸਾਂ ਲਈ ਸੀ ਉਹਨਾਂ ਮਾਪਿਆਂ ਲਈ ਸੀ ਕਿ ਕੁੜੀਆਂ ਨੂੰ ਬਹੁਤ ਸਟਰਗਲ ਕਰਨੇ ਪੈਂਦੇ ਆ ਧੀਆਂ ਨੂੰ ਬਹੁਤ ਸਟਰਗਲ ਕਰਨੇ ਪੈਂਦੇ ਆ ਸੋ ਕੁੜੀਆਂ ਨੂੰ ਭੇਜੋ ਜਰੂਰ ਇਹਨਾਂ ਮੁਲਕਾਂ ਦੇ ਵਿੱਚ ਪਰ ਉਹਨਾਂ ਦਾ ਸਹਾਰਾ ਬਣ ਕੇ ਉਹਨਾਂ ਦਾ ਵਿਆਹ ਕਰਕੇ ਉਹਨਾਂ ਨੂੰ ਭੇਜੋ ਤਾਂ ਕਿ ਉਹਨਾਂ ਨੂੰ ਕਿਸੇ ਵੀ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਸਤਿ ਸ਼੍ਰੀ ਅਕਾਲ ਵੀਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਇੰਡੀਆ ਤੋਂ ਯੂਕੇ ਤੱਕ ਦਾ ਸਫਰ ਹੈ ਜਿਹੜਾ ਉਹ ਸ਼ੇਅਰ ਕਰਨ ਲਈ ਲਾਈਵ ਹੋਈਆਂ ਕਈ ਲੋਕੀ ਮੈਨੂੰ ਪੁੱਛਦਿਆ ਕਿ ਕਰੋਨਾ ਚੱਲਦੇ-ਚੱਲਦੇ ਤੁਸੀਂ ਯੂਕੇ ਕਿਵੇਂ ਚਲੇ ਗਏ ਸੋ ਆਪਣੀ ਜ਼ਿੰਦਗੀ ਦੇ ਇਹ 5 ਮਨთ 5 ਮਹੀਨੇ ਕਿਵੇਂ ਲੰਘੇ ਇੰਗਲੈਂਡ ਦੇ ਵਿੱਚ ਅੱਜ ਮੈਂ ਉਹ ਗੱਲਾਂ ਕਰਨ ਦੇ ਲਈ ਲਾਈਵ ਹੋਈਆਂਗੀ ਹਾਰਿਕ ਦਾ ਸ਼ੌਂਕ ਹੁੰਦਾ ਕਿ ਅਸੀਂ ਇੰਡੀਆ ਤੋਂ ਬਾਹਰ ਨਿਕਲੀਏ ਕੁਝ ਨਵਾਂ ਸਿੱਖੀਏ ਆਪਣੀ ਜ਼ਿੰਦਗੀ ਨੂੰ ਸੰਵਾਰੀਏ ਜਦੋਂ ਵੀਜ਼ੇ ਤੇ ਸਟੈਂਪ ਲੱਗਦੀ ਹੈ ਤਾਂ ਅਸੀਂ ਉਦੋਂ ਇਹ ਵੀ ਨਹੀਂ ਦੇਖਦੇ ਵੀ ਕਿਹੜੇ ਏਰੀਆ ਦੇ ਵਿੱਚ ਸਾਨੂੰ ਵੀਜ਼ਾ ਮਿਲ ਰਿਹਾ ਸਾਨੂੰ ਇਹ ਹੁੰਦਾ ਵੀ ਪ੍ਰਮਾਤਮਾ ਇੱਕ ਵਾਰ ਬਾਹਰਲੇ ਦੇਸ਼ ਪਹੁੰਚਾ ਦੇ ਬਾਕੀ ਮੰਗਰੋਂ ਦੇਖਾਂਗੇ ਸੋ ਮੈਂ ਵੀ ਤੁਹਾਡੇ ਸਾਰਿਆਂ ਵਿੱਚੋਂ ਇੱਕਾਂ ਜਨਵਰੀ ਦੇ ਵਿੱਚ ਮੈਂ ਸਟੂਡੈਂਟ ਵੀਜ਼ੇ ਤੇ ਆਈ ਸੀ ਮੈਨੂੰ 3 3 ਸਾਲ ਹੋ ਗਏ ਅ ਅਪਲਾਈ ਕਰਦੀ ਨੂੰ ਬਟ ਮੈਂ ਪਹੁੰਚੀ ਹਾਂ ਯੂਕੇ ਸੋ ਥੋੜੀਆਂ ਜੀਆਂ ਗੱਲਾਂ ਅੱਜ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਿਸ ਦਿਨ ਵੀਜ਼ਾ ਆਇਆ ਸੀ ਬਹੁਤ ਖੁਸ਼ੀ ਹੋਈ ਸੀ ਬਹੁਤ ਖੁਸ਼ੀ ਹੋਈ ਸੀ ਇਦਾਂ ਲੱਗਦਾ ਸੀ ਬਸ ਹੁਣ ਤਾਂ ਜ਼ਿੰਦਗੀ ਸੈੱਟ ਹੋ ਗਈ 21 ਜਨਵਰੀ ਨੂੰ ਮੈਂ ਇੰਗਲੈਂਡ ਪਹੁੰਚੀ ਆਂਗੀ 1 ਲੱਖ ਰੁਪਏ ਇੰਡੀਆ ਦਾ ਨਾਲ ਲੈ ਕੇ ਆਈ ਸੀ ਨੀਅਰ ਅਬਾਊਟ 1000 ਪਾਉਂਡ ਯੂਨੀਵਰਸਿਟੀ ਮੈਨੂੰ ਉੱਥੇ ਮਿਲੀ ਜਿੱਥੇ ਆਪਣੇ ਪੰਜਾਬੀ ਬਹੁਤ ਘੱਟ ਰਹਿੰਦੇ ਸੀ ਮਾਂਚੈਸਟਰ ਸਿਟੀ ਦੇ ਵਿੱਚ ਉੱਤਰੀ ਬਰਮਿੰਗਮ 에ਅਰਪੋਰਟ ਤੇ ਮੇਰੀ ਕਜ਼ਨ ਰਹਿੰਦੀ ਸੀ ਇੱਥੇ ਉਹਦੇ ਕੋਲ ਮੈਂ ਆਈ ਸੀਗੀ ਇੱਥੋਂ ਮਾਂਚੈਸਟਰ ਜੇ ਆਪਾਂ ਜਾਣਾ ਆ ਤਾਂ ਇੱਕ ਦਿਨ ਦੇ 40-45 ਪੌਂਡ ਜਿਹੜਾ ਕਿਰਾਇਆ ਬਰਮਿੰਗਮ ਤੋਂ ਮਾਂਚੈਸਟਰ ਜਾਣ ਦਾ ਲੱਗਦਾ ਸੀ ਇੱਥੇ ਰਹੀ ਇੱਕ ਹਫਤਾ ਯੂਨੀਵਰਸਿਟੀ ਜਾਇਆ ਕਰਾਂ ਬਰਮਿੰਗਮ ਤੋਂ ਮਾਂਚੈਸਟਰ 40 45 ਪਾਉਂਡ ਲੱਗਿਆ ਕਰਨ ਇੱਕ ਦਿਨ ਦੇ ਮੈਨੂੰ ਐਂ ਲੱਗਿਆ ਕਰੇ ਬਸ 40 45 ਪਾਉਂਡ ਆਪਣੇ ਇੰਡੀਆ ਵਾਲੇ ਰੁਪਈਆ ਦੀ ਮੈਨੂੰ ਫੀਲਿੰਗ ਆਉਂਦੀ ਸੀ ਵੀ ਜਿਦਾਂ ਇੰਡੀਆ 'ਚ 40 45 ਰੁਪਏ ਹੁੰਦੇ ਨੇ ਵੀ ਉਹੀ 40 45 ਪਾਉਂਡ ਯੂਨੀਵਰਸਿਟੀ ਇੰਡੀਆ ਤੋਂ ਮਾਂਚੈਸਟਰ ਜਾਂਦੀ ਸੀ 45 ਪਾਉਂਡ ਹਰ ਰੋਜ਼ ਦੇ ਲਾ ਕੇ 1000 ਪਾਉਂਡ ਮੇਰੇ ਕੋਲ ਸੀ ਕਿਰਾਏ-ਕਿਰਾਏ ਦੇ ਵਿੱਚ ਘੱਟੋ-ਘੱਟ ਮੇਰਾ 400 ਪਾਉਂਡ ਲੱਗ ਗਿਆ ਰਹਿ ਗਿਆ 600 ਪਾਉਂਡ ਕੰਮ ਕੋਈ ਹੈ ਨਹੀਂ ਸੀ ਕਿਉਂ ਨਵੇਂ-ਨਵੇਂ ਆਏ ਆ ਕੰਮ ਕਿੱਥੋਂ ਮਿਲ ਜੂਗਾ ਉਸ ਤੋਂ ਬਾਅਦ ਮਾਂਚੈਸਟਰ ਚਲੀ ਗਈ ਮਾਂਚੈਸਟਰ ਜਾ ਕੇ ਸੋਚਿਆ ਵੀ ਚਲੋ ਰੂਮ ਮਾਂਚੈਸਟਰ ਲੱਭ ਲੈਨੇ ਆ ਕਿ ਕਿਰਾਇਆ ਬਹੁਤ ਜ਼ਿਆਦਾ ਆ ਮਾਂਚੈਸਟਰ ਕੋਈ ਜਾਣਦਾ ਨਹੀਂ ਸੀ ਨਵੇਂ-ਨਵੇਂ ਹੈਗੇ ਸੀ ਨਵੇਂ ਲੋਕ ਸੀ ਨਵਾਂ ਦੇਸ਼ ਸੀ ਮਾਂਚੈਸਟਰ ਗਈ ਤਾਂ ਉਥੇ ਇੱਕ ਮੈਨੂੰ ਕੁੜੀ ਮਿਲ ਗਈ ਯੂਨੀਵਰਸਿਟੀ ਚ ਉਹ ਕਹਿੰਦੀ ਵੀ ਦੀਦੀ ਮੈਂ ਵੀ ਰੂਮ ਲੈਣਾ ਆਪਾਂ ਦੋਏ ਲੱਭ ਲੈਨੇ ਆ ਅਸੀਂ ਦੋਏ ਕੁੜੀਆਂ ਸੀਗੀਆਂ ਅਸੀਂ ਮਾਂਚੈਸਟਰ ਦੇ ਵਿੱਚ ਗਏ ਅਸੀਂ ਡੋਰ ਟੂ ਡੋਰ ਲੋਕਾਂ ਦੇ ਦਰਵਾਜ਼ੇ ਖੜਕਾਏ ਵੀ ਸਾਨੂੰ ਰੂਮ ਚਾਹੀਦਾ ਉੱਥੇ ਪੰਜਾਬੀ ਬਹੁਤ ਘੱਟ ਸੀਗੇ ਇੱਕ ਘਰ ਗਏ ਗੇਟ ਖੜਕਾਇਆ ਵੀ ਸਾਨੂੰ ਰੂਮ ਚਾਹੀਦਾ ਉਹ ਕਹਿੰਦੇ ਨਹੀਂ ਰੂਮ ਨਹੀਂ ਹੈਗਾ ਫਿਰ ਦੂਜੇ ਘਰ ਗਏ ਫਿਰ ਤੀਜੇ ਘਰ ਗਏ ਸਵੇਰ ਤੋਂ ਅਸੀਂ ਸ਼ਾਮ ਤੱਕ ਲੋਕਾਂ ਦੇ ਗੇਟ ਖੜਕਾਉਂਦੇ ਰਹੇ ਵੀ ਸਾਨੂੰ ਇੱਥੇ ਰਹਿਣ ਲਈ ਰੂਮ ਦੇ ਦਿਓ ਤਾਂ ਕਿ ਸਾਨੂੰ ਸਸਤਾ ਪੈ ਜਾਊਗਾ ਸਾਡੇ ਕੋਲ ਸਿਰਫ 600 ਪਾਉਂਡ ਆ ਜੇ ਅਸੀਂ ਬਰਮਿੰਗਮ ਤੋਂ ਹਰ ਰੋਜ਼ ਮਾਂਚੈਸਟਰ ਆਵਾਂਗੇ ਤਾਂ ਸਾਨੂੰ ਕਿਰਾਇਆ ਬਹੁਤ ਜ਼ਿਆਦਾ ਪੈ ਜੂ ਸਾਡੇ ਕੋਲ ਕੋਈ ਕੰਮ ਹੈ ਨਹੀਂਗਾ ਤੇ ਸਾਨੂੰ ਰੂਮ ਨਹੀਂ ਮਿਲਿਆ ਸ਼ਾਮ ਪੈ ਗਈ ਸ਼ਾਮ ਪੈ ਗਈ ਮੇਰਾ ਇੱਕ ਕਲਾਸਮੇਟ ਮੁੰਡਾ ਰਹਿੰਦਾ ਵਿਚਾਰਾ ਮਾਂਚੈਸਟਰ ਐ ਉਹ ਉਹਨੂੰ ਮੈਂ ਫੋਨ ਕੀਤਾ ਮੈਂ ਕਿਹਾ ਵੀ ਹੁਣ ਅਸੀਂ ਅੱਜ ਬਰਮਿੰਗਮ ਚਲੇ ਗਏ ਤੇ ਸਾਨੂੰ ਕੱਲੂ ਫੇਰ ਆਵਾਂਗੇ ਅਸੀਂ 40 45 ਪਾਉਂਡ ਲਾ ਕੇ ਵੀ ਸਾਡੇ ਕੋਲ ਹੁਣ ਪੈਸੇ ਕਿੰਨੇ ਕਿਹਾ ਸਾਨੂੰ ਤਾਂ ਅਸੀਂ ਤਾਂ ਇੰਡੀਆ ਦੇ ਹਿਸਾਬ ਨਾਲ ਚਲਾਤੇ ਬਹੁਤ ਜ਼ਿਆਦਾ ਵੀ ਕੀ 40 45 ਪਾਉਂਡ ਹੀ ਨੇ ਸਮਝ ਹੀ ਗਏ ਜਿਵੇਂ ਇੰਡੀਆ ਦੇ 40 45 ਰੁਪਏ ਹੁੰਦੇ ਨੇ ਤੇ ਉੱਥੇ ਮੁੰਡੇ ਨੂੰ ਫੋਨ ਕੀਤਾ ਉਹ ਕਹਿੰਦਾ ਚਲ ਦੀ ਦੀ ਤੁਸੀਂ ਇਦਾਂ ਕਰੋ ਤੁਸੀਂ ਅੱਜ ਸਾਡੇ ਕੋਲ ਰਹਿ ਜਿਓ ਸਾਡੇ ਘਰ ਰੁਕ ਜਿਓ ਤੇ ਤੁਸੀਂ ਕੱਲੂ ਰੂਮ ਲੱਭ ਲਿਓ ਮੈਂ ਜੇਤੇ ਮੇਰੇ ਨਾਲ ਇੱਕ ਹੋਰ ਕੁੜੀ ਸੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਚੱਲ ਪਰ ਰੁੱਕ ਜਾਨੇ ਆ ਮੈਂ ਕਿਹਾ ਮੈਂ ਵੀ ਮੁੰਡਿਆਂ ਨੂੰ ਜਾਣਦੀ ਨਹੀਂ ਨਵੇਂ-ਨਵੇਂ ਹੈਗੇ ਆ ਹਨਾ ਨਵੇਂ-ਨਵੇਂ ਇਹ ਮੁੰਡੇ ਨੇ ਉਹ ਸਾਡੇ ਸ਼ਹਿਰ ਤੋਂ ਹੀ ਸੀ ਸੰਗਰੂਰ ਤੋਂ ਵਿਚਾਰੇ ਮੇਰੀ ਕਲਾਸ ਕਲਾਸ 'ਚ ਪੜਦਾ ਸੀ ਮੁੰਡਾ ਅਸੀਂ ਚਲੋ ਅਸੀਂ ਕਿਹਾ ਵੀ ਚਲੋ ਦੇਖ ਲੈਂਦੇ ਆ ਸ਼ਾਮ ਨੂੰ ਵੀ ਜੇ ਨਾ ਚੰਗਾ ਲੱਗਿਆ ਤਾਂ ਆਪਾਂ ਗੁਰੂ ਘਰ ਆ ਜਾਾਂਗੇ ਗੁਰੂ ਘਰ ਆ ਕੇ ਰੁੱਕ ਜਾਾਂਗੇ ਹਨਾ ਤੇ ਵੱਟ ਗੁਰੂ ਘਰ ਦੇ ਵਿੱਚ ਆਪਾਂ ਰਹਿ ਨਹੀਂ ਨਾ ਸਕਦੇ ਤੇ ਇੱਥੇ ਇੰਡੀਆ ਵਾਂਗੂ ਤਾਂ ਹੈ ਨਹੀਂਗਾ ਵੀ ਆਪਾਂ ਰਹਿ ਜਾਵਾਂਗੇ ਹਨਾ ਇੱਥੇ ਆਪਾਂ ਰਹਿ ਫਿਰ ਉਹ ਵਿਚਾਰੇ ਮੁੰਡੇ ਨੇ ਕਿਹਾ ਕਿ ਚਲੋ ਤੁਸੀਂ ਸਾਡੇ ਕੋਲ ਹੀ ਰੁਕ ਜਿਓ ਅਸੀਂ ਗਏ ਉਹਨਾਂ ਦੇ ਘਰ ਅਸੀਂ ਦੇਖਿਆ ਉਹਨੇ ਓਨਰ ਨਾਲ ਗੱਲ ਕੀਤੀ ਵੀ ਦੋ ਹਨਾ ਕੁੜੀਆਂ ਨੇ ਸਾਡੇ ਸ਼ਹਿਰ ਤੋਂ ਵੀ ਉਹਨਾਂ ਨੂੰ ਅੱਜ ਰੂਮ ਨਹੀਂ ਮਿਲਿਆ ਉਹਨਾਂ ਨੇ ਰਹਿਣਾਗਾ ਤੇ ਵੀ ਜੇ ਉਹ ਅੱਜ ਰਾਤ ਇੱਥੇ ਰਹਿਲਣ ਸਵੇਰੇ ਇੱਥੇ ਰੂਮ ਲੱਭ ਲੈਣੀਆਂ ਚਲੋ ਅਸੀਂ ਔਖੇ ਸੌਖੇ ਅਸੀਂ ਉੱਥੇ ਰਹਿ ਗਏ ਬਿਚਾਰਿਆ ਨੇ ਸਾਨੂੰ ਆਨਰ ਨਾਲ ਗੱਲ ਕਰਕੇ ਰੱਖ ਲਿਆ ਸਾਨੂੰ ਰੋਟੀ ਖਵਾਈ ਹੈ ਨਾ ਸਾਨੂੰ ਰੱਖਿਆ ਉਸ ਤੋਂ ਬਾਅਦ ਰਾਤ ਲੰਘੀ ਸਵੇਰ ਹੋਇਆ ਸਵੇਰੇ ਫੇਰ ਉਹੀ ਸਿਲਸਿਲਾ ਸ਼ੁਰੂ ਕੀ ਸਾਨੂੰ ਰੂਮ ਚਾਹੀਦਾ ਸਾਡੇ ਕੋਲ ਰੂਮ ਨਹੀਂ ਹੈਗਾ ਅਸੀਂ ਸਵੇਰੇ ਅਸੀਂ ਗੁਰੂ ਘਰ ਚਲੇ ਗਏ ਵੀ ਚੱਲ ਨਾਲੇ ਮੱਥਾ ਟੇਕਦੇ ਆਂ ਨਾਲੇ ਲੰਗਰ ਛਕਦੇ ਆਂ ਉਸ ਤੋਂ ਬਾਅਦ ਦੇਖਾਂਗੇ ਕਿਵੇਂ ਬਣਦਾ ਗੁਰੂ ਘਰ ਚਲੇ ਗਏ ਸਵੇਰੇ ਅਸੀਂ ਸਵੇਰੇ ਆ ਕੇ ਮੈਂ ਤੇ ਮੇਰੀ ਫਰੈਂਡ ਨੇ ਅਸੀਂ ਅਰਦਾਸ ਕੀਤੀ ਕਿ ਪ੍ਰਮਾਤਮਾ ਸਾਨੂੰ ਰੂਹ ਮਿਲ ਜਵੇ ਅੱਜ ਤੇ ਅਰਦਾਸ ਕਰਦੇ ਕਰਦੇ ਉੱਥੇ ਇੱਕ ਪੰਜਾਬੀ ਪੰਜਾਬੀ ਭਰਾ ਆਇਆ ਪੰਜਾਬੀ ਹੈ ਨਾ ਮੁੰਡਾ ਆ ਆਪਣੀਆਂ ਬੇਟੀਆਂ ਦੇ ਨਾਲ ਦੋ ਉਹਨਾਂ ਦੇ ਬੇਟੀਆਂ ਸੀਗੀਆਂ ਅਸੀਂ ਉਹਨਾਂ ਨਾਲ ਗੱਲ ਕੀਤੀ ਸਾਨੂੰ ਪੰਜਾਬੀ ਉੱਥੇ ਕੋਈ ਦਿਖਦਾ ਹੀ ਨਹੀਂ ਸੀਗਾ ਬਹੁਤ ਘੱਟ ਪੰਜਾਬੀ ਨੇ ਉੱਥੇ ਤੇ ਫਿਰ ਸਾਨੂੰ ਮਿਲਿਆ ਜਦੋਂ ਮੈਂ ਉਹਦੇ ਨਾਲ ਅਸੀਂ ਉਹਦੇ ਨਾਲ ਗੱਲ ਕੀਤੀ ਮੈਂ ਤੇ ਮੇਰੀ ਫਰੈਂਡ ਨੇ ਕਿ ਸਾਨੂੰ ਵੀਰੇ ਸਾਨੂੰ ਹਨਾ ਰੂਮ ਚਾਹੀਦਾ ਸੀ ਕੱਲ ਦੇ ਇੱਥੇ ਮਾਂਚੈਸਟਰ ਆਏ ਹੋયા ਸਾਡੇ ਕੋਲ ਰੂਮ ਨਹੀਂ ਹੈਗਾ ਅਸੀਂ ਪਰੇਸ਼ਾਨਾ ਕਾਫੀ ਤੇ ਉਹ ਕਹਿੰਦਾ ਚਲ ਮੈਂ ਆਪਣੀ ਵਾਈਫ ਨਾਲ ਗੱਲ ਕਰਦਾ ਵੀ ਮੇਰੀ ਵਾਈਫ ਨਾਲ ਗੱਲ ਕਰਕੇ ਜੇ ਕੋਈ ਕੁਝ ਬਣਿਆ ਹਿਲਾ ਤਾਂ ਜ਼ਰੂਰ ਕਰੂੰਗਾ ਗੁਰੂ ਘਰ ਮੱਥਾ ਟੇਕਣ ਆਏ ਸੀ ਸਵੇਰ ਦੇ ਟਾਈਮ ਹਰ ਰੋਜ਼ ਗੁਰੂ ਘਰ ਆਉਂਦੇ ਸੀਗੇ ਉੱਕ ਰਹੇ ਗਏ ਉਹਨਾਂ ਨੇ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਆਪਣਾ ਤੇ ਮੈਂ ਨੰਬਰ ਲੈ ਗਏ ਸਾਡਾ ਤੇ ਘਰੇ ਜਾ ਕੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਹਾਂ ਵੀ ਉਹਦੀ ਵਾਈਫ ਨਾਲ ਗੱਲ ਕੀਤੀ ਕਿ ਦੋ ਕੁੜੀਆਂ ਮਿਲੀਆਂ ਸੀ ਗੁਰੂ ਘਰ ਦੇ ਵਿੱਚ ਜਿਨ੍ਹਾਂ ਨੂੰ ਰੂਮ ਨਹੀਂ ਮਿਲ ਰਿਹਾ ਕਾਫੀ ਪਰੇਸ਼ਾਨ ਸੀਗੀਆਂ ਹਨਾ ਵੀ ਜੇ ਉਹਨਾਂ ਲਈ ਰੂਮ ਦਾ ਅਰੇਂਜਮੈਂਟ ਹੋ ਸਕਦਾ ਤਾਂ ਦੇਖੋ ਤੇ ਉਹਦੀ ਵਾਈਫ ਨੇ ਵਿਚਾਰੀ ਨੇ ਨਾਲ ਦੀ ਨਾਲ ਆਪਣੇ ਹਸਬੰਦ ਨੂੰ ਕਿਹਾ ਵੀ ਤੈਨੂੰ ਉਹ ਕੁੜੀਆਂ ਮਿਲੀਆਂ ਹਨਾ ਵੀ ਗੁਰੂ ਘਰ ਤੈਨੂੰ ਕੁੜੀਆਂ ਮਿਲੀਆਂ ਵੀ ਪਤਾ ਨਹੀਂ ਕਿਹੜੀ ਵਿਪਤਾ ਦੇ ਵਿੱਚ ਹੋਣਗੀਆਂ ਜਦੋਂ ਅਸੀਂ ਇੰਗਲੈਂਡ ਆਏ ਸੀ ਵੀ ਆਪਣੇ ਕਿੰਨੇ ਮਾੜੇ ਹਾਲਾਤ ਸੀ अपना ਕਿਹੜਾ ਕੋਈ ਹੈਗਾ ਸੀਗਾ ਵੀ ਪਤਾ ਨਹੀਂ ਵਿਚਾਰੀਆਂ ਨੇ ਰੋਟੀ ਖਾਧੀ ਹੋਊਗੀ ਕਿ ਨਹੀਂ ਖਾਧੀ ਹੋਊਗੀ ਤੇ ਫਿਰ ਉਹ ਵੀਰੇ ਨੇ ਵਿਚਾਰੇ ਨੇ ਸਾਨੂੰ ਫੋਨ ਕੀਤਾ ਕਹਿੰਦਾ ਵੀ ਮੇਰੀ ਵਾਈਫ ਕਹਿੰਦੀ ਆ ਵੀ ਤੂੰ ਘਰੇ ਕਿਉਂ ਨਹੀਂ ਲੈ ਕੇ ਆਇਆ ਹਨਾ ਉਹਨਾਂ ਨੂੰ ਵੀ ਤੂੰ ਘਰੇ ਲੈ ਆਉਂਦਾ ਕੁੜੀਆਂ ਨੂੰ ਤੇ ਚਲੋ ਅਸੀਂ ਸੋਚਿਆ ਵੀ ਹੋਰ ਕੋਈ ਹਿੱਲਾ ਵੀ ਹੈ ਨਹੀਂ ਵੀ ਸਾਨੂੰ ਸ਼ਾਇਦ ਰੂ ਦਵਾ ਦੇ ਸਾਨੂੰ ਪੰਜਾਬੀ ਵੀ ਇਹੀ ਮਿਲਿਆ ਹੋਰ ਸ਼ਾਇਦ ਪੰਜਾਬੀ ਮਿਲੂ ਕਿ ਨਹੀਂ ਮਿਲੂ ਸਾਨੂੰ ਨਹੀਂ ਪਤਾ ਤੇ ਉਹਨੇ ਵਿਚਾਰੇ ਨੇ ਉਹ ਵਿਚਾਰਾ ਆਇਆ ਸਾਨੂੰ ਫੋਨ ਕੀਤਾ ਸਾਨੂੰ ਕਹਿੰਦਾ ਵੀ ਮੈਂ ਤੁਹਾਨੂੰ ਘਰੇ ਲੈ ਕੇ ਜਾਣਾ ਆਪਣੇ ਵੀ ਤੁਸੀਂ ਘਰੇ ਆਓ ਤੁਸੀਂ ਰੋਟੀ ਖਾਓ ਹਨਾ ਰੋਟੀ ਪਾਣੀ ਖਾ ਕੇ ਫਿਰ ਉਸ ਤੋਂ ਬਾਅਦ ਤੁਸੀਂ ਰੂਮ ਦਾ ਥੋੜਾ ਅਸੀਂ ਕਰਵਾ ਦਾਂਗੇ ਉਹਨੇ ਵਿਚਾਰੇ ਨੇ ਸਾਨੂੰ ਗੱਡੀ ਲੈ ਕੇ ਆਇਆ ਸਾਨੂੰ ਘਰ ਲੈ ਗਿਆ ਆਪਣੇ ਅਸੀਂ ਉਹਦੇ ਘਰ ਚਲੇ ਗਏ ਤੇ ਉੱਥੇ ਜਾ ਕੇ ਵਿਚਾਰੇ ਨੇ ਸਾਨੂੰ ਰੋਟੀ ਖਵਾਈ ਸਾਡਾ ਅਸੀਂ ਨਾਤੇ ਉੱਥੇ ਸਾਡਾ ਮਾਨ ਤਾਨ ਬਹੁਤ ਮਾਨ ਤਾਨ ਕੀਤਾ ਉਹਨਾਂ ਨੇ ਹਨਾ ਤੇ ਅ ਉਸ ਤੋਂ ਬਾਅਦ ਉਹ ਦੀਦੀ ਨੇ ਫਿਰ ਫੋਨ ਕੀਤਾ ਆਪਣੇ ਕਿਸੇ ਫਰੈਂਡ ਨੂੰ ਵੀ ਕੁੜੀਆਂ ਨੇ ਕੱਲ ਦੀ ਆਈਆਂ ਹੋਈਆਂ ਨੇ ਉਹਨਾਂ ਨੂੰ ਰੂਮ ਨਹੀਂ ਮਿਲ ਰਿਹਾ ਉਹ ਕਾਫੀ ਜ਼ਿਆਦਾ ਪਰੇਸ਼ਾਨ ਨੇ ਫਿਰ ਉਹ ਦੀਦੀ ਕਹਿੰਦੀ ਵੀ ਹਾਂ ਮੇਰੇ ਕੋਲ ਰੂਮ ਪਿਆ ਵੀ ਕੁੜੀਆਂ ਇੱਥੇ ਆ ਜਨ ਮੇਰੇ ਘਰੇ ਸਾਨੂੰ ਰੂਮ ਮਿਲ ਗਿਆ ਤੇ ਸਾਨੂੰ ਦੀਦੀ ਉਹਨਾਂ ਦੇ ਘਰੇ ਲੱਗੇ ਸਾਨੂੰ ਰੂਮ ਮਿਲ ਗਿਆ ਉਹ ਵੀ ਹਰਿਆਣੇ ਤੋਂ ਆ ਫੈਮਿਲੀ ਜਿੱਦਾਂ ਪੰਜਾਬੀ ਨੇਗੇ ਤੇ ਫਿਰ ਅਸੀਂ ਉਹਨਾਂ ਦੇ ਘਰ ਚਲੇ ਗਏ ਫਿਰ ਸਾਡਾ ਸਮਾਨ ਇੱਥੇ ਬਰਮਿੰਗਮ ਪਿਆ ਸੀ ਤੇ ਫਿਰ ਉਸ ਤੋਂ ਬਾਅਦ ਅਸੀਂ ਇੱਥੋਂ ਆ ਕੇ ਵਰਮਿੰਗਮ ਤੋਂ ਦੁਬਾਰਾ ਫੇਰ ਆਪਣਾ ਸਮਾਨ ਚੱਕ ਕੇ ਉੱਥੇ ਲੈ ਗਈ ਤੇ ਸਾਨੂੰ ਰੂਮ ਮਿਲ ਗਿਆ ਮਾਂਚੈਸਟਰ ਰਹੀ ਮੈਂ ਤੇ ਜਿੱਦਾਂ ਫਰਵਰੀ ਮਾਰਚ ਮੈਂ ਉੱਥੇ ਲਾਈ 2 ਮੰਥ ਮੈਂ ਉੱਥੇ ਲਏ ਹੈ ਨਾ ਤੇ ਉਸ ਤੋਂ ਬਾਅਦ ਫੇਰ ਮੇਰੀ ਕੰਮ ਦੀ ਥੋੜੀ ਮੇਰੀ ਸੈਟਿੰਗ ਨਹੀਂ ਆਈ ਹੈਗੀ ਉੱਥੇ ਹੈ ਨਾ ਮੈਨੂੰ ਇਦਾਂ ਲੱਗਦਾ ਸੀ ਕਿ ਉੱਥੇ ਕੋਈ ਪੰਜਾਬੀ ਨਹੀਂ ਹੈਗਾ ਵੀ ਪੰਜਾਬੀ ਬਹੁਤ ਘੱਟ ਮਿਲਦੇ ਸੀ ਦੇਖਣ ਨੂੰ ਦਿਲ ਨਹੀਂ ਸੀ ਲੱਗਦਾ ਹਨਾ ਐਂ ਲੱਗਦਾ ਸੀ ਵੀ ਆਪਾਂ ਕਿੱਥੇ ਆ ਕੇ ਫਸ ਗਏ ਐਂ ਲੱਗਦਾ ਸੀ ਵੀ ਆਪਾਂ ਕਿਉਂ ਪੰਜਾਬ ਛੱਡਿਆ ਕਿਉਂ ਨਾ ਆਪਾਂ ਪੰਜਾਬ 'ਚ ਰਹੇ ਬਹੁਤ ਮਨ ਦੁਖੀ ਹੁੰਦਾ ਸੀਗਾ ਤੇ ਲੋਕਾਂ ਦੀਆਂ ਕਹੀਆਂ ਹੋਈਆਂ ਗੱਲਾਂ ਬਹੁਤ ਜ਼ਿਆਦਾ ਆਉਂਦੀਆਂ ਸੀ ਕਹਿੰਦੇ ਕਹਿਣਾ ਬਹੁਤ ਸੌਖਾ ਬਾਹਰਲੇ ਮੁਲਖ ਪਰ ਤੰਗੀਆਂ ਬਹੁਤ ਆਉਂਦੀਆਂ ਨੇ ਤੇ ਕਹਿੰਦੇ ਬਾਥਰੂਮਾਂ ਦੇ ਵਿੱਚ ਤੁਸੀਂ ਲੁਕ ਲੁਕੇ ਰੋਇਆ ਕਰੋਗੇ ਕਿਸੇ ਦੇ ਸਾਹਮਣੇ ਵੀ ਤੁਹਾਡੇ ਤੋਂ ਰੋ ਨਹੀਂ ਹੋਣਾ ਉਹੀ ਗੱਲ ਹੋ ਗਈ ਸੀ ਉੱਥੇ ਰਹਿ ਕੇ ਇਦਾਂ ਲੱਗਣ ਲੱਗਿਆ ਵੀ ਆ ਕਿੱਥੇ ਗਏ ਉਸ ਤੋਂ ਬਾਅਦ ਫਿਰ ਮੈਂ ਮੈਂ ਆਪਣੇ ਕਜ਼ਨ ਨੂੰ ਫੋਨ ਕੀਤਾ ਮੈਂ ਉਹ ਵਰਮਿੰਗਮ ਸੀਗੀ ਮੈਂ ਕਿਹਾ ਵੀ ਮੇਰਾ ਨਹੀਂ ਇੱਥੇ ਦਿਲ ਲੱਗਦਾ ਮੈਂ ਮੈਂ ਵਰਮਿੰਗਮ ਆਉਣਾਗਾ ਤੇ ਚਲੋ ਜੀ ਮੈਂ ਮਾਰਚ ਅਪ੍ਰੈਲ ਅਪ੍ਰੈਲ ਹਾਂ ਅਪ੍ਰੈਲ ਦੇ ਵਿੱਚ ਮੈਂ ਬਰਮਿੰਗਮ ਆ ਗਈ ਅਪ੍ਰੈਲ ਤੇ ਮਈ ਹੁਣ ਮੈਂ ਬਰਮਿੰਗਮ ਦੇ ਵਿੱਚ ਆ ਬਰਮਿੰਗਮ ਆ ਕੇ ਕੰਮ ਨਹੀਂ ਮਿਲਿਆ ਕੰਮ ਕਿੱਥੋਂ ਮਿਲੇ ਕਰੋਨਾ ਕਰਕੇ ਸਾਰੇ ਸਾਰੀਆਂ ਸ਼ਾਪਾਂ ਬੰਦ ਐ ਸਾਰੇ ਕੰਮ ਬੰਦ ਐ ਬਹੁਤ ਘੱਟ ਕੰਮ ਸੀ ਜਿਹੜੇ ਖੁੱਲੇ ਹੋਏ ਸੀਗੇ ਨਾ ਤੇ ਇੱਥੇ ਬਰਮਿੰਗਮ ਆ ਕੇ ਮੈਂ ਇੰਨੇ ਕੁ ਲੋਕਾਂ ਨੂੰ ਫੋਨ ਕੀਤੇ ਇੰਨੇ ਕੁ ਸੋਸ਼ਲ ਵਰਕਰਾਂ ਨੂੰ ਫੋਨ ਕੀਤੇ ਬਹੁਤ ਮਤਲਬ ਫੋਨ ਕੀਤੇ ਵੀ ਮੈਨੂੰ ਕੰਮ ਦਵਾ ਦੋ ਵੀ ਮੇਰੇ ਕੋਲ ਵੀ ਰੈਂਟ ਵੀ ਨਹੀਂ ਨਿਕਲਣਾ ਹੈਗਾ ਮੇਰੇ ਕੋਲ ਵੀ ਮੈਂ ਕੀ ਕਰੂੰਗੀ ਮੈਂ ਇੰਡੀਆ ਤੋਂ ਵੀ ਨਹੀਂ ਮੰਗਾ ਸਕਦੀ ਕਿਉਂਕਿ ਇਹ ਤਾਂ ਹੈ ਨਹੀਂਗਾ ਵੀ 2000 4000 ਵਿਚਾਰੇ ਇੰਡੀਆ ਵਾਲੇ ਭੇਜ ਦਿਆ ਕਰਨਗੇ ਹਰ ਮਹੀਨੇ ਆਪਣਾ ਗੁਜ਼ਾਰਾ ਚੱਲੀ ਜਾਊਗਾ ਇੰਡੀਆ ਦਾ ਜੇ ਆਪਣੇ ਕੋਲ 40 50000 ਰੁਪਏ ਹੈਗਾ ਆ ਤਾਂ ਇੱਥੇ ਇੱਕ ਮਹੀਨੇ ਦਾ ਖਰਚਾ ਮੈਂ ਨਹੀਂ ਸੀ ਮੰਗਾ ਸਕਦੀ ਤੇ ਫੇ ਮੈਂ ਫੇਸਬੁੱਕ ਤੇ ਵੀ ਮੈਂ ਪਾਇਆ ਸੀ ਵੀ ਜੇ ਕੋਈ ਬਰਮਿੰਗਮ ਤੋਂ ਕੋਈ ਵੀਰ ਕੋਈ ਭੈਣ ਹੈਗੀ ਆ ਮੇਰੀ ਫੇਸਬੁੱਕ ਤੇ ਮੇਰੇ ਨਾਲ ਜੁੜੀ ਹੋਈ ਆ ਤਾਂ ਪਲੀਸ ਵੀ ਮੇਰੇ ਨਾਲ ਕੰਟੈਕਟ ਕਰਨ ਮੈਂ ਪ੍ਰੋਬਲਮ ਦੇ ਵਿੱਚ ਆ ਤੇ ਕਾਫੀ ਵਿਚਾਰੇ ਮੁੰਡਿਆਂ ਨੇ ਮੈਨੂੰ ਕੰਟੈਕਟ ਵੀ ਕੀਤੇ ਜਿਹੜੇ ਬਰਮਿੰਗਮ ਤੋਂ ਸੀਗੇ ਕੰਟੈਕਟ ਕੀਤੇ ਕਾਫੀ ਨੇ ਤੇ ਕਹਿੰਦੇ ਚਲੋ ਹਨਾ ਵੀ ਅਸੀਂ ਤੁਹਾਡੀ ਜਿਹੜੀ ਹੈਲਪ ਆ ਉਹ ਕਰਾ ਦਾਂਗੇ ਤੁਹਾਨੂੰ ਕੰਮ ਲਵਾ ਦਾਂਗੇ ਤੁਹਾਨੂੰ ਉਹਨਾਂ ਨੇ ਬਹੁਤ ਕੰਮ ਲੱਭੇ ਮੈਨੂੰ ਕੰਮ ਨਹੀਂ ਮਿਲਿਆ ਮੈਂ ਸੋਸ਼ਲ ਵਰਕਰਾਂ ਨੂੰ ਕਿਹਾ ਵੀ ਤੁਹਾਡੇ ਕੰਟੈਕਟ ਦੇ ਵਿੱਚ ਵੀ ਮਤਲਬ ਇੱਥੋਂ 버밍ਹਮ ਤੋਂ ਲੋਕ ਜੁੜੇ ਹੋਣਗੇ ਉਹਨਾਂ ਨੂੰ ਕਹਿ ਕੇ ਮੇਰੀ ਹੈਲਪ ਕਰਾ ਦਿਓ ਮੈਨੂੰ ਕੰਮ ਦਵਾ ਦਿਓ ਮੇਰੇ ਕੋਲ ਕੰਮ ਨਹੀਂਗਾ ਤੇ ਵਿਚਾਰੇ ਬਹੁਤ ਸੋਸ਼ਲ ਵਰਕਰਾਂ ਨੇ ਇੱਥੇ ਆ ਕੇ ਫੋਨ ਕੀਤਾ ਹਨਾ ਫੋਨ ਕੀਤਾ ਲੋਕਾਂ ਨੂੰ ਵੀ ਹਰਜੀਤ ਨੂੰ ਕੰਮ ਦਵਾ ਦਿਓ ਬਹੁਤ ਮੁੰਡੇ ਮੇਰੇ ਕੰਟੈਕਟ ਚ ਆਏ ਜਿਹੜੇ ਕਹਿੰਦੇ ਸੀ ਵੀ ਭੈਣੇ ਹਾਂ ਸੀ ਤੈਨੂੰ ਕੰਮ ਦਵਾ ਦਾਂਗੇ ਅਸੀਂ ਤੇਰੀ ਹੈਲਪ ਕਰ ਦਾਂਗੇ ਬਟ ਮੈਂ ਹਰ ਪਾਸੋਂ ناکਾਮ ਰਹੀ ਮੈਨੂੰ ਜੋਬ ਨਹੀਂ ਮਿਲੀ ਮੈਂ ਇੰਨੀ ਜ਼ਿਆਦਾ ਮੈਂ ਡਿਪਰੈਸ਼ਨ ਦੇ ਵਿੱਚ ਹੋ ਗਈ ਸੀ ਕਿ ਟਾਈਮ ਮੈਨੂੰ ਇਦਾਂ ਲੱਗਦਾ ਸੀ ਵੀ ਮੈਂ ਕਿੱਥੇ ਆ ਕੇ ਫਸ ਗਈ ਨਾ ਤਾਂ ਮੈਂ ਇੰਡੀਆ ਵਾਪਸ ਹੋ ਸਕਦੀ ਸੀ ਕਿਉਂਕਿ ਇੰਡੀਆ ਦਾ ਮੈਂ 15 ਲੱਖ ਇੱਥੇ ਲਾ ਕੇ ਆਈਆਂਗੀ ਜੇ ਮੈਂ ਇੰਡੀਆ ਵਾਪਸ ਹੋ ਜਾਂ ਮੈਂ ਕਾਸੀ ਯੋਗ ਵੀ ਨਹੀਂ ਰਹਿਣਾ ਇੰਡੀਆ ਮੈਂ ਵਾਪਸ ਨਹੀਂ ਹੋ ਸਕਦੀ ਥੀ ਕਰੋਨਾ ਕਰਕੇ ਕੰਮ ਨਹੀਂ ਸੀ ਮਿਲਦਾ ਬਹੁਤ ਮਾੜੇ ਹਾਲਾਤ ਹੋ ਗਏ ਸੀ ਫਿਰ ਉਸ ਤੋਂ ਬਾਅਦ ਮੈਨੂੰ ਇੱਕ ਕੰਮ ਮਿਲਿਆ ਰੈਸਟੋਰੈਂਟ ਤੇ ਹਨਾ ਜਿੱਥੇ ਮੈਂ ਭਾਂਡੇ ਵੀ ਮਾਂਜੇ ਨੇਗੇ ਤੇ ਮੈਂ ਪਰੌਂਠੇ ਵੀ ਰਾਹੇ ਨੇਗੇ ਮੈਂ ਪੈਕਿੰਗਾਂ ਵੀ ਕਰੀਆਂ ਨੇਗੀਆਂ ਕਿਉਂਕਿ ਇਹਨਾਂ ਕੰਟਰੀਆਂ ਦੇ ਵਿੱਚ ਕੋਈ ਵੀ ਕੰਮ ਛੋਟਾ ਵੱਡਾ ਨਹੀਂਗਾ ਇੰਡੀਆ ਦੇ ਵਿੱਚ ਆਪਾਂ ਨਹੀਂ ਕਰ ਸਕਦੇ ਪਰ ਇੱਥੇ ਆ ਕੇ ਕਿਉਂਕਿ ਕੋਈ ਵੀ ਬੰਦਾ ਇਹ ਨਹੀਂ ਫੀਲ ਕਰਾਉਂਦਾ ਤੁਹਾਨੂੰ ਵੀ ਤੁਸੀਂ ਛੋਟਾ ਕੰਮ ਕਰਦੇ ਹੋ ਕੋਈ ਵੀ ਬੰਦਾ ਫੀਲ ਨਹੀਂ ਕਰਦਾ ਵੀ ਕੰਮ ਕੋਈ ਛੋਟਾ ਜਾਂ ਵੱਡਾ ਇੱਥੇ ਲੋਕੀ ਫੀਲ ਨਹੀਂ ਕਰਾਉਂਦੇ ਤੁਹਾਨੂੰ ਸਾਹਮਣੇ ਵਾਲਾ ਬੰਦਾ ਜੇ ਤੁਸੀਂ ਭਾਂਡੇ ਵੀ ਮਾਏਂਦੇ ਹੋ ਨਾ ਤਾਂ ਵੀ ਸਾਹਮਣੇ ਵਾਲਾ ਬੰਦਾ ਤੁਹਾਨੂੰ ਇੱਜ਼ਤ ਦੇ ਕੇ ਲੰਘੂਗਾ ਉਹ ਇਹ ਨਹੀਂ ਕਹਿੰਦਾ ਵੀ ਇਹ ਤਾਂ ਭਾਂਡੇ ਮਾਂਜੇ ਨਾਲ ਹੈਗਾ ਮਜਬੂਰੀ 'ਚ ਸਾਰੇ ਕੰਮ ਕਰਨੇ ਪੈਂਦੇ ਨੇਗੇ ਫਿਰ ਮੈਨੂੰ ਰੈਸਟੋਰੈਂਟ ਤੇ ਕੰਮ ਮਿਲਿਆ ਜਿੱਦਾਂ ਉਹ ਬਹੁਤ ਚੰਗੇ ਸੀਗੇ ਬਹੁਤ ਬਹੁਤ ਚੰਗੇ ਸੀ ਬਹੁਤ ਵਧੀਆ ਸੀਗੇ ਵਿਚਾਰੇ ਥੋੜੇ ਜਿਹੇ ਦਿਨ ਹੀ ਕੀਤਾ ਮੈਂ ਕਿਉਂਕਿ ਮੇਰੇ ਕੋਲ ਮੈਂ ਰੈਂਟ ਵੀ ਕੱਢਣਾ ਸੀਗਾ ਮੇਰੇ ਕੋਲ ਰੈਂਟ ਨਹੀਂ ਸੀ ਮੇਰੇ ਹਾਲਾਤ ਬਹੁਤ ਔਖੇ ਸੀਗੇ ਬਹੁਤ ਮਤਲਬ ਔਖਾ ਸੀਗਾ ਤੇ ਫਿਰ ਮੈਂ ਇੱਥੇ ਮੈਨੂੰ ਚਲੋ ਉਹ ਮੇਲੇ ਭਾਜੀ ਭਾਜੀ ਕਹਿੰਦੇ ਚੱਲ ਅਸੀਂ ਤੈਨੂੰ ਕੰਮ ਤੇ ਰੱਖ ਲੈਂਦੇ ਆ ਉਹਨਾਂ ਨੇ ਮੈਨੂੰ ਕੰਮ ਤੇ ਰੱਖ ਲਿਆ ਚਲੋ ਜੀ ਮੈਂ ਰੈਸਟੋਰੈਂਟ ਤੇ ਕੰਮ ਕੀਤਾ ਚੰਗੇ ਸੀ ਇਦਾਂ ਰਿਸਪੈਕਟ ਬਹੁਤ ਦਿੰਦੇ ਸੀਗੇ ਤੇ ਉਸ ਤੋਂ ਬਾਅਦ ਮੇਰੀ ਉੱਥੇ ਵੀ ਮਤਲਬ ਮੈਨੂੰ ਪੇਪਰਾਂ ਤੇ ਕੰਮ ਨਹੀਂ ਸੀ ਮਿਲਦਾ ਥੋੜੇ ਜਿਹੇ ਦਿਨ ਹੀ ਮਿਲਿਆ ਜਿੱਦਾਂ ਮੈਂ ਕਹਿ ਸਕਦੀ ਆ ਬਹੁਤ ਔਖਾ ਹੋ ਗਿਆ ਫਿਰ ਮੈਨੂੰ ਇੱਕ ਮੇਰੇ ਫੇਸਬੁੱਕ ਤੇ ਫੇਸਬੁੱਕ ਥਰੂ ਇੱਕ ਜਿੱਦਾਂ ਗਰੋਸਰੀ ਲਈ ਇੱਕ ਆਪਣਾ ਪੰਜਾਬੀ ਵੀਰ ਆ ਸਾਬੀ ਜਿਨ੍ਹਾਂ ਦੀ ਮੈਂ ਪੋਸਟ ਆ ਹਰ ਸੰਡੇ ਪਾਉਣੀ ਆ ਹਰ ਸੰਡੇ ਸਾਡੇ ਸਟੂਡੈਂਟਾਂ ਨੂੰ ਉਹ ਗਰੋਸਰੀ ਦਿੰਦੇ ਨੇਗੇ ਹਨਾ ਫਿਰ ਮੈਂ ਸਾਬੀ ਵੀਰਾਂ ਮੇਰੇ ਕੰਟੈਕਟ ਚ ਆਇਆ ਤੇ ਹੁਣ ਵੀ ਮੇਰੀ ਲਾਈਵ ਵੀਡੀਓ ਉਹ ਦੇਖ ਰਹੇ ਨੇ ਉੱਪਰ ਮੈਨੂੰ ਸ਼ੋ ਹੋ ਰਿਹਾ ਤੇ ਫਿਰ ਸਾਬੀ ਵੀਰਾ ਮੇਰੇ ਕੰਟੈਕਟ ਚ ਆਇਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਕਿੱਦਾਂ ਹਰਜੀਤ ਹਨਾ ਕਿੱਦਾਂ ਸਾਰਾ ਕੁਝ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਕੋਰੋਨਾ ਕਰਕੇ ਵੀਰੇ ਸਾਰੇ ਕੰਮ ਬੰਦ ਨੇ ਮੇਰੇ ਕੋਲ ਕੰਮ ਨਹੀਂ ਕੋਈ ਹੈਗਾ ਹਨਾ ਵੀ ਮੈਂ ਆਹ ਕੰਮ ਕਰਦੀ ਆ ਰੈਸਟੋਰੈਂਟ ਤੇ ਜਿਹਦੇ ਨਾਲ ਮੇਰਾ ਗੁਜ਼ਾਰਾ ਨਹੀਂ ਹੋਣਾ ਹਨਾ ਤੇ ਫਿਰ ਉਹਨਾਂ ਨੇ ਵਿਚਾਰਿਆਂ ਨੇ ਮੈਨੂੰ ਹਰ ਸੰਡੇ ਜਿੱਦਾਂ ਗਰੋਸਰੀ ਸਾਰੇ ਸਟੂਡੈਂਟਾਂ ਨੂੰ ਦਿੰਦੇ ਉਹ ਮੈਨੂੰ ਵੀ ਗਰੋਸਰੀ ਦਿੰਦੇ इवन ਕਿਉਂਕਿ ਹਾਲਾਤ ਇੰਨੇ ਮਾੜੇ ਸੀ ਕਿ ਗਰੋਸਰੀ ਗਰੋਸਰੀ ਵੀ ਨਹੀਂ ਖਰੀਦ ਸਕਦੇ ਸੀ ਤੇ ਉਹਨਾਂ ਨੇ ਮੈਨੂੰ ਗਰੋਸਰੀ ਦੇਣੀ ਹਰ ਹਰ ਸੰਡੇ ਉਹ ਗਰੋਸਰੀ ਸਾਰੇ ਸਟੂਡੈਂਟਾਂ ਨੂੰ ਦੇ ਕੇ ਜਾਂਦੇ ਤਾਂ ਮੈਨੂੰ ਵੀ ਦੇ ਕੇ ਜਾਂਦੇ ਹਨਾ ਤੇ ਉਹਨਾਂ ਦੀ ਗਰੋਸਰੀ ਨਾਲ ਟਾਈਮ ਲੰਘਿਆ ਉਹ ਵੀਰੇ ਨੇ ਮੇਰੀ ਇੰਨੀ ਕੁ ਜ਼ਿਆਦਾ ਹੈਲਪ ਕੀਤੀ ਜਿੱਦਾਂ ਆਪਾਂ ਕਹਿ ਦਿੰਨੇ ਆ ਨਾ ਜੇ ਕੋਈ ਇੱਕ ਵਾਰ ਤਾਂ ਮੇਰਾ ਜਮੀ ਰੱਬ ਤੋਂ ਵੀ ਯਕੀਨ ਟੁੱਟ ਗਿਆ ਸੀ ਜਦੋਂ ਹਾਲਾਤ ਮੇਰੇ ਮੈਂ ਹਰ ਇੱਕ ਨੂੰ ਜੋਬ ਲਈ ਕਹਿੰਦੀ ਹਰ ਇੱਕ ਨੂੰ ਜੋਬ ਲਈ ਕਹਿੰਦੀ ਜੋਬ ਲੱਭਦੀ ਮੈਨੂੰ ਜੋਬ ਦਵਾ ਦਿਓ ਜੋਬ ਦਵਾ ਦਿਓ ਜੋਬ ਜੋਬ ਦਾ ਨਹੀਂ ਕਿਤੇ ਬਣਦਾ ਸੀ ਤਾਂ ਮੈਨੂੰ ਇਵਨ ਮੈਨੂੰ ਰੱਬ ਤੋਂ ਵੀ ਯਕੀਨ ਉੱਠ ਗਿਆ ਸੀ ਮੈਨੂੰ ਇਹ ਲੱਗਦਾ ਸੀ ਵੀ ਜਿਹੜੇ ਲੋਕੀ ਚੰਗੇ ਕੰਮ ਕਰਦੇ ਆ ਸ਼ਾਇਦ ਹਨਾ ਸੱਚ ਦੀ ਜ਼ਿੰਦਗੀ ਜਿਉਂਦੇ ਆ ਰੱਬ ਉਹਨਾਂ ਦਾ ਸਾਥ ਨਹੀਂ ਦਿੰਦੇ ਰੱਬ ਉਹਨਾਂ ਦਾ ਸਾਥ ਦਿੰਦੇ ਆ ਜਿਹੜੇ ਮਾੜੇ ਕੰਮ ਕਰਦੇ ਆ ਇੱਕ ਟਾਈਮ ਮੈਨੂੰ ਰੱਬ ਤੋਂ ਵੀ ਮੇਰਾ ਜਮਈ ਯਕੀਨ ਉੱਠ ਗਿਆ ਸੀ ਇੱਥੇ ਯੂਕੇ ਆ ਕੇ ਜਦੋਂ ਦਿਲ ਦੁਖੀ ਹੁੰਦਾ ਨਾ ਤਾਂ ਆਪਾਂ ਇਵਨ ਰੱਬ ਨੂੰ ਵੀ ਕਹਿੰਨੇ ਆ ਵੀ ਰੱਬਾ ਤੂੰ ਵੀ ਅਸੀਂ ਕਿਸੇ ਦਾ ਕੀ ਮਾੜਾ ਕਰਦੇ ਆ ਵੀ ਤੂੰ ਸਾਡੇ ਨਾਲ ਇਦਾਂ ਕਰਦਾਗਾ ਰੱਬ ਤੋਂ ਵੀ ਜਗੀਰ ਟੁੱਟਿਆ ਚਲੋ ਫਿਰ ਸਾਬੀ ਵੀਰਾ ਮਿਲਿਆ ਹਨਾ ਤੇ ਉਹਨੇ ਵਿਚਾਰੇ ਨੇ ਬਹੁਤ ਹੈਲਪ ਕੀਤੀ ਹਨਾ ਉਹਨਾਂ ਨੇ ਕਿਹਾ ਵੀ ਹਰਜੀਤ ਤੈਨੂੰ ਕੋਈ ਵੀ ਕਿਸੇ ਵੀ ਚੀਜ਼ ਦੀ ਲੋੜ ਹੈ ਤੂੰ ਮੈਨੂੰ ਦੱਸੀ ਤੂੰ ਮੈਨੂੰ ਫੋਨ ਕਰੀ ਹਨਾ ਐਵੇਂ ਕਹਿਣ ਵਾਲੇ ਲੋਕੀ ਬਹੁਤ ਘੱਟ ਹੁੰਦੇ ਆ ਤੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਨਾ ਲੋੜ ਪੈਣ ਤੇ ਤਾਂ ਉਹ ਵੀ ਭੱਜ ਜਾਂਦੇ ਆ ਸਭ ਉਹ ਵੀ ਨਹੀਂ ਫੋਨ ਚੱਕਣਾ ਬੰਦ ਕਰ ਦਿੰਦੇ ਆ ਰਿਸ਼ਤੇਦਾਰ ਵੀ ਮਾੜੇ ਟਾਈਮ 'ਚ ਅਸਲ ਕਹਿੰਦੇ ਆਪਣਿਆਂ ਤੇ ਬਕਾਨਿਆਂ ਦਾ ਬਗਾਨਿਆਂ ਦਾ ਸਿਆਣੇ ਕਹਿੰਦੇ ਸੀ ਹਨਾ ਸੁਣਦੇ ਸੀ ਵੀ ਆਪਣੇ ਤੇ ਬਗਾਨਿਆਂ ਦਾ ਉਦੋਂ ਪਤਾ ਲੱਗਦਾ ਜਦੋਂ ਤੁਹਾਨੂੰ ਲੋੜ ਹੁੰਦੀ ਆ ਜਦੋਂ ਲੋੜ ਹੁੰਦੀ ਆ ਉਦੋਂ ਪਰਖੇ ਜਾਂਦੇ ਨੇ ਕੌਣ ਆਪਣਾ ਕੌਣ ਬਗਾਨਾ ਜਿਹੜੇ ਖੂਨ ਦੇ ਰਿਸ਼ਤੇ ਸੀ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੇ ਫੋਨ ਵੀ ਚੱਕਣੇ ਬੰਦ ਕਰਤੇ ਵੀ ਹੁਣ ਔਖਾ ਟਾਈਮ ਆ ਕਿ ਸਾਡੇ ਤੋਂ ਕੁਝ ਮੰਗ ਨਾ ਲਵੇ ਹਰਜੀਤ ਤੇ ਵਿਚਾਰੇ ਚਲੋ ਸਾਬੀ ਵੀਰੇ ਦਾ ਸਹਾਰਾ ਹੋਇਆ ਹੌਸਲਾ ਹੋਇਆ ਹੋਰ ਵੀ ਕਾਫੀ ਵੀਰ ਸੀ ਜਿਹੜੇ ਵਿਚਾਰੇ ਮੇਰੇ ਨਾਲ ਜੁੜੇ ਜਿਹੜੇ ਕਹਿੰਦੇ ਸੀ ਵੀ ਹਰਜੀਤ ਕੋਈ ਨਹੀਂ ਜੇ ਕੋਈ ਤੈਨੂੰ ਪ੍ਰੋਬਲਮ ਆਈ ਤੂੰ ਸਾਨੂੰ ਫੋਨ ਕਰਦੀ ਹੈ ਨਾ ਹੋਰ ਵੀ ਹੈਗੇ ਸੀਗੇ ਤੇ ਇੱਕ ਦੋ ਵੀਰ ਮੇਰੇ ਨਾਲ ਲੰਡਨ ਤੋਂ ਜੁੜੇ ਹੋਏ ਨੇਗੇ ਇੱਕ ਦੋ ਮੇਰੇ ਤੋਂ ਅਮਰੀਕਾ ਤੋਂ ਜੁੜੇ ਹੋਏ ਨੇ ਜਿੱਦਾਂ ਹਨਾ ਉਹਨਾਂ ਨੇ ਹੌਸਲਾ ਦਿੱਤਾ ਵੀ ਕੋਈ ਨਹੀਂ ਉਹਨਾਂ ਨੂੰ ਮੈਂ ਦੱਸੀ ਫਿਰ ਆਪਦੀ ਪ੍ਰੋਬਲਮ ਵੀ ਮੈਨੂੰ ਤਾਂ ਬਹੁਤ ਮੈਨੂੰ ਪ੍ਰੋਬਲਮ ਆ ਰਹੀਆਂ ਨਹੀਂ ਗੀਆਂ ਉਹਨਾਂ ਨੇ ਵੀ ਵਿਚਾਰਿਆਂ ਨੇ ਬਹੁਤ ਮੈਨੂੰ ਉਹ ਕੀਤਾ ਸਹਾਰਾ ਦਿੱਤਾ ਹਨ ਤੇ ਫਿਰ ਸਾਬੀ ਵੀਰ ਨੇ ਤਾਂ ਦਿੱਤੇ ਹੀ ਦਿੱਤਾ ਫਿਰ ਉਹਨਾਂ ਨੇ ਵਿਚਾਰਿਆਂ ਨੇ ਜੌਬ ਲੱਭੀ ਇੰਨੀ ਜਗ੍ਹਾ ਤੇ ਫੋਨ ਕੀਤੇ ਕੰਟੈਕਟ ਕੀਤੇ ਵੀ ਇਹ ਇੱਕ ਕੁੜੀ ਆਈ ਆ ਹਨਾ ਇੰਡੀਆ ਤੋਂ ਵੀ ਉਹਨੂੰ ਕੰਮ ਦਵਾਉ ਮੇਰੀ ਛੋਟੀ ਭੈਣ ਆ ਤੇ ਉਹਨਾਂ ਨੇ ਵਿਚਾਰਿਆਂ ਨੇ ਇੰਨਾ ਟਾਈਮ ਤਾਂ ਕੰਮ ਦਾ ਨਹੀਂ ਬਣਿਆ ਹਨਾ ਚਲੋ ਉਹਨਾਂ ਦਾ ਹੌਸਲਾ ਰਿਹਾ ਚਲੋ ਇਦਾਂ ਸੀ ਵੀ ਹੁਣ ਆਪਾਂ ਭੁੱਖੇ ਨਹੀਂ ਮਰਦੇ ਚਲੋ ਹੈਗੇ ਨੇ ਪੰਜ ਸੱਤ ਵੀਰ ਹਨਾ ਜਿਹਦਾ ਸਹਾਰੇ ਆਪਾਂ ਰਹਿ ਸਕਦੇ ਆਂਗੇ ਜੇ ਇਨ ਕੇਸ ਆਪਣੇ ਕੋਲ ਕੁਝ ਵੀ ਨਹੀਂ ਹੋਊਗਾ ਤੈਨ ਆਪਾਂ ਉਹਨਾਂ ਨੂੰ ਫੋਨ ਕਰਾਂਗੇ ਉਹਨਾਂ ਤੋਂ ਹੈਲਪ ਲਵਾਂਗੇ ਤੇ ਫਿਰ ਸਾਬੀ ਵੀਰੇ ਨੇ ਹੌਲੀ 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 ਵਿਚਾਰਿਆਂ ਨੇ ਜੌਬ ਲੱਭੀ ਜੌਬ ਲੱਭੀ ਤੇ ਹੁਣ ਮੈਨੂੰ ਜੌਬ ਹੈ ਜਿਹੜੀ ਉਹ ਮਿਲ ਗਈ ਆ ਕਿਤੇ ਹੁਣ ਜਾ ਕੇ ਮੈਨੂੰ 5 ਮਹੀਨੇ ਹੋ ਗਏ ਇੱਥੇ ਆਈ ਨੂੰ ਮੈਨੂੰ ਹੁਣ ਇੱਥੇ ਜੌਬ ਮਿਲਿਆ ਸਾਬੀ ਵੀਰੇ ਨੇ ਉਹਨਾਂ ਦੇ ਰਿਸ਼ਤੇਦਾਰ ਸੀ ਜਿਹੜੇ ਹਨਾ ਤੇ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਚੱਲ ਅਸੀਂ ਹਰਜੀਤ ਨੂੰ ਰੱਖ ਲਾਂਗੇ ਉਹਨਾਂ ਨੇ ਮੈਨੂੰ ਕੰਮ ਤੇ ਰੱਖ ਲਿਆ ਹੁਣ ਮੈਂ ਜਿੱਦਾਂ ਹੁਣ ਮੈਂ ਕੰਮ ਕਰਦੀ ਆਂਗੀ ਗਰੋਸਰੀ ਸ਼ਾਪ ਆ ਜਿਹੜੀ ਉੱਥੇ ਮੈਂ ਕੰਮ ਕਰਦੀ ਆਂ ਚਲੋ ਦੇਰ ਨਾਲ ਸਹੀ ਪਰ ਮੈਂ ਜਿੱਥੇ ਕੰਮ ਕਰਦੀ ਆਂ ਮੈਨੂੰ ਬਹੁਤ ਰਿਸਪੈਕਟ ਮਿਲਦੀ ਆ ਬਹੁਤ ਮਾਣ ਮਿਲਦਾਗਾ ਤੇ ਬਹੁਤ ਵਧੀਆ ਨੇਗੇ ਉਹ ਤੇ ਹੁਣ ਥੋੜਾ ਜਿਹਾ ਲਾਈਫ ਕਿਤੇ ਜਾ ਕੇ ਇੰਨੇ ਮਹੀਨਿਆਂ ਬਾਅਦ ਲਾਈਫ ਥੋੜੀ ਸੈੱਟ ਹੋਈ ਹੈਗੀ ਤੇ ਸੋ ਤੁਸੀਂ ਸੋਚਦੇ ਹੋਵੋਗੇ ਵੀ ਹਰਜੀਤ ਇਹ ਗੱਲਾਂ ਪਤਾ ਨਹੀਂ ਕਿਉਂ ਦੱਸੀ ਜਾਂਦੀ ਆ ਕਿਉਂ ਸਾਡੇ ਨਾਲ ਸ਼ੇਅਰ ਕਰੀ ਜਾਂਦੀ ਆ ਪਤਾ ਨਹੀਂ ਉਹਨੇ ਪਬਲਿਸਿਟੀ ਲੈਣੀ ਆ ਪਤਾ ਨਹੀਂ ਉਹਨੇ ਲਾਈਕ ਵਧਾਉਣੇ ਆ ਪਤਾ ਨਹੀਂ ਉਹਨੇ ਕਮੈਂਟ ਵਧਾਉਣੇ ਆ ਨਹੀਂ ਵੀਰੋ ਮੈਂ ਇਸ ਲਈ ਤੁਹਾਨੂੰ ਗੱਲਾਂ ਨਹੀਂ ਦੱਸਦੀ ਮੈਂ ਤੁਹਾਨੂੰ ਇਸ ਲਈ ਗੱਲਾਂ ਦੱਸਦੀਆਂ ਜਿਹੜੇ ਲੋਕੀ ਆਪਣੀਆਂ ਕੱਲੀਆਂ ਕੁੜੀਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਭੇਜਦੇ ਨੇ ਅਨ ਮੈਰਿਡ ਕੁੜੀਆਂ ਜਿਹੜੀਆਂ ਸਾਡੀਆਂ ਭੈਣਾਂ ਕਹਿੰਦੀਆਂ ਨੇ ਨਾ ਅਸੀਂ ਅਨ ਮੈਰਿਡਾਂ ਅਸੀਂ ਬਾਹਰ ਚੱਲ ਜਾਾਂਗੇ ਅਸੀਂ ਬਾਹਰ ਜਾ ਕੇ ਆਹ ਕਰ ਲਾਂਗੇ ਅਸੀਂ ਬਾਹਰ ਜਾ ਕੇ ਆਹ ਕਰ ਲਾਂਗੇ ਇਹ ਵੀਡੀਓ ਉਹਨਾਂ ਕੁੜੀਆਂ ਲਈ ਆ ਮੇਰੇ ਨਾਲ 2 4 ਵੀਰ 5 ਵੀਰ 10 ਵੀਰ ਜੁੜੇ ਹੋਏ ਸੀ ਜਿਨ੍ਹਾਂ ਦਾ ਮੈਨੂੰ ਸਹਾਰਾ ਸੀ ਕਿ ਮੈਂ ਇਹ ਕੰਟਰੀ ਦੇ ਵਿੱਚ ਭੁੱਖੀ ਨਹੀਂ ਮਰਾਂਗੀ ਮੈਂ ਉਹਨਾਂ ਦੇ ਸਿਰ ਤੇ ਹੌਂਸਲਾ ਸੀ ਪਰ ਜਿਹੜੀਆਂ ਕੁੜੀਆਂ ਦਾ ਕੋਈ ਵੀ ਨਹੀਂ ਹੁੰਦਾ ਹਾਲਾਤ ਜਿੱਦਾਂ ਕਰੋਨਾ ਨੇ ਹਾਲਾਤ ਇੰਨੇ ਮਾੜੇ ਬਣਾਤੇ ਜੇ ਇੱਥੇ ਤੁਹਾਡਾ ਕੋਈ ਵੀ ਨਹੀਂ ਹੋਊਗਾ ਤਾਂ ਤੁਹਾਡਾ ਕੀ ਹੋਊਗਾ ਇਹ ਵੀਡੀਓ ਉਹਨਾਂ ਮਾਪੇ ਪਾ ਨੂੰ ਇਕ ਮੈਸੇਜ ਆ ਕਿ ਕੱਲੀਆਂ ਕੁੜੀਆਂ ਨੂੰ ਮਾਪੇ ਨਾ ਭੇਜਣ ਬਾਹਰ ਜੇ ਭੇਜਣਾ ਆ ਤਾਂ ਆਪਣੀਆਂ ਕੁੜੀਆਂ ਨੂੰ ਵਿਆਹ ਕਰਕੇ ਭੇਜੋ ਤਾਂ ਕਿ ਉਹਨਾਂ ਨੂੰ ਇੰਨਾ ਤਾਂ ਹੌਸਲਾ ਰਹੂਗਾ ਕਿ ਸਾਡਾ ਹਸਬੈਂਡ ਸਾਡੇ ਨਾਲ ਹੈਗਾ ਕੋਈ ਔਖਾ ਟਾਈਮ ਆਉਂਦਾ ਤਾਂ ਹਸਬੈਂਡ ਸਾਥ ਤਾਂ ਦੇ ਦੂਗਾ ਕਿਉਂਕਿ ਇਸ ਦੁਨੀਆ ਇਸ ਦੇਸ਼ਾਂ ਦੇ ਵਿੱਚ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਜੇ ਕੱਲੀਆਂ ਕੁੜੀਆਂ ਪਹਿਲਾਂ ਮੈਂ ਵੀ ਜਿੱਦਾਂ ਮੈਂ ਵੀ ਇੱਕ ਕੁੜੀਆਂ ਮੈਂ ਵੀ ਇਹ ਸੋਚਦੀ ਸੀ ਮੈਂ ਕੱਲੀ ਪਹਿਲਾਂ ਮੈਂ ਅਨਮੈਰਿਡ ਸੀਗੀ ਹੈਨਾ ਮੈਂ ਸੋਚਦੀ ਸੀ ਮੈਂ ਕੱਲੀ ਬਾਹਰ ਚੱਲ ਜਾ ਬਾਹਰ ਚੱਲ ਜਾ ਨਾ ਵੀ ਮੈਂ ਕੱਲੀ ਨਹੀਂ ਜਾਣਾ ਕੱਲੀ ਨਹੀਂ ਜਾਣਾ ਪਰ ਜਦੋਂ ਇੱਥੇ ਕੱਲੀਆਂ ਕੁੜੀਆਂ ਆਉਂਦੀਆਂ ਨੇ ਨਾ ਤਾਂ ਉਹਦੋਂ ਇਹ ਇਹੀ ਸੋਚਦੀਆਂ ਨੇ ਪਹਿਲਾਂ ਤਾਂ ਕੱਲੀਆਂ ਆ ਜਾਂਦੀਆਂ ਨੇ ਇੰਡੀਆ ਤੋਂ ਪਰ ਜਦੋਂ ਇੱਥੇ ਆ ਕੇ ਉਹਨਾਂ ਨੂੰ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਤਾਂ ਹਮੇਸ਼ਾ ਉਹ ਇਹ ਕਹਿੰਦੀਆਂ ਨੇ ਵੀ ਅਸੀਂ ਵਿਆਹ ਕਿਉਂ ਨਾ ਕਰਾ ਕੇ ਆਈਆਂ ਨਾ ਉਹ ਇੰਡੀਆ ਮੋੜਨ ਜੋਗੀਆਂ ਹੁੰਦੀਆਂ ਨੇਗੀਆਂ ਨਾ ਉਹ ਇੱਥੇ ਰਹਿਣਾ ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ हां जी ਇਹਨਾਂ ਦੇ ਮਾਵਾਪਾ ਕੋਲ ਜਾਦਾ ਪੈਸਾ ਆ ਜਾਂਦਾ ਅਮੀਰ ਨੇ ਉਹਨਾਂ ਲਈ ਤਾਂ ਕੋਈ ਔਖਾ ਨਹੀਂ ਕਿਉਂਕਿ ਇੰਡੀਆ ਤੋਂ ਪੈਸੇ ਭੇਜੀ ਜਾਣਗੇ ਪਰ ਜਿਹੜੇ ਸਟੂਡੈਂਟ ਕਰਜਾ ਚੱਕ ਚੱਕ ਆਉਂਦੇ ਨੇ ਕੁੜੀਆਂ ਜਿਹੜੀਆਂ ਕਹਿੰਦੀਆਂ ਅਸੀਂ ਕੱਲੀਆਂ ਜਾਵਾਂਗੇ ਮਾਵਾਪਾ ਕਹਿੰਦੇ ਨੇ ਅਸੀਂ ਕੱਲੀਆਂ ਕੁੜੀਆਂ ਨੂੰ ਉਤਾਰਾਂਗੇ ਉਹਨਾਂ ਲਈ ਬਹੁਤ ਔਖਾ ਖਾਸ ਤੌਰ ਤੇ ਇੰਗਲੈਂਡ ਕੰਟਰੀ ਦੇ ਵਿੱਚ ਕਿਉਂਕਿ ਮੈਂ ਐਕਸਪੀਰੀਅੰਸ ਕੀਤਾ ਬਾਕੀ ਕੰਟਰੀਆਂ ਦਾ ਮੈਨੂੰ ਨਹੀਂ ਪਤਾ ਬਹੁਤ ਬਹੁਤ ਔਕੜਾਂ ਨੇ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਮੇਰੇ ਨਾਲ ਦੋ ਚਾਰ ਵੀਰ ਜੁੜੇ ਹੋਏ ਸੀ ਮੈਨੂੰ ਚਲ ਉਹਨਾਂ ਦਾ ਹੌਸਲਾ ਸੀਗਾ ਹਨਾ ਵੀ ਵੀ ਮੈਨੂੰ ਚਲ ਮੈਂ ਇੱਥੇ ਰਹਿ ਸਕਦੀ ਆਂਗੀ ਹਨਾ ਹੋਰ ਹੋਰ ਨਹੀਂ ਤਾਂ ਮਤਲਬ ਕਰ ਲੂੰਗੀ ਸੈਟਿੰਗ ਪਰ ਜਿਹੜੀਆਂ ਕੁੜੀਆਂ ਦਾ ਇੱਥੇ ਕੋਈ ਵੀ ਨਹੀਂ ਨਾ ਹੁੰਦਾ ਉਹਨਾਂ ਨੂੰ ਵੀਰੇ ਬਹੁਤ ਔਖਾ ਹੁਣ ਜਿੱਦਾਂ ਮੈਂ ਸੋਸ਼ਲ ਮੀਡੀਆ ਤੇ ਪਾਉਂਦੀ ਸੀਗੀ ਵੀ ਸੈਚਰਡੇ ਸੰਡੇ ਅਸੀਂ ਗਰੋਸਰੀ ਗਰੋਸਰੀ ਦੀ ਹੈਲਪ ਕਰਦੇ ਆ ਕੁੜੀਆਂ ਦੀ ਤਾਂ ਮੈਨੂੰ ਬਹੁਤ ਸਟੂਡੈਂਟ ਕੁੜੀਆਂ ਜਿਹੜੀਆਂ ਆਪਣੀਆਂ ਨਵੀਆਂ ਆਈਆਂ ਸੀ ਉਹਨਾਂ ਦੇ ਮੈਸੇਜ ਆਉਂਦੇ ਆ ਹਰ ਰੋਜ਼ ਮੈਸੇਜ ਆਉਂਦੇ ਆ ਕੁੜੀਆਂ ਰੋ ਰੋ ਕੇ ਮੈਸੇਜ ਕਰਦੀਆਂ ਨੇ ਰਿਕਾਰਡਿੰਗਾਂ ਵੀ ਮੇਰੇ ਕੋਲ ਪਈਆਂ ਨੇ ਕੱਲੀਆਂ ਕੁੜੀਆਂ ਆ ਗਈਆਂ ਕੰਮ ਉਹਨਾਂ ਨੂੰ ਮਿਲੇ ਨਹੀਂ ਵਿਚਾਰੀਆਂ ਕੋਲੋਂ ਰੈਂਟ ਨਿਕਲਦੇ ਨਹੀਂ ਪਏ ਆ ਮੈਨੂੰ ਹਰ ਰੋਜ਼ ਫੋਨ ਕਰਦੀਆਂ ਨੇ ਦੀਦੀ ਸਾਡੀ ਰੈਂਟ ਦੀ ਹੈਲਪ ਕਰ ਦੋ ਦੀਦੀ ਸਾਡੀ ਆ ਹੈਲਪ ਕਰ ਦੋ ਦੀਦੀ ਸੋਡੀ ਆ ਹੈਲਪ ਕਰ ਦੋ ਬਹੁਤ ਕੁੜੀਆਂ ਰੋਂਦੀਆਂ ਨੇ ਇੱਥੇ ਸੋ ਇਹੀ ਮੈਸੇਜ ਆ ਜਿਹੜੇ ਬੱਚੇ ਬਾਹਰ ਆਉਣਾ ਚਾਹੁੰਦੇ ਆ ਆਓ ਬਹੁਤ ਵਧੀਆ ਕੰਟਰੀਆਂ ਨੇ ਰੂਲ ਬਹੁਤ ਵਧੀਆ ਨੇ ਤੁਹਾਨੂੰ ਤੁਹਾਨੂੰ ਇੱਕ ਮਤਲਬ ਜ਼ਿੰਦਗੀ ਦਾ ਮਕਸਦ ਮਿਲ ਜਾਂਦਾ ਕਿ ਤੁਸੀਂ ਕਾਮਯਾਬ ਹੋ ਸਕਦੇ ਹੋ ਤੁਸੀਂ ਜੇ ਮਿਹਨਤ ਕਰੋਗੇ ਤਾਂ ਤੁਹਾਡੀ ਮਿਹਨਤ ਦਾ ਮੁੱਲ ਪੈਣਾ ਆ ਇਹਨਾਂ ਕਹੇਗਾ ਪਰ ਕੱਲੀਆਂ ਕੁੜੀਆਂ ਨਾ ਆਉਣ ਜਿਹੜੀਆਂ ਕੱਲੀਆਂ ਕੁੜੀਆਂ ਆਉਣਾ ਚਾਹੁੰਦੀਆਂ ਨੇ ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਆ ਕੁੜੀਆਂ ਨੂੰ ਭੇਜੋ ਪਰ ਵਿਆਹ ਕਰਕੇ ਭੇਜੋ ਕੱਲੀਆਂ ਕੁੜੀਆਂ ਨੂੰ ਨਾ ਭੇਜੋ ਇਹਨਾਂ ਕੰਟਰੀਆਂ ਦੇ ਵਿੱਚ ਬਹੁਤ ਔਖਾ ਬਹੁਤ ਸਟਰਗਲ ਆਗੀ ਕਿਉਂਕਿ ਕਿਉਂਕਿ ਫਿਰ ਕੁੜੀਆਂ ਇਹ ਵੀ ਨਹੀਂ ਦੱਸ ਸਕਦੀਆਂ ਆਪਣੇ ਪੇਰੈਂਟਸ ਨੂੰ ਉਹਨਾਂ ਨੇ ਕਰਜਾ ਚਾੱਕ ਕੇ ਵਿਚਾਰਿਆਂ ਨੂੰ ਭੇਜਿਆ ਹੁੰਦਾ ਇਹ ਵੀ ਨਹੀਂ ਦੱਸ ਸਕਦੀਆਂ ਕਿ ਅਸੀਂ ਕਿਹੜੀਆਂ ਪ੍ਰੋਬਲਮਾਂ ਫੇਸ ਕਰਦੀਆਂ ਅਸੀਂ ਕਿਹੜੇ ਦੁੱਖ ਫੇਸ ਕਰਦੀਆਂ ਨਹੀਂ ਦੱਸ ਸਕਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸਾਡੇ ਪੇਰੈਂਟਸ ਨੇ ਸਾਨੂੰ ਪਹਿਲਾਂ ਹੀ ਮਸਾਂ ਭੇਜਿਆ ਜੇ ਅਸੀਂ ਦੱਸਾਂਗੇ ਤਾਂ ਉਹਨਾਂ ਨੂੰ ਹੋਰ ਵੀ ਦੁੱਖ ਹੋਣਾ ਪਰ ਉਹ ਕਰ ਵੀ ਕੁਝ ਨਹੀਂ ਸਕਦੇ ਉਹ ਏਡੀ ਦੂਰ ਬੈਠੇ ਨੇ ਸਾਡੇ ਪੇਰੈਂਟਸ ਸੋ ਅੱਜ ਦੀ ਮੇਰੀ ਵੀਡੀਓ ਐਸ ਲਈ ਸੀਗੀ ਇੰਗਲੈਂਡ ਕੰਟਰੀ ਦੇ ਵਿੱਚ ਹੁਣ ਤੁਸੀਂ ਇਹ ਦੇਖੋ ਬਹੁਤ ਵੱਡੇ ਸੁਪਨੇ ਲੈ ਕੇ ਆਈ ਸੀ ਮੈਂ ਬਹੁਤ ਮਤਲਬ ਇਹ ਸੋਚਿਆ ਸੀਗਾ ਆ ਕਿ ਮੈਂ ਹੁਣ ਜਿੱਦਾਂ ਮੇਰੇ ਹਸਬੰਡ ਮੇਰੇ ਨਾਲ ਹਜੇ ਨਹੀਂ ਆਏ ਕਿਉਂਕਿ ਵੀਜ਼ਾ ਨਹੀਂ ਲੱਗਿਆ ਸੀਗਾ ਨਾਲ ਤੇ ਮੈਂ ਪਤਾ ਕੀ ਸੋਚਿਆ ਸੀ ਮੈਂ ਸੋਚਿਆ ਸੀ ਚਲੋ ਇੰਗਲੈਂਡ ਚਲੀ ਜਾਵਾਂਗੀ ਉੱਥੇ ਜਾ ਕੇ ਮੈਂ ਆਪਣੀ ਵਧੀਆ ਸਟੱਡੀ ਕਰੂੰਗੀ ਸਟੱਡੀ ਕਰੂੰਗੀ ਅਤੇ ਸਟੱਡੀ ਕਰਨ ਤੋਂ ਬਾਅਦ ਮੈਂ ਉੱਥੇ ਕੰਮ ਵੀ ਕਰੂੰਗੀ ਤੇ ਇੱਕ ਵਾਰ ਜਿੰਨੇ ਪੈਸੇ ਮੇਰੇ ਤੇ ਮੇਰੇ ਘਰਦਿਆਂ ਨੇ ਲਾ ਕੇ ਕਰਜ਼ਾ ਚੱਕ ਕੇ ਭੇਜਿਆ ਉਹ ਮੈਂ ਪੈਸੇ ਮੋੜ ਦੂੰਗੀ ਜਦੋਂ ਮੈਂ ਪੈਸੇ ਮੋੜ ਤੇ ਤੇ ਫਿਰ ਮੈਂ ਸੋਸ਼ਲ ਵਰਕ ਕਰੂੰਗੀ ਜਿਹੜੇ ਮੈਂ ਆਪਣਾ ਪੰਜਾਬ ਦੇ ਵਿੱਚ ਹਨਾ ਆਪਣੇ ਪਿੰਡ ਦੇ ਵਿੱਚ ਲਾ ਲਉ ਆਪਣੇ ਸ਼ਹਿਰ ਦੇ ਵਿੱਚ ਲਾ ਲਉ ਜਿਹੜੇ ਕੰਮ ਸੋਚੇ ਹੋਏ ਸੀ ਵੀ ਮੈਂ ਆਹ ਕੰਮ ਕਰਨੇ ਨੇ ਆਹ ਲੋਕਾਂ ਦੀ ਮੈਂ ਹੈਲਪ ਕਰਨੀ ਆ ਜਿਹੜੇ ਮੈਂ ਸੁਪਨੇ ਲੈ ਕੇ ਆਈ ਸੀ ਵੀ ਮੈਂ ਉਹਨਾਂ ਲਈ ਪੈਸਾ ਕਮਾਉਣਾ ਉਹਨਾਂ ਦੀ ਹੈਲਪ ਕਰਨੀ ਆ ਹਨਾ ਤੇ ਉਹ ਸਾਰੇ ਸੁਪਨੇ ਮੇਰੇ ਚੂਰਾ ਚੂਰ ਹੋ ਗਏ ਹਜੇ ਤਾਂ ਸ਼ੁਰੂਆਤ ਆ ਅੱਗੇ ਪਤਾ ਨਹੀਂ ਕੀ ਹੋਣਾ ਸਾਢੇ 12 ਲੱਖ ਸਾਲ ਦੀ ਫੀਸ ਆ 7 ਲੱਖ ਰੁਪਏ ਭਰ ਕੇ ਆਈ ਸੀ ਇੱਕ ਸਾਲ ਦੇ ਵਿੱਚ ਦੂਜੇ ਪੈਸੇ ਪੂਰੇ ਕਰਨੇ ਸੀ 4 ਲੱਖ 4 ਲੱਖ ਰੁਪਏ ਮੇਰਾ 4.5 4.5 ਲੱਖ ਰੁਪਏ ਮੇਰਾ ਹੁਣ ਮੈਂ ਭਰਨਾਗਾ ਉਹ ਇਸੇ ਸਾਲ ਦੇ ਵਿੱਚ ਇੰਡੀਆ ਦਾ 4.5 ਲੱਖ ਇੱਥੇ ਦਾ 4 4000 45000 ਪਾਉਂਡ ਮੈਂ ਦੇਣਾ ਆ ਮੇਰੀ ਯੂਨੀਵਰਸਿਟੀ ਨੂੰ ਕਿੱਥੋਂ ਦੇ ਦੂੰਗੀ ਕਰੋਨਾ ਕਰਕੇ ਕੰਮ ਸਾਰੇ ਬੰਦ ਹੋ ਗਏ ਜਿਹੜੇ ਜਿਹੜਾ ਕੰਮ ਮਿਲਿਆ ਆ ਉਹ ਤੋਂ ਗੁਜ਼ਾਰੀ ਹੋਣਾਗਾ ਕੱਲੀ ਕੁੜੀ ਫੀਸਾਂ ਕੱਢੂਗੀ ਜਾਂ ਕਰਜ਼ਾ ਮੋੜੂਗੀ ਜਾਂ ਫਿਰ ਅਬ ਦਾ ਕੁਝ ਬਣਾਉਗੀ ਜਾਂ ਕੀ ਕਰੂਗੀ ਕੱਲੀਆਂ ਕੁੜੀਆਂ ਤੋਂ ਫੀਸਾਂ ਕੱਢਣੀਆਂ ਬਹੁਤ ਔਖੀਆਂ ਨੇ ਫੀਸਾਂ ਨਹੀਂ ਨਿਕਲਦੀਆਂ ਇੱਥੇ ਜਿਹੜੇ ਬੱਚੇ ਇੰਗਲੈਂਡ ਇੰਗਲੈਂਡ ਨੇ ਹੁਣ ਵੀਜ਼ੇ ਖੋਲੇ ਐ ਆਓ ਮੋਸਟ ਵੈਲਕਮ ਆਓ ਪਰ ਇਹ ਸਾਰੀਆਂ ਚੀਜ਼ਾਂ ਦੇਖ ਕੇ ਆਓ ਤੁਸੀਂ ਫੀਸਾਂ ਕਿਵੇਂ ਕੱਢਣੀਆਂ ਨੇ ਤੁਸੀਂ ਰਹਿਣਾ ਕਿਵੇਂ ਆ ਕੱਲੀਆਂ ਕੁੜੀਆਂ ਨਾ ਆਓ ਜੇ ਆਉਣਾ ਤਾਂ ਵਿਆਹ ਕਰਾ ਕੇ ਆਓ ਜਾਂ ਫਿਰ ਕੋਈ ਮੁੰਡਾ ਇੱਥੇ ਦੇਖ ਕੇ ਰੱਖੋ ਆਪਦਾ ਇੰਗਲੈਂਡ ਦੇ ਵਿੱਚ ਇੰਡੀਆ ਤੋਂ ਆਓ ਇੱਥੇ ਆ ਕੇ ਵਿਆਹ ਕਰਾਓ ਆਪਦੀ ਜ਼ਿੰਦਗੀ ਸੈੱਟ ਕਰੋ ਜੇ ਤੁਸੀਂ ਪੜੋਗੇ ਤਾਂ ਤੁਹਾਡੇ ਹਸਬੰਡ ਨੇ ਪੈਸੇ ਕਮਾਉਣੇ ਨੇ ਤੁਹਾਡੀਆਂ ਫੀਸਾਂ ਲੈ ਜਾਣੀਆਂ ਨੇ ਹੁਣ ਇੰਡੀਆ ਦਾ 4.5 ਲੱਖ ਫੀਸ ਦੇਣੀ ਆ ਕੁਛ ਸਪਟੰਬਰ ਦੇ ਵਿੱਚ ਦੇਣੀ ਆ ਕੁਛ ਦਸੰਬਰ ਦੇ ਵਿੱਚ ਦੇਣੀ ਆ ਕੁਛ ਨੀਂਗਾ ਕੋਲੇ ਕਿੱਥੋਂ ਦਵੂੰਗੀ ਨਹੀਂ ਦਵੂੰਗੀ ਜੇ ਨਾ ਦਿੱਤੀ ਤਾਂ 2 ਨੰਬਰ 'ਚ ਰਹਿਣਾ ਪਊਗਾ ਜੇ ਨਾ ਦਿੱਤੀ ਫੀਸ ਤਾਂ ਮੈਂ ਆਪਣੇ ਹਸਬੰਦ ਨੂੰ ਇੰਡੀਆ ਤੋਂ ਨਹੀਂ ਬੁਲਾ ਸਕਦੀ ਕਿਉਂਕਿ ਯੂਨੀਵਰਸਿਟੀ ਨੇ ਮੈਨੂੰ ਲੈਟਰ ਹੀ ਨਹੀਂ ਦੇਣਾ ਵੀ ਤੋਂ ਆਪਣੇ ਹਸਬੰਦ ਨੂੰ ਬੁਲਾ ਲਾ ਜੇ ਫੀਸ ਦੇਤੀ ਮੰਨ ਲਓ ਮੈਂ ਪੈਸੇ ਕਮਾ ਲਏ ਹੁਣ ਮੈਨੂੰ ਜੋਬ ਮਿਲ ਗਈ ਹੈ ਹਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਨੂੰ ਜੋਬ ਮਿਲ ਗਈ ਚਲ ਮੈਂ ਪੈਸੇ ਕਮਾ ਵੀ ਲਈ ਮੈਂ ਯੂਨੀਵਰਸਿਟੀ ਨੂੰ ਭਰ ਦੂੰਗੀ ਨਾ ਤਾਂ ਮੈਂ ਆਪਣਾ ਦਾ ਕਰਜ਼ਾ ਮੋੜ ਸਕਦੀ ਆ ਨਾ ਮੈਂ ਆਪਣੇ ਕੋਲ ਕੋਈ ਸੇਵਿੰਗ ਕਰ ਸਕਦੀ ਆ ਵੀ ਮੈਂ ਕੋਈ ਐਮਰਜੈਂਸੀ ਪੈਸਾ ਬਰਤ ਲੂੰਗੀ ਉਹ ਵੀ ਨਹੀਂ ਕਰ ਸਕਦੀ ਮੈਂ ਪਹਿਲੀ ਗੱਲ ਤਾਂ ਨਿਕਲਣਗੀ ਹੀ ਨਹੀਂ ਫੀਸਾਂ ਕਿੱਥੋਂ ਨਿਕਲਦੀਆਂ ਰੈਂਟ ਹੀ ਨਿਕਲਦਾ ਕਵਿਸ਼ਨ ਹੀ ਨਿਕਲਦਾ ਕਵਿਸ਼ਨ ਹੀ ਬਚਦਾ ਕਿਉਂਕਿ ਹਜੇ ਕੰਮ ਇੰਨੇ ਨਹੀਂ ਚੱਲੇ ਕੰਮ ਚੱਲੇ ਆ ਥੋੜੇ ਬਹੁਤੇ ਕੰਮ ਚੱਲੇ ਆ ਉਏ ਇਹ ਮੈਸੇਜ ਮੇਰਾ ਉਹਨਾਂ ਲਈ ਆ ਜਿਹੜੀਆਂ ਕੁੜੀਆਂ ਬਾਹਰ ਹੋਣਾ ਚਾਹੁੰਦੀਆਂ ਆ ਜਿਹੜੀਆਂ ਕਹਿੰਦੀਆਂ ਨੇ ਸਾਨੂੰ ਇੱਕ ਵਾਰ ਭੇਜੋ ਬਸ ਅਸੀਂ ਬਾਹਰ ਜਾ ਕੇ ਅਸੀਂ ਆਹ ਕਰ ਲਾਂਗੇ ਅਸੀਂ ਆਹ ਕਰ ਲਾਂਗੇ ਇਹ ਗੱਲਾਂ ਨਾ ਜਦੋਂ ਆਪਾਂ ਇੰਡੀਆ ਹੁੰਨੇ ਆ ਉਦੋਂ ਹੀ ਹੁੰਦੀਆਂ ਆ ਵੀ ਹਾਂ ਅਸੀਂ ਆਹ ਕਰ ਲਾਂਗੇ ਅਸੀਂ ਆਹ ਕਰ ਲਾਂਗੇ ਅਸੀਂ ਐ ਕਰ ਲਾਂਗੇ ਮੈਨੂੰ ਵੀ ਬਹੁਤ ਸੀਗਾ ਮੈਂ ਖੁਦ ਉਹਨਾਂ ਜਿੱਕਿਆਂ ਪਰ ਮੈਂ ਇੱਥੇ ਆ ਕੇ ਐਕਸਪੀਰੀਅੰਸ ਦੇਖਿਆ ਕੋਈ ਨਹੀਂ ਕਿਸੇ ਦਾ ਸਾਥ ਦਿੰਦਾ ਲੋਕ ਲੋਕੀ ਵੀ ਕਹੀ ਇਹੋ ਜਿਹੇ ਨੇ ਜਿਹੜੇ ਦੇਖਦੇ ਨੇ ਵੀ ਇਹ ਕੁੜੀਆਂ ਦੀ ਮਜਬੂਰੀ ਆ ਮਜਬੂਰੀਆਂ ਦਾ ਫਾਇਦਾ ਚੱਕਦੇ ਨੇ ਲੋਕੀ ਜੋ ਕੁੜੀਆਂ ਨੇ ਨਾ ਆਪਣੇ ਪੇਰੈਂਟਸ ਨੂੰ ਫੋਨ ਕਰਕੇ ਦੱਸ ਨਹੀਂ ਸਕਦੀਆਂ ਆਪਣੀਆਂ ਮਜਬੂਰੀਆਂ ਪੇਰੈਂਟਸ ਜੇ ਐਨੇ ਅਮੀਰ ਹੁੰਦੇ ਤਾਂ ਇਨ੍ਹਾਂ ਕੰਟਰੀਆਂ ਚ ਕਰਜ਼ਾ ਚੱਕ ਕੇ ਕਿਉਂ ਭੇਜਦੇ ਕੁੜੀਆਂ ਦੀਆਂ ਆਕੇ ਬਹੁਤ ਤਰ੍ਹਾਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਨੇ ਇਹ ਕੰਟਰੀਆਂ ਦੇ ਵਿੱਚ ਆਪਣੀਆਂ ਜ਼ਿੰਦਗੀਆਂ ਖਰਾਬ ਕਰ ਲੈਂਦੀਆਂ ਨੇ ਕੁੜੀਆਂ ਹੁਣ ਜਿਹੜੀਆਂ ਕਈ ਕੁੜੀਆਂ ਆਈਆਂ ਨੇ ਹਨਾ ਵਿਚਾਰੀਆਂ ਪਛਤਾਉਂਦੀਆਂ ਨੇ ਵੀ ਅਸੀਂ ਵਿਆਹ ਕਿਉਂ ਨਹੀਂ ਕਰਾ ਕੇ ਆਈਆਂ ਵੀ ਵਿਆਹ ਕਰਾ ਕੇ ਆਉਣੀ ਸੀਗੇ ਇੱਥੇ ਆ ਕੇ ਪਛਤਾਵਾ ਹੁੰਦਾ ਜਦੋਂ ਇਹੋ ਜਿਹੇ ਹਾਲਾਤ ਬਣਦੇ ਨੇ ਆਓ ਜੀ ਸਦਕੇ ਆਓ ਕੰਟਰੀਆਂ ਬਹੁਤ ਸੋਹਣੀਆਂ ਨੇ ਬਹੁਤ ਇੱਥੇ ਦੇ ਰੂਲ ਰੈਗੂਲੇਸ਼ਨ ਚੰਗੇ ਆ ਇੱਥੇ ਦੀਆਂ ਸਰਕਾਰਾਂ ਚੰਗੀਆਂ ਨੇ ਇੱਥੇ ਸਾਰਾ ਕੁਝ ਚੰਗਾ ਪਰ ਵਿਆਹ ਕਰਾ ਕੇ ਆਓ ਇਸ ਲਈ ਅੱਜ ਦੀ ਮੈਂ ਵੀਡੀਓ ਹੈ ਜਿਹੜੀ ਇਸ ਲਈ ਪਾ ਰਹੀ ਆ ਬਾਹਰਲੇ ਮੁਲਕਾਂ ਦਾ ਭੂਤ ਹਰ ਇੱਕ ਨੂੰ ਸਵਾਰ ਹੁੰਦਾ ਮੈਨੂੰ ਵੀ ਸੀ ਮੈਂ ਵੀ ਉਹਨਾਂ ਚ ਇੱਕ ਸੀ ਇੱਥੇ ਆ ਕੇ ਇੰਗਲੈਂਡ 'ਚ ਖਾਸ ਤੌਰ ਤੇ ਫੀਸਾਂ ਕੱਢਣੀਆਂ ਬਹੁਤ ਔਖੀਆਂ ਆ। ਹੁਣ ਤਾਂ ਵੈਸੇ ਹੀ ਕਰੋਨਾ ਆ ਗਿਆ। ਚਲੋ 4 ਲੱਖ ਮੰਨ ਲਓ ਮੈਂ ਇਹ ਸਾਲ ਦਾ ਭਰ ਦੂੰਗੀ। ਅਗਲਾ ਸਾਲ ਫੇਰ ਆ ਗਿਆ। ਅਗਲੇ ਸਾਲ ਦੀ ਫੇਰ 12.5 ਲੱਖ ਫੀਸ ਆ। ਦਸੰਬਰ ਤੱਕ ਇਹ ਸਾਲ ਪੂਰਾ ਹੋ ਦਸੰਬਰ ਤੋਂ ਬਾਅਦ 12.5 ਲੱਖ ਫੇਰ ਫੀਸ ਆ ਗਈ। ਉਦੋਂ ਆ 12.5 ਲੱਖ ਫੇਰ ਫੀਸ ਆ ਗਈ। 35 ਲੱਖ ਰੁਪਈਆ ਮੇਰੇ ਇਕੱਲੇ ਕੋਰਸ ਦੀ ਫੀਸ ਹੈ। ਕੱਲੀ ਕੁੜੀ ਕਰਜ਼ਾ ਮੋੜੂਗੀ ਜਾਂ ਫੀਸ ਕੱਢੂਗੀ ਕੀ ਕਰੂਗੀ ਮਾਪੇ ਅੱਖਾਂ ਮੀਚ ਕੇ ਕੁੜੀਆਂ ਨੂੰ ਜਿਹੜੇ ਬਾਹਰ ਭੇਜਦੇ ਆ ਉਹਦਾ ਮੈਂ ਐਕਸਪੀਰੀਅੰਸ ਕਰਕੇ ਦੇਖ ਲਿਆ ਮਾਪਿਆਂ ਨੂੰ ਬੇਨਤੀ ਆਪਣੇ ਬੱਚਿਆਂ ਨੂੰ ਭੇਜੋ ਜ਼ਰੂਰ ਭੇਜੋ ਪਰ ਕੁੜੀਆਂ ਦੇ ਵਿਆਹ ਕਰਕੇ ਭੇਜੋ ਇੰਨੀ ਕੁ ਮੇਰੀ ਬੇਨਤੀ ਆ ਉਹਨਾਂ ਦੇ ਹਸਬੰਦ ਨਾਲ ਆਉਣ ਤਾਂ ਕਿ ਚਲੋ ਉਹਨਾਂ ਨੂੰ ਹੌਸਲਾ ਹੋਵੇ ਮੈਂ ਫੇਰ ਵੀ ਇੱਕ ਸਟਰੋਂਗ ਤੁਸੀਂ ਕੁੜੀ ਕਹਿ ਸਕਦੇ ਹੋ ਥੋੜੀ ਸਟਰੋਂਗ ਆ ਥੋੜਾ ਮੈਨੂੰ ਤੁਹਾਡੇ ਸਾਰਿਆਂ ਦਾ ਸਾਥ ਆ ਥੋੜੇ ਲੋਕੀ ਥੋੜੇ ਵੀਰ ਥੋੜੇ ਭੈਣਾਂ ਇੱਥੇ ਜੁੜੀਆਂ ਹੋਈਆਂ ਨੇ ਸਾਬੀ ਵੀਰ ਮੇਰਾ ਉਹਨਾਂ ਦਾ ਤਾਂ ਮੈਂ ਦੇਣਾ ਹੀ ਨਹੀਂ ਦੇ ਸਕਦੀ ਇੰਨਾ ਹੌਸਲਾ ਹੋਇਆ ਇੰਗਲੈਂਡ 'ਚ ਪਤਾ ਆ ਤੁਹਾਨੂੰ ਕੋਈ ਵੀ ਮੈਨੂੰ ਪ੍ਰੋਬਲਮ ਆ ਗਈ ਮੈਂ ਫੋਨ ਕਰ ਦੂੰਗੀ ਇੱਕ ਆਪਣੀ ਫੈਮਲੀ ਫੈਮਲੀ ਦਾ ਮੈਂਬਰ ਉਹ ਭਰਾ ਨੇ ਮੈਨੂੰ ਸਮਝਿਆ ਉਹਦੇ ਹੌਸਲੇ ਕਰਕੇ ਮੈਂ ਸ਼ਾਇਦ ਸਟਰਗਲ ਤਾਂ ਕਰ ਰਹੀ ਆ ਇੱਕ ਸਹਾਰਾ ਪਿੱਛੇ ਵੀ ਮੇਰਾ ਭਰਾ ਹੈਗਾ ਕੋਈ ਹੋਰ ਵੀ ਵੀਰ ਨੇ ਹੋਰ ਵੀ ਹੈਗੇ ਉਹ ਵੀ ਜੁੜੇ ਹੋਏ ਆ ਵਿਚਾਰੇ ਉਹਨਾਂ ਦਾ ਵੀ ਮੈਨੂੰ ਬਹੁਤ ਸਹਾਰਾ ਚਲੋ ਜੇ ਜੌਬ ਲੱਭ ਕੇ ਦਿੱਤੀ ਆ ਤਾਂ ਮੈਨੂੰ ਸਾਬੀ ਵੀਰ ਨੇ ਦਿੱਤੀ ਆ ਮੈਂ ਦਿਲੋਂ ਧੰਨਵਾਦ ਕਰਦੀ ਆ ਹਰ ਸੰਡੇ ਨੂੰ ਗਰੋਸਰੀ ਦੇ ਕੇ ਜਾਂਦੇ ਆ ਸਾਨੂੰ ਮੈਨੂੰ ਵੀ ਗਰੋਸਰੀ ਦੇ ਕੇ ਜਾਂਦੇ ਆ ਹੋਰ ਵੀ ਵੀਰ ਸਾਡੇ ਜੁੜੇ ਹੋਇਆ ਮੇਰਾ ਇੰਗਲੈਂਡ ਤੋਂ ਆ ਇੱਕ ਵੀਰਾ ਉਹਨੇ ਵੀ ਮੇਰਾ ਸਾਥ ਦਿੱਤਾ ਇੱਕ ਵੀਰਾ ਅਮਰੀਕਾ ਤੋਂ ਆ ਉਹਨੇ ਵੀ ਮੇਰਾ ਸਾਥ ਦਿੱਤਾ ਪਰ ਜਿਹੜੀਆਂ ਕੁੜੀਆਂ ਨੂੰ ਤੁਸੀਂ ਕੱਲੀਆਂ ਨੂੰ ਭੇਜ ਦਿੰਨੇ ਹੋ ਉਹਨਾਂ ਦਾ ਕੋਈ ਇੱਥੇ ਹੁੰਦਾ ਨਹੀਂਗਾ ਉਹ ਕੀ ਕਰਦੀਆਂ ਹੋਣੀਆਂ ਵਿਚਾਰੀਆਂ ਇਹ ਹਾਲਾਤ ਦੇ ਵਿੱਚ ਇਹ ਕਰੋਨਾ ਹੁਣ ਆ ਗਿਆ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ ਫਿਰ ਪੇਰੈਂਟਸ ਇੰਡੀਆ ਬੈਠੇ ਰੋਈ ਜਾਂਦੇ ਨੇ ਕੁੜੀਆਂ ਇੱਥੇ ਬੈਠੀਆਂ ਬੈਠੀਆਂ ਰੋਈ ਜਾਂਦੀਆਂ ਨੇਗੀਆਂ ਨਾ ਤਾਂ ਵਾਪਸ ਹੀ ਆ ਸਕਦੀਆਂ ਨੇ 15 ਲੱਖ ਲਾ ਕੇ ਕੌਣ ਆ ਜੂਗਾ ਵਾਪਸ ਸੋ ਮੇਰਾ ਮੈਸੇਜ ਉਹਨਾਂ ਲੋਕਾਂ ਲਈ ਹੈ ਮਾਪਪਾਂ ਲਈ ਹੈ ਕੁੜੀਆਂ ਲਈ ਹੈ ਜਿਹੜੀਆਂ ਕੁੜੀਆਂ ਦੇ ਸ਼ੌਂਕ ਨੇ ਕਿ ਅਸੀਂ ਬਾਹਰ ਆਈਏ ਕੱਲੀਆਂ ਮੈਂ ਵੀ ਤੁਹਾਡੇ ਸਾਰਿਆਂ ਚੋਂ ਇੱਕ ਸੀ ਮੈਨੂੰ ਵੀ ਬਹੁਤ ਸ਼ੌਂਕ ਸੀ ਇੱਕ ਦਿਨ ਤਾਂ ਮੈਂ ਰੱਬ ਨਾਲ ਵੀ ਗੁੱਸੇ ਹੋ ਗਈ ਸੀ ਰੱਬ ਤੋਂ ਵੀ ਦੁਖੀ ਹੋ ਗਈ ਸੀ ਮੈਂ ਕਿਹਾ ਰੱਬ ਤਾਂ ਹੈ ਹੀ ਨਹੀਂ ਦੁਨੀਆ ਤੇ ਮੈਂ ਕਿਹਾ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਫਿਰ ਵੀ ਰੱਬ ਮੇਰਾ ਸਾਥ ਨਹੀਂ ਦੇ ਰਿਹਾ ਮੈਨੂੰ ਜੋਬ ਨਹੀਂ ਮਿਲਦੀ ਮੈਂ ਦਰ ਦਰ ਤੇ ਭੜਕਦੀ ਸੀ ਜੋਬ ਲਈ ਹਰ ਇੱਕ ਸ਼ਾਪ ਤੇ ਮੈਂ ਜਾਣਾ ਮੈਨੂੰ ਜੋਬ ਦੇ ਦਿਓ ਮੈਨੂੰ ਜੋਬ ਦੇ ਦਿਓ ਮੈਨੂੰ ਜੋਬ ਦੇ ਦਿਓ ਮੈਂ ਹਰ ਇੱਕ ਸ਼ਾਪ ਤੇ ਗਈ ਬਹੁਤ ਲੋਕੀ ਮੈਂ ਫੇਸਬੁੱਕ ਤੇ ਵੀ ਪਾਇਆ ਵੀ ਜੇ ਕੋਈ ਬਰਮਿੰਗਮ ਤੋਂ ਆ ਮੇਰੇ ਨਾਲ ਸੰਪਰਕ ਕਰੋ ਕਿਤੇ ਵੀ ਵਿਚਾਰਿਆਂ ਨੇ ਸੰਪਰਕ ਮੁੰਡਿਆਂ ਨੇ ਮੇਰੇ ਨਾਲ ਮੈਂ ਉਹਨਾਂ ਨੂੰ ਕਿਹਾ ਫੋਨ ਤੇ ਫੋਨ ਕਰਨਾ ਵੀਰੇ ਮੈਨੂੰ ਜਵਾਬ ਦਵਾ ਦਿਓ ਵੀਰੇ ਮੈਨੂੰ ਜਵਾਬ ਦਵਾ ਦਿਓ ਬੱਟ ਮੈਨੂੰ ਜਵਾਬ ਤਾਂ ਨਹੀਂ ਬਣਿਆ ਫਿਰ ਉਸ ਤੋਂ ਬਾਅਦ ਮੈਂ ਸੋਸ਼ਲ ਵਰਕਰਾਂ ਨੂੰ ਵਿਚਾਰਿਆਂ ਨੂੰ ਫੋਨ ਕੀਤੇ ਵੀ ਮੈਨੂੰ ਤੁਹਾਡੀ ਲਿੰਕ ਚ ਕੋਈ ਹੋਣਾ ਉਹਨਾਂ ਤੋਂ ਮੈਨੂੰ ਜਵਾਬ ਦਵਾ ਦਿਓ ਆਪਣੇ ਪੰਜਾਬੀਆਂ ਦੇ ਬਹੁਤ ਛੋਪਾਂ ਨੇ ਇੱਥੇ ਬਹੁਤ ਕੰਮ ਨਹੀਂ ਇੱਥੇ ਬਰਮਿੰਗਮ ਦੇ ਵਿੱਚ ਉਹਨਾਂ ਵਿਚਾਰਿਆਂ ਨੇ ਬਹੁਤ ਫੋਨ ਕੀਤੇ ਪਰ ਕਿਸਮਤ दाना पानी ਨਹੀਂ ਸੀ ਲਿਖਿਆ ਨਹੀਂ ਮਿਲੀ ਹੁਣ ਆ ਕੇ ਕਿਤੇ ਮੈਂ ਸੈਟੀਸਫਾਈ ਹੋਈਆਂ ਹੁਣ ਮੈਨੂੰ ਜੋਬ ਮਿਲੀ ਆ ਹੁਣ ਮੈਂ ਜੋਬ ਤੋਂ ਸੈਟੀਸਫਾਈ ਆ ਜਿੱਥੇ ਮੈਂ ਜੋਬ ਕਰਦੀ ਆ ਚਲੋ دیر ਨਾਲ ਸਹੀ ਪਰ ਬਹੁਤ ਇੱਜ਼ਤ ਮਿਲਦੀ ਆ ਰਿਸ਼ਤੇਦਾਰ ਸਭ ਸਾਥ ਛੱਡ ਗਏ ਸੀ ਫੋਨ ਚੱਕਣੇ ਬੰਦ ਕਰਤੇ ਸੀ ਰਿਸ਼ਤੇਦਾਰਾਂ ਨੇ ਕਿਉਂਕਿ ਰਿਸ਼ਤੇਦਾਰਾਂ ਨੂੰ ਵੀ ਇਹੀ ਹੁੰਦਾ ਵੀ ਹੁਣ ਔਖਾ ਟਾਈਮ ਆ ਕਿਤੇ ਪੈਸੇ ਨਾ ਮੰਗ ਲੇ ਫੋਨ ਹੀ ਨਹੀਂ ਚੱਕੇ ਸੋ ਕਦੇ ਕਿਸੇ ਤੋਂ ਉਮੀਦ ਨਾ ਰੱਖੋ ਜ਼ਿੰਦਗੀ ਚ ਇਕੱਲੇ ਤੁਰੋ ਪਰਮਾਤਮਾ ਦਾ ਸਾਥ ਲੈ ਕੇ ਸਟਰਗਲ ਕਰੋ ਸਟਰਗਲ ਸਟਰਗਲ ਕਰਕੇ ਹੀ ਆਪਾਂ ਜ਼ਿੰਦਗੀ ਦੇ ਵਿੱਚ ਕੁਝ ਸਿੱਖਦੇ ਹਾਂ ਜੇਪਨੂੰ ਠੋਕਰਾਂ ਲੱਗਦੀਆਂ ਨੇ ਤਾਂ ਕੁਝ ਅੱਗੇ ਸਿੱਖਿਆ ਜਾਂਦਾ ਇੱਕ ਦਿਨ ਦੀ ਗੱਲ ਆ ਮੈਂ ਤੇ ਮੇਰੀ ਫਰੈਂਡ ਸੀਗੇ ਅਸੀਂ ਨਾ ਉੱਥੇ ਮਾਂਚੈਸਟਰ ਹੀ ਸੀਗੇ ਮੈਂ ਅਸੀਂ ਦੋਹੇ ਜਾ ਰਹੀਆਂ ਸੀਗੀਆਂ ਅਸੀਂ ਤੇ ਮਾਂਚੈਸਟਰ ਮੈਂ ਕਈ ਮੁੰਡਿਆਂ ਨੂੰ ਇਹ ਗੱਲ ਦੱਸੀ ਵੀ ਆ ਕਈ ਵੀਰਾਂ ਨੂੰ ਇਹ ਗੱਲ ਦੱਸੀ ਵੀ ਆ ਅਸੀਂ ਨਾ ਦੋਹੇ ਜਾਣੀਆਂ ਤੁਰੀਆਂ ਜਾਈਏ ਤੇ ਐਟ ਅ ਟਾਈਮ ਵੀ ਸਾਡੀ ਜੇਬ 'ਚ ਇੱਕ ਵੀ ਰੁਪਈਆ ਨਹੀਂ ਸੀਗਾ 1 ਪਾਉਂਡ ਮੇਰੇ ਕੋਲ ਸੀ ਤੇ 1 ਪਾਉਂਡ ਉਹ ਕੁੜੀ ਦੇ ਜੇਬ 'ਚ ਸੀ ਅਸੀਂ ਦੋਏ ਤੁਰਿਆਂ ਜਾਈਏ ਤੇ ਪੈਸੇ ਤਾਂ ਸਾਡੇ ਕੋਲ ਹੈਗੇ ਸੀ ਚਲੋ ਘਰੇ ਪਏ ਸੀਗੇ ਹਨਾ ਐਟ ਅ ਟਾਈਮ ਨਹੀਂ ਸੀਗੇ ਤੇ ਮੈਂ ਮੈਂ ਤੇ ਮੇਰੀ ਫਰੈਂਡਸ ਜਾਈਏ ਉੱਥੇ ਨਾ ਮੂਰੇ ਸਟਾਲਾਂ ਜੀਆਂ ਲੱਗੀਆਂ ਪਈਆਂ ਸੀ ਜਿੱਥੇ 5-5 ਪਾਉਂਡਾਂ ਦੀਆਂ ਚੀਜ਼ਾਂ ਵਿਕਦੀਆਂ ਸੀ ਜਿੰਦਾ ਖਾਣ ਵਾਲੇ ਹਨਾ ਤੇ ਖਾਣ ਵਾਲੇ ਪਾਪਾ ਪਾਉਂਡਾਂ ਦੀਆਂ ਚੀਜ਼ਾਂ ਲੱਗੀਆਂ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਇਦਾਂ ਕਰ ਮੈਂ ਕਿਹਾ ਤੇਰੀ ਜੇਬ 'ਚ ਪੈਸੇ ਹੈਗੇ ਆ ਮੈਂ ਕਿਹਾ ਚੱਲ ਮੈਨੂੰ ਭੁੱਖ ਬਹੁਤ ਲੱਗੀ ਹੋਈ ਅਸੀਂ ਯੂਨੀਵਰਸਿਟੀ 'ਚੋਂ ਆਏ ਸੀਗੇ ਨਾ ਬਹੁਤ ਭੁੱਖ ਲੱਗੀ ਹੋਈ ਮੈਂ ਕਿਹਾ ਵੀ ਕੁਝ ਖਾ ਲੈਨੇ ਆਪਾਂ ਵੀ ਮੇਰਾ ਦਿਲ ਕਰਦਾ ਖਾਣ ਨੂੰ ਮੈਨੂੰ ਬਹੁਤ ਭੁੱਖ ਲੱਗੀ ਉਹ ਕਹਿੰਦੀ ਮੈਨੂੰ ਵੀ ਬਹੁਤ ਭੁੱਖ ਲੱਗੀ ਆ ਮੈਂ ਕਿਹਾ ਚੱਲ ਤੂੰ ਪੈਸੇ ਕੱਢ ਜੇਬ 'ਚੋਂ ਉਹਨੇ ਜੇਬ 'ਚੋਂ ਪਾਉਂਡ ਕੱਢਿਆ 1 ਪਾਉਂਡ ਤੇ ਮੈਂ ਆਪਣੀ ਜੇਬ 'ਚ ਦੇਖਿਆ ਤਾਂ ਮੇਰੇ ਕੋਲ ਵੀ ਇੱਕ ਪਾਉਂਡ ਸਾਡੇ ਦੋਹਾਂ ਕੋਲ 2 ਤੇਸਟਲਾਂ ਤੇ ਚਲੇ ਗਏ ਅਸੀਂ ਕਿਹਾ ਵੀ 2 ਪਾਉਂਡ ਦੀ ਕੋਈ ਚੀਜ਼ ਹੈਗੀ ਉਹ ਕਹਿੰਦੇ ਨਹੀਂ ਕਹਿੰਦੇ ਇਟਸ ਅ ਸਟਾਰਟ ਫਰੋਮ 5 ਪਾਉਂਡ ਤੇ 5 ਪਾਉਂਡਾਂ ਤੋਂ ਸਟਾਰਟ ਹੁੰਦੀ ਆ ਕਹਿੰਦੇ 2 ਪਾਉਂਡਾਂ ਦੀ ਕੋਈ ਚੀਜ਼ ਨਹੀਂ ਅਸੀਂ ਉਹਨੂੰ ਕਿਹਾ ਚੱਲ ਤੂੰ ਜਿਹੜੀ 5 ਪਾਉਂਡਾਂ ਵਾਲੀ ਚੀਜ਼ ਆ ਉਹ ਹਾਫ ਕਰਕੇ ਦੇ ਦੇ ਸਾਨੂੰ 2 ਪਾਉਂਡਾਂ ਦੀ ਦੇ ਦੇ ਕਹਿੰਦੇ ਨਹੀਂ ਵੀ ਹਨਾ ਵੀ 5 ਪਾਉਂਡਾਂ ਦੀ ਮਿਲੂਗੀ ਤੇ ਇੰਨੀ ਭੁੱਖ ਲੱਗੀ ਹੋਈ ਉੱਥੇ ਨਾ ਗੋਰੇ ਸਾਰੇ ਗੋਰੇ ਸੀਗੇ ਤੇ ਸਾਰੇ ਗੋਰੇ ਖਾਣ ਲੱਗੇ ਪਏ ਗੋਰੀਆਂ ਖਾਣ ਲੱਗੀਆਂ ਪਈਆਂ ਸਾਡਾ ਮਤਲਬ ਸਾਨੂੰ ਇਤਨੀਆਂ ਦੀ ਫੀਲਿੰਗ ਆਈ ਵੀ ਜਿੱਦਾਂ ਵੀ ਅਸੀਂ ਨਾ ਗਰੀਬ ਹੁੰਦੇ ਆ ਜਿੱਦਾਂ ਇੰਡੀਆ ਦੇ ਵਿੱਚ ਨਹੀਂ ਹੁੰਦੇ ਜਿਹੜੇ ਗਰੀਬ ਲੋਕ ਹੁੰਦੇ ਆ ਵਿਚਾਰੇ ਆਪਾਂ ਖੜੇ ਆ ਨਾ ਖਾਈ ਜਾਂਦੇ ਉਹਨੇ ਰੈਸਟੋਰੈਂਟ ਤੇ ਉਹ ਬਾਹਰ ਖੜੇ ਹੁੰਦੇ ਆ ਲੋਕੀ ਉਹ ਦੇਖਦੇ ਹੁੰਦੇ ਆ ਖਾਂਦੇ ਆ ਨੂੰ ਹਨਾ ਵੀ ਵੀ ਸਾਹਮਣੇ ਵੀ ਮੈਂ ਵੀ ਸਾਹਮਣੇ ਵਾਲਾ ਬੰਦਾ ਖਾ ਰਿਹਾ ਮੈਂ ਦੇਖ ਰਿਹਾ ਵੀ ਮੈਂ ਉਹ ਤੋਂ ਲੈ ਲਵਾਂ ਜਾਂ ਉਹ ਤੋਂ ਮੰਗਦਾ ਬੰਦਾ ਭੀਖ ਮੰਗਦਾ ਆ ਹਨਾ ਵੀ ਮੈਨੂੰ ਦਵਾ ਦੇ ਚੀਜ਼ ਤੂੰ ਹਨਾ ਸਾਡੇ ਤੇ ਇਹੋ ਜਿਹੇ ਹਾਲਾਤ ਬਣੇ ਦਿਲ ਕਰੇ ਆ ਨਾ ਵੀ ਕੋਈ ਸਾਨੂੰ ਪੰਜ ਪੌਣ ਦੇ ਦੇ ਤਾਂ ਅਸੀਂ ਚੀਜ਼ ਖਾ ਲਈਏ ਮਤਲਬ ਆਪਣੇ ਆਪ ਨੂੰ ਇੰਨਾ ਗਰੀਬ ਮਹਿਸੂਸ ਕੀਤਾ ਹਨਾ ਵੀ ਇੰਡੀਆ ਦੇ ਵਿੱਚ ਅਸੀਂ ਮਤਲਬ ਰਾਜੇ ਹੁੰਦੇ ਸੀਗੇ ਹਨਾ ਵੀ ਇੱਥੇ ਆ ਕੇ ਵੀ ਆਪਾਂ ਕਿੰਨੇ ਗਰੀਬ ਹੋ ਗਏ ਅਸੀਂ ਹੱਸੇ ਵੀ ਆਪਣੇ ਆਪ ਤੇ ਹਨਾ ਇਦਾਂ ਫੀਲ ਵੀ ਕਰੀ ਅੰਦਰੋਂ ਤੇ ਸਾਡੇ ਕੋਲ 5 ਪਾਉਂਡ ਨਾ ਤੇ ਉਦੋਂ ਮੈਨੂੰ ਅਹਿਸਾਸ ਹੋਇਆ ਵੀ ਜਿਹੜੇ ਮੰਗ ਤੇ ਆਪਣੇ ਘਰੇ ਵਿਚਾਰੇ ਗਰੀਬ ਲੋਕ ਜਿਹੜੇ ਮੰਗਣਾਉਂਦੇ ਨੇ ਨਾ ਆਪਾਂ ਉਹਨਾਂ ਨੂੰ ਜਦੋਂ ਦਿੱਲੀ ਤੇ ਖੜੇ ਹੁੰਦੇ ਨੇ ਆਪਾਂ ਉਹਦੀ ਕਹਿ ਦਿੰਦੇ ਆ ਵੀ ਆ ਆ ਗਿਆ ਸਵੇਰੀ ਮੰਗਣ ਆਪਾਂ ਉਹਨਾਂ ਨੂੰ ਬਹੁਤ ਗਾਲਾਂ ਕੱਢਦੇ ਆ ਆਪਾਂ ਉਹਨਾਂ ਨੂੰ ਬਹੁਤ ਬੁਰਾ ਭਰਾ ਭਲਾ ਬੋਲਦੇ ਆ ਇਹ ਚੀਜ਼ ਦਾ ਮੈਨੂੰ ਅਹਿਸਾਸ ਹੋਇਆ ਕਿ ਪਤਾ ਨਹੀਂ ਇਨਸਾਨ ਜਿਹੜਾ ਤੁਹਾਡੇ ਘਰੇ ਆ ਰਿਹਾ ਉਹ ਕਿਹੜੇ ਹਾਲਾਤਾਂ ਦੇ ਵਿੱਚ ਆ ਉਹਦਾ ਢਿੱਡ ਕਿੰਨਾ ਕੁ ਭੁੱਖਾ ਆ ਪਤਾ ਨਹੀਂ ਉਹ ਕਿਉਂਕਿ ਮੰਗਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਪਤਾ ਨਹੀਂ ਉਹ ਇਨਸਾਨ ਕਿਉਂ ਤੁਹਾਡੇ ਘਰ ਮੰਗਣ ਆਇਆ ਆਪਾਂ ਇੱਕ ਵਾਰ ਵੀ ਇਹ ਗੱਲ ਨਹੀਂ ਸੋਚਦੇ ਆਪਾਂ ਉਹ ਲੋਕਾਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਵੀ ਮੂੰਹ ਚੱਕ ਕੇ ਸਾਡੇ ਘਰ ਆ ਗਿਆ ਸਵੇਰੀ ਸਾਡੇ ਮੱਥੇ ਲੱਗ ਗਿਆ ਲੋਕੀਂ ਤਰ੍ਹਾਂ ਤਰ੍ਹਾਂ ਦੀਆਂ ਗਾਲਾਂ ਕੱਢਦੇ ਉਹਨਾਂ ਨੂੰ ਪਰ ਉਹ ਚੀਜ਼ ਹੈ ਸਾਾਸ ਮੈਨੂੰ ਉੱਥੇ ਹੋਇਆ ਸੀ ਇਹ ਹਾਲਾਤ ਕਦੋਂ ਵੀ ਕਿਸੇ ਵੇਲੇ ਵੀ ਕਿਸੇ ਤੇ ਹੋ ਸਕਦੇ ਆ ਇਹ ਅਮੀਰ ਬੰਦੇ ਤੇ ਵੀ ਹੋ ਸਕਦੇ ਆ ਸਮ ਟਾਈਮ ਅਮੀਰ ਬੰਦਾ ਆ ਉਹਦੇ ਕੋਲ ਬਹੁਤ ਪੈਸੇ ਆ ਹਨਾ ਤੇ ਪਰ ਉਹ ਆਪਣਾ ਪਰਸ ਘਰੇ ਭੁੱਲਿਆ ਆ ਪਰ ਉਹਨੂੰ ਭੁੱਖ ਬਹੁਤ ਲੱਗੀ ਆ ਉਹਦੇ ਕੋਲ ਪੈਸੇ ਨਹੀਂ ਹੈਗੇ ਇਹ ਹਾਲਾਤ ਉਸ ਬੰਦੇ ਤੇ ਵੀ ਬਣ ਸਕਦੇ ਨੇ ਸੋ ਜੇ ਕੋਈ ਵੀ ਬੰਦਾ ਤੁਹਾਡੇ ਘਰੇ ਮੰਗਣ ਆਉਂਦਾ ਨਾ ਤਾਂ ਇਵਨ ਉਹਨੂੰ ਰੋਟੀ ਜ਼ਰੂਰ ਪੁੱਛ ਲਿਆ ਕਰੋ ਕਿਉਂਕਿ ਕਈ ਵਾਰ ਬੰਦੇ ਦਾ ਟਿੱਡ ਬਹੁਤ ਭੁੱਖਾ ਹੁੰਦਾ ਉਹਨੂੰ ਰੋਟੀ ਖਵਾ ਕੇ ਆਪਣੇ ਘਰੋਂ ਭੇਜਿਆ ਕਰੋ ਪੈਸਾ ਬੇਸ਼ੱਕ ਨਾ ਤੁਸੀਂ ਦਿਓ ਪਰ ਉਹਨੂੰ ਰੋਟੀ ਜ਼ਰੂਰ ਖਵਾ ਦਿਆ ਕਰੋ ਜੇ ਤੁਹਾਡੇ ਘਰੇ ਕੋਈ ਬੰਦਾ ਆਉਂਦਾ ਇਹ ਜ਼ਿੰਦਗੀ ਦੇ ਐਕਸਪੀਰੀਅੰਸ ਉਦੋਂ ਮਿਲਦਿਆ ਇਹ ਜ਼ਿੰਦਗੀ ਦੇ ਐਕਸਪੀਰੀਅੰਸ ਉਦੋਂ ਮਿਲਦਿਆ ਜਦੋਂ ਆਪਾਂ ਇਹਨਾਂ ਦਾ ਐਕਸਪੀਰੀਅੰਸ ਲੈਣ ਇਹਨਾਂ ਦਾ ਸਾਹਮਣਾ ਕਰਦੇ ਆਂ ਸੋ ਉਹਨਾ ਟਾਈਮ ਆਪਾਂ ਨੂੰ ਅਕਲ ਨਹੀਂ ਆਉਂਦੀ ਜਿੰਨਾ ਟਾਈਮ ਆਪਣੇ ਤੇ ਇਹ ਚੀਜ਼ਾਂ ਨਾ ਗੁਜਰਨ ਆਪਾਂ ਨੂੰ ਨਾ ਫੀਲ ਹੋਣਾ ਬਾਕੀ ਤੁਹਾਡੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਕੀ ਤੁਹਾਡੇ ਸਾਰੇ ਤੁਹਾਡੇ ਸਾਰਿਆਂ ਕਰਕੇ ਬਾਕੀ ਤੁਹਾਡੇ ਸਹਾ ਬਾਕੀ ਤੁਹਾਡਾ ਸਾਰੇ ਵੀਰਾਂ ਦਾ ਸਾਰੀਆਂ ਭੈਣਾਂ ਦਾ ਦਿਲੋਂ ਧੰਨਵਾਦ ਕਰਦੀ ਆ ਕਿਉਂਕਿ ਮੇਰੇ ਕੋਲ ਤੁਹਾਡਾ ਆਸ਼ੀਰਵਾਦ ਆ ਅੱਜ ਦੀ ਮੇਰੀ ਵੀਡੀਓ ਉਹਨਾਂ ਪੇਰੈਂਟਸਾਂ ਲਈ ਸੀ ਉਹਨਾਂ ਮਾਪਿਆਂ ਲਈ ਸੀ ਕਿ ਕੁੜੀਆਂ ਨੂੰ ਬਹੁਤ ਸਟਰਗਲ ਕਰਨੇ ਪੈਂਦੇ ਆ ਧੀਆਂ ਨੂੰ ਬਹੁਤ ਸਟਰਗਲ ਕਰਨੇ ਪੈਂਦੇ ਆ ਸੋ ਕੁੜੀਆਂ ਨੂੰ ਭੇਜੋ ਜਰੂਰ ਇਹਨਾਂ ਮੁਲਕਾਂ ਦੇ ਵਿੱਚ ਪਰ ਉਹਨਾਂ ਦਾ ਸਹਾਰਾ ਬਣ ਕੇ ਉਹਨਾਂ ਦਾ ਵਿਆਹ ਕਰਕੇ ਉਹਨਾਂ ਨੂੰ ਭੇਜੋ ਤਾਂ ਕਿ ਉਹਨਾਂ ਨੂੰ ਕਿਸੇ ਵੀ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਸਤਿ ਸ਼੍ਰੀ ਅਕਾਲ ਵੀਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਇੰਡੀਆ ਤੋਂ ਯੂਕੇ ਤੱਕ ਦਾ ਸਫ਼ਰ ਹੈ ਜਿਹੜਾ ਉਹ ਸ਼ੇਅਰ ਕਰਨ ਲਈ ਲਾਈਵ ਹੋਈਆਂ ਕਈ ਲੋਕੀ ਮੈਨੂੰ ਪੁੱਛਦਿਆ ਕਿ ਕਰੋਨਾ ਚੱਲਦੇ-ਚੱਲਦੇ ਤੁਸੀਂ ਯੂਕੇ ਕਿਵੇਂ ਚਲੇ ਗਏ ਸੋ ਆਪਣੀ ਜ਼ਿੰਦਗੀ ਦੇ ਇਹ 5 ਮੰਥ 5 ਮਹੀਨੇ ਕਿਵੇਂ ਲੰਗੇ ਇੰਗਲੈਂਡ ਦੇ ਵਿੱਚ ਅੱਜ ਮੈਂ ਉਹ ਗੱਲਾਂ ਕਰਨ ਦੇ ਲਈ ਲਾਈਵ ਹੋਈਆਂਗੀ ਹਾਰਿਕ ਦਾ ਸ਼ੌਂਕ ਹੁੰਦਾ ਕਿ ਅਸੀਂ ਇੰਡੀਆ ਤੋਂ ਬਾਹਰ ਨਿਕਲੀਏ ਕੁਝ ਨਵਾਂ ਸਿੱਖੀਏ ਆਪਣੀ ਜ਼ਿੰਦਗੀ ਨੂੰ ਸਵਾਰੀਏ ਜਦੋਂ ਵੀਜ਼ੇ ਤੇ ਸਟੈਂਪ ਲੱਗਦੀ ਹੈ ਤਾਂ ਅਸੀਂ ਉਦੋਂ ਇਹ ਵੀ ਨਹੀਂ ਦੇਖਦੇ ਵੀ ਕਿਹੜੇ ਏਰੀਆ ਦੇ ਵਿੱਚ ਸਾਨੂੰ ਵੀਜ਼ਾ ਮਿਲ ਰਿਹਾ ਹੈ ਸਾਨੂੰ ਇਹ ਹੁੰਦਾ ਵੀ ਪ੍ਰਮਾਤਮਾ ਇੱਕ ਵਾਰ ਬਾਹਰਲੇ ਦੇਸ਼ ਪਹੁੰਚਾ ਦੇ ਬਾਕੀ ਮੰਗਰੋਂ ਦੇਖਾਂਗੇ ਸੋ ਮੈਂ ਵੀ ਤੁਹਾਡੇ ਸਾਰਿਆਂ ਵਿੱਚੋਂ ਇੱਕਾਂ ਜਨਵਰੀ ਦੇ ਵਿੱਚ ਮੈਂ ਸਟੂਡੈਂਟ ਵੀਜ਼ੇ ਤੇ ਆਈ ਸੀ ਮੈਨੂੰ 3 2 3 ਸਾਲ ਹੋ ਗਏ ਅ ਅਪਲਾਈ ਕਰਦੀ ਨੂੰ ਬਟ ਮੈਂ ਪਹੁੰਚੀ ਹਾਂ ਯੂਕੇ ਸੋ ਥੋੜੀਆਂ ਜੀਆਂ ਗੱਲਾਂ ਅੱਜ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਿਸ ਦਿਨ ਵੀਜ਼ਾ ਆਇਆ ਸੀ ਬਹੁਤ ਖੁਸ਼ੀ ਹੋਈ ਸੀ ਬਹੁਤ ਖੁਸ਼ੀ ਹੋਈ ਸੀ ਇਦਾਂ ਲੱਗਦਾ ਸੀ ਬਸ ਹੁਣ ਤਾਂ ਜ਼ਿੰਦਗੀ ਸੈੱਟ ਹੋ ਗਈ 21 ਜਨਵਰੀ ਨੂੰ ਮੈਂ ਇੰਗਲੈਂਡ ਪਹੁੰਚੀ ਆਂਗੀ 1 ਲੱਖ ਰੁਪਏ ਇੰਡੀਆ ਦਾ ਨਾਲ ਲੈ ਕੇ ਆਈ ਸੀ ਨੀਅਰ ਅਬਾਊਟ 1000 ਪਾਉਂਡ ਯੂਨੀਵਰਸਿਟੀ ਮੈਨੂੰ ਉੱਥੇ ਮਿਲੀ ਜਿੱਥੇ ਆਪਣੇ ਪੰਜਾਬੀ ਬਹੁਤ ਘੱਟ ਰਹਿੰਦੇ ਸੀ ਮਾਂਚੈਸਟਰ ਸਿਟੀ ਦੇ ਵਿੱਚ ਉੱਤਰੀ ਬਰਮਿੰਗਮ 에ਅਰਪੋਰਟ ਤੇ ਮੇਰੀ ਕਜ਼ਨ ਰਹਿੰਦੀ ਸੀ ਇੱਥੇ ਉਹਦੇ ਕੋਲ ਮੈਂ ਆਈ ਸੀਗੀ ਇੱਥੋਂ ਮਾਂਚੈਸਟਰ ਜੇ ਆਪਾਂ ਜਾਣਾ ਆ ਤਾਂ ਇੱਕ ਦਿਨ ਦੇ 40-45 ਪੌਂਡ ਜਿਹੜਾ ਕਿਰਾਇਆ ਬਰਮਿੰਗਮ ਤੋਂ ਮਾਂਚੈਸਟਰ ਜਾਣ ਦਾ ਲੱਗਦਾ ਸੀ ਇੱਥੇ ਰਹੀ ਇੱਕ ਹਫਤਾ ਯੂਨੀਵਰਸਿਟੀ ਜਾਇਆ ਕਰਾਂ 버밍ਮ ਤੋਂ ਮਾਂਚੈਸਟਰ 40 45 ਪਾਉਂਡ ਲੱਗਿਆ ਕਰਨ ਇੱਕ ਦਿਨ ਦੇ ਮੈਨੂੰ ਐਂ ਲੱਗਿਆ ਕਰੇ ਬਸ 40 45 ਪਾਉਂਡ ਆਪਣੇ ਇੰਡੀਆ ਵਾਲੇ ਰੁਪਈਆਂ ਦੀ ਮੈਨੂੰ ਫੀਲਿੰਗ ਆਉਂਦੀ ਸੀ ਵੀ ਜਿਦਾਂ ਇੰਡੀਆ 'ਚ 40 45 ਰੁਪਏ ਹੁੰਦੇ ਨੇ ਵੀ ਉਹੀ 40 45 ਪਾਉਂਡ ਯੂਨੀਵਰਸਿਟੀ ਇੰਡੀਆ ਤੋਂ ਮਾਂਚੈਸਟਰ ਜਾਂਦੀ ਸੀ 45 ਪੌਂਡ ਹਰ ਰੋਜ਼ ਦੇ ਲਾ ਕੇ 1000 ਪੌਂਡ ਮੇਰੇ ਕੋਲ ਸੀ ਕਿਰਾਏ-ਕਿਰਾਏ ਦੇ ਵਿੱਚ ਘੱਟੋ-ਘੱਟ ਮੇਰਾ 400 ਪੌਂਡ ਲੱਗ ਗਿਆ ਰਹਿ ਗਿਆ 600 ਪੌਂਡ ਕੰਮ ਕੋਈ ਹੈ ਨਹੀਂ ਸੀ ਕਿਉਂ ਨਵੇਂ-ਨਵੇਂ ਆਇਆ ਕੰਮ ਕਿੱਥੋਂ ਮਿਲ ਜੂਗਾ ਉਸ ਤੋਂ ਬਾਅਦ ਮਾਂਚੈਸਟਰ ਚਲੀ ਗਈ ਮਾਂਚੈਸਟਰ ਜਾ ਕੇ ਸੋਚਿਆ ਵੀ ਚਲੋ ਰੂਮ ਮਾਂਚੈਸਟਰ ਲੱਭ ਲੈਨੇ ਆ ਕਿ ਕਿਰਾਇਆ ਬਹੁਤ ਜ਼ਿਆਦਾ ਆ ਮਾਂਚੈਸਟਰ ਕੋਈ ਜਾਣਦਾ ਨਹੀਂ ਸੀ ਨਵੇਂ-ਨਵੇਂ ਹੈਗੇ ਸੀ ਨਵੇਂ ਲੋਕ ਸੀ ਨਵਾਂ ਦੇਸ਼ ਸੀ ਮਾਂਚੈਸਟਰ ਗਈ ਤਾਂ ਉਥੇ ਇੱਕ ਮੈਨੂੰ ਕੁੜੀ ਮਿਲ ਗਈ ਯੂਨੀਵਰਸਿਟੀ ਚ ਉਹ ਕਹਿੰਦੀ ਵੀ ਦੀਦੀ ਮੈਂ ਵੀ ਰੂਮ ਲੈਣਾ ਆਪਾਂ ਦੋਏ ਲੱਭ ਲੈਨੇ ਆ ਅਸੀਂ ਦੋਏ ਕੁੜੀਆਂ ਸੀਗੀਆਂ ਅਸੀਂ ਮਾਂਚੈਸਟਰ ਦੇ ਵਿੱਚ ਗਏ ਅਸੀਂ ਡੋਰ ਟੂ ਡੋਰ ਲੋਕਾਂ ਦੇ ਦਰਵਾਜ਼ੇ ਖੜਕਾਏ ਵੀ ਸਾਨੂੰ ਰੂਮ ਚਾਹੀਦਾ ਉੱਥੇ ਪੰਜਾਬੀ ਬਹੁਤ ਘੱਟ ਸੀਗੇ ਇੱਕ ਘਰ ਗਏ ਗੇਟ ਖੜਕਾਇਆ ਵੀ ਸਾਨੂੰ ਰੂਮ ਚਾਹੀਦਾ ਉਹ ਕਹਿੰਦੇ ਨਹੀਂ ਰੂਮ ਨਹੀਂ ਹੈਗਾ ਫਿਰ ਦੂਜੇ ਘਰ ਗਏ ਫਿਰ ਤੀਜੇ ਘਰ ਗਏ ਸਵੇਰ ਤੋਂ ਅਸੀਂ ਸ਼ਾਮ ਤੱਕ ਲੋਕਾਂ ਦੇ ਗੇਟ ਖੜਕਾਉਂਦੇ ਰਹੇ ਵੀ ਸਾਨੂੰ ਇੱਥੇ ਰਹਿਣ ਲਈ ਰੂਮ ਦੇ ਦਿਓ ਤਾਂ ਕਿ ਸਾਨੂੰ ਸਸਤਾ ਪੈ ਜੂਗਾ ਸਾਡੇ ਕੋਲ ਸਿਰਫ 600 ਪਾਉਂਡ ਆ ਜੇ ਅਸੀਂ ਬਰਮਿੰਗਮ ਤੋਂ ਹਰ ਰੋਜ਼ ਮੰਚੈਸਟਰ ਆਵਾਂਗੇ ਤਾਂ ਸਾਨੂੰ ਕਿਰਾਇਆ ਬਹੁਤ ਜ਼ਿਆਦਾ ਪੈ ਜੂ ਸਾਡੇ ਕੋਲ ਕੋਈ ਕੰਮ ਹੈ ਨਹੀਂਗਾ ਤੇ ਸਾਨੂੰ ਰੂਮ ਨਹੀਂ ਮਿਲਿਆ ਸ਼ਾਮ ਪੈ ਗਈ ਸ਼ਾਮ ਪੈ ਗਈ ਮੇਰਾ ਇੱਕ ਕਲਾਸਮੇਟ ਮੁੰਡਾ ਰਹਿੰਦਾ ਵਿਚਾਰਾ ਮੰਚੈਸਟਰ ਐ ਉਹ ਉਨੂੰ ਮੈਂ ਫੋਨ ਕੀਤਾ ਮੈਂ ਕਿਹਾ ਵੀ ਹੁਣ ਅਸੀਂ ਅੱਜ ਬਰਮਿੰਗਮ ਚਲੇ ਗਏ ਤੇ ਸਾਨੂੰ ਕੱਲੂ ਫੇਰ ਆਵਾਂਗੇ ਅਸੀਂ 40 45 ਪਾਉਂਡ ਲਾ ਕੇ ਵੀ ਸਾਡੇ ਕੋਲ ਹੁਣ ਪੈਸੇ ਕਿੰਨੇ ਕਿਹਾ ਸਾਨੂੰ ਤਾਂ ਅਸੀਂ ਤਾਂ ਇੰਡੀਆ ਦੇ ਹਿਸਾਬ ਨਾਲ ਚਲਾਤੇ ਬਹੁਤ ਜ਼ਿਆਦਾ ਵੀ ਕੀ 40 45 ਪਾਉਂਡ ਹੀ ਨੇ ਸਮਝ ਹੀ ਗਏ ਜਿਵੇਂ ਇੰਡੀਆ ਦੇ 40 45 ਰੁਪਏ ਹੁੰਦੇ ਨੇ ਤੇ ਉੱਥੇ ਮੁੰਡੇ ਨੂੰ ਫੋਨ ਕੀਤਾ ਉਹ ਕਹਿੰਦਾ ਚਲ ਦੀ ਦੀ ਤੁਸੀਂ ਇਦਾਂ ਕਰੋ ਤੁਸੀਂ ਅੱਜ ਸਾਡੇ ਕੋਲ ਰਹਿ ਜਿਓ ਸਾਡੇ ਘਰ ਰੁਕ ਜਿਓ ਤੇ ਤੁਸੀਂ ਕੱਲੂ ਰੂਮ ਲੱਭ ਲਿਓ ਮੈਂ ਜੇ ਤੇ ਮੇਰੇ ਨਾਲ ਇੱਕ ਹੋਰ ਕੁੜੀ ਸੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਚੱਲ ਆਪਾਂ ਰੁੱਕ ਜਾਂਦੇ ਆ ਮੈਂ ਕਿਹਾ ਮੈਂ ਵੀ ਮੁੰਡਿਆਂ ਨੂੰ ਜਾਣਦੀ ਨਹੀਂ ਨਵੇਂ-ਨਵੇਂ ਹੈਗੇ ਆ ਹਨਾ ਨਵੇਂ-ਨਵੇਂ ਇਹ ਮੁੰਡੇ ਨੇ ਉਹ ਸਾਡੇ ਸ਼ਹਿਰ ਤੋਂ ਹੀ ਸੀ ਸੰਗਰੂਰ ਤੋਂ ਵਿਚਾਰੇ ਮੇਰੀ ਕਲਾਸ ਕਲਾਸ 'ਚ ਪੜਦਾ ਸੀ ਮੁੰਡਾ ਅਸੀਂ ਚਲੋ ਅਸੀਂ ਕਿਹਾ ਵੀ ਚਲੋ ਦੇਖ ਲੈਂਦੇ ਆ ਸ਼ਾਮ ਨੂੰ ਵੀ ਜੇ ਨਾ ਚੰਗਾ ਲੱਗਿਆ ਤਾਂ ਆਪਾਂ ਗੁਰੂ ਘਰ ਆ ਜਾਾਂਗੇ ਗੁਰੂ ਘਰ ਆ ਕੇ ਰੁੱਕ ਜਾਾਂਗੇ ਹਨਾ ਤੇ ਵੱਟ ਗੁਰੂ ਘਰ ਦੇ ਵਿੱਚ ਆਪਾਂ ਰਹਿ ਨਹੀਂ ਨਾ ਸਕਦੇ ਤੇ ਇੱਥੇ ਇੰਡੀਆ ਵਾਂਗੂ ਤਾਂ ਹੈ ਨਹੀਂਗਾ ਵੀ ਆਪਾਂ ਰਹਿ ਜਾਵਾਂਗੇ ਹਨਾ ਇੱਥੇ ਆਪਾਂ ਰਹਿ ਫਿਰ ਉਹ ਵਿਚਾਰੇ ਮੁੰਡੇ ਨੇ ਕਿਹਾ ਕਿ ਚਲੋ ਤੁਸੀਂ ਸਾਡੇ ਕੋਲ ਹੀ ਰੁਕ ਜਿਓ ਅਸੀਂ ਗਏ ਉਹਨਾਂ ਦੇ ਘਰ ਅਸੀਂ ਦੇਖਿਆ ਉਹਨੇ ਓਨਰ ਨਾਲ ਗੱਲ ਕੀਤੀ ਵੀ ਦੋ ਹਨਾ ਕੁੜੀਆਂ ਨੇ ਸਾਡੇ ਸ਼ਹਿਰ ਤੋਂ ਵੀ ਉਹਨਾਂ ਨੂੰ ਅੱਜ ਰੂਮ ਨਹੀਂ ਮਿਲਿਆ ਉਹਨਾਂ ਨੇ ਰਹਿਣਾਗਾ ਤੇ ਵੀ ਜੀ ਉਹ ਅੱਜ ਰਾਤ ਇੱਥੇ ਰਹਿਲਣ ਸਵੇਰੇ ਇੱਥੇ ਰੂਮ ਲੱਭ ਲੈਣੀਆਂ ਚਲੋ ਅਸੀਂ ਔਖੇ ਸੌਖੇ ਅਸੀਂ ਉੱਥੇ ਰਹਿ ਗਏ ਬਿਚਾਰਿਆ ਨੇ ਸਾਨੂੰ ਆਨਰ ਨਾਲ ਗੱਲ ਕਰਕੇ ਰੱਖ ਲਿਆ ਸਾਨੂੰ ਰੋਟੀ ਖਵਾਈ ਹੈ ਨਾ ਸਾਨੂੰ ਰੱਖਿਆ ਉਸ ਤੋਂ ਬਾਅਦ ਰਾਤ ਲੰਘੀ ਸਵੇਰ ਹੋਇਆ ਸਵੇਰੇ ਫੇਰ ਉਹੀ ਸਿਲਸਿਲਾ ਸ਼ੁਰੂ ਕੀ ਸਾਨੂੰ ਰੂਮ ਚਾਹੀਦਾ ਸਾਡੇ ਕੋਲ ਰੂਮ ਨਹੀਂ ਹੈਗਾ ਅਸੀਂ ਸਵੇਰੇ ਅਸੀਂ ਗੁਰੂ ਘਰ ਚਲੇ ਗਏ ਵੀ ਚੱਲ ਨਾਲੇ ਮੱਥਾ ਟੇਕਦੇ ਆਂ ਨਾਲੇ ਲੰਗਰ ਛਕਦੇ ਆਂ ਉਸ ਤੋਂ ਬਾਅਦ ਦੇਖਾਂਗੇ ਕਿਵੇਂ ਬਣਦਾ ਗੁਰੂ ਘਰ ਚਲੇ ਗਏ ਸਵੇਰੇ ਅਸੀਂ ਸਵੇਰੇ ਆ ਕੇ ਮੈਂ ਤੇ ਮੇਰੀ ਫਰੈਂਡ ਨੇ ਅਸੀਂ ਅਰਦਾਸ ਕੀਤੀ ਕਿ ਪ੍ਰਮਾਤਮਾ ਸਾਨੂੰ ਰੂਹ ਮਿਲ ਜAVE ਅੱਜ ਤੇ ਅਰਦਾਸ ਕਰਦੇ ਕਰਦੇ ਉੱਥੇ ਇੱਕ ਪੰਜਾਬੀ ਪੰਜਾਬੀ ਭਰਾ ਆਇਆ ਪੰਜਾਬੀ ਹੈ ਨਾ ਮੁੰਡਾ ਆ ਆਪਣੀਆਂ ਬੇਟੀਆਂ ਦੇ ਨਾਲ ਦੋ ਉਹਨਾਂ ਦੇ ਬੇਟੀਆਂ ਸੀਗੀਆਂ ਅਸੀਂ ਉਹਨਾਂ ਨਾਲ ਗੱਲ ਕੀਤੀ ਸਾਨੂੰ ਪੰਜਾਬੀ ਉੱਥੇ ਕੋਈ ਦਿਖਦਾ ਹੀ ਨਹੀਂ ਸੀਗਾ ਬਹੁਤ ਘੱਟ ਪੰਜਾਬੀ ਨੇ ਉੱਥੇ ਤੇ ਫਿਰ ਸਾਨੂੰ ਮਿਲਿਆ ਜਦੋਂ ਮੈਂ ਉਹਦੇ ਨਾਲ ਅਸੀਂ ਉਹਦੇ ਨਾਲ ਗੱਲ ਕੀਤੀ ਮੈਂ ਤੇ ਮੇਰੀ ਫਰੈਂਡ ਨੇ ਕਿ ਸਾਨੂੰ ਵੀਰੇ ਸਾਨੂੰ ਹਨਾ ਰੂਮ ਚਾਹੀਦਾ ਅਸੀਂ ਕੱਲ ਦੇ ਇੱਥੇ ਮਾਂਚੈਸਟਰ ਆਏ ਹੋਇਆ ਸਾਡੇ ਕੋਲ ਰੂਮ ਨਹੀਂ ਹੈਗਾ ਅਸੀਂ ਪਰੇਸ਼ਾਨ ਆ ਕਾਫੀ ਤੇ ਉਹ ਕਹਿੰਦਾ ਚਲ ਮੈਂ ਆਪਣੀ ਵਾਈਫ ਨਾਲ ਗੱਲ ਕਰਦਾ ਵੀ ਮੇਰੀ ਵਾਈਫ ਨਾਲ ਗੱਲ ਕਰਕੇ ਜੇ ਕੋਈ ਕੁਝ ਬਣਿਆ ਹਿਲਾ ਤਾਂ ਜ਼ਰੂਰ ਕਰੂੰਗਾ ਗੁਰੂ ਘਰ ਮੱਥਾ ਟੇਕਣ ਆਏ ਸੀ ਸਵੇਰ ਦੇ ਟਾਈਮ ਹਰ ਰੋਜ਼ ਗੁਰੂ ਘਰ ਆਉਂਦੇ ਸੀਗੇ ਉੱਕ ਰਹੇ ਗਏ ਉਹਨਾਂ ਨੇ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਆਪਣਾ ਤੇ ਮੈਂ ਨੰਬਰ ਲੈ ਗਏ ਸਾਡਾ ਤੇ ਘਰੇ ਜਾ ਕੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਹਾਂ ਵੀ ਉਹਦੀ ਵਾਈਫ ਨਾਲ ਗੱਲ ਕੀਤੀ ਕਿ ਦੋ ਕੁੜੀਆਂ ਮਿਲੀਆਂ ਸੀ ਗੁਰੂ ਘਰ ਦੇ ਵਿੱਚ ਜਿਨ੍ਹਾਂ ਨੂੰ ਰੂਮ ਨਹੀਂ ਮਿਲ ਰਿਹਾ ਕਾਫੀ ਪਰੇਸ਼ਾਨ ਸੀਗੀਆਂ ਹਨਾ ਵੀ ਜੇ ਉਹਨਾਂ ਲਈ ਰੂਮ ਦਾ ਅਰੇਂਜਮੈਂਟ ਹੋ ਸਕਦਾ ਤਾਂ ਦੇਖੋ ਤੇ ਉਹਦੀ ਵਾਈਫ ਨੇ ਵਿਚਾਰੀ ਨੇ ਨਾਲ ਦੀ ਨਾਲ ਆਪਣੇ ਹਸਬੰਦ ਨੂੰ ਕਿਹਾ ਵੀ ਤੈਨੂੰ ਉਹ ਕੁੜੀਆਂ ਮਿਲੀਆਂ ਹਨਾ ਵੀ ਗੁਰੂ ਘਰ ਤੈਨੂੰ ਕੁੜੀਆਂ ਮਿਲੀਆਂ ਵੀ ਪਤਾ ਨਹੀਂ ਕਿਹੜੀ ਵਿਪਤਾ ਦੇ ਵਿੱਚ ਹੋਣਗੀਆਂ ਜਦੋਂ ਅਸੀਂ ਇੰਗਲੈਂਡ ਆਏ ਸੀ ਵੀ ਆਪਣੇ ਕਿੰਨੇ ਮਾੜੇ ਹਾਲਾਤ ਸੀ अपना ਕਿਹੜਾ ਕੋਈ ਹੈਗਾ ਸੀਗਾ ਵੀ ਪਤਾ ਨਹੀਂ ਵਿਚਾਰੀਆਂ ਨੇ ਰੋਟੀ ਖਾਧੀ ਹੋਊਗੀ ਕਿ ਨਹੀਂ ਖਾਧੀ ਹੋਊਗੀ ਤੇ ਫਿਰ ਉਹ ਵੀਰੇ ਨੇ ਵਿਚਾਰੇ ਨੇ ਸਾਨੂੰ ਫੋਨ ਕੀਤਾ ਕਹਿੰਦਾ ਵੀ ਮੇਰੀ ਵਾਈਫ ਕਹਿੰਦੀ ਆ ਵੀ ਤੂੰ ਘਰੇ ਕਿਉਂ ਨਹੀਂ ਲੈ ਕੇ ਆਇਆ ਹਨਾ ਉਹਨਾਂ ਨੂੰ ਵੀ ਤੂੰ ਘਰੇ ਲੈ ਆਉਂਦਾ ਕੁੜੀਆਂ ਨੂੰ ਤੇ ਚਲੋ ਅਸੀਂ ਸੋਚਿਆ ਵੀ ਹੋਰ ਕੋਈ ਹਿੱਲਾ ਵੀ ਹੈ ਨਹੀਂ ਵੀ ਸਾਨੂੰ ਸ਼ਾਇਦ ਰੂ ਦਵਾ ਦੇ ਸਾਨੂੰ ਪੰਜਾਬੀ ਵੀ ਇਹੀ ਮਿਲਿਆ ਹੋਰ ਸ਼ਾਇਦ ਪੰਜਾਬੀ ਮਿਲੂ ਕਿ ਨਹੀਂ ਮਿਲੂ ਸਾਨੂੰ ਨਹੀਂ ਪਤਾ ਤੇ ਉਹਨੇ ਵਿਚਾਰੇ ਨੇ ਉਹ ਵਿਚਾਰਾ ਆਇਆ ਸਾਨੂੰ ਫੋਨ ਕੀਤਾ ਸਾਨੂੰ ਕਹਿੰਦਾ ਵੀ ਮੈਂ ਤੁਹਾਨੂੰ ਘਰੇ ਲੈ ਕੇ ਜਾਣਾ ਆਪਣੇ ਵੀ ਤੁਸੀਂ ਘਰੇ ਆਓ ਤੁਸੀਂ ਰੋਟੀ ਖਾਓ ਹਨਾ ਰੋਟੀ ਪਾਣੀ ਖਾ ਕੇ ਫਿਰ ਉਸ ਤੋਂ ਬਾਅਦ ਤੁਸੀਂ ਰੂਮ ਦਾ ਤੁਹਾਡਾ ਅਸੀਂ ਕਰਵਾ ਦਾਂਗੇ ਉਹਨੇ ਵਿਚਾਰੇ ਨੇ ਸਾਨੂੰ ਗੱਡੀ ਲੈ ਕੇ ਆਇਆ ਸਾਨੂੰ ਘਰ ਲੈ ਗਿਆ ਆਪਣੇ ਅਸੀਂ ਉਹਦੇ ਘਰ ਚਲੇ ਗਏ ਤੇ ਉੱਥੇ ਜਾ ਕੇ ਵਿਚਾਰੇ ਨੇ ਸਾਨੂੰ ਰੋਟੀ ਖਵਾਈ ਸਾਡਾ ਅਸੀਂ ਨਾਤੇ ਉੱਥੇ ਸਾਡਾ ਮਾਨ ਤਾਨ ਬਹੁਤ ਮਾਨ ਤਾਨ ਕੀਤਾ ਉਹਨਾਂ ਨੇ ਹਨਾ ਤੇ ਅਸ ਤੋਂ ਬਾਅਦ ਉਹ ਦੀਦੀ ਨੇ ਫਿਰ ਫੋਨ ਕੀਤਾ ਆਪਣੇ ਕਿਸੇ ਫਰੈਂਡ ਨੂੰ ਵੀ ਕੁੜੀਆਂ ਨੇ ਕੱਲ ਦੀ ਆਈਆਂ ਹੋਈਆਂ ਨੇ ਉਹਨਾਂ ਨੂੰ ਰੂਮ ਨਹੀਂ ਮਿਲ ਰਿਹਾ ਉਹ ਕਾਫੀ ਜ਼ਿਆਦਾ ਪਰੇਸ਼ਾਨ ਨੇ ਫਿਰ ਉਹ ਦੀਦੀ ਕਹਿੰਦੀ ਵੀ ਹਾਂ ਮੇਰੇ ਕੋਲ ਰੂਮ ਪਿਆ ਵੀ ਕੁੜੀਆਂ ਇੱਥੇ ਆ ਜਨ ਮੇਰੇ ਘਰੇ ਸਾਨੂੰ ਰੂਮ ਮਿਲ ਗਿਆ ਤੇ ਸਾਨੂੰ ਦੀਦੀ ਉਹਨਾਂ ਦੇ ਘਰੇ ਲੱਗੇ ਸਾਨੂੰ ਰੂਮ ਮਿਲ ਗਿਆ ਉਹ ਵੀ ਹਰਿਆਣੇ ਤੋਂ ਆ ਫੈਮਿਲੀ ਜਿੱਦਾਂ ਪੰਜਾਬੀ ਨੇਗੇ ਤੇ ਫਿਰ ਅਸੀਂ ਉਹਨਾਂ ਦੇ ਘਰ ਚਲੇ ਗਏ ਫਿਰ ਸਾਡਾ ਸਮਾਨ ਇੱਥੇ ਬਰਮਿੰਗਮ ਪਿਆ ਸੀ ਤੇ ਫਿਰ ਉਸ ਤੋਂ ਬਾਅਦ ਅਸੀਂ ਇੱਥੋਂ ਆ ਕੇ ਵਰਮਿੰਗਮ ਤੋਂ ਦੁਆਰਾ ਫੇਰ ਆਪਣਾ ਸਮਾਨ ਚੱਕ ਕੇ ਉੱਥੇ ਲੈ ਗਈ ਤੇ ਸਾਨੂੰ ਰੂਮ ਮਿਲ ਗਿਆ ਮਾਂਚੈਸਟਰ ਰਹੀ ਮੈਂ ਤੇ ਜਿੱਦਾਂ ਫਰਵਰੀ ਮਾਰਚ ਮੈਂ ਉੱਥੇ ਲਾਈ 2 ਮੰਥ ਮੈਂ ਉੱਥੇ ਲਏ ਹੈ ਨਾ ਤੇ ਉਸ ਤੋਂ ਬਾਅਦ ਫੇਰ ਮੇਰੀ ਕੰਮ ਦੀ ਥੋੜੀ ਮੇਰੀ ਸੈਟਿੰਗ ਨਹੀਂ ਆਈ ਹੈਗੀ ਉੱਥੇ ਹੈ ਨਾ ਮੈਨੂੰ ਇਦਾਂ ਲੱਗਦਾ ਸੀ ਕਿ ਉੱਥੇ ਕੋਈ ਪੰਜਾਬੀ ਨਹੀਂ ਹੈਗਾ ਵੀ ਪੰਜਾਬੀ ਬਹੁਤ ਘੱਟ ਮਿਲਦੇ ਸੀ ਦੇਖਣ ਨੂੰ ਦਿਲ ਨਹੀਂ ਸੀ ਲੱਗਦਾ ਹਨਾ ਐਂ ਲੱਗਦਾ ਸੀ ਵੀ ਆਪਾਂ ਕਿੱਥੇ ਆ ਕੇ ਫਸ ਗਏ ਐਂ ਲੱਗਦਾ ਸੀ ਵੀ ਆਪਾਂ ਕਿਉਂ ਪੰਜਾਬ ਛੱਡਿਆ ਕਿਉਂ ਨਾ ਆਪਾਂ ਪੰਜਾਬ 'ਚ ਰਹੇ ਬਹੁਤ ਮਨ ਦੁਖੀ ਹੁੰਦਾ ਸੀਗਾ ਤੇ ਲੋਕਾਂ ਦੀਆਂ ਕਹੀਆਂ ਹੋਈਆਂ ਗੱਲਾਂ ਬਹੁਤ ਜ਼ਿਆਦਾ ਆਉਂਦੀਆਂ ਸੀ ਕਹਿੰਦੇ ਕਹਿਣਾ ਬਹੁਤ ਸੌਖਾ ਬਾਹਰਲੇ ਮੁਲਖ ਪਰ ਤੰਗੀਆਂ ਬਹੁਤ ਆਉਂਦੀਆਂ ਨੇ ਤੇ ਕਹਿੰਦੇ ਬਾਥਰੂਮਾਂ ਦੇ ਵਿੱਚ ਤੁਸੀਂ ਲੁਕ ਲੁਕੇ ਰੋਇਆ ਕਰੋਗੇ ਕਿਸੇ ਦੇ ਸਾਹਮਣੇ ਵੀ ਤੁਹਾਡੇ ਤੋਂ ਰੋ ਨਹੀਂ ਹੋਣਾ ਉਹੀ ਗੱਲ ਹੋ ਗਈ ਸੀ ਉੱਥੇ ਰਹਿ ਕੇ ਇਦਾਂ ਲੱਗਣ ਲੱਗਿਆ ਵੀ ਆ ਕਿੱਥੇ ਗਏ ਉਸ ਤੋਂ ਬਾਅਦ ਫਿਰ ਮੈਂ ਮੈਂ ਆਪਣੇ ਕਜ਼ਨ ਨੂੰ ਫੋਨ ਕੀਤਾ ਮੈਂ ਉਹ ਬਰਮਿੰਗਮ ਸੀਗੀ ਮੈਂ ਕਿਹਾ ਵੀ ਮੇਰਾ ਨਹੀਂ ਇੱਥੇ ਦਿਲ ਲੱਗਦਾ ਵੀ ਮੈਂ ਬਰਮਿੰਗਮ ਆਉਣਾਗਾ ਤੇ ਚਲੋ ਜੀ ਮੈਂ ਮਾਰਚ ਅਪ੍ਰੈਲ ਅਪ੍ਰੈਲ ਹਾਂ ਅਪ੍ਰੈਲ ਦੇ ਵਿੱਚ ਮੈਂ ਬਰਮਿੰਗਮ ਆ ਗਈ ਅਪ੍ਰੈਲ ਤੇ ਮਈ ਹੁਣ ਮੈਂ ਬਰਮਿੰਗਮ ਦੇ ਵਿੱਚ ਆ ਬਰਮਿੰਗਮ ਆ ਕੇ ਕੰਮ ਨਹੀਂ ਮਿਲਿਆ ਕੰਮ ਕਿੱਥੋਂ ਮਿਲੇ ਕਰੋਨਾ ਕਰਕੇ ਸਾਰੇ ਸਾਰੀਆਂ ਸ਼ਾਪਾਂ ਬੰਦ ਦੇ ਸਾਰੇ ਕੰਮ ਬੰਦ ਆ ਬਹੁਤ ਘੱਟ ਕੰਮ ਸੀ ਜਿਹੜੇ ਖੁੱਲੇ ਹੋਏ ਸੀਗੇ ਨਾ ਤੇ ਇੱਥੇ ਬਰਮਿੰਗਮ ਆ ਕੇ ਮੈਂ ਇੰਨੇ ਕੁ ਲੋਕਾਂ ਨੂੰ ਫੋਨ ਕੀਤੇ ਇੰਨੇ ਕੁ ਸੋਸ਼ਲ ਵਰਕਰਾਂ ਨੂੰ ਫੋਨ ਕੀਤੇ ਬਹੁਤ ਮਤਲਬ ਫੋਨ ਕੀਤੇ ਵੀ ਮੈਨੂੰ ਕੰਮ ਦਵਾ ਦੋ ਵੀ ਮੇਰੇ ਕੋਲ ਵੀ ਰੈਂਟ ਵੀ ਨਹੀਂ ਨਿਕਲਣਾ ਹੈਗਾ ਮੇਰੇ ਕੋਲ ਵੀ ਮੈਂ ਕੀ ਕਰੂੰਗੀ ਮੈਂ ਇੰਡੀਆ ਤੋਂ ਵੀ ਨਹੀਂ ਮੰਗਾ ਸਕਦੀ ਕਿਉਂਕਿ ਇਹ ਤਾਂ ਹੈ ਨਹੀਂਗਾ ਵੀ 2000 4000 ਵਿਚਾਰੇ ਇੰਡੀਆ ਵਾਲੇ ਭੇਜ ਦਿਆ ਕਰਨਗੇ ਹਰ ਮਹੀਨੇ ਆਪਣਾ ਗੁਜ਼ਾਰਾ ਚੱਲੀ ਜਾਊਗਾ ਇੰਡੀਆ ਦਾ ਜੇ ਆਪਣੇ ਕੋਲ 40 50000 ਰੁਪਏ ਹੈਗਾ ਆ ਤਾਂ ਇੱਥੇ ਇੱਕ ਮਹੀਨੇ ਦਾ ਖਰਚਾ ਮੈਂ ਨਹੀਂ ਸੀ ਮੰਗਾ ਸਕਦੀ ਤੇ ਫੇ ਮੈਂ ਫੇਸਬੁੱਕ ਤੇ ਵੀ ਮੈਂ ਪਾਇਆ ਸੀ ਵੀ ਜੇ ਕੋਈ ਬਰਮਿੰਗਮ ਤੋਂ ਕੋਈ ਵੀਰ ਕੋਈ ਭੈਣ ਹੈਗੀ ਆ ਮੇਰੀ ਫੇਸਬੁੱਕ ਤੇ ਮੇਰੇ ਨਾਲ ਜੁੜੀ ਹੋਈ ਆ ਤਾਂ ਪਲੀਸ ਵੀ ਮੇਰੇ ਨਾਲ ਕੰਟੈਕਟ ਕਰਨ ਮੈਂ ਪ੍ਰੋਬਲਮ ਦੇ ਵਿੱਚ ਆ ਤੇ ਕਾਫੀ ਵਿਚਾਰੇ ਮੁੰਡਿਆਂ ਨੇ ਮੈਨੂੰ ਕੰਟੈਕਟ ਵੀ ਕੀਤੇ ਜਿਹੜੇ ਬਰਮਿੰਗਮ ਤੋਂ ਸੀਗੇ ਕੰਟੈਕਟ ਕੀਤੇ ਕਾਫੀ ਨੇ ਤੇ ਕਹਿੰਦੇ ਚਲੋ ਹਨਾ ਵੀ ਅਸੀਂ ਤੁਹਾਡੀ ਜਿਹੜੀ ਹੈਲਪ ਆ ਉਹ ਕਰਾ ਦਾਂਗੇ ਤੁਹਾਨੂੰ ਕੰਮ ਲਵਾ ਦਾਂਗੇ ਤੁਹਾਨੂੰ ਉਹਨਾਂ ਨੇ ਬਹੁਤ ਕੰਮ ਲੱਭੇ ਮੈਨੂੰ ਕੰਮ ਨਹੀਂ ਮਿਲਿਆ ਮੈਂ ਸੋਸ਼ਲ ਵਰਕਰਾਂ ਨੂੰ ਕਿਹਾ ਵੀ ਤੁਹਾਡੇ ਕੰਟੈਕਟ ਦੇ ਵਿੱਚ ਵੀ ਮਤਲਬ ਇੱਥੋਂ 버밍ਹਮ ਤੋਂ ਲੋਕ ਜੁੜੇ ਹੋਣਗੇ ਉਹਨਾਂ ਨੂੰ ਕਹਿ ਕੇ ਮੇਰੀ ਹੈਲਪ ਕਰਾ ਦਿਓ ਮੈਨੂੰ ਕੰਮ ਦਵਾ ਦਿਓ ਮੇਰੇ ਕੋਲ ਕੰਮ ਨਹੀਂਗਾ ਤੇ ਵਿਚਾਰੇ ਬਹੁਤ ਸੋਸ਼ਲ ਵਰਕਰਾਂ ਨੇ ਇੱਥੇ ਆ ਕੇ ਫੋਨ ਕੀਤਾ ਹਨਾ ਫੋਨ ਕੀਤਾ ਲੋਕਾਂ ਨੂੰ ਵੀ ਹਰਜੀਤ ਨੂੰ ਕੰਮ ਦਵਾ ਦਿਓ ਬਹੁਤ ਮੁੰਡੇ ਮੇਰੇ ਕੰਟੈਕਟ ਚ ਆਏ ਜਿਹੜੇ ਕਹਿੰਦੇ ਸੀ ਵੀ ਭੈਣੇ ਹਾਂ ਸੀ ਤੈਨੂੰ ਕੰਮ ਦਵਾ ਦਾਂਗੇ ਅਸੀਂ ਤੇਰੀ ਹੈਲਪ ਕਰ ਦਾਂਗੇ ਬਟ ਮੈਂ ਹਰ ਪਾਸੋਂ ناکਾਮ ਰਹੀ ਮੈਨੂੰ ਜੋਬ ਨਹੀਂ ਮਿਲੀ ਮੈਂ ਇੰਨੀ ਜ਼ਿਆਦਾ ਮੈਂ ਡਿਪਰੈਸ਼ਨ ਦੇ ਵਿੱਚ ਹੋ ਗਈ ਸੀ ਕਿ ਕਟਾਈਮ ਮੈਨੂੰ ਇਦਾਂ ਲੱਗਦਾ ਸੀ ਵੀ ਮੈਂ ਕਿੱਥੇ ਆ ਕੇ ਫਸ ਗਈ ਨਾ ਤਾਂ ਮੈਂ ਇੰਡੀਆ ਵਾਪਸ ਹੋ ਸਕਦੀ ਸੀ ਕਿਉਂਕਿ ਇੰਡੀਆ ਦਾ ਮੈਂ 15 ਲੱਖ ਇੱਥੇ ਲਾ ਕੇ ਆਈਆਂਗੀ ਜੇ ਮੈਂ ਇੰਡੀਆ ਵਾਪਸ ਹੋ ਜਾਂ ਮੈਂ ਕਾਸੀ ਯੋਗ ਵੀ ਨਹੀਂ ਰਹਿਣਾ ਇੰਡੀਆ ਮੈਂ ਵਾਪਸ ਨਹੀਂ ਹੋ ਸਕਦੀ ਥੀ ਕਰੋਨਾ ਕਰਕੇ ਕੰਮ ਨਹੀਂ ਸੀ ਮਿਲਦਾ ਬਹੁਤ ਮਾੜੇ ਹਾਲਾਤ ਹੋ ਗਏ ਸੀ ਫਿਰ ਉਸ ਤੋਂ ਬਾਅਦ ਮੈਨੂੰ ਇੱਕ ਕੰਮ ਮਿਲਿਆ ਰੈਸਟੋਰੈਂਟ ਤੇ ਹਨਾ ਜਿੱਥੇ ਮੈਂ ਭਾਂਡੇ ਵੀ ਮਾਂਜੇ ਨੇਗੇ ਤੇ ਮੈਂ ਪਰੌਂਠੇ ਵੀ ਰਾਹੇ ਨੇਗੇ ਮੈਂ ਪੈਕਿੰਗਾਂ ਵੀ ਕਰੀਆਂ ਨੇਗੀਆਂ ਕਿਉਂਕਿ ਇਨ੍ਹਾਂ ਕੰਟਰੀਆਂ ਦੇ ਵਿੱਚ ਕੋਈ ਵੀ ਕੰਮ ਛੋਟਾ ਵੱਡਾ ਨਹੀਂਗਾ ਇੰਡੀਆ ਦੇ ਵਿੱਚ ਆਪਾਂ ਨਹੀਂ ਕਰ ਸਕਦੇ ਪਰ ਇੱਥੇ ਆ ਕੇ ਕਿਉਂਕਿ ਕੋਈ ਵੀ ਬੰਦਾ ਇਹ ਨਹੀਂ ਫੀਲ ਕਰਾਉਂਦਾ ਤੁਹਾਨੂੰ ਵੀ ਤੁਸੀਂ ਛੋਟਾ ਕੰਮ ਕਰਦੇ ਹੋ ਕੋਈ ਵੀ ਬੰਦਾ ਫੀਲ ਨਹੀਂ ਕਰਦਾ ਵੀ ਕੰਮ ਕੋਈ ਛੋਟਾ ਜਾਂ ਵੱਡਾ ਹੈ ਇੱਥੇ ਲੋਕੀ ਫੀਲ ਨਹੀਂ ਕਰਾਉਂਦੇ ਤੁਹਾਨੂੰ ਸਾਹਮਣੇ ਵਾਲਾ ਬੰਦਾ ਜੇ ਤੁਸੀਂ ਭਾਂਡੇ ਵੀ ਮਾਏ ਦਿਓ ਨਾ ਤਾਂ ਵੀ ਸਾਹਮਣੇ ਵਾਲਾ ਬੰਦਾ ਤੁਹਾਨੂੰ ਇੱਜ਼ਤ ਦੇ ਕੇ ਲੰਘੂਗਾ ਉਹ ਇਹ ਨਹੀਂ ਕਹਿੰਦਾ ਵੀ ਇਹ ਤਾਂ ਭਾਂਡੇ ਮਾਂਜਣ ਵਾਲਾ ਹੈਗਾ ਮਜਬੂਰੀ 'ਚ ਸਾਰੇ ਕੰਮ ਕਰਨੇ ਪੈਂਦੇ ਨੇਗੇ ਫਿਰ ਮੈਨੂੰ ਰੈਸਟੋਰੈਂਟ ਤੇ ਕੰਮ ਮਿਲਿਆ ਜਿੱਦਾਂ ਉਹ ਬਹੁਤ ਚੰਗੇ ਸੀਗੇ ਬਹੁਤ ਬਹੁਤ ਚੰਗੇ ਸੀ ਬਹੁਤ ਵਧੀਆ ਸੀਗੇ ਵਿਚਾਰੇ ਥੋੜੇ ਜਿਹੇ ਦਿਨ ਹੀ ਕੀਤਾ ਮੈਂ ਕਿਉਂਕਿ ਮੇਰੇ ਕੋਲ ਮੈਂ ਰੈਂਟ ਵੀ ਕੱਢਣਾ ਸੀਗਾ ਮੇਰੇ ਕੋਲ ਰੈਂਟ ਨਹੀਂ ਸੀ ਮੇਰੇ ਹਾਲਾਤ ਬਹੁਤ ਔਖੇ ਸੀਗੇ ਬਹੁਤ ਮਤਲਬ ਔਖਾ ਸੀਗਾ ਤੇ ਫਿਰ ਮੈਂ ਇੱਥੇ ਮੈਨੂੰ ਚਲੋ ਉਹ ਮੇਲੇ ਭਾਜੀ ਭਾਜੀ ਕਹਿੰਦੇ ਚੱਲ ਅਸੀਂ ਤੈਨੂੰ ਕੰਮ ਤੇ ਰੱਖ ਲੈਂਦੇ ਆ ਉਹਨਾਂ ਨੇ ਮੈਨੂੰ ਕੰਮ ਤੇ ਰੱਖ ਲਿਆ ਚਲੋ ਜੀ ਮੈਂ ਰੈਸਟੋਰੈਂਟ ਤੇ ਕੰਮ ਕੀਤਾ ਚੰਗੇ ਸੀ ਇਦਾਂ ਰਿਸਪੈਕਟ ਬਹੁਤ ਦਿੰਦੇ ਸੀਗੇ ਤੇ ਉਸ ਤੋਂ ਬਾਅਦ ਮੇਰੀ ਉੱਥੇ ਵੀ ਮਤਲਬ ਮੈਨੂੰ ਪੇਪਰਾਂ ਤੇ ਕੰਮ ਨਹੀਂ ਸੀ ਮਿਲਦਾ ਥੋੜੇ ਜਿ ਦਿਨ ਹੀ ਮਿਲਿਆ ਜਿੱਦਾਂ ਮੈਂ ਕਹਿ ਸਕਦੀ ਆ ਬਹੁਤ ਔਖਾ ਹੋ ਗਿਆ ਫਿਰ ਮੈਨੂੰ ਇੱਕ ਮੇਰੇ ਫੇਸਬੁੱਕ ਤੇ ਫੇਸਬੁੱਕ ਥਰੂ ਇੱਕ ਜਿਦਾਂ ਗਰੋਸਰੀ ਲਈ ਇੱਕ ਆਪਣਾ ਪੰਜਾਬੀ ਵੀਰ ਆ ਸਾਬੀ ਜਿਨ੍ਹਾਂ ਦੀ ਮੈਂ ਪੋਸਟ ਆ ਹਰ ਸੰਡੇ ਪਾਉਣੀ ਆ ਹਰ ਸੰਡੇ ਸਾਡੇ ਸਟੂਡੈਂਟਾਂ ਨੂੰ ਉਹ ਗਰੋਸਰੀ ਦਿੰਦੇ ਨੇਗੇ ਹਨਾ ਫੇਰ ਮੈਂ ਸਾਬੀ ਵੀਰਾਂ ਮੇਰੇ ਕੰਟੈਕਟ ਚ ਆਇਆ ਤੇ ਹੁਣ ਵੀ ਮੇਰੀ ਲਾਈਵ ਵੀਡੀਓ ਉਹ ਦੇਖ ਰਹੇ ਨੇ ਉੱਪਰ ਮੈਨੂੰ ਸ਼ੋ ਹੋ ਰਿਹਾ ਤੇ ਫਿਰ ਸਾਭੀ ਵੀਰੇ ਮੇਰੇ ਕੰਟੈਕਟ ਚ ਆਇਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਕਿੱਦਾਂ ਹਰਜੀਤ ਹਨਾ ਕਿੱਦਾਂ ਸਾਰਾ ਕੁਝ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਕੋਰੋਨਾ ਕਰਕੇ ਵੀਰੇ ਸਾਰੇ ਕੰਮ ਬੰਦ ਨੇ ਮੇਰੇ ਕੋਲ ਕੰਮ ਨਹੀਂ ਕੋਈ ਹੈਗਾ ਹਨਾ ਵੀ ਮੈਂ ਆਹ ਕੰਮ ਕਰਦੀ ਆ ਰੈਸਟੋਰੈਂਟ ਤੇ ਜਿਹਦੇ ਨਾਲ ਮੇਰਾ ਗੁਜ਼ਾਰਾ ਨਹੀਂ ਹੋਣਾ ਹਨਾ ਤੇ ਫਿਰ ਉਹਨਾਂ ਨੇ ਵਿਚਾਰਿਆਂ ਨੇ ਮੈਨੂੰ ਹਰ ਸੰਡੇ ਜਿੱਦਾਂ ਗਰੋਸਰੀ ਸਾਰੇ ਸਟੂਡੈਂਟਾਂ ਨੂੰ ਦਿੰਦੇ ਉਹ ਮੈਨੂੰ ਵੀ ਗਰੋਸਰੀ ਦਿੰਦੇ इवन ਕਿਉਂਕਿ ਹਾਲਾਤ ਨੇ ਮਾੜੇ ਸੀ ਕਿ ਗਰੋਸਰੀ ਗਰੋਸਰੀ ਵੀ ਨਹੀਂ ਖਰੀਦ ਸਕਦੇ ਸੀ ਤੇ ਉਹਨਾਂ ਨੇ ਮੈਨੂੰ ਗਰੋਸਰੀ ਦੇਣੀ ਹਰ ਹਰ ਸੰਡੇ ਉਹ ਗਰੋਸਰੀ ਸਾਰੇ ਸਟੂਡੈਂਟਾਂ ਨੂੰ ਦੇ ਕੇ ਜਾਂਦੇ ਤਾਂ ਮੈਨੂੰ ਵੀ ਦੇ ਕੇ ਜਾਂਦੇ ਹਨਾ ਤੇ ਉਹਨਾਂ ਦੀ ਗਰੋਸਰੀ ਨਾਲ ਟਾਈਮ ਲੰਘਿਆ ਉਹ ਵੀਰੇ ਨੇ ਮੇਰੀ ਇੰਨੀ ਕੁ ਜ਼ਿਆਦਾ ਹੈਲਪ ਕੀਤੀ ਜਿੱਦਾਂ ਆਪਾਂ ਕਹਿ ਦਿੰਨੇ ਆ ਨਾ ਜੇ ਕੋਈ ਇੱਕ ਵਾਰ ਤਾਂ ਮੇਰਾ ਜਮੀ ਰੱਬ ਤੋਂ ਵੀ ਯਕੀਨ ਟੁੱਟ ਗਿਆ ਸੀ ਜਦੋਂ ਹਾਲਾਤ ਮੇਰੇ ਮੈਂ ਹਰ ਇੱਕ ਨੂੰ ਜੋਬ ਲਈ ਕਹਿੰਦੀ ਹਰ ਇੱਕ ਨੂੰ ਜੋਬ ਲਈ ਕਹਿੰਦੀ ਜੋਬ ਲੱਭਦੀ ਮੈਨੂੰ ਜੋਬ ਦਵਾ ਦਿਓ ਜੋਬ ਦਵਾ ਦਿਓ ਜੋਬ ਜੋਬ ਦਾ ਨਹੀਂ ਕਿਤੇ ਬਣਦਾ ਸੀ ਤਾਂ ਮੈਨੂੰ ਇਵਨ ਮੈਨੂੰ ਰੱਬ ਤੋਂ ਵੀ ਯਕੀਨ ਉੱਠ ਗਿਆ ਸੀ ਮੈਨੂੰ ਇਹ ਲੱਗਦਾ ਸੀ ਵੀ ਜਿਹੜੇ ਲੋਕੀ ਚੰਗੇ ਕੰਮ ਕਰਦੇ ਆ ਸ਼ਾਇਦ ਹਨਾ ਸੱਚ ਦੀ ਜ਼ਿੰਦਗੀ ਜਿਉਂਦੇ ਆ ਰੱਬ ਉਹਨਾਂ ਦਾ ਸਾਥ ਨਹੀਂ ਦਿੰਦੇ ਰੱਬ ਉਹਨਾਂ ਦਾ ਸਾਥ ਦਿੰਦੇ ਆ ਜਿਹੜੇ ਮਾੜੇ ਕੰਮ ਕਰਦੇ ਆ ਇੱਕ ਟਾਈਮ ਮੈਨੂੰ ਰੱਬ ਤੋਂ ਵੀ ਮੇਰਾ ਜਮੀ ਯਕੀਨ ਉੱਠ ਗਿਆ ਸੀ ਇੱਥੇ ਯੂਕੇ ਆ ਕੇ ਜਦੋਂ ਦਿਲ ਦੁਖੀ ਹੁੰਦਾ ਨਾ ਤਾਂ ਆਪਾਂ ਈਵਨ ਰੱਬ ਨੂੰ ਵੀ ਕਹਿੰਨੇ ਆ ਵੀ ਰੱਬਾ ਤੂੰ ਵੀ ਅਸੀਂ ਕਿਸੇ ਦਾ ਕੀ ਮਾੜਾ ਕਰਦੇ ਆ ਵੀ ਤੂੰ ਸਾਡੇ ਨਾਲ ਇਦਾਂ ਕਰਦਾਗਾ ਰੱਬ ਤੋਂ ਵੀ ਜਗੀਰ ਟੁੱਟਿਆ ਚਲੋ ਫਿਰ ਸਾਬੀ ਵੀਰਾ ਮਿਲਿਆ ਹਨਾ ਤੇ ਉਹਨੇ ਵਿਚਾਰੇ ਨੇ ਬਹੁਤ ਹੈਲਪ ਕੀਤੀ ਹਨਾ ਉਹਨਾਂ ਨੇ ਕਿਹਾ ਵੀ ਹਰਜੀਤ ਤੈਨੂੰ ਕੋਈ ਵੀ ਕਿਸੇ ਵੀ ਚੀਜ਼ ਦੀ ਲੋੜ ਹੈ ਤੂੰ ਮੈਨੂੰ ਦੱਸੀ ਤੂੰ ਮੈਨੂੰ ਫੋਨ ਕਰੀ ਹਨਾ ਐਵੇਂ ਕਹਿਣ ਵਾਲੇ ਲੋਕੀ ਬਹੁਤ ਘੱਟ ਹੁੰਦੇ ਆ ਤੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਨਾ ਲੋੜ ਪੈਣ ਤੇ ਤਾਂ ਉਹ ਵੀ ਭੱਜ ਜਾਂਦੇ ਆ ਸਭ ਉਹ ਵੀ ਨਹੀਂ ਫੋਨ ਚੱਕਣਾ ਬੰਦ ਕਰ ਦਿੰਦੇ ਆ ਰਿਸ਼ਤੇਦਾਰ ਵੀ ਮਾੜੇ ਟਾਈਮ 'ਚ ਅਸਲ ਕਹਿੰਦੇ ਆਪਣਿਆਂ ਤੇ ਬਕਾਨਿਆਂ ਦਾ ਬਗਾਨਿਆਂ ਦਾ ਸਿਆਣੇ ਕਹਿੰਦੇ ਸੀ ਹਨਾ ਸੁਣਦੇ ਸੀ ਵੀ ਆਪਣੇ ਤੇ ਬਗਾਨਿਆਂ ਦਾ ਉਦੋਂ ਪਤਾ ਲੱਗਦਾ ਜਦੋਂ ਤੁਹਾਨੂੰ ਲੋੜ ਹੁੰਦੀ ਆ ਜਦੋਂ ਲੋੜ ਹੁੰਦੀ ਆ ਉਦੋਂ ਪਰਖੇ ਜਾਂਦੇ ਨੇ ਕੌਣ ਆਪਣਾ ਕੌਣ ਬਗਾਨਾ ਜਿਹੜੇ ਖੂਨ ਦੇ ਰਿਸ਼ਤੇ ਸੀ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੇ ਫੋਨ ਵੀ ਚੱਕਣੇ ਬੰਦ ਕਰਤੇ ਵੀ ਹੁਣ ਔਖਾ ਟਾਈਮ ਆ ਕਿ ਸਾਡੇ ਤੋਂ ਕੁਝ ਮੰਗ ਨਾ ਲਵੇ ਹਰਜੀਤ ਤੇ ਵਿਚਾਰੇ ਚਲੋ ਸਾਬੀ ਵੀਰੇ ਦਾ ਸਹਾਰਾ ਹੋਇਆ ਹੌਸਲਾ ਹੋਇਆ ਹੋਰ ਵੀ ਕਾਫੀ ਵੀਰ ਸੀ ਜਿਹੜੇ ਵਿਚਾਰੇ ਮੇਰੇ ਨਾਲ ਜੁੜੇ ਜਿਹੜੇ ਕਹਿੰਦੇ ਸੀ ਵੀ ਹਰਜੀਤ ਕੋਈ ਨਹੀਂ ਜੇ ਕੋਈ ਤੈਨੂੰ ਪ੍ਰੋਬਲਮ ਆਈ ਤੂੰ ਸਾਨੂੰ ਫੋਨ ਕਰਦੀ ਹੈ ਨਾ ਹੋਰ ਵੀ ਹੈਗੇ ਸੀਗੇ ਤੇ ਇੱਕ ਦੋ ਵੀਰ ਮੇਰੇ ਨਾਲ ਲੰਡਨ ਤੋਂ ਜੁੜੇ ਹੋਏ ਨੇਗੇ ਇੱਕ ਦੋ ਮੇਰੇ ਤੋਂ ਅਮਰੀਕਾ ਤੋਂ ਜੁੜੇ ਹੋਏ ਨੇ ਜਿੱਦਾਂ ਹਨਾ ਉਹਨਾਂ ਨੇ ਹੌਸਲਾ ਦਿੱਤਾ ਵੀ ਕੋਈ ਨਹੀਂ ਉਹਨਾਂ ਨੂੰ ਮੈਂ ਦੱਸੀ ਫਿਰ ਆਪਦੀ ਪ੍ਰੋਬਲਮ ਵੀ ਮੈਨੂੰ ਤਾਂ ਬਹੁਤ ਮੈਨੂੰ ਪ੍ਰੋਬਲਮ ਆ ਰਹੀਆਂ ਨੇਂ ਗਿਆ ਉਹਨਾਂ ਨੇ ਵੀ ਵਿਚਾਰਿਆਂ ਨੇ ਬਹੁਤ ਮੈਨੂੰ ਉਹ ਕੀਤਾ ਸਹਾਰਾ ਦਿੱਤਾ ਹਨ ਤੇ ਫਿਰ ਸਾਬੀ ਵੀਰ ਨੇ ਤਾਂ ਦਿੱਤੇ ਹੀ ਦਿੱਤਾ ਫਿਰ ਉਹਨਾਂ ਨੇ ਵਿਚਾਰਿਆਂ ਨੇ ਜੌਬ ਲੱਭੀ ਇੰਨੀ ਜਗ੍ਹਾ ਤੇ ਫੋਨ ਕੀਤੇ ਕੰਟੈਕਟ ਕੀਤੇ ਵੀ ਇੱਕ ਕੁੜੀ ਆਈ ਆ ਹਨਾ ਇੰਡੀਆ ਤੋਂ ਵੀ ਉਹਨੂੰ ਕੰਮ ਦਵਾਉ ਮੇਰੀ ਛੋਟੀ ਭੈਣ ਆ ਤੇ ਉਹਨਾਂ ਨੇ ਵਿਚਾਰਿਆਂ ਨੇ ਇੰਨਾ ਟਾਈਮ ਤਾਂ ਕੰਮ ਦਾ ਨਹੀਂ ਬਣਿਆ ਹਨਾ ਚਲੋ ਉਹਨਾਂ ਦਾ ਹੌਸਲਾ ਰਿਹਾ ਚਲੋ ਇਦਾਂ ਸੀ ਵੀ ਹੁਣ ਆਪਾਂ ਭੁੱਖੇ ਨਹੀਂ ਮਰਦੇ ਚਲੋ ਹੈਗੇ ਨੇ ਪੰਜ ਸੱਤ ਵੀਰ ਹਨਾ ਜਿਹਦਾ ਸਹਾਰੇ ਆਪਾਂ ਰਹਿ ਸਕਦੇ ਆਂਗੇ ਜੇ ਇਨ ਕੇਸ ਆਪਣੇ ਕੋਲ ਕੁਝ ਵੀ ਨਹੀਂ ਹੋਊਗਾ ਤੈਨ ਆਪਾਂ ਉਹਨਾਂ ਨੂੰ ਫੋਨ ਕਰਾਂਗੇ ਉਹਨਾਂ ਤੋਂ ਹੈਲਪ ਲਵਾਂਗੇ ਤੇ ਫਿਰ ਸਾਬੀ ਵੀਰੇ ਨੇ ਹੌਲੀ 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 ਵਿਚਾਰਿਆਂ ਨੇ ਜੌਬ ਲੱਭੀ ਜੌਬ ਲੱਭੀ ਤੇ ਹੁਣ ਮੈਨੂੰ ਜੌਬ ਹੈ ਜਿਹੜੀ ਉਹ ਮਿਲ ਗਈ ਆ ਕਿਤੇ ਹੁਣ ਜਾ ਕੇ ਮੈਨੂੰ 5 ਮਹੀਨੇ ਹੋ ਗਏ ਇੱਥੇ ਆਈ ਨੂੰ ਮੈਨੂੰ ਹੁਣ ਇੱਥੇ ਜੌਬ ਮਿਲਿਆ ਸਾਬੀ ਵੀਰੇ ਨੇ ਉਹਨਾਂ ਦੇ ਰਿਸ਼ਤੇਦਾਰ ਸੀ ਜਿਹੜੇ ਹਨਾ ਤੇ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਚੱਲ ਅਸੀਂ ਹਰਜੀਤ ਨੂੰ ਰੱਖ ਲਾਂਗੇ ਉਹਨਾਂ ਨੇ ਮੈਨੂੰ ਕੰਮ ਤੇ ਰੱਖ ਲਿਆ ਹੁਣ ਮੈਂ ਜਿੱਦਾਂ ਹੁਣ ਮੈਂ ਕੰਮ ਕਰਦੀ ਆਂਗੀ ਗਰੋਸਰੀ ਸ਼ਾਪ ਆ ਜਿਹੜੀ ਉੱਥੇ ਮੈਂ ਕੰਮ ਕਰਦੀ ਆਂ ਚਲੋ ਦੇਰ ਨਾਲ ਸਹੀ ਪਰ ਮੈਂ ਜਿੱਥੇ ਕੰਮ ਕਰਦੀ ਆਂ ਮੈਨੂੰ ਬਹੁਤ ਰਿਸਪੈਕਟ ਮਿਲਦੀ ਆ ਬਹੁਤ ਮਾਣ ਮਿਲਦਾਗਾ ਤੇ ਬਹੁਤ ਵਧੀਆ ਨੇਗੇ ਉਹ ਤੇ ਹੁਣ ਥੋੜਾ ਜਿਹਾ ਲਾਈਫ ਕਿਤੇ ਜਾ ਕੇ ਇੰਨੇ ਮਹੀਨਿਆਂ ਬਾਅਦ ਲਾਈਫ ਥੋੜੀ ਸੈੱਟ ਹੋਈ ਹੈਗੀ ਤੇ ਸੋ ਤੁਸੀਂ ਸੋਚਦੇ ਹੋਵੋਗੇ ਵੀ ਹਰਜੀਤ ਇਹ ਗੱਲਾਂ ਪਤਾ ਨਹੀਂ ਕਿਉਂ ਦੱਸੀ ਜਾਂਦੀ ਆ ਕਿਉਂ ਸਾਡੇ ਨਾਲ ਸ਼ੇਅਰ ਕਰੀ ਜਾਂਦੀ ਆ ਪਤਾ ਨਹੀਂ ਉਹਨੇ ਪਬਲਿਸਿਟੀ ਲੈਣੀ ਆ ਪਤਾ ਨਹੀਂ ਉਹਨੇ ਲਾਈਕ ਵਧਾਉਣੇ ਆ ਪਤਾ ਨਹੀਂ ਉਹਨੇ ਕਮੈਂਟ ਵਧਾਉਣੇ ਆ ਨਹੀਂ ਵੀਰੋ ਮੈਂ ਇਸ ਲਈ ਤੁਹਾਨੂੰ ਗੱਲਾਂ ਨਹੀਂ ਦੱਸਦੀ ਮੈਂ ਤੁਹਾਨੂੰ ਇਸ ਲਈ ਗੱਲਾਂ ਦੱਸਦੀਆਂ ਜਿਹੜੇ ਲੋਕੀ ਆਪਣੀਆਂ ਕੱਲੀਆਂ ਕੁੜੀਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਭੇਜਦੇ ਨੇ ਅਨਮੈਰਿਡ ਕੁੜੀਆਂ ਜਿਹੜੀਆਂ ਸਾਡੀਆਂ ਭੈਣਾਂ ਕਹਿੰਦੀਆਂ ਨੇ ਨਾ ਅਸੀਂ ਅਨਮੈਰਿਡਾਂ ਅਸੀਂ ਬਾਹਰ ਚੱਲ ਜਾਾਂਗੇ ਅਸੀਂ ਬਾਹਰ ਜਾ ਕੇ ਆਹ ਕਰ ਲਾਂਗੇ ਅਸੀਂ ਬਾਹਰ ਜਾ ਕੇ ਆਹ ਕਰ ਲਾਂਗੇ ਇਹ ਵੀਡੀਓ ਉਹਨਾਂ ਕੁੜੀਆਂ ਲਈ ਆ ਮੇਰੇ ਨਾਲ 2 4 ਵੀਰ 5 ਵੀਰ 10 ਵੀਰ ਜੁੜੇ ਹੋਏ ਸੀ ਜਿਨ੍ਹਾਂ ਦਾ ਮੈਨੂੰ ਸਹਾਰਾ ਸੀ ਕਿ ਮੈਂ ਇਹ ਕੰਟਰੀ ਦੇ ਵਿੱਚ ਭੁੱਖੀ ਨਹੀਂ ਮਰਾਂਗੀ ਮੈਂ ਉਹਨਾਂ ਦੇ ਸਿਰ ਤੇ ਹੌਸਲਾ ਸੀ ਪਰ ਜਿਹੜੀਆਂ ਕੁੜੀਆਂ ਦਾ ਕੋਈ ਵੀ ਨਹੀਂ ਹੁੰਦਾ ਹਾਲਾਤ ਜਿੱਦਾਂ ਕਰੋਨਾ ਨੇ ਹਾਲਾਤ ਇੰਨੇ ਮਾੜੇ ਬਣਾਤੇ ਜੇ ਇੱਥੇ ਤੁਹਾਡਾ ਕੋਈ ਵੀ ਨਹੀਂ ਹੋਊਗਾ ਤਾਂ ਤੁਹਾਡਾ ਕੀ ਹੋਊਗਾ ਇਹ ਵੀਡੀਓ ਉਹਨਾਂ ਮਾਪੇ-ਬਾਪਾਂ ਨੂੰ ਇੱਕ ਮੈਸੇਜ ਆ ਕਿ ਕੱਲੀਆਂ ਕੁੜੀਆਂ ਨੂੰ ਮਾਪੇ ਨਾ ਭੇਜਣ ਬਾਹਰ ਜੇ ਭੇਜਣਾ ਆ ਤਾਂ ਆਪਣੀਆਂ ਕੁੜੀਆਂ ਨੂੰ ਵਿਆਹ ਕਰਕੇ ਭੇਜੋ ਤਾਂ ਕਿ ਉਹਨਾਂ ਨੂੰ ਇੰਨਾ ਤਾਂ ਹੌਸਲਾ ਰਹੂਗਾ ਕਿ ਸਾਡਾ ਹਸਬੰਡ ਸਾਡੇ ਨਾਲ ਹੈਗਾ ਕੋਈ ਔਖਾ ਟਾਈਮ ਆਉਂਦਾ ਤਾਂ ਹਸਬੰਡ ਸਾਥ ਤਾਂ ਦੇ ਦੂਗਾ ਕਿਉਂਕਿ ਇਸ ਦੁਨੀਆ ਇਸ ਦੇਸ਼ਾਂ ਦੇ ਵਿੱਚ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਜੇ ਕੱਲੀਆਂ ਕੁੜੀਆਂ ਪਹਿਲਾਂ ਮੈਂ ਵੀ ਜਿੱਦਾਂ ਮੈਂ ਵੀ ਇੱਕ ਕੁੜੀਆਂ ਮੈਂ ਵੀ ਇਹ ਸੋਚਦੀ ਸੀ ਮੈਂ ਕੱਲੀ ਪਹਿਲਾਂ ਮੈਂ ਅਨਮੈਰਿਡ ਸੀਗੀ ਹਨਾ ਮੈਂ ਸੋਚਦੀ ਸੀ ਮੈਂ ਕੱਲੀ ਬਾਹਰ ਚੱਲ ਜਾ ਬਾਹਰ ਚੱਲ ਜਾ ਨਾ ਵੀ ਮੈਂ ਕੱਲੀ ਨਹੀਂ ਜਾਣਾ ਕੱਲੀ ਨਹੀਂ ਜਾਣਾ ਪਰ ਜਦੋਂ ਇੱਥੇ ਕੱਲੀਆਂ ਕੁੜੀਆਂ ਆਉਂਦੀਆਂ ਨੇ ਨਾ ਤਾਂ ਉਹਦੋਂ ਇਹ ਇਹੀ ਸੋਚਦੀਆਂ ਨੇ ਪਹਿਲਾਂ ਤਾਂ ਕੱਲੀਆਂ ਆ ਜਾਂਦੀਆਂ ਨੇ ਇੰਡੀਆ ਤੋਂ ਪਰ ਜਦੋਂ ਇੱਥੇ ਆ ਕੇ ਉਹਨਾਂ ਨੂੰ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਤਾਂ ਹਮੇਸ਼ਾ ਉਹ ਇਹ ਕਹਿੰਦੀਆਂ ਨੇ ਵੀ ਅਸੀਂ ਵਿਆਹ ਕਿਉਂ ਨਾ ਕਰਾ ਕੇ ਆਈਆਂ ਨਾ ਉਹ ਇੰਡੀਆ ਮੋੜਨ ਜੋਗੀਆਂ ਹੁੰਦੀਆਂ ਨੇਗੀਆਂ ਨਾ ਉਹ ਇੱਥੇ ਰਹਿਣਾ ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ हां ਜਿਨ੍ਹਾਂ ਦੇ ਮਾਪੇ-ਵਾਪਾ ਕੋਲ ਜਾਦਾ ਪੈਸਾ ਆ ਜਾਂਦਾ ਅਮੀਰ ਨੇ ਉਹਨਾਂ ਲਈ ਤਾਂ ਕੋਈ ਔਖਾ ਨਹੀਂ ਕਿਉਂਕਿ ਇੰਡੀਆ ਤੋਂ ਪੈਸੇ ਭੇਜੀ ਜਾਣਗੇ ਪਰ ਜਿਹੜੇ ਸਟੂਡੈਂਟ ਕਰ ਜਾ ਚੱਕ-ਚੱਕ ਆਉਂਦੇ ਨੇ ਕੁੜੀਆਂ ਜਿਹੜੀਆਂ ਕਹਿੰਦੀਆਂ ਅਸੀਂ ਇਕੱਲੀਆਂ ਜਾਵਾਂਗੇ ਮਾਪੇ-ਵਾਪਾ ਕਹਿੰਦੇ ਨੇ ਅਸੀਂ ਇਕੱਲੀਆਂ ਕੁੜੀਆਂ ਨੂੰ ਉਤਾਰਾਂਗੇ ਉਹਨਾਂ ਲਈ ਬਹੁਤ ਔਖਾ ਖਾਸ ਤੌਰ ਤੇ ਇੰਗਲੈਂਡ ਕੰਟਰੀ ਦੇ ਵਿੱਚ ਕਿਉਂਕਿ ਮੈਂ ਐਕਸਪੀਰੀਅੰਸ ਕੀਤਾ ਬਾਕੀ ਕੰਟਰੀਆਂ ਦਾ ਮੈਨੂੰ ਨਹੀਂ ਪਤਾ ਬਹੁਤ ਬਹੁਤ ਔਕੜਾਂ ਨੇ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਮੇਰੇ ਨਾਲ ਦੋ ਚਾਰ ਵੀਰ ਜੁੜੇ ਹੋਏ ਸੀ ਮੈਨੂੰ ਚਲ ਉਹਨਾਂ ਦਾ ਹੌਸਲਾ ਸੀਗਾ ਹਨਾ ਵੀ ਵੀ ਮੈਨੂੰ ਚਲ ਮੈਂ ਇੱਥੇ ਰਹਿ ਸਕਦੀ ਆਂਗੀ ਹਨਾ ਹੋਰ ਹੋਰ ਨਹੀਂ ਤਾਂ ਮਤਲਬ ਕਰ ਲੂੰਗੀ ਸੈਟਿੰਗ ਪਰ ਜਿਹੜੀਆਂ ਕੁੜੀਆਂ ਦੇ ਇੱਥੇ ਕੋਈ ਵੀ ਨਹੀਂ ਨਾ ਹੁੰਦਾ ਉਹਨਾਂ ਨੂੰ ਵੀਰੇ ਬਹੁਤ ਔਖਾ ਹੁਣ ਜਿੱਦਾਂ ਮੈਂ ਸੋਸ਼ਲ ਮੀਡੀਆ ਤੇ ਪਾਉਂਦੀ ਸੀਗੀ ਵੀ ਸੈਚਰਡੇ ਸੰਡੇ ਅਸੀਂ ਗਰੋਸਰੀ ਗਰੋਸਰੀ ਦੀ ਹੈਲਪ ਕਰਦੇ ਆ ਕੁੜੀਆਂ ਦੀ ਤਾਂ ਮੈਨੂੰ ਬਹੁਤ ਸਟੂਡੈਂਟ ਕੁੜੀਆਂ ਜਿਹੜੀਆਂ ਆਪਣੀਆਂ ਨਵੀਆਂ ਆਈਆਂ ਸੀ ਉਹਨਾਂ ਦੇ ਮੈਸੇਜ ਆਉਂਦੇ ਆ ਹਰ ਰੋਜ਼ ਮੈਸੇਜ ਆਉਂਦੇ ਆ ਕੁੜੀਆਂ ਰੋ ਰੋ ਕੇ ਮੈਸੇਜ ਕਰਦੀਆਂ ਨੇ ਰਿਕਾਰਡਿੰਗਾਂ ਵੀ ਮੇਰੇ ਕੋਲ ਪਈਆਂ ਨੇ ਕੱਲੀਆਂ ਕੁੜੀਆਂ ਆ ਗਈਆਂ ਕੰਮ ਉਹਨਾਂ ਨੂੰ ਮਿਲੇ ਨਹੀਂ ਬਿਚਾਰੀਆਂ ਕੋਲੋਂ ਰੈਂਟ ਨਿਕਲਦੇ ਨਹੀਂ ਪਏ ਤਾਂ ਮੈਨੂੰ ਹਰ ਰੋਜ਼ ਫੋਨ ਕਰਦੀਆਂ ਨੇ ਦੀਦੀ ਸਾਡੀ ਰੈਂਟ ਦੀ ਹੈਲਪ ਕਰ ਦੋ ਦੀਦੀ ਸਾਡੀ ਆਹ ਹੈਲਪ ਕਰ ਦੋ ਦੀਦੀ ਸੋਡੀ ਆਹ ਹੈਲਪ ਕਰ ਦੋ ਬਹੁਤ ਕੁੜੀਆਂ ਰੋਂਦੀਆਂ ਨੇ ਇੱਥੇ ਸੋ ਇਹੀ ਮੈਸੇਜ ਆ ਜਿਹੜੇ ਬੱਚੇ ਬਾਹਰ ਆਉਣਾ ਚਾਹੁੰਦੇ ਆ ਆਓ ਬਹੁਤ ਵਧੀਆ ਕੰਟਰੀਆਂ ਨੇ ਰੂਲ ਬਹੁਤ ਵਧੀਆ ਨੇ ਤੁਹਾਨੂੰ ਤੁਹਾਨੂੰ ਇੱਕ ਮਤਲਬ ਜ਼ਿੰਦਗੀ ਦਾ ਮਕਸਦ ਮਿਲ ਜਾਂਦਾ ਕਿ ਤੁਸੀਂ ਕਾਮਯਾਬ ਹੋ ਸਕਦੇ ਹੋ ਤੁਸੀਂ ਜੇ ਮਿਹਨਤ ਕਰੋਗੇ ਤਾਂ ਤੁਹਾਡੀ ਮਿਹਨਤ ਦਾ ਮੁੱਲ ਪੈਣਾ ਆ ਇਹਨਾਂ ਕਹੇਗਾ ਪਰ ਕੱਲੀਆਂ ਕੁੜੀਆਂ ਨਾ ਆਉਣ ਜਿਹੜੀਆਂ ਕੱਲੀਆਂ ਕੁੜੀਆਂ ਆਉਣਾ ਚਾਹੁੰਦੀਆਂ ਨੇ ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਆ ਕੁੜੀਆਂ ਨੂੰ ਭੇਜੋ ਪਰ ਵਿਆਹ ਕਰਕੇ ਭੇਜੋ ਕੱਲੀਆਂ ਕੁੜੀਆਂ ਨੂੰ ਨਾ ਭੇਜੋ ਇਹਨਾਂ ਕੰਟਰੀਆਂ ਦੇ ਵਿੱਚ ਬਹੁਤ ਔਖਾ ਬਹੁਤ ਸਟਰਗਲ ਆ ਗਿਆ ਕਿਉਂਕਿ ਕਿਉਂਕਿ ਫਿਰ ਕੁੜੀਆਂ ਇਹ ਵੀ ਨਹੀਂ ਦੱਸ ਸਕਦੀਆਂ ਆਪਣੇ ਪੇਰੈਂਟਸ ਨੂੰ ਉਹਨਾਂ ਨੇ ਕਰਜਾ ਚੱਕ ਕੇ ਵਿਚਾਰਿਆਂ ਨੂੰ ਭੇਜਿਆ ਹੁੰਦਾ ਇਹ ਵੀ ਨਹੀਂ ਦੱਸ ਸਕਦੀਆਂ ਕਿ ਅਸੀਂ ਕਿਹੜੀਆਂ ਪ੍ਰੋਬਲਮਾਂ ਫੇਸ ਕਰਦੀਆਂ ਅਸੀਂ ਕਿਹੜੇ ਦੁੱਖ ਫੇਸ ਕਰਦੀਆਂ ਨਹੀਂ ਦੱਸ ਸਕਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸਾਡੇ ਪੇਰੈਂਟਸ ਨੇ ਸਾਨੂੰ ਪਹਿਲਾਂ ਹੀ ਮਸਾਂ ਭੇਜਿਆ ਜੇ ਅਸੀਂ ਦੱਸਾਂਗੇ ਤਾਂ ਉਹਨਾਂ ਨੂੰ ਹੋਰ ਵੀ ਦੁੱਖ ਹੋਣਾ ਪਰ ਉਹ ਕਰ ਵੀ ਕੁਝ ਨਹੀਂ ਸਕਦੇ ਉਹ ਏਡੀ ਦੂਰ ਬੈਠੇ ਨੇ ਸਾਡੇ ਪੇਰੈਂਟਸ ਸੋ ਅੱਜ ਦੀ ਮੇਰੀ ਵੀਡੀਓ ਐਸ ਲਈ ਸੀਗੀ ਇੰਗਲੈਂਡ ਕੰਟਰੀ ਦੇ ਵਿੱਚ ਹੁਣ ਤੁਸੀਂ ਇਹ ਦੇਖੋ ਬਹੁਤ ਵੱਡੇ ਸੁਪਨੇ ਲੈ ਕੇ ਆਈ ਸੀ ਮੈਂ ਬਹੁਤ ਮਤਲਬ ਇਹ ਸੋਚਿਆ ਸੀਗਾ ਆ ਕਿ ਮੈਂ ਹੁਣ ਜਿੱਦਾਂ ਮੇਰੇ ਹਸਬੰਡ ਮੇਰੇ ਨਾਲ ਹਜੇ ਨਹੀਂ ਆਏ ਕਿਉਂਕਿ ਵੀਜ਼ਾ ਨਹੀਂ ਲੱਗਿਆ ਸੀਗਾ ਨਾਲ ਤੇ ਮੈਂ ਪਤਾ ਕੀ ਸੋਚਿਆ ਸੀ ਮੈਂ ਸੋਚਿਆ ਸੀ ਚਲੋ ਇੰਗਲੈਂਡ ਚਲੀ ਜਾਵਾਂਗੀ ਉੱਥੇ ਜਾ ਕੇ ਮੈਂ ਆਪਣੀ ਵਧੀਆ ਸਟੱਡੀ ਕਰੂੰਗੀ ਸਟੱਡੀ ਕਰੂੰਗੀ ਤੇ ਸਟੱਡੀ ਕਰਨ ਤੋਂ ਬਾਅਦ ਮੈਂ ਉੱਥੇ ਕੰਮ ਵੀ ਕਰੂੰਗੀ ਤੇ ਇੱਕ ਵਾਰ ਜਿੰਨੇ ਪੈਸੇ ਮੇਰੇ ਤੇ ਮੇਰੇ ਘਰਦਿਆਂ ਨੇ ਲਾ ਕੇ ਕਰਜ਼ਾ ਚੱਕ ਕੇ ਭੇਜਿਆ ਉਹ ਮੈਂ ਪੈਸੇ ਮੋੜ ਦੂੰਗੀ ਜਦੋਂ ਮੈਂ ਪੈਸੇ ਮੋੜ ਤੇ ਤੇ ਫਿਰ ਮੈਂ ਸੋਸ਼ਲ ਵਰਕ ਕਰੂੰਗੀ ਜਿਹੜੇ ਮੈਂ ਆਪਣਾ ਪੰਜਾਬ ਦੇ ਵਿੱਚ ਹਨਾ ਆਪਣੇ ਪਿੰਡ ਦੇ ਵਿੱਚ ਲਾ ਲਉ ਆਪਣੇ ਸ਼ਹਿਰ ਦੇ ਵਿੱਚ ਲਾ ਲਉ ਜਿਹੜੇ ਕੰਮ ਸੋਚੇ ਹੋਏ ਸੀ ਵੀ ਮੈਂ ਆਹ ਕੰਮ ਕਰਨੇ ਨੇ ਆਹ ਲੋਕਾਂ ਦੀ ਮੈਂ ਹੈਲਪ ਕਰਨੀ ਆ ਜਿਹੜੇ ਮੈਂ ਸੁਪਨੇ ਲੈ ਕੇ ਆਈ ਸੀ ਵੀ ਮੈਂ ਉਹਨਾਂ ਲਈ ਪੈਸਾ ਕਮਾਉਣਾ ਉਹਨਾਂ ਦੀ ਹੈਲਪ ਕਰਨੀ ਆ ਹਨਾ ਤੇ ਉਹ ਸਾਰੇ ਸੁਪਨੇ ਮੇਰੇ ਚੂਰਾ ਚੂਰ ਹੋ ਗਏ ਹਜੇ ਤਾਂ ਸ਼ੁਰੂਆਤ ਆ ਅੱਗੇ ਪਤਾ ਨਹੀਂ ਕੀ ਹੋਣਾ ਸਾਢੇ 12 ਲੱਖ ਸਾਲ ਦੀ ਫੀਸ ਆ 7 ਲੱਖ ਰੁਪਏ ਭਰ ਕੇ ਆਈ ਸੀ ਇੱਕ ਸਾਲ ਦੇ ਵਿੱਚ ਦੂਜੇ ਪੈਸੇ ਪੂਰੇ ਕਰਨੇ ਸੀ 4 ਲੱਖ 4 ਲੱਖ ਰੁਪਏ ਮੇਰਾ 4.5 ਲੱਖ ਰੁਪਏ ਮੇਰਾ ਹੁਣ ਮੈਂ ਭਰਨਾਗਾ ਉਹ ਇਸੇ ਸਾਲ ਦੇ ਵਿੱਚ ਇੰਡੀਆ ਦਾ 4.5 ਲੱਖ ਇੱਥੇ ਦਾ 4 4000 45000 ਪਾਉਂਡ ਮੈਂ ਦੇਣਾ ਆ ਮੇਰੀ ਯੂਨੀਵਰਸਿਟੀ ਨੂੰ ਕਿੱਥੋਂ ਦੇ ਦੂੰਗੀ ਕਰੋਨਾ ਕਰਕੇ ਕੰਮ ਸਾਰੇ ਬੰਦ ਹੋ ਗਏ ਜਿਹੜੇ ਜਿਹੜਾ ਕੰਮ ਮਿਲਿਆ ਆ ਉਹ ਤੋਂ ਗੁਜ਼ਾਰੀ ਹੋਣਾਗਾ ਕੱਲੀ ਕੁੜੀ ਫੀਸਾਂ ਕੱਢੂਗੀ ਜਾਂ ਕਰਜ਼ਾ ਮੋੜੂਗੀ ਜਾਂ ਫਿਰ ਆਬ ਦਾ ਕੁਝ ਬਣਾਉਗੀ ਜਾਂ ਕੀ ਕਰੂਗੀ ਕੱਲੀਆਂ ਕੁੜੀਆਂ ਤੋਂ ਫੀਸਾਂ ਕੱਢਣੀਆਂ ਬਹੁਤ ਔਖੀਆਂ ਨੇ ਫੀਸਾਂ ਨਹੀਂ ਨਿਕਲਦੀਆਂ ਇੱਥੇ ਜਿਹੜੇ ਬੱਚੇ ਇੰਗਲੈਂਡ ਇੰਗਲੈਂਡ ਨੇ ਹੁਣ ਵੀਜ਼ੇ ਖੋਲੇ ਐ ਆਓ ਮੋਸਟ ਵੈਲਕਮ ਆਓ ਪਰ ਇਹ ਸਾਰੀਆਂ ਚੀਜ਼ਾਂ ਦੇਖ ਕੇ ਆਓ ਤੁਸੀਂ ਫੀਸਾਂ ਕਿਵੇਂ ਕੱਢਣੀਆਂ ਨੇ ਤੁਸੀਂ ਰਹਿਣਾ ਕਿਵੇਂ ਆ ਕੱਲੀਆਂ ਕੁੜੀਆਂ ਨਾ ਆਓ ਜੇ ਆਉਣਾ ਤਾਂ ਵਿਆਹ ਕਰਾ ਕੇ ਆਓ ਜਾਂ ਫਿਰ ਕੋਈ ਮੁੰਡਾ ਇੱਥੇ ਦੇਖ ਕੇ ਰੱਖੋ ਆਪਦਾ ਇੰਗਲੈਂਡ ਦੇ ਵਿੱਚ ਇੰਡੀਆ ਤੋਂ ਆਓ ਇੱਥੇ ਆ ਕੇ ਵਿਆਹ ਕਰਾਓ ਆਪਦੀ ਜ਼ਿੰਦਗੀ ਸੈੱਟ ਕਰੋ ਜੇ ਤੁਸੀਂ ਪੜੋਗੇ ਤਾਂ ਤੁਹਾਡੇ ਹਸਬੰਡ ਨੇ ਪੈਸੇ ਕਮਾਉਣੇ ਨੇ ਤੁਹਾਡੀਆਂ ਫੀਸਾਂ ਲੈ ਜਾਣੀਆਂ ਨੇ ਹੁਣ ਇੰਡੀਆ ਦਾ 4.5 ਲੱਖ ਫੀਸ ਦੇਣੀ ਆ ਕੁਛ ਸਪਟੰਬਰ ਦੇ ਵਿੱਚ ਦੇਣੀ ਆ ਕੁਛ ਦਸੰਬਰ ਦੇ ਵਿੱਚ ਦੇਣੀ ਆ ਕੁਛ ਨੀਂਗਾ ਕੋਲੇ ਕਿੱਥੋਂ ਦਵੂੰਗੀ ਨਹੀਂ ਦਵੂੰਗੀ ਜੇ ਨਾ ਦਿੱਤੀ ਤਾਂ 2 ਨੰਬਰ 'ਚ ਰਹਿਣਾ ਪਊਗਾ ਜੇ ਨਾ ਦਿੱਤੀ ਫੀਸ ਤਾਂ ਮੈਂ ਆਪਣੇ ਹਸਬੰਦ ਨੂੰ ਇੰਡੀਆ ਤੋਂ ਨਹੀਂ ਬੁਲਾ ਸਕਦੀ ਕਿਉਂਕਿ ਯੂਨੀਵਰਸਿਟੀ ਨੇ ਮੈਨੂੰ ਲੈਟਰ ਹੀ ਨਹੀਂ ਦੇਣਾ ਵੀ ਤੋਂ ਆਪਣੇ ਹਸਬੰਦ ਨੂੰ ਬੁਲਾ ਲਾ ਜੇ ਫੀਸ ਦੇਤੀ ਮੰਨ ਲਓ ਮੈਂ ਪੈਸੇ ਕਮਾ ਲਏ ਹੁਣ ਮੈਨੂੰ ਜੋਬ ਮਿਲ ਗਈ ਹੈ ਹਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਨੂੰ ਜੋਬ ਮਿਲ ਗਈ ਚਲ ਮੈਂ ਪੈਸੇ ਕਮਾ ਵੀ ਲਈ ਮੈਂ ਯੂਨੀਵਰਸਿਟੀ ਨੂੰ ਭਰ ਦੂੰਗੀ ਨਾ ਤਾਂ ਮੇਰਾ ਮਾਬਦਾ ਕਰਜ਼ਾ ਮੋੜ ਸਕਦੀਆਂ ਨਾ ਮੈਂ ਆਪਣੇ ਕੋਲ ਕੋਈ ਸੇਵਿੰਗ ਕਰ ਸਕਦੀਆਂ ਵੀ ਮੈਂ ਕੋਈ ਐਮਰਜੈਂਸੀ ਪੈਸਾ ਬਰਤ ਲੂੰਗੀ ਉਹ ਵੀ ਨਹੀਂ ਕਰ ਸਕਦੀ ਮੈਂ ਪਹਿਲੀ ਗੱਲ ਤਾਂ ਨਿਕਲਣਗੀ ਹੀ ਨਹੀਂ ਫਿਰ ਸਾ ਕਿੱਥੋਂ ਨਿਕਲਦੀਆਂ ਰੈਂਟ ਹੀ ਨਿਕਲਦਾ ਕਵਚਨ ਹੀ ਨਿਕਲਦਾ ਕਵਚਨ ਹੀ ਬਚਦਾ ਕਿਉਂਕਿ ਹਜੇ ਕੰਮ ਇੰਨੇ ਨਹੀਂ ਚੱਲੇ ਆ ਕੰਮ ਚੱਲੇ ਆ ਥੋੜੇ ਬਹੁਤੇ ਕੰਮ ਚੱਲੇ ਆ ਉਹ ਇਹ ਮੈਸੇਜ ਮੇਰਾ ਉਹਨਾਂ ਲਈ ਆ ਜਿਹੜੀਆਂ ਕੁੜੀਆਂ ਬਾਹਰ ਹੋਣਾ ਚਾਹੁੰਦੀਆਂ ਆ ਜਿਹੜੀਆਂ ਕਹਿੰਦੀਆਂ ਨੇ ਸਾਨੂੰ ਇੱਕ ਵਾਰ ਭੇਜੋ ਬਸ ਅਸੀਂ ਬਾਹਰ ਜਾ ਕੇ ਅਸੀਂ ਆਹ ਕਰ ਲਾਂਗੇ ਅਸੀਂ ਆਹ ਕਰ ਲਾਂਗੇ ਇਹ ਗੱਲਾਂ ਨਾ ਜਦੋਂ ਆਪਾਂ ਇੰਡੀਆ ਹੁੰਨੇ ਆ ਉਦੋਂ ਹੀ ਹੁੰਦੀਆਂ ਆ ਵੀ ਹਾਂ ਅਸੀਂ ਆਹ ਕਰ ਲਾਂਗੇ ਅਸੀਂ ਆਹ ਕਰ ਲਾਂਗੇ ਅਸੀਂ ਐ ਕਰ ਲਾਂਗੇ ਮੈਨੂੰ ਵੀ ਬਹੁਤ ਸੀਗਾ ਮੈਂ ਖੁਦ ਉਹਨਾਂ ਜਿੱਕਿਆਂ ਪਰ ਮੈਂ ਇੱਥੇ ਆ ਕੇ ਐਕਸਪੀਰੀਅੰਸ ਦੇਖਿਆ ਕੋਈ ਨਹੀਂ ਕਿਸੇ ਦਾ ਸਾਥ ਦਿੰਦਾ ਲੋਕ ਲੋਕੀ ਵੀ ਕਹੀ ਇਹੋ ਜਿਹੇ ਨੇ ਜਿਹੜੇ ਦੇਖਦੇ ਨੇ ਵੀ ਇਹ ਕੁੜੀਆਂ ਦੀ ਮਜਬੂਰੀ ਆ ਮਜਬੂਰੀਆਂ ਦਾ ਫਾਇਦਾ ਚੱਕਦੇ ਨੇ ਲੋਕੀ ਜੋ ਕੁੜੀਆਂ ਨੇ ਨਾ ਆਪਣੇ ਪੇਰੈਂਟਸ ਨੂੰ ਫੋਨ ਕਰਕੇ ਦੱਸ ਨਹੀਂ ਸਕਦੀਆਂ ਆਪਣੀਆਂ ਮਜਬੂਰੀਆਂ ਪੇਰੈਂਟਸ ਜੇ ਇੰਨੇ ਅਮੀਰ ਹੁੰਦੇ ਤਾਂ ਇਨ੍ਹਾਂ ਕੰਟਰੀਆਂ ਚ ਕਰਜ਼ਾ ਚੱਕ ਕੇ ਕਿਉਂ ਭੇਜਦੇ ਕੁੜੀਆਂ ਦੀਆਂ ਆਕੇ ਬਹੁਤ ਤਰ੍ਹਾਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਨੇ ਇਹ ਕੰਟਰੀਆਂ ਦੇ ਵਿੱਚ ਆਪਣੀਆਂ ਜ਼ਿੰਦਗੀਆਂ ਖਰਾਬ ਕਰ ਲੈਂਦੀਆਂ ਨੇ ਕੁੜੀਆਂ ਹੁਣ ਜਿਹੜੀਆਂ ਕਈ ਕੁੜੀਆਂ ਆਈਆਂ ਨੇ ਹਨਾ ਵਿਚਾਰੀਆਂ ਪਛਤਾਉਂਦੀਆਂ ਨੇ ਵੀ ਅਸੀਂ ਵਿਆਹ ਕਿਉਂ ਨਹੀਂ ਕਰਾ ਕੇ ਆਈਆਂ ਵੀ ਵਿਆਹ ਕਰਾ ਕੇ ਆਉਣੀ ਸੀਗੇ ਇੱਥੇ ਆ ਕੇ ਪਛਤਾਵਾ ਹੁੰਦਾ ਜਦੋਂ ਇਹੋ ਜਿਹੇ ਹਾਲਾਤ ਬਣਦੇ ਨੇ ਆਓ ਜੀ ਸਦਕੇ ਆਓ ਕੰਟਰੀਆਂ ਬਹੁਤ ਸੋਹਣੀਆਂ ਨੇ ਬਹੁਤ ਇੱਥੇ ਦੇ ਰੂਲ ਰੈਗੂਲੇਸ਼ਨ ਚੰਗੇ ਆ ਇੱਥੇ ਦੀਆਂ ਸਰਕਾਰਾਂ ਚੰਗੀਆਂ ਨੇ ਇੱਥੇ ਸਾਰਾ ਕੁਝ ਚੰਗਾ ਪਰ ਵਿਆਹ ਕਰਾ ਕੇ ਆਓ ਇਸ ਲਈ ਅੱਜ ਦੀ ਮੈਂ ਵੀਡੀਓ ਹੈ ਜਿਹੜੀ ਇਸ ਲਈ ਪਾ ਰਹੀ ਆ ਬਾਹਰਲੇ ਮੁਲਕਾਂ ਦਾ ਭੂਤ ਹਰ ਇੱਕ ਨੂੰ ਸਵਾਰ ਹੁੰਦਾ ਮੈਨੂੰ ਵੀ ਸੀ ਮੈਂ ਵੀ ਉਹਨਾਂ ਚੋਂ ਇੱਕ ਸੀ ਇੱਥੇ ਆ ਕੇ ਇੰਗਲੈਂਡ 'ਚ ਖਾਸ ਤੌਰ ਤੇ ਫੀਸਾਂ ਕੱਢਣੀਆਂ ਬਹੁਤ ਔਖੀਆਂ ਆ। ਹੁਣ ਤਾਂ ਵੈਸੇ ਹੀ ਕਰੋਨਾ ਆ ਗਿਆ। ਚਲੋ 4 ਲੱਖ ਮੰਨ ਲਓ ਮੈਂ ਇਹ ਸਾਲ ਦਾ ਭਰ ਦੂੰਗੀ। ਅਗਲਾ ਸਾਲ ਫੇਰ ਆ ਗਿਆ। ਅਗਲੇ ਸਾਲ ਦੀ ਫੇਰ 12.5 ਲੱਖ ਫੀਸ ਆ। ਦਸੰਬਰ ਤੱਕ ਇਹ ਸਾਲ ਪੂਰਾ ਹੋ ਉਹ ਦਸੰਬਰ ਤੋਂ ਬਾਅਦ 12.5 ਲੱਖ ਫੇਰ ਫੀਸ ਆ ਗਈ। ਉਦੋਂ ਆ 12.5 ਲੱਖ ਫੇਰ ਫੀਸ ਆ ਗਈ। 35 ਲੱਖ ਰੁਪਈਆ ਮੇਰੇ ਇਕੱਲੇ ਕੋਰਸ ਦੀ ਫੀਸ ਹੈ। ਗੱਲੀ ਕੁੜੀ ਕਰਜ਼ਾ ਮੋੜੂਗੀ ਜਾਂ ਫੀਸ ਕੱਢੂਗੀ ਕੀ ਕਰੂਗੀ ਮਾਪੇ ਅੱਖਾਂ ਮੀਚ ਕੇ ਕੁੜੀਆਂ ਨੂੰ ਜਿਹੜੇ ਬਾਹਰ ਭੇਜ ਦਿਆ ਉਹਦਾ ਮੈਂ ਐਕਸਪੀਰੀਅੰਸ ਕਰਕੇ ਦੇਖ ਲਿਆ ਮਾਪਿਆਂ ਨੂੰ ਬੇਨਤੀ ਆਪਣੇ ਬੱਚਿਆਂ ਨੂੰ ਭੇਜੋ ਜ਼ਰੂਰ ਭੇਜੋ ਪਰ ਕੁੜੀਆਂ ਦੇ ਵਿਆਹ ਕਰਕੇ ਭੇਜੋ ਇੰਨੀ ਕੁ ਮੇਰੀ ਬੇਨਤੀ ਆ ਉਹਨਾਂ ਦੇ ਹਸਬੰਦ ਨਾਲ ਆਉਣ ਤਾਕੀ ਚਲੋ ਉਹਨਾਂ ਨੂੰ ਹੌਸਲਾ ਹੋਵੇ ਮੈਂ ਫੇਰ ਵੀ ਇੱਕ ਸਟਰੋਂਗ ਤੁਸੀਂ ਕੁੜੀ ਕਹਿ ਸਕਦੇ ਹੋ ਥੋੜੀ ਸਟਰੋਂਗ ਆ ਥੋੜਾ ਮੈਨੂੰ ਤੁਹਾਡੇ ਸਾਰਿਆਂ ਦਾ ਸਾਥ ਆ ਥੋੜੇ ਲੋਕੀ ਥੋੜੇ ਵੀਰ ਥੋੜੇ ਭੈਣਾਂ ਇੱਥੇ ਜੁੜੀਆਂ ਹੋਈਆਂ ਨੇ ਸਾਬੀ ਵੀਰ ਮੇਰਾ ਉਹਨਾਂ ਦਾ ਤਾਂ ਮੈਂ ਦੇਣਾ ਹੀ ਨਹੀਂ ਦੇ ਸਕਦੀ ਇੰਨਾ ਹੌਸਲਾ ਹੋਇਆ ਇੰਗਲੈਂਡ 'ਚ ਪਤਾ ਆ ਤੁਹਾਨੂੰ ਕੋਈ ਵੀ ਮੈਨੂੰ ਪ੍ਰੋਬਲਮ ਆ ਗਈ ਮੈਂ ਫੋਨ ਕਰ ਦੂੰਗੀ ਇੱਕ ਆਪਣੀ ਫੈਮਲੀ ਫੈਮਲੀ ਦਾ ਮੈਂਬਰ ਉਹ ਭਰਾ ਨੇ ਮੈਨੂੰ ਸਮਝਿਆ ਉਹਦੇ ਹੌਸਲੇ ਕਰਕੇ ਮੈਂ ਸ਼ਾਇਦ ਸਟਰਗਲ ਤਾਂ ਕਰ ਰਹੀ ਆਂ ਇੱਕ ਸਹਾਰਾ ਪਿੱਛੇ ਵੀ ਮੇਰਾ ਭਰਾ ਹੈਗਾ ਕੋਈ ਹੋਰ ਵੀ ਵੀਰ ਨੇ ਹੋਰ ਵੀ ਹੈਗੇ ਉਹ ਵੀ ਜੁੜੇ ਹੋਏ ਆ ਵਿਚਾਰੇ ਉਹਨਾਂ ਦਾ ਵੀ ਮੈਨੂੰ ਬਹੁਤ ਸਹਾਰਾ ਚਲੋ ਜੇ ਜੋਬ ਲੱਭ ਕੇ ਦਿੱਤੀ ਆ ਤਾਂ ਮੈਨੂੰ ਸਾਬੀ ਵੀਰ ਨੇ ਦਿੱਤੀ ਆ ਮੈਂ ਦਿਲੋਂ ਧੰਨਵਾਦ ਕਰਦੀ ਆ ਹਰ ਸੰਡੇ ਨੂੰ ਗਰੋਸਰੀ ਦੇ ਕੇ ਜਾਂਦੇ ਆ ਸਾਨੂੰ ਮੈਨੂੰ ਵੀ ਗਰੋਸਰੀ ਦੇ ਕੇ ਜਾਂਦੇ ਆ ਹੋਰ ਵੀ ਵੀਰ ਸਾਡੇ ਜੁੜੇ ਹੋਏ ਆ ਮੇਰਾ ਇੰਗਲੈਂਡ ਤੋਂ ਆ ਇੱਕ ਵੀਰਾ ਉਹਨੇ ਵੀ ਮੇਰਾ ਸਾਥ ਦਿੱਤਾ ਇੱਕ ਵੀਰਾ ਅਮਰੀਕਾ ਤੋਂ ਆ ਉਹਨੇ ਵੀ ਮੇਰਾ ਸਾਥ ਦਿੱਤਾ ਪਰ ਜਿਹੜੀਆਂ ਕੁੜੀਆਂ ਨੂੰ ਤੁਸੀਂ ਕੱਲੀਆਂ ਨੂੰ ਭੇਜਦੇ ਨੇ ਉਹਨਾਂ ਦਾ ਕੋਈ ਇੱਥੇ ਹੁੰਦਾ ਨਹੀਂਗਾ ਉਹ ਕੀ ਕਰਦੀਆਂ ਹੋਣੀਆਂ ਵਿਚਾਰੀਆਂ ਇਹ ਹਾਲਾਤ ਦੇ ਵਿੱਚ ਇਹ ਕਰੋਨਾ ਹੁਣ ਆ ਗਿਆ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ ਫਿਰ ਪੇਰੈਂਟਸ ਇੰਡੀਆ ਬੈਠੇ ਰੋਈ ਜਾਂਦੇ ਨੇ ਕੁੜੀਆਂ ਇੱਥੇ ਬੈਠੀਆਂ ਬੈਠੀਆਂ ਰੋਈ ਜਾਂਦੀਆਂ ਨੇਗੀਆਂ ਨਾ ਤਾਂ ਵਾਪਸ ਹੀ ਆ ਸਕਦੀਆਂ ਨੇ 15 ਲੱਖ ਲਾ ਕੇ ਕੌਣ ਆਜੂਗਾ ਵਾਪਸ ਸੋ ਮੇਰਾ ਮੈਸੇਜ ਉਹਨਾਂ ਲੋਕਾਂ ਲਈ ਹੈ ਮਾਪਿਆਂ ਲਈ ਹੈ ਕੁੜੀਆਂ ਲਈ ਹੈ ਜਿਹੜੀਆਂ ਕੁੜੀਆਂ ਦੇ ਸ਼ੌਂਕ ਨੇ ਕਿ ਅਸੀਂ ਬਾਹਰ ਆਈਏ ਕੱਲੀਆਂ ਮੈਂ ਵੀ ਤੁਹਾਡੇ ਸਾਰਿਆਂ ਚੋਂ ਇੱਕ ਸੀ ਮੈਨੂੰ ਵੀ ਬਹੁਤ ਸ਼ੌਂਕ ਸੀ ਇੱਕ ਦਿਨ ਤਾਂ ਮੈਂ ਰੱਬ ਨਾਲ ਵੀ ਗੁੱਸੇ ਹੋ ਗਈ ਸੀ ਰੱਬ ਤੋਂ ਵੀ ਦੁਖੀ ਹੋ ਗਈ ਸੀ ਮੈਂ ਕਿਹਾ ਰੱਬ ਤਾਂ ਹੈ ਹੀ ਨਹੀਂ ਦੁਨੀਆ ਤੇ ਮੈਂ ਕਿਹਾ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਫਿਰ ਵੀ ਰੱਬ ਮੇਰਾ ਸਾਥ ਨਹੀਂ ਦੇ ਰਿਹਾ ਮੈਨੂੰ ਜੋਬ ਨਹੀਂ ਮਿਲਦੀ ਮੈਂ ਦਰ ਦਰ ਤੇ ਭੜਕਦੀ ਸੀ ਜੋਬ ਲਈ ਹਰ ਇੱਕ ਸ਼ਾਪ ਤੇ ਮੈਂ ਜਾਣਾ ਮੈਨੂੰ ਜੋਬ ਦੇ ਦਿਓ ਮੈਨੂੰ ਜੋਬ ਦੇ ਦਿਓ ਮੈਨੂੰ ਜੋਬ ਦੇ ਦਿਓ ਮੈਂ ਹਰ ਇੱਕ ਸ਼ਾਪ ਤੇ ਗਈ ਬਹੁਤ ਲੋਕੀ ਮੈਂ ਫੇਸਬੁੱਕ ਤੇ ਵੀ ਪਾਇਆ ਵੀ ਜੇ ਕੋਈ ਬਰਮਿੰਗਮ ਤੋਂ ਆ ਮੇਰੇ ਨਾਲ ਸੰਪਰਕ ਕਰੋ ਕਿਤੇ ਵੀ ਵਿਚਾਰਿਆਂ ਨੇ ਸੰਪਰਕ ਮੁੰਡਿਆਂ ਨੇ ਮੇਰੇ ਨਾਲ ਮੈਂ ਉਹਨਾਂ ਨੂੰ ਕਿਹਾ ਫੋਨ ਤੇ ਫੋਨ ਕਰਨਾ ਵੀਰੇ ਮੈਨੂੰ ਜਵਾਬ ਦਵਾ ਦਿਓ ਵੀਰੇ ਮੈਨੂੰ ਜਵਾਬ ਦਵਾ ਦਿਓ ਬੱਟ ਮੈਨੂੰ ਜਵਾਬ ਨਹੀਂ ਬਣਿਆ ਫਿਰ ਉਸ ਤੋਂ ਬਾਅਦ ਮੈਂ ਸੋਸ਼ਲ ਵਰਕਰਾਂ ਨੂੰ ਵਿਚਾਰਿਆਂ ਨੂੰ ਫੋਨ ਕੀਤੇ ਵੀ ਮੈਨੂੰ ਤੁਹਾਡੀ ਲਿੰਕ ਚ ਕੋਈ ਹੋਣਾ ਉਹਨਾਂ ਤੋਂ ਮੈਨੂੰ ਜਵਾਬ ਦਵਾ ਦਿਓ ਆਪਣੇ ਪੰਜਾਬੀਆਂ ਦੇ ਬਹੁਤ 숍ਾਂ ਨੇ ਇੱਥੇ ਬਹੁਤ ਕੰਮ ਨੇ ਇੱਥੇ ਬਰਮਿੰਗਮ ਦੇ ਵਿੱਚ ਉਹਨਾਂ ਵਿਚਾਰਿਆਂ ਨੇ ਬਹੁਤ ਫੋਨ ਕੀਤੇ ਪਰ ਕਿਸਮਤ दाना पानी ਨਹੀਂ ਸੀ ਲਿਖਿਆ ਨਹੀਂ ਮਿਲੀ ਹੁਣ ਆ ਕੇ ਕਿਤੇ ਮੈਂ ਸੈਟੀਸਫਾਈ ਹੋਈਆਂ ਹੁਣ ਮੈਨੂੰ ਜੋਬ ਮਿਲੀ ਆ ਹੁਣ ਮੈਂ ਜੋਬ ਤੋਂ ਸੈਟੀਸਫਾਈ ਆ ਜਿੱਥੇ ਮੈਂ ਜੋਬ ਕਰਦੀ ਆ ਚਲੋ دیر ਨਾਲ ਸਹੀ ਪਰ ਬਹੁਤ ਇੱਜ਼ਤ ਮਿਲਦੀ ਆ रिश्तेदार ਸਭ ਸਾਥ ਛੱਡ ਗਏ ਸੀ ਫੋਨ ਚੱਕਣੇ ਬੰਦ ਕਰਤੇ ਸੀ ਰਿਸ਼ਤੇਦਾਰਾਂ ਨੇ ਕਿਉਂਕਿ ਰਿਸ਼ਤੇਦਾਰਾਂ ਨੂੰ ਵੀ ਇਹੀ ਹੁੰਦਾ ਵੀ ਹੁਣ ਔਖਾ ਟਾਈਮ ਆ ਕਿਤੇ ਪੈਸੇ ਨਾ ਮੰਗ ਲੇ ਫੋਨ ਹੀ ਨਹੀਂ ਚੱਕੇ ਸੋ ਕਦੇ ਕਿਸੇ ਤੋਂ ਉਮੀਦ ਨਾ ਰੱਖੋ ਜ਼ਿੰਦਗੀ ਚ ਇਕੱਲੇ ਤੁਰੋ ਪਰਮਾਤਮਾ ਦਾ ਸਾਥ ਲੈ ਕੇ ਸਟਰਗਲ ਕਰੋ ਸਟਰਗਲ ਸਟਰਗਲ ਕਰਕੇ ਹੀ ਆਪਾਂ ਜ਼ਿੰਦਗੀ ਦੇ ਵਿੱਚ ਕੁਝ ਸਿੱਖਦੇ ਹਾਂ ਜੇਪਨੂੰ ਠੋਕਰਾਂ ਲੱਗਦੀਆਂ ਨੇ ਤਾਂ ਕੁਝ ਅੱਗੇ ਸਿੱਖਿਆ ਜਾਂਦਾ ਇੱਕ ਦਿਨ ਦੀ ਗੱਲ ਆ ਮੈਂ ਤੇ ਮੇਰੀ ਫਰੈਂਡ ਸੀਗੇ ਅਸੀਂ ਨਾ ਉੱਥੇ ਮਾਂਚੈਸਟਰ ਹੀ ਸੀਗੇ ਮੈਂ ਅਸੀਂ ਦੋਹੇ ਜਾ ਰਹੀਆਂ ਸੀਗੀਆਂ ਅਸੀਂ ਤੇ ਮਾਂਚੈਸਟਰ ਮੈਂ ਕਈ ਮੁੰਡਿਆਂ ਨੂੰ ਇਹ ਗੱਲ ਦੱਸੀ ਵੀ ਆ ਕਈ ਵੀਰਾਂ ਨੂੰ ਇਹ ਗੱਲ ਦੱਸੀ ਵੀ ਆ ਅਸੀਂ ਨਾ ਦੋਹੇ ਜਾਣੀਆਂ ਤੁਰੀਆਂ ਜਾਈਏ ਤੇ ਐਟ ਅ ਟਾਈਮ ਪਾਈ ਸਾਡੀ ਜੇਬ 'ਚ ਇੱਕ ਵੀ ਰੁਪਈਆ ਨਹੀਂ ਸੀਗਾ 1 ਪੌਂਡ ਮੇਰੇ ਕੋਲ ਸੀ ਤੇ 1 ਪੌਂਡ ਉਹ ਕੁੜੀ ਦੇ ਜੇਬ 'ਚ ਸੀ ਅਸੀਂ ਦੋਏ ਤੁਰਿਆਂ ਜਾਈਏ ਤੇ ਪੈਸੇ ਤਾਂ ਸਾਡੇ ਕੋਲ ਹੈਗੇ ਸੀ ਚਲੋ ਘਰੇ ਪਏ ਸੀਗੇ ਹਨਾ ਐਟ ਅ ਟਾਈਮ ਨਹੀਂ ਸੀਗੇ ਤੇ ਮੈਂ ਮੈਂ ਤੇ ਮੇਰੀ ਫਰੈਂਡਸ ਜਾਈਏ ਉੱਥੇ ਨਾ ਮੂਰੇ ਸਟਾਲਾਂ ਜੀਆਂ ਲੱਗੀਆਂ ਪਈਆਂ ਸੀ ਜਿੱਥੇ 5-5 ਪੌਂਡਾਂ ਦੀਆਂ ਚੀਜ਼ਾਂ ਵਿਕਦੀਆਂ ਸੀ ਜਿੰਦਾ ਖਾਣ ਵਾਲੇ ਹਨਾ ਤੇ ਖਾਣ ਵਾਲੇ ਪਾਪਾ ਪਾਉਂਡਾਂ ਦੀਆਂ ਚੀਜ਼ਾਂ ਲੱਗੀਆਂ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਇਦਾਂ ਕਰ ਮੈਂ ਕਿਹਾ ਤੇਰੀ ਜੇਬ 'ਚ ਪੈਸੇ ਹੈਗੇ ਆ ਮੈਂ ਕਿਹਾ ਚੱਲ ਮੈਨੂੰ ਭੁੱਖ ਬਹੁਤ ਲੱਗੀ ਹੋਈ ਅਸੀਂ ਯੂਨੀਵਰਸਿਟੀ 'ਚੋਂ ਆਏ ਸੀਗੇ ਨਾ ਬਹੁਤ ਭੁੱਖ ਲੱਗੀ ਹੋਈ ਮੈਂ ਕਿਹਾ ਵੀ ਕੁਝ ਖਾ ਲੈਨੇ ਆਪਾਂ ਵੀ ਮੇਰਾ ਦਿਲ ਕਰਦਾ ਖਾਣ ਨੂੰ ਮੈਨੂੰ ਬਹੁਤ ਭੁੱਖ ਲੱਗੀ ਉਹ ਕਹਿੰਦੀ ਮੈਨੂੰ ਵੀ ਬਹੁਤ ਭੁੱਖ ਲੱਗੀ ਆ ਮੈਂ ਕਿਹਾ ਚੱਲ ਤੂੰ ਪੈਸੇ ਕੱਢ ਜੇਬ 'ਚ ਉਹਨੇ ਜੇਬ 'ਚ ਪਾਉਂਡ ਕੱਢਿਆ 1 ਪਾਉਂਡ ਤੇ ਮੈਂ ਆਪਣੀ ਜੇਬ 'ਚ ਦੇਖਿਆ ਤਾਂ ਮੇਰੇ ਕੋਲ ਵੀ ਇੱਕ ਪਾਉਂਡ ਸਾਡੇ ਦੋਹਾਂ ਕੋਲ 2 ਪਾ ਤੇਸਟਾਲਾਂ ਤੇ ਚਲੇ ਗਏ ਅਸੀਂ ਕਿਹਾ ਵੀ 2 ਪਾਉਂਡ ਦੀ ਕੋਈ ਚੀਜ਼ ਹੈਗੀ ਉਹ ਕਹਿੰਦੇ ਨਹੀਂ ਕਹਿੰਦੇ ਇਟਸ ਅ ਸਟਾਰਟ ਫਰੋਮ 5 ਪਾਉਂਡ ਤੇ 5 ਪਾਉਂਡਾਂ ਤੋਂ ਸਟਾਰਟ ਹੁੰਦੀ ਆ ਕਹਿੰਦੇ 2 ਪਾਉਂਡਾਂ ਦੀ ਕੋਈ ਚੀਜ਼ ਨਹੀਂ ਅਸੀਂ ਉਹਨੂੰ ਕਿਹਾ ਚੱਲ ਤੂੰ ਜਿਹੜੀ 5 ਪਾਉਂਡਾਂ ਵਾਲੀ ਚੀਜ਼ ਆ ਉਹ ਹਾਫ ਕਰਕੇ ਦੇ ਦੇ ਸਾਨੂੰ 2 ਪਾਉਂਡਾਂ ਦੀ ਦੇ ਦੇ ਕਹਿੰਦੇ ਨਹੀਂ ਵੀ ਹਨਾ ਵੀ 5 ਪਾਉਂਡਾਂ ਦੀ ਮਿਲੂਗੀ ਤੇ ਇੰਨੀ ਭੁੱਖ ਲੱਗੀ ਹੋਈ ਉੱਥੇ ਨਾ ਗੋਰੇ ਸਾਰੇ ਗੋਰੇ ਸੀਗੇ ਤੇ ਸਾਰੇ ਗੋਰੇ ਖਾਣ ਲੱਗੇ ਪਏ ਗੋਰੀਆਂ ਖਾਣ ਲੱਗੀਆਂ ਪਈਆਂ ਸਾਡਾ ਮਤਲਬ ਸਾਨੂੰ ਇਦਾਂ ਦੀ ਫੀਲਿੰਗ ਆਈ ਵੀ ਜਿੱਦਾਂ ਵੀ ਅਸੀਂ ਨਾ ਗਰੀਬ ਹੁੰਦੇ ਆ ਜਿੱਦਾਂ ਇੰਡੀਆ ਦੇ ਵਿੱਚ ਨੇ ਹੁੰਦੇ ਜਿਹੜੇ ਗਰੀਬ ਲੋਕ ਹੁੰਦੇ ਆ ਵਿਚਾਰੇ ਆਪਾਂ ਖੜੇ ਆ ਨਾ ਖਾਈ ਜਾਂਦੇ ਉਹਨੇ ਰੈਸਟੋਰੈਂਟ ਤੇ ਉਹ ਬਾਹਰ ਖੜੇ ਹੁੰਦੇ ਆ ਲੋਕੀ ਉਹ ਦੇਖਦੇ ਹੁੰਦੇ ਆ ਖਾਂਦੇ ਆ ਨੂੰ ਹਨਾ ਵੀ ਵੀ ਸਾਹਮਣੇ ਵੀ ਮੈਂ ਵੀ ਸਾਹਮਣੇ ਵਾਲਾ ਬੰਦਾ ਖਾ ਰਿਹਾ ਮੈਂ ਦੇਖ ਰਿਹਾ ਵੀ ਮੈਂ ਉਹ ਤੋਂ ਲੈ ਲਵਾਂ ਜਾਂ ਉਹ ਤੋਂ ਮੰਗਦਾ ਬੰਦਾ ਭੀਖ ਮੰਗਦਾ ਆ ਹਨਾ ਵੀ ਮੈਨੂੰ ਦਵਾ ਦੇ ਚੀਜ਼ ਤੂੰ ਹਨਾ ਸਾਡੇ ਤੇ ਇਹੋ ਜਿਹੇ ਹਾਲਾਤ ਬਣੇ ਦਿਲ ਕਰੇ ਆ ਨਾ ਵੀ ਕੋਈ ਸਾਨੂੰ ਪੰਜ ਪੌਣ ਦੇ ਦੇ ਤਾਂ ਅਸੀਂ ਚੀਜ਼ ਖਾ ਲਈਏ ਮਤਲਬ ਆਪਣੇ ਆਪ ਨੂੰ ਇੰਨਾ ਗਰੀਬ ਮਹਿਸੂਸ ਕੀਤਾ ਹਨਾ ਵੀ ਇੰਡੀਆ ਦੇ ਵਿੱਚ ਅਸੀਂ ਮਤਲਬ ਰਾਜੇ ਹੁੰਦੇ ਸੀਗੇ ਹਨਾ ਵੀ ਇੱਥੇ ਆ ਕੇ ਵੀ ਆਪਾਂ ਕਿੰਨੇ ਗਰੀਬ ਹੋ ਗਏ ਅਸੀਂ ਹੱਸੇ ਵੀ ਆਪਣੇ ਆਪ ਤੇ ਹਨਾ ਇਦਾਂ ਫੀਲ ਵੀ ਕਰੀ ਅੰਦਰੋਂ ਤੇ ਸਾਡੇ ਕੋਲ 5 ਪਾਉਂਡ ਨਾ ਤੇ ਉਦੋਂ ਮੈਨੂੰ ਅਹਿਸਾਸ ਹੋਇਆ ਵੀ ਜਿਹੜੇ ਮੰਗ ਤੇ ਆਪਣੇ ਘਰੇ ਵਿਚਾਰੇ ਗਰੀਬ ਲੋਕ ਜਿਹੜੇ ਮੰਗਣਾਉਂਦੇ ਨੇ ਨਾ ਆਪਾਂ ਉਹਨਾਂ ਨੂੰ ਜਦੋਂ ਦਿੱਲੀ ਤੇ ਖੜੇ ਹੁੰਦੇ ਨੇ ਆਪਾਂ ਉਹਦੀ ਕਹਿ ਦਿੰਦੇ ਆ ਵੀ ਆ ਆ ਗਿਆ ਸਵੇਰੀ ਮੰਗਣ ਆਪਾਂ ਉਹਨਾਂ ਨੂੰ ਬਹੁਤ ਗਾਲਾਂ ਕੱਢਦੇ ਆ ਆਪਾਂ ਉਹਨਾਂ ਨੂੰ ਬਹੁਤ ਬੁਰਾ ਭਲਾ ਬੋਲਦੇ ਆ ਇਹ ਚੀਜ਼ ਮੈਨੂੰ ਅਹਿਸਾਸ ਹੋਇਆ ਕਿ ਪਤਾ ਨਹੀਂ ਇਨਸਾਨ ਜਿਹੜਾ ਤੁਹਾਡੇ ਘਰੇ ਆ ਰਿਹਾ ਉਹ ਕਿਹੜੇ ਹਾਲਾਤਾਂ ਦੇ ਵਿੱਚ ਆ ਉਹਦਾ ਢਿੱਡ ਕਿੰਨਾ ਕੁ ਭੁੱਖਾ ਆ ਪਤਾ ਨਹੀਂ ਉਹ ਕਿਉਂਕਿ ਮੰਗਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਪਤਾ ਨਹੀਂ ਉਹ ਇਨਸਾਨ ਕਿਉਂ ਤੁਹਾਡੇ ਘਰ ਮੰਗਣ ਆਇਆ ਆਪਾਂ ਇੱਕ ਵਾਰ ਵੀ ਇਹ ਗੱਲ ਨਹੀਂ ਸੋਚਦੇ ਆਪਾਂ ਉਹ ਲੋਕਾਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਵੀ ਮੂੰਹ ਚਾ ਕੇ ਸਾਡੇ ਘਰ ਆ ਗਿਆ ਸਵੇਰੀ ਸਾਡੇ ਮੱਥੇ ਲੱਗ ਗਿਆ ਲੋਕੀਂ ਤਰ੍ਹਾਂ ਤਰ੍ਹਾਂ ਦੀਆਂ ਗਾਲਾਂ ਕੱਢਦੇ ਉਹਨਾਂ ਨੂੰ ਪਰ ਉਹ ਚੀਜ਼ ਹੈ ਸਾਾਸ ਮੈਨੂੰ ਉੱਥੇ ਹੋਇਆ ਸੀ ਇਹ ਹਾਲਾਤ ਕਦੋਂ ਵੀ ਕਿਸੇ ਵੇਲੇ ਵੀ ਕਿਸੇ ਤੇ ਹੋ ਸਕਦੇ ਇਹ ਅਮੀਰ ਬੰਦੇ ਤੇ ਵੀ ਹੋ ਸਕਦੇ ਆ ਸਮ ਟਾਈਮ ਅਮੀਰ ਬੰਦਾ ਆ ਉਹਦੇ ਕੋਲ ਬਹੁਤ ਪੈਸੇ ਆ ਹਨਾ ਤੇ ਪਰ ਉਹ ਆਪਣਾ ਪਰਸ ਘਰੇ ਭੁੱਲਿਆ ਆ ਪਰ ਉਹਨੂੰ ਭੁੱਖ ਬਹੁਤ ਲੱਗੀ ਆ ਉਹਦੇ ਕੋਲ ਪੈਸੇ ਨਹੀਂ ਹੈਗੇ ਇਹ ਹਾਲਾਤ ਉਸ ਬੰਦੇ ਤੇ ਵੀ ਬਣ ਸਕਦੇ ਨੇ ਸੋ ਜੇ ਕੋਈ ਵੀ ਬੰਦਾ ਤੁਹਾਡੇ ਘਰੇ ਮੰਗਣ ਆਉਂਦਾ ਨਾ ਤਾਂ ਇਵਨ ਉਹਨੂੰ ਰੋਟੀ ਜ਼ਰੂਰ ਪੁੱਛ ਲਿਆ ਕਰੋ ਕਿਉਂਕਿ ਕਈ ਵਾਰ ਬੰਦੇ ਦਾ ਟਿੱਡ ਬਹੁਤ ਭੁੱਖਾ ਹੁੰਦਾ ਉਹਨੂੰ ਰੋਟੀ ਖਵਾ ਕੇ ਆਪਣੇ ਘਰੋਂ ਭੇਜਿਆ ਕਰੋ ਪੈਸਾ ਬੇਸ਼ੱਕ ਨਾ ਤੁਸੀਂ ਦਿਓ ਪਰ ਉਹਨੂੰ ਰੋਟੀ ਜ਼ਰੂਰ ਖਵਾ ਦਿਆ ਕਰੋ ਜੇ ਤੁਹਾਡੇ ਘਰੇ ਕੋਈ ਬੰਦਾ ਆਉਂਦਾ ਇਹ ਜ਼ਿੰਦਗੀ ਦੇ ਐਕਸਪੀਰੀਅੰਸ ਉਦੋਂ ਮਿਲਦੇ ਆ ਇਹ ਜ਼ਿੰਦਗੀ ਦੇ ਐਕਸਪੀਰੀਅੰਸ ਉਦੋਂ ਮਿਲਦੇ ਆ ਜਦੋਂ ਆਪਾਂ ਇਹਨਾਂ ਦਾ ਐਕਸਪੀਰੀਅੰਸ ਲੈਣ ਇਹਨਾਂ ਦਾ ਸਾਹਮਣਾ ਕਰਦੇ ਆ ਸੋ ਉਹਨਾ ਟਾਈਮ ਆਪਾਂ ਨੂੰ ਅਕਲ ਨਹੀਂ ਆਉਂਦੀ ਜਿੰਨਾ ਟਾਈਮ ਆਪਣੇ ਤੇ ਇਹ ਚੀਜ਼ਾਂ ਨਾ ਗੁਜ਼ਰਨ ਆਪਾਂ ਨੂੰ ਨਾ ਫੀਲ ਹੋਣਾ ਬਾਕੀ ਤੁਹਾਡੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਕੀ ਤੁਹਾਡੇ ਸਾਰੇ ਤੁਹਾਡੇ ਸਾਰਿਆਂ ਕਰਕੇ ਬਾਕੀ ਤੁਹਾਡੇ ਸਭਾ ਬਾਕੀ ਤੁਹਾਡਾ ਸਾਰੇ ਵੀਰਾਂ ਦਾ ਸਾਰੀਆਂ ਭੈਣਾਂ ਦਾ ਦਿਲੋਂ ਧੰਨਵਾਦ ਕਰਦੀ ਆ ਕਿਉਂਕਿ ਮੇਰੇ ਕੋਲ ਤੁਹਾਡਾ ਆਸ਼ੀਰਵਾਦ ਆ ਅੱਜ ਦੀ ਮੇਰੀ ਵੀਡੀਓ ਉਹਨਾਂ ਪੇਰੈਂਟਸਾਂ ਲਈ ਸੀ ਉਹਨਾਂ ਮਾਪਿਆਂ ਲਈ ਸੀ ਕਿ ਕੁੜੀਆਂ ਨੂੰ ਬਹੁਤ ਸਟਰਗਲ ਕਰਨੇ ਪੈਂਦੇ ਆ ਧੀਆਂ ਨੂੰ ਬਹੁਤ ਸਟਰਗਲ ਕਰਨੇ ਪੈਂਦੇ ਆ ਸੋ ਕੁੜੀਆਂ ਨੂੰ ਭੇਜੋ ਜਰੂਰ ਇਹਨਾਂ ਮੁਲਕਾਂ ਦੇ ਵਿੱਚ ਪਰ ਉਹਨਾਂ ਦਾ ਸਹਾਰਾ ਬਣ ਕੇ ਉਹਨਾਂ ਦਾ ਵਿਆਹ ਕਰਕੇ ਉਹਨਾਂ ਨੂੰ ਭੇਜੋ ਤਾਂ ਕਿ ਉਹਨਾਂ ਨੂੰ ਕਿਸੇ ਵੀ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਸਤਿ ਸ਼੍ਰੀ ਅਕਾਲ ਵੀਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਇੰਡੀਆ ਤੋਂ ਯੂਕੇ ਤੱਕ ਦਾ ਸਫ਼ਰ ਹੈ ਜਿਹੜਾ ਉਹ ਸ਼ੇਅਰ ਕਰਨ ਲਈ ਲਾਈਵ ਹੋਈਆਂ ਕਈ ਲੋਕੀ ਮੈਨੂੰ ਪੁੱਛਦਿਆ ਕਿ ਕਰੋਨਾ ਚੱਲਦੇ-ਚੱਲਦੇ ਤੁਸੀਂ ਯੂਕੇ ਕਿਵੇਂ ਚਲੇ ਗਏ ਸੋ ਆਪਣੀ ਜ਼ਿੰਦਗੀ ਦੇ ਇਹ 5 ਮਨთ 5 ਮਹੀਨੇ ਕਿਵੇਂ ਲੰਗੇ ਇੰਗਲੈਂਡ ਦੇ ਵਿੱਚ ਅੱਜ ਮੈਂ ਉਹ ਗੱਲਾਂ ਕਰਨ ਦੇ ਲਈ ਲਾਈਵ ਹੋਈਆਂਗੀ ਹਾਰਿਕ ਦਾ ਸ਼ੌਂਕ ਹੁੰਦਾ ਕਿ ਅਸੀਂ ਇੰਡੀਆ ਤੋਂ ਬਾਹਰ ਨਿਕਲੀਏ ਕੋਈ ਨਵਾਂ ਸਿੱਖੀਏ ਆਪਣੀ ਜ਼ਿੰਦਗੀ ਨੂੰ ਸਵਾਰੀਏ ਜਦੋਂ ਵੀਜ਼ੇ ਤੇ ਸਟੈਂਪ ਲੱਗਦੀ ਹੈ ਤਾਂ ਅਸੀਂ ਉਦੋਂ ਇਹ ਵੀ ਨਹੀਂ ਦੇਖਦੇ ਵੀ ਕਿਹੜੇ ਏਰੀਆ ਦੇ ਵਿੱਚ ਸਾਨੂੰ ਵੀਜ਼ਾ ਮਿਲ ਰਿਹਾ ਹੈ ਸਾਨੂੰ ਇਹ ਹੁੰਦਾ ਵੀ ਪ੍ਰਮਾਤਮਾ ਇੱਕ ਵਾਰ ਬਾਹਰਲੇ ਦੇਸ਼ ਪਹੁੰਚਾ ਦੇ ਬਾਕੀ ਮੰਗਰੋਂ ਦੇਖਾਂਗੇ ਸੋ ਮੈਂ ਵੀ ਤੁਹਾਡੇ ਸਾਰਿਆਂ ਵਿੱਚੋਂ ਇੱਕ ਆ ਜਨਵਰੀ ਦੇ ਵਿੱਚ ਮੈਂ ਸਟੂਡੈਂਟ ਵੀਜ਼ੇ ਤੇ ਆਈ ਸੀ ਮੈਨੂੰ 3 3 ਸਾਲ ਹੋ ਗਏ ਅ ਅਪਲਾਈ ਕਰਦੀ ਨੂੰ ਬਟ ਮੈਂ ਪਹੁੰਚੀ ਹਾਂ ਯੂਕੇ ਸੋ ਥੋੜੀਆਂ ਜੀਆਂ ਗੱਲਾਂ ਅੱਜ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਿਸ ਦਿਨ ਵੀਜ਼ਾ ਆਇਆ ਸੀ ਬਹੁਤ ਖੁਸ਼ੀ ਹੋਈ ਸੀ ਬਹੁਤ ਖੁਸ਼ੀ ਹੋਈ ਸੀ ਇਦਾਂ ਲੱਗਦਾ ਸੀ ਬਸ ਹੁਣ ਤਾਂ ਜ਼ਿੰਦਗੀ ਸੈੱਟ ਹੋ ਗਈ 21 ਜਨਵਰੀ ਨੂੰ ਮੈਂ ਇੰਗਲੈਂਡ ਪਹੁੰਚੀ ਆਂਗੀ 1 ਲੱਖ ਰੁਪਏ ਇੰਡੀਆ ਦਾ ਨਾਲ ਲੈ ਕੇ ਆਈ ਸੀ ਨੀਅਰ ਅਬਾਊਟ 1000 ਪਾਉਂਡ ਯੂਨੀਵਰਸਿਟੀ ਮੈਨੂੰ ਉੱਥੇ ਮਿਲੀ ਜਿੱਥੇ ਆਪਣੇ ਪੰਜਾਬੀ ਬਹੁਤ ਘੱਟ ਰਹਿੰਦੇ ਸੀ ਮਾਂਚੈਸਟਰ ਸਿਟੀ ਦੇ ਵਿੱਚ ਉੱਤਰੀ ਬਰਮਿੰਗਮ 에어ਪੋਰਟ ਤੇ ਮੇਰੀ ਕਜ਼ਨ ਰਹਿੰਦੀ ਸੀ ਇੱਥੇ ਉਹਦੇ ਕੋਲ ਮੈਂ ਆਈ ਸੀਗੀ ਇੱਥੋਂ ਮਾਂਚੈਸਟਰ ਜੇ ਆਪਾਂ ਜਾਣਾ ਆ ਤਾਂ ਇੱਕ ਦਿਨ ਦੇ 40-45 ਪੌਂਡ ਜਿਹੜਾ ਕਿਰਾਇਆ ਬਰਮਿੰਗਮ ਤੋਂ ਮਾਂਚੈਸਟਰ ਜਾਣ ਦਾ ਲੱਗਦਾ ਸੀ ਇੱਥੇ ਰਹੀ ਇੱਕ ਹਫ਼ਤਾ ਯੂਨੀਵਰਸਿਟੀ ਜਾਇਆ ਕਰਾਂ ਬਰਮਿੰਗਮ ਤੋਂ ਮਾਂਚੈਸਟਰ 40-45 ਪਾਉਂਡ ਲੱਗਿਆ ਕਰਨ ਇੱਕ ਦਿਨ ਦੇ ਮੈਨੂੰ ਐਂ ਲੱਗਿਆ ਕਰੇ ਬਸ 40-45 ਪਾਉਂਡ ਆਪਣੇ ਇੰਡੀਆ ਵਾਲੇ ਰੁਪਈਆ ਦੀ ਮੈਨੂੰ ਫੀਲਿੰਗ ਆਉਂਦੀ ਸੀ ਵੀ ਜਿਦਾਂ ਇੰਡੀਆ 'ਚ 40-45 ਰੁਪਏ ਹੁੰਦੇ ਨੇ ਵੀ ਉਹੀ 40-45 ਪਾਉਂਡ ਯੂਨੀਵਰਸਿਟੀ ਇੰਡੀਆ ਤੋਂ ਮਾਂਚੈਸਟਰ ਜਾਂਦੀ ਸੀ 45 ਪੌਂਡ ਹਰ ਰੋਜ਼ ਦੇ ਲਾ ਕੇ 1000 ਪੌਂਡ ਮੇਰੇ ਕੋਲ ਸੀ ਕਿਰਾਏ-ਕਿਰਾਏ ਦੇ ਵਿੱਚ ਘੱਟੋ-ਘੱਟ ਮੇਰਾ 400 ਪੌਂਡ ਲੱਗ ਗਿਆ ਰਹਿ ਗਿਆ 600 ਪੌਂਡ ਕੰਮ ਕੋਈ ਹੈ ਨਹੀਂ ਸੀ ਕਿਉਂ ਨਵੇਂ-ਨਵੇਂ ਆਏ ਆ ਕੰਮ ਕਿੱਥੋਂ ਮਿਲ ਜੂਗਾ ਉਸ ਤੋਂ ਬਾਅਦ ਮਾਂਚੈਸਟਰ ਚਲੀ ਗਈ ਮਾਂਚੈਸਟਰ ਜਾ ਕੇ ਸੋਚਿਆ ਵੀ ਚਲੋ ਰੂਮ ਮਾਂਚੈਸਟਰ ਲੱਭ ਲੈਨੇ ਆ ਕਿ ਕਿਰਾਇਆ ਬਹੁਤ ਜ਼ਿਆਦਾ ਆ ਮਾਂਚੈਸਟਰ ਕੋਈ ਜਾਣਦਾ ਨਹੀਂ ਸੀ ਨਵੇਂ-ਨਵੇਂ ਹੈਗੇ ਸੀ ਨਵੇਂ ਲੋਕ ਸੀ ਨਵਾਂ ਦੇਸ਼ ਸੀ ਮਾਂਚੈਸਟਰ ਗਈ ਤਾਂ ਉਥੇ ਇੱਕ ਮੈਨੂੰ ਕੁੜੀ ਮਿਲ ਗਈ ਯੂਨੀਵਰਸਿਟੀ ਚ ਉਹ ਕਹਿੰਦੀ ਵੀ ਦੀਦੀ ਮੈਂ ਵੀ ਰੂਮ ਲੈਣਾ ਆਪਾਂ ਦੋਏ ਲੱਭ ਲੈਨੇ ਆ ਅਸੀਂ ਦੋਏ ਕੁੜੀਆਂ ਸੀਗੀਆਂ ਅਸੀਂ ਮਾਂਚੈਸਟਰ ਦੇ ਵਿੱਚ ਗਏ ਅਸੀਂ ਡੋਰ ਟੂ ਡੋਰ ਲੋਕਾਂ ਦੇ ਦਰਵਾਜ਼ੇ ਖੜਕਾਈ ਵੀ ਸਾਨੂੰ ਰੂਮ ਚਾਹੀਦਾ ਉੱਥੇ ਪੰਜਾਬੀ ਬਹੁਤ ਘੱਟ ਸੀਗੇ ਇੱਕ ਘਰ ਗਏ ਗੇਟ ਖੜਕਾਇਆ ਵੀ ਸਾਨੂੰ ਰੂਮ ਚਾਹੀਦਾ ਉਹ ਕਹਿੰਦੇ ਨਹੀਂ ਰੂਮ ਨਹੀਂ ਹੈਗਾ ਫਿਰ ਦੂਜੇ ਘਰ ਗਏ ਫਿਰ ਤੀਜੇ ਘਰ ਗਏ ਸਵੇਰ ਤੋਂ ਅਸੀਂ ਸ਼ਾਮ ਤੱਕ ਲੋਕਾਂ ਦੇ ਗੇਟ ਖੜਕਾਉਂਦੇ ਰਹੇ ਵੀ ਸਾਨੂੰ ਇੱਥੇ ਰਹਿਣ ਲਈ ਰੂਮ ਦੇ ਦਿਓ ਤਾਂ ਕਿ ਸਾਨੂੰ ਸਸਤਾ ਪੈ ਜੂਗਾ ਸਾਡੇ ਕੋਲ ਸਿਰਫ 600 ਪਾਉਂਡ ਆ ਜੇ ਅਸੀਂ ਬਰਮਿੰਗਮ ਤੋਂ ਹਰ ਰੋਜ਼ ਮਾਂਚੈਸਟਰ ਆਵਾਂਗੇ ਤਾਂ ਸਾਨੂੰ ਕਿਰਾਇਆ ਬਹੁਤ ਜ਼ਿਆਦਾ ਪੈ ਜੂ ਸਾਡੇ ਕੋਲ ਕੋਈ ਕੰਮ ਹੈ ਨਹੀਂਗਾ ਤੇ ਸਾਨੂੰ ਰੂਮ ਨਹੀਂ ਮਿਲਿਆ ਸ਼ਾਮ ਪੈ ਗਈ ਸ਼ਾਮ ਪੈ ਗਈ ਮੇਰਾ ਇੱਕ ਕਲਾਸਮੇਟ ਮੁੰਡਾ ਰਹਿੰਦਾ ਵਿਚਾਰਾ ਮਾਂਚੈਸਟਰ ਆ ਉਹ ਉਹਨੂੰ ਮੈਂ ਫੋਨ ਕੀਤਾ ਮੈਂ ਕਿਹਾ ਵੀ ਹੁਣ ਅਸੀਂ ਅੱਜ ਬਰਮਿੰਗਮ ਚਲੇ ਗਏ ਤੇ ਸਾਨੂੰ ਕੱਲੂ ਫੇਰ ਆਵਾਂਗੇ ਅਸੀਂ 40 45 ਪਾਉਂਡ ਲਾ ਕੇ ਵੀ ਸਾਡੇ ਕੋਲ ਹੁਣ ਪੈਸੇ ਕਿੰਨੇ ਕਿ ਆ ਸਾਨੂੰ ਤਾਂ ਅਸੀਂ ਤਾਂ ਇੰਡੀਆ ਦੇ ਹਿਸਾਬ ਨਾਲ ਚਲਾਤੇ ਬਹੁਤ ਜਿਆਦਾ ਵੀ ਕੀ 40 45 ਪਾਉਂਡ ਹੀ ਨੇ ਸਮਝ ਹੀ ਗਏ ਜਿਵੇਂ ਇੰਡੀਆ ਦੇ 40 45 ਰੁਪਏ ਹੁੰਦੇ ਨੇ ਤੇ ਉੱਥੇ ਮੁੰਡੇ ਨੂੰ ਫੋਨ ਕੀਤਾ ਉਹ ਕਹਿੰਦਾ ਚਲ ਦੀ ਦੀ ਤੁਸੀਂ ਇਦਾਂ ਕਰੋ ਤੁਸੀਂ ਅੱਜ ਸਾਡੇ ਕੋਲ ਰਹਿ ਜਿਓ ਸਾਡੇ ਘਰ ਰੁਕ ਜਿਓ ਤੇ ਤੁਸੀਂ ਕੱਲੂ ਰੂਮ ਲੱਭ ਲਿਓ ਮੈਂ ਜੇਤੇ ਮੇਰੇ ਨਾਲ ਇੱਕ ਹੋਰ ਕੁੜੀ ਸੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਚੱਲ ਆਪਾਂ ਰੁਕ ਜਾਂਦੇ ਆ ਮੈਂ ਕਿਹਾ ਮੈਂ ਵੀ ਮੁੰਡਿਆਂ ਨੂੰ ਜਾਣਦੀ ਨਹੀਂ ਨਵੇਂ-ਨਵੇਂ ਹੈਗੇ ਆ ਹਨਾ ਨਵੇਂ-ਨਵੇਂ ਇਹ ਮੁੰਡੇ ਨੇ ਉਹ ਸਾਡੇ ਸ਼ਹਿਰ ਤੋਂ ਹੀ ਸੀ ਸੰਗਰੂਰ ਤੋਂ ਵਿਚਾਰੇ ਮੇਰੀ ਕਲਾਸ ਕਲਾਸ 'ਚ ਪੜਦਾ ਸੀ ਮੁੰਡਾ ਅਸੀਂ ਚਲੋ ਅਸੀਂ ਕਿਹਾ ਵੀ ਚਲੋ ਦੇਖ ਲੈਂਦੇ ਆ ਸ਼ਾਮ ਨੂੰ ਵੀ ਜੇ ਨਾ ਚੰਗਾ ਲੱਗਿਆ ਤਾਂ ਆਪਾਂ ਗੁਰੂ ਘਰ ਆ ਜਾਾਂਗੇ ਗੁਰੂ ਘਰ ਆ ਕੇ ਰੁਕ ਜਾਂਗੇ ਹਨਾ ਤੇ ਵੱਟ ਗੁਰੂ ਘਰ ਦੇ ਵਿੱਚ ਆਪਾਂ ਰਹਿ ਨਹੀਂ ਨਾ ਸਕਦੇ ਤੇ ਇੱਥੇ ਇੰਡੀਆ ਵਾਂਗੂ ਤਾਂ ਹੈ ਨਹੀਂਗਾ ਵੀ ਆਪਾਂ ਰਹਿ ਜਾਵਾਂਗੇ ਹਨਾ ਇੱਥੇ ਆਪਾਂ ਰਹਿ ਫਿਰ ਉਹ ਵਿਚਾਰੇ ਮੁੰਡੇ ਨੇ ਕਿਹਾ ਕਿ ਚਲੋ ਤੁਸੀਂ ਸਾਡੇ ਕੋਲ ਹੀ ਰੁਕ ਜਿਓ ਅਸੀਂ ਗਏ ਉਹਨਾਂ ਦੇ ਘਰ ਅਸੀਂ ਦੇਖਿਆ ਉਹਨੇ ਓਨਰ ਨਾਲ ਗੱਲ ਕੀਤੀ ਵੀ ਦੋ ਹਨਾ ਕੁੜੀਆਂ ਨੇ ਸਾਡੇ ਸ਼ਹਿਰ ਤੋਂ ਵੀ ਉਹਨਾਂ ਨੂੰ ਅੱਜ ਰੂਮ ਨਹੀਂ ਮਿਲਿਆ ਉਹਨਾਂ ਨੇ ਰਹਿਣਾਗਾ ਤੇ ਵੀ ਜੇ ਉਹ ਅੱਜ ਰਾਤ ਇੱਥੇ ਰਹਿਲਣ ਸਵੇਰੇ ਇੱਥੇ ਰੂਮ ਲੱਭ ਲੈਣਗੀਆਂ ਚਲੋ ਅਸੀਂ ਔਖੇ ਸੌਖੇ ਅਸੀਂ ਉੱਥੇ ਰਹਿ ਗਏ ਬਿਚਾਰਿਆ ਨੇ ਸਾਨੂੰ ਆਨਰ ਨਾਲ ਗੱਲ ਕਰਕੇ ਰੱਖ ਲਿਆ ਸਾਨੂੰ ਰੋਟੀ ਖਵਾਈ ਹੈ ਨਾ ਸਾਨੂੰ ਰੱਖਿਆ ਉਸ ਤੋਂ ਬਾਅਦ ਰਾਤ ਲੰਘੀ ਸਵੇਰ ਹੋਇਆ ਸਵੇਰੇ ਫੇਰ ਉਹੀ ਸਿਲਸਿਲਾ ਸ਼ੁਰੂ ਕੀ ਸਾਨੂੰ ਰੂਮ ਚਾਹੀਦਾ ਸਾਡੇ ਕੋਲ ਰੂਮ ਨਹੀਂ ਹੈਗਾ ਅਸੀਂ ਸਵੇਰੇ ਅਸੀਂ ਗੁਰੂ ਘਰ ਚਲੇ ਗਏ ਵੀ ਚੱਲ ਨਾਲੇ ਮੱਥਾ ਟੇਕਦੇ ਆਂ ਨਾਲੇ ਲੰਗਰ ਛਕਦੇ ਆਂ ਉਸ ਤੋਂ ਬਾਅਦ ਦੇਖਾਂਗੇ ਕਿਵੇਂ ਬਣਦਾ ਗੁਰੂ ਘਰ ਚਲੇ ਗਏ ਸਵੇਰੇ ਅਸੀਂ ਸਵੇਰੇ ਆ ਕੇ ਮੈਂ ਤੇ ਮੇਰੀ ਫਰੈਂਡ ਨੇ ਅਸੀਂ ਅਰਦਾਸ ਕੀਤੀ ਕਿ ਪ੍ਰਮਾਤਮਾ ਸਾਨੂੰ ਰੂਹ ਮਿਲ ਜਵੇ ਅੱਜ ਤੇ ਅਰਦਾਸ ਕਰਦੇ ਕਰਦੇ ਉੱਥੇ ਇੱਕ ਪੰਜਾਬੀ ਪੰਜਾਬੀ ਭਰਾ ਆਇਆ ਪੰਜਾਬੀ ਹੈ ਨਾ ਮੁੰਡਾ ਆਇਆ ਆਪਣੀਆਂ ਬੇਟੀਆਂ ਦੇ ਨਾਲ ਦੋ ਉਹਨਾਂ ਦੇ ਬੇਟੀਆਂ ਸੀਗੀਆਂ ਅਸੀਂ ਉਹਨਾਂ ਨਾਲ ਗੱਲ ਕੀਤੀ ਸਾਨੂੰ ਪੰਜਾਬੀ ਉੱਥੇ ਕੋਈ ਦਿਖਦਾ ਹੀ ਨਹੀਂ ਸੀਗਾ ਬਹੁਤ ਘੱਟ ਪੰਜਾਬੀ ਨੇ ਉੱਥੇ ਤੇ ਫਿਰ ਸਾਨੂੰ ਮਿਲਿਆ ਜਦੋਂ ਮੈਂ ਉਹਦੇ ਨਾਲ ਅਸੀਂ ਉਹਦੇ ਨਾਲ ਗੱਲ ਕੀਤੀ ਮੈਂ ਤੇ ਮੇਰੀ ਫਰੈਂਡ ਨੇ ਕਿ ਸਾਨੂੰ ਵੀਰੇ ਸਾਨੂੰ ਹਨਾ ਰੂਮ ਚਾਹੀਦਾ ਸੀ ਕੱਲ ਦੇ ਇੱਥੇ ਮਾਂਚੈਸਟਰ ਆਏ ਹੋયા ਸਾਡੇ ਕੋਲ ਰੂਮ ਨਹੀਂ ਹੈਗਾ ਅਸੀਂ ਪਰੇਸ਼ਾਨਾ ਕਾਫੀ ਤੇ ਉਹ ਕਹਿੰਦਾ ਚਲ ਮੈਂ ਆਪਣੀ ਵਾਈਫ ਨਾਲ ਗੱਲ ਕਰਦਾ ਵੀ ਮੇਰੀ ਵਾਈਫ ਨਾਲ ਗੱਲ ਕਰਕੇ ਜੇ ਕੋਈ ਕੁਝ ਬਣਿਆ ਹਿੱਲਾ ਤਾਂ ਜ਼ਰੂਰ ਕਰੂੰਗਾ ਗੁਰੂ ਘਰ ਮੱਥਾ ਟੇਕਣ ਆਏ ਸੀ ਸਵੇਰ ਦੇ ਟਾਈਮ ਹਰ ਰੋਜ਼ ਗੁਰੂ ਘਰ ਆਉਂਦੇ ਸੀਗੇ ਉੱਕਰੇ ਗਏ ਉਹਨਾਂ ਨੇ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਆਪਣਾ ਤੇ ਮੈਂ ਨੰਬਰ ਲੈ ਗਏ ਸਾਡਾ ਤੇ ਘਰੇ ਜਾ ਕੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਹਾਂ ਵੀ ਉਹਦੀ ਵਾਈਫ ਨਾਲ ਗੱਲ ਕੀਤੀ ਕਿ ਦੋ ਕੁੜੀਆਂ ਮਿਲੀਆਂ ਸੀ ਗੁਰੂ ਘਰ ਦੇ ਵਿੱਚ ਜਿਨ੍ਹਾਂ ਨੂੰ ਰੂਮ ਨਹੀਂ ਮਿਲ ਰਿਹਾ ਕਾਫੀ ਪਰੇਸ਼ਾਨ ਸੀਗੀਆਂ ਹਨਾ ਵੀ ਜੇ ਉਹਨਾਂ ਲਈ ਰੂਮ ਦਾ ਅਰੇਂਜਮੈਂਟ ਹੋ ਸਕਦਾ ਤਾਂ ਦੇਖੋ ਤੇ ਉਹਦੀ ਵਾਈਫ ਨੇ ਵਿਚਾਰੀ ਨੇ ਨਾਲ ਦੀ ਨਾਲ ਆਪਣੇ ਹਸਬੰਦ ਨੂੰ ਕਿਹਾ ਵੀ ਤੈਨੂੰ ਉਹ ਕੁੜੀਆਂ ਮਿਲੀਆਂ ਹਨਾ ਵੀ ਗੁਰੂ ਘਰ ਤੈਨੂੰ ਕੁੜੀਆਂ ਮਿਲੀਆਂ ਵੀ ਪਤਾ ਨਹੀਂ ਕਿਹੜੀ ਵਿਪਤਾ ਦੇ ਵਿੱਚ ਹੋਣਗੀਆਂ ਜਦੋਂ ਅਸੀਂ ਇੰਗਲੈਂਡ ਆਏ ਸੀ ਵੀ ਆਪਣੇ ਕਿੰਨੇ ਮਾੜੇ ਹਾਲਾਤ ਸੀ अपना ਕਿਹੜਾ ਕੋਈ ਹੈਗਾ ਸੀਗਾ ਵੀ ਪਤਾ ਨਹੀਂ ਵਿਚਾਰੀਆਂ ਨੇ ਰੋਟੀ ਖਾਧੀ ਹੋਊਗੀ ਕਿ ਨਹੀਂ ਖਾਧੀ ਹੋਊਗੀ ਤੇ ਫਿਰ ਉਹ ਵੀਰੇ ਨੇ ਵਿਚਾਰੇ ਨੇ ਸਾਨੂੰ ਫੋਨ ਕੀਤਾ ਕਹਿੰਦਾ ਵੀ ਮੇਰੀ ਵਾਈਫ ਕਹਿੰਦੀ ਆ ਵੀ ਤੂੰ ਘਰੇ ਕਿਉਂ ਨਹੀਂ ਲੈ ਕੇ ਆਇਆ ਹਨਾ ਉਹਨਾਂ ਨੂੰ ਵੀ ਤੂੰ ਘਰੇ ਲੈ ਆਉਂਦਾ ਕੁੜੀਆਂ ਨੂੰ ਤੇ ਚਲੋ ਅਸੀਂ ਸੋਚਿਆ ਵੀ ਹੋਰ ਕੋਈ ਹਿੱਲਾ ਵੀ ਹੈ ਨਹੀਂ ਵੀ ਸਾਨੂੰ ਸ਼ਾਇਦ ਰੂ ਦਵਾ ਦੇ ਸਾਨੂੰ ਪੰਜਾਬੀ ਵੀ ਇਹੀ ਮਿਲਿਆ ਹੋਰ ਸ਼ਾਇਦ ਪੰਜਾਬੀ ਮਿਲੂ ਕਿ ਨਹੀਂ ਮਿਲੂ ਸਾਨੂੰ ਨਹੀਂ ਪਤਾ ਤੇ ਉਹਨੇ ਵਿਚਾਰੇ ਨੇ ਉਹ ਵਿਚਾਰਾ ਆਇਆ ਸਾਨੂੰ ਫੋਨ ਕੀਤਾ ਸਾਨੂੰ ਕਹਿੰਦਾ ਵੀ ਮੈਂ ਤੁਹਾਨੂੰ ਘਰੇ ਲੈ ਕੇ ਜਾਣਾ ਆਪਣੇ ਵੀ ਤੁਸੀਂ ਘਰੇ ਆਓ ਤੁਸੀਂ ਰੋਟੀ ਖਾਓ ਹਨਾ ਰੋਟੀ ਪਾਣੀ ਖਾ ਕੇ ਫਿਰ ਉਸ ਤੋਂ ਬਾਅਦ ਤੁਸੀਂ ਰੂਮ ਦਾ ਥੋੜਾ ਅਸੀਂ ਕਰਵਾ ਦਾਂਗੇ ਉਹਨੇ ਵਿਚਾਰੇ ਨੇ ਸਾਨੂੰ ਗੱਡੀ ਲੈ ਕੇ ਆਇਆ ਸਾਨੂੰ ਘਰ ਲੈ ਗਿਆ ਆਪਣੇ ਅਸੀਂ ਉਹਦੇ ਘਰ ਚਲੇ ਗਏ ਤੇ ਉੱਥੇ ਜਾ ਕੇ ਵਿਚਾਰੇ ਨੇ ਸਾਨੂੰ ਰੋਟੀ ਖਵਾਈ ਸਾਡਾ ਅਸੀਂ ਨਾਤੇ ਉੱਥੇ ਸਾਡਾ ਮਾਨ ਤਾਨ ਬਹੁਤ ਮਾਨ ਤਾਨ ਕੀਤਾ ਉਹਨਾਂ ਨੇ ਹਨਾ ਤੇ ਉਸ ਤੋਂ ਬਾਅਦ ਉਹ ਦੀਦੀ ਨੇ ਫਿਰ ਫੋਨ ਕੀਤਾ ਆਪਣੀ ਕਿਸੇ ਫਰੈਂਡ ਨੂੰ ਵੀ ਕੁੜੀਆਂ ਨੇ ਕੱਲ ਦੀ ਆਈਆਂ ਹੋਈਆਂ ਨੇ ਉਹਨਾਂ ਨੂੰ ਰੂਮ ਨਹੀਂ ਮਿਲ ਰਿਹਾ ਉਹ ਕਾਫੀ ਜ਼ਿਆਦਾ ਪਰੇਸ਼ਾਨ ਨੇ ਫਿਰ ਉਹ ਦੀਦੀ ਕਹਿੰਦੀ ਵੀ ਹਾਂ ਮੇਰੇ ਕੋਲ ਰੂਮ ਪਿਆ ਵੀ ਕੁੜੀਆਂ ਇੱਥੇ ਆ ਜਾਣ ਮੇਰੇ ਘਰੇ ਸਾਨੂੰ ਰੂਮ ਮਿਲ ਗਿਆ ਤੇ ਸਾਨੂੰ ਦੀਦੀ ਉਹਨਾਂ ਦੇ ਘਰੇ ਲੱਗੇ ਸਾਨੂੰ ਰੂਮ ਮਿਲ ਗਿਆ ਉਹ ਵੀ ਹਰਿਆਣੇ ਤੋਂ ਆ ਫੈਮਿਲੀ ਜਿੱਦਾਂ ਪੰਜਾਬੀ ਨੇਗੇ ਤੇ ਫਿਰ ਅਸੀਂ ਉਹਨਾਂ ਦੇ ਘਰ ਚਲੇ ਗਏ ਫਿਰ ਸਾਡਾ ਸਮਾਨ ਇੱਥੇ ਬਰਮਿੰਗਮ ਪਿਆ ਸੀ ਤੇ ਫਿਰ ਉਸ ਤੋਂ ਬਾਅਦ ਅਸੀਂ ਇੱਥੋਂ ਆ ਕੇ ਵਰਮਿੰਗਮ ਤੋਂ ਦੁਬਾਰਾ ਫੇਰ ਆਪਣਾ ਸਮਾਨ ਚੱਕ ਕੇ ਉੱਥੇ ਲੈ ਗਈ ਤੇ ਸਾਨੂੰ ਰੂਮ ਮਿਲ ਗਿਆ ਮਾਂਚੈਸਟਰ ਰਹੀ ਮੈਂ ਤੇ ਜਿੱਦਾਂ ਫਰਵਰੀ ਮਾਰਚ ਮੈਂ ਉੱਥੇ ਲਾਈ 2 ਮੰਥ ਮੈਂ ਉੱਥੇ ਲਾਏ ਹੈ ਨਾ ਤੇ ਉਸ ਤੋਂ ਬਾਅਦ ਫੇਰ ਮੇਰੀ ਕੰਮ ਦੀ ਥੋੜੀ ਮੇਰੀ ਸੈਟਿੰਗ ਨਹੀਂ ਆਈ ਹੈਗੀ ਉੱਥੇ ਹੈ ਨਾ ਮੈਨੂੰ ਇਦਾਂ ਲੱਗਦਾ ਸੀ ਕਿ ਉੱਥੇ ਕੋਈ ਪੰਜਾਬੀ ਨਹੀਂ ਹੈਗਾ ਵੀ ਪੰਜਾਬੀ ਬਹੁਤ ਘੱਟ ਮਿਲਦੇ ਸੀ ਦੇਖਣ ਨੂੰ ਦਿਲ ਨਹੀਂ ਸੀ ਲੱਗਦਾ ਹਨਾ ਐਂ ਲੱਗਦਾ ਸੀ ਵੀ ਆਪਾਂ ਕਿੱਥੇ ਆ ਕੇ ਫਸ ਗਏ ਐਂ ਲੱਗਦਾ ਸੀ ਵੀ ਆਪਾਂ ਕਿਉਂ ਪੰਜਾਬ ਛੱਡਿਆ ਕਿਉਂ ਨਾ ਆਪਾਂ ਪੰਜਾਬ 'ਚ ਰਹੇ ਬਹੁਤ ਮਨ ਦੁਖੀ ਹੁੰਦਾ ਸੀਗਾ ਤੇ ਲੋਕਾਂ ਦੀਆਂ ਕਹੀਆਂ ਹੋਈਆਂ ਗੱਲਾਂ ਬਹੁਤ ਜ਼ਿਆਦਾ ਆਉਂਦੀਆਂ ਸੀ ਕਹਿੰਦੇ ਕਹਿਣਾ ਬਹੁਤ ਸੌਖਾ ਬਾਹਰਲੇ ਮੁਲਕ ਪਰ ਤੰਗੀਆਂ ਬਹੁਤ ਆਉਂਦੀਆਂ ਨੇ ਤੇ ਕਹਿੰਦੇ ਬਾਥਰੂਮਾਂ ਦੇ ਵਿੱਚ ਤੁਸੀਂ ਲੁਕ ਲੁਕੇ ਰੋਇਆ ਕਰੋਗੇ ਕਿਸੇ ਦੇ ਸਾਹਮਣੇ ਵੀ ਤੁਹਾਡੇ ਤੋਂ ਰੋ ਨਹੀਂ ਹੋਣਾ ਉਹੀ ਗੱਲ ਹੋ ਗਈ ਸੀ ਉੱਥੇ ਰਹਿ ਕੇ ਇਦਾਂ ਲੱਗਣ ਲੱਗਿਆ ਵੀ ਆ ਕਿੱਥੇ ਗਏ ਉਸ ਤੋਂ ਬਾਅਦ ਫਿਰ ਮੈਂ ਮੈਂ ਆਪਣੇ ਕਜ਼ਨ ਨੂੰ ਫੋਨ ਕੀਤਾ ਮੈਂ ਉਹ ਬਰਮਿੰਗਮ ਸੀਗੀ ਮੈਂ ਕਿਹਾ ਵੀ ਮੇਰਾ ਨਹੀਂ ਇੱਥੇ ਦਿਲ ਲੱਗਦਾ ਵੀ ਮੈਂ ਬਰਮਿੰਗਮ ਆਉਣਾਗਾ ਤੇ ਚਲੋ ਜੀ ਮੈਂ ਮਾਰਚ ਅਪ੍ਰੈਲ ਅਪ੍ਰੈਲ ਹਾਂ ਅਪ੍ਰੈਲ ਦੇ ਵਿੱਚ ਮੈਂ ਬਰਮਿੰਗਮ ਆ ਗਈ ਅਪ੍ਰੈਲ ਤੇ ਮਈ ਹੁਣ ਮੈਂ ਬਰਮਿੰਗਮ ਦੇ ਵਿੱਚ ਆ ਬਰਮਿੰਗਮ ਆ ਕੇ ਕੰਮ ਨਹੀਂ ਮਿਲਿਆ ਕੰਮ ਕਿੱਥੋਂ ਮਿਲੇ ਕਰੋਨਾ ਕਰਕੇ ਸਾਰੇ ਸਾਰੀਆਂ ਸ਼ਾਪਾਂ ਬੰਦ ਦੇ ਸਾਰੇ ਕੰਮ ਬੰਦ ਆ ਬਹੁਤ ਘੱਟ ਕੰਮ ਸੀ ਜਿਹੜੇ ਖੁੱਲੇ ਹੋਏ ਸੀਗੇ ਨਾ ਤੇ ਇੱਥੇ ਬਰਮਿੰਗਮ ਆ ਕੇ ਮੈਂ ਇੰਨੇ ਕੁ ਲੋਕਾਂ ਨੂੰ ਫੋਨ ਕੀਤੇ ਇੰਨੇ ਕੁ ਸੋਸ਼ਲ ਵਰਕਰਾਂ ਨੂੰ ਫੋਨ ਕੀਤੇ ਬਹੁਤ ਮਤਲਬ ਫੋਨ ਕਿਤੇ ਵੀ ਮੈਨੂੰ ਕੰਮ ਦਵਾ ਦੋ ਵੀ ਮੇਰੇ ਕੋਲ ਵੀ ਰੈਂਟ ਵੀ ਨਹੀਂ ਨਿਕਲਣਾ ਹੈਗਾ ਮੇਰੇ ਕੋਲ ਵੀ ਮੈਂ ਕੀ ਕਰੂੰਗੀ ਮੈਂ ਇੰਡੀਆ ਤੋਂ ਵੀ ਨਹੀਂ ਮੰਗਾ ਸਕਦੀ ਕਿਉਂਕਿ ਇਹ ਤਾਂ ਹੈ ਨਹੀਂਗਾ ਵੀ 2000 4000 ਵਿਚਾਰੇ ਇੰਡੀਆ ਵਾਲੇ ਭੇਜ ਦਿਆ ਕਰਨਗੇ ਹਰ ਮਹੀਨੇ ਆਪਣਾ ਗੁਜ਼ਾਰਾ ਚੱਲੀ ਜਾਊਗਾ ਇੰਡੀਆ ਦਾ ਜੇ ਆਪਣੇ ਕੋਲ 40 50000 ਰੁਪਏ ਹੈਗਾ ਆ ਤਾਂ ਇੱਥੇ ਇੱਕ ਮਹੀਨੇ ਦਾ ਖਰਚਾ ਮੈਂ ਨਹੀਂ ਸੀ ਮੰਗਾ ਸਕਦੀ ਤੇ ਫੇ ਮੈਂ ਫੇਸਬੁੱਕ ਤੇ ਵੀ ਮੈਂ ਪਾਇਆ ਸੀ ਵੀ ਜੇ ਕੋਈ ਬਰਮਿੰਗਮ ਤੋਂ ਕੋਈ ਵੀਰ ਕੋਈ ਭੈਣ ਹੈਗੀ ਆ ਮੇਰੀ ਫੇਸਬੁੱਕ ਤੇ ਮੇਰੇ ਨਾਲ ਜੁੜੀ ਹੋਈ ਆ ਤਾਂ ਪਲੀਜ਼ ਵੀ ਮੇਰੇ ਨਾਲ ਕੰਟੈਕਟ ਕਰਨ ਮੈਂ ਪ੍ਰੋਬਲਮ ਦੇ ਵਿੱਚ ਆ ਤੇ ਕਾਫੀ ਵਿਚਾਰੇ ਮੁੰਡਿਆਂ ਨੇ ਮੈਨੂੰ ਕੰਟੈਕਟ ਵੀ ਕੀਤੇ ਜਿਹੜੇ ਬਰਮਿੰਗਮ ਤੋਂ ਸੀਗੇ ਕੰਟੈਕਟ ਕੀਤੇ ਕਾਫੀ ਨੇ ਤੇ ਕਹਿੰਦੇ ਚਲੋ ਹਨਾ ਵੀ ਅਸੀਂ ਤੁਹਾਡੀ ਜਿਹੜੀ ਹੈਲਪ ਆ ਉਹ ਕਰਾ ਦਾਂਗੇ ਤੁਹਾਨੂੰ ਕੰਮ ਲਵਾ ਦਾਂਗੇ ਤੁਹਾਨੂੰ ਉਹਨਾਂ ਨੇ ਬਹੁਤ ਕੰਮ ਲੱਭੇ ਮੈਨੂੰ ਕੰਮ ਨਹੀਂ ਮਿਲਿਆ ਮੈਂ ਸੋਸ਼ਲ ਵਰਕਰਾਂ ਨੂੰ ਕਿਹਾ ਵੀ ਤੁਹਾਡੇ ਕੰਟੈਕਟ ਦੇ ਵਿੱਚ ਵੀ ਮਤਲਬ ਇੱਥੋਂ 버밍ਹਮ ਤੋਂ ਲੋਕ ਜੁੜੇ ਹੋਣਗੇ ਉਹਨਾਂ ਨੂੰ ਕਹਿ ਕੇ ਮੇਰੀ ਹੈਲਪ ਕਰਾ ਦਿਓ ਮੈਨੂੰ ਕੰਮ ਦਵਾ ਦਿਓ ਮੇਰੇ ਕੋਲ ਕੰਮ ਨਹੀਂਗਾ ਤੇ ਵਿਚਾਰੇ ਬਹੁਤ ਸੋਸ਼ਲ ਵਰਕਰਾਂ ਨੇ ਇੱਥੇ ਆ ਕੇ ਫੋਨ ਕੀਤਾ ਹਨਾ ਫੋਨ ਕੀਤਾ ਲੋਕਾਂ ਨੂੰ ਵੀ ਹਰਜੀਤ ਨੂੰ ਕੰਮ ਦਵਾ ਦਿਓ ਬਹੁਤ ਮੁੰਡੇ ਮੇਰੇ ਕੰਟੈਕਟ ਚ ਆਏ ਜਿਹੜੇ ਕਹਿੰਦੇ ਸੀ ਵੀ ਭੈਣੇ ਹਾਂ ਸੀ ਤੈਨੂੰ ਕੰਮ ਦਵਾ ਦਾਂਗੇ ਅਸੀਂ ਤੇਰੀ ਹੈਲਪ ਕਰ ਦਾਂਗੇ ਬਟ ਮੈਂ ਹਰ ਪਾਸੋਂ ناکਾਮ ਰਹੀ ਮੈਨੂੰ ਜੋਬ ਨਹੀਂ ਮਿਲੀ ਮੈਂ ਇੰਨੀ ਜ਼ਿਆਦਾ ਮੈਂ ਡਿਪਰੈਸ਼ਨ ਦੇ ਵਿੱਚ ਹੋ ਗਈ ਸੀ ਕਿ ਟਾਈਮ ਮੈਨੂੰ ਇਦਾਂ ਲੱਗਦਾ ਸੀ ਵੀ ਮੈਂ ਕਿੱਥੇ ਆ ਕੇ ਫਸ ਗਈ ਨਾ ਤਾਂ ਮੈਂ ਇੰਡੀਆ ਵਾਪਸ ਹੋ ਸਕਦੀ ਸੀ ਕਿਉਂਕਿ ਇੰਡੀਆ ਦਾ ਮੈਂ 15 ਲੱਖ ਇੱਥੇ ਲਾ ਕੇ ਆਈਆਂਗੀ ਜੇ ਮੈਂ ਇੰਡੀਆ ਵਾਪਸ ਹੋ ਜਾਂ ਤਾਂ ਮੈਂ ਕਾਸੀ ਯੋਗ ਵੀ ਨਹੀਂ ਰਹਿਣਾ ਇੰਡੀਆ ਮੈਂ ਵਾਪਸ ਨਹੀਂ ਹੋ ਸਕਦੀ ਧੀ ਕਰੋਨਾ ਕਰਕੇ ਕੰਮ ਨਹੀਂ ਸੀ ਮਿਲਦਾ ਬਹੁਤ ਮਾੜੇ ਹਾਲਾਤ ਹੋ ਗਏ ਸੀ ਫਿਰ ਉਸ ਤੋਂ ਬਾਅਦ ਮੈਨੂੰ ਇੱਕ ਕੰਮ ਮਿਲਿਆ ਰੈਸਟੋਰੈਂਟ ਤੇ ਹਨਾ ਜਿੱਥੇ ਮੈਂ ਭਾਂਡੇ ਵੀ ਮਾਂਜੇ ਨੇਗੇ ਤੇ ਮੈਂ ਪਰੌਂਠੇ ਵੀ ਰਾਹੇ ਨੇਗੇ ਮੈਂ ਪੈਕਿੰਗਾਂ ਵੀ ਕਰੀਆਂ ਨੇਗੀਆਂ ਕਿਉਂਕਿ ਇਨ੍ਹਾਂ ਕੰਟਰੀਆਂ ਦੇ ਵਿੱਚ ਕੋਈ ਵੀ ਕੰਮ ਛੋਟਾ ਵੱਡਾ ਨਹੀਂਗਾ ਇੰਡੀਆ ਦੇ ਵਿੱਚ ਆਪਾਂ ਨਹੀਂ ਕਰ ਸਕਦੇ ਪਰ ਇੱਥੇ ਆ ਕੇ ਕਿਉਂਕਿ ਕੋਈ ਵੀ ਬੰਦਾ ਇਹ ਨਹੀਂ ਫੀਲ ਕਰਾਉਂਦਾ ਤੁਹਾਨੂੰ ਵੀ ਤੁਸੀਂ ਛੋਟਾ ਕੰਮ ਕਰਦੇ ਹੋ ਕੋਈ ਵੀ ਬੰਦਾ ਫੀਲ ਨਹੀਂ ਕਰਦਾ ਵੀ ਕੰਮ ਕੋਈ ਛੋਟਾ ਜਾਂ ਵੱਡਾ ਹੈ ਇੱਥੇ ਲੋਕੀ ਫੀਲ ਨਹੀਂ ਕਰਾਉਂਦੇ ਤੁਹਾਨੂੰ ਸਾਹਮਣੇ ਵਾਲਾ ਬੰਦਾ ਜੇ ਤੁਸੀਂ ਭਾਂਡੇ ਵੀ ਮਾਏਂਦੇ ਹੋ ਨਾ ਤਾਂ ਵੀ ਸਾਹਮਣੇ ਵਾਲਾ ਬੰਦਾ ਤੁਹਾਨੂੰ ਇੱਜ਼ਤ ਦੇ ਕੇ ਲੰਘੂਗਾ ਉਹ ਇਹ ਨਹੀਂ ਕਹਿੰਦਾ ਵੀ ਇਹ ਤਾਂ ਭਾਂਡੇ ਮਾਂਜੇ ਨਾਲ ਹੈਗਾ ਮਜਬੂਰੀ 'ਚ ਸਾਰੇ ਕੰਮ ਕਰਨੇ ਪੈਂਦੇ ਨੇਗੇ ਫਿਰ ਮੈਨੂੰ ਰੈਸਟੋਰੈਂਟ ਤੇ ਕੰਮ ਮਿਲਿਆ ਜਿੱਦਾਂ ਉਹ ਬਹੁਤ ਚੰਗੇ ਸੀਗੇ ਬਹੁਤ ਬਹੁਤ ਚੰਗੇ ਸੀ ਬਹੁਤ ਵਧੀਆ ਸੀਗੇ ਵਿਚਾਰੇ ਥੋੜੇ ਜੇ ਦਿਨ ਹੀ ਕੀਤਾ ਮੈਂ ਕਿਉਂਕਿ ਮੇਰੇ ਕੋਲ ਮੈਂ ਰੈਂਟ ਵੀ ਕੱਢਣਾ ਸੀਗਾ ਮੇਰੇ ਕੋਲ ਰੈਂਟ ਨਹੀਂ ਸੀ ਮੇਰੇ ਹਾਲਾਤ ਬਹੁਤ ਔਖੇ ਸੀਗੇ ਬਹੁਤ ਮਤਲਬ ਔਖਾ ਸੀਗਾ ਤੇ ਫਿਰ ਮੈਂ ਇੱਥੇ ਮੈਨੂੰ ਚਲੋ ਉਹ ਮੇਲੇ ਪਾਜੀ ਪਾਜੀ ਕਹਿੰਦੇ ਚੱਲ ਅਸੀਂ ਤੈਨੂੰ ਕੰਮ ਤੇ ਰੱਖ ਲੰਨੇ ਆ ਉਹਨਾਂ ਨੇ ਮੈਨੂੰ ਕੰਮ ਤੇ ਰੱਖ ਲਿਆ ਚਲੋ ਜੀ ਮੈਂ ਰੈਸਟੋਰੈਂਟ ਤੇ ਕੰਮ ਕੀਤਾ ਚੰਗੇ ਸੀ ਇਦਾਂ ਰਿਸਪੈਕਟ ਬਹੁਤ ਦਿੰਦੇ ਸੀਗੇ ਤੇ ਉਸ ਤੋਂ ਬਾਅਦ ਮੇਰੀ ਉੱਥੇ ਵੀ ਮਤਲਬ ਮੈਨੂੰ ਪੇਪਰਾਂ ਤੇ ਕੰਮ ਨਹੀਂ ਸੀ ਮਿਲਦਾ ਥੋੜੇ ਜਿ ਦਿਨ ਹੀ ਮਿਲਿਆ ਜਿੱਦਾਂ ਮੈਂ ਕਹਿ ਸਕਦੀ ਆ ਬਹੁਤ ਔਖਾ ਹੋ ਗਿਆ ਫਿਰ ਮੈਨੂੰ ਇੱਕ ਮੇਰੇ ਫੇਸਬੁੱਕ ਤੇ ਫੇਸਬੁੱਕ ਥਰੂ ਇੱਕ ਜਿਦਾਂ ਗਰੋਸਰੀ ਲਈ ਇੱਕ ਆਪਣਾ ਪੰਜਾਬੀ ਵੀਰ ਆ ਸਾਬੀ ਜਿਨ੍ਹਾਂ ਦੀ ਮੈਂ ਪੋਸਟ ਹਰ ਸੰਡੇ ਪਾਉਣੀ ਆ ਹਰ ਸੰਡੇ ਸਾਡੇ ਸਟੂਡੈਂਟਾਂ ਨੂੰ ਉਹ ਗਰੋਸਰੀ ਦਿੰਦੇ ਨੇਗੇ ਹਨਾ ਫੇ ਮੈਂ ਸਾਬੀ ਵੀਰਾਂ ਮੇਰੇ ਕੰਟੈਕਟ ਚ ਆਇਆ ਤੇ ਹੁਣ ਵੀ ਮੇਰੀ ਲਾਈਵ ਵੀਡੀਓ ਉਹ ਦੇਖ ਰਹੇ ਨੇ ਉੱਪਰ ਮੈਨੂੰ ਸ਼ੋ ਹੋ ਰਿਹਾ ਤੇ ਸਾਬੀ ਵੀਰਾ ਮੇਰੇ ਕੰਟੈਕਟ ਚ ਆਇਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਕਿੱਦਾਂ ਹਰਜੀਤ ਹਨਾ ਕਿੱਦਾਂ ਸਾਰਾ ਕੁਝ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਕੋਰੋਨਾ ਕਰਕੇ ਵੀਰੇ ਸਾਰੇ ਕੰਮ ਬੰਦ ਨੇ ਮੇਰੇ ਕੋਲ ਕੰਮ ਨਹੀਂ ਕੋਈ ਹੈਗਾ ਹਨਾ ਵੀ ਮੈਂ ਆਹ ਕੰਮ ਕਰਦੀ ਆ ਰੈਸਟੋਰੈਂਟ ਤੇ ਜਿਹਦੇ ਨਾਲ ਮੇਰਾ ਗੁਜ਼ਾਰਾ ਨਹੀਂ ਹੋਣਾ ਹਨਾ ਤੇ ਫਿਰ ਉਹਨਾਂ ਨੇ ਵਿਚਾਰਿਆਂ ਨੇ ਮੈਨੂੰ ਹਰ ਸੰਡੇ ਜਿੱਦਾਂ ਗਰੋਸਰੀ ਸਾਰੇ ਸਟੂਡੈਂਟਾਂ ਨੂੰ ਦਿੰਦੇ ਉਹ ਮੈਨੂੰ ਵੀ ਗਰੋਸਰੀ ਦਿੰਦੇ इवन ਕਿਉਂਕਿ ਹਾਲਾਤ ਇੰਨੇ ਮਾੜੇ ਸੀ ਕਿ ਗਰੋਸਰੀ ਗਰੋਸਰੀ ਵੀ ਨਹੀਂ ਖਰੀਦ ਸਕਦੇ ਸੀ ਤੇ ਉਹਨਾਂ ਨੇ ਮੈਨੂੰ ਗਰੋਸਰੀ ਦੇਣੀ ਹਰ ਹਰ ਸੰਡੇ ਉਹ ਗਰੋਸਰੀ ਸਾਰੇ ਸਟੂਡੈਂਟਾਂ ਨੂੰ ਦੇ ਕੇ ਜਾਂਦੇ ਤਾਂ ਮੈਨੂੰ ਵੀ ਦੇ ਕੇ ਜਾਂਦੇ ਹਨਾ ਤੇ ਉਹਨਾਂ ਦੀ ਗਰੋਸਰੀ ਨਾਲ ਟਾਈਮ ਲੰਘਿਆ ਉਹ ਵੀਰੇ ਨੇ ਮੇਰੀ ਇੰਨੀ ਕਾ ਜ਼ਿਆਦਾ ਹੈਲਪ ਕੀਤੀ ਜਿੱਦਾਂ ਆਪਾਂ ਕਹਿ ਦਿੰਨੇ ਆ ਨਾ ਜੇ ਕੋਈ ਇੱਕ ਵਾਰ ਤਾਂ ਮੇਰਾ ਜਮੀ ਰੱਬ ਤੋਂ ਵੀ ਯਕੀਨ ਟੁੱਟ ਗਿਆ ਸੀ ਜਦੋਂ ਹਾਲਾਤ ਮੇਰੇ ਮੈਂ ਹਰ ਇੱਕ ਨੂੰ ਜੋਬ ਲਈ ਕਹਿੰਦੀ ਹਰ ਇੱਕ ਨੂੰ ਜੋਬ ਲਈ ਕਹਿੰਦੀ ਜੋਬ ਲੱਭਦੀ ਮੈਨੂੰ ਜੋਬ ਦਵਾ ਦਿਓ ਜੋਬ ਦਵਾ ਦਿਓ ਜੋਬ ਜੋਬ ਦਾ ਨਹੀਂ ਕਿਤੇ ਬਣਦਾ ਸੀ ਤਾਂ ਮੈਨੂੰ ਇਵਨ ਮੈਨੂੰ ਰੱਬ ਤੋਂ ਵੀ ਯਕੀਨ ਉੱਠ ਗਿਆ ਸੀ ਮੈਨੂੰ ਇਹ ਲੱਗਦਾ ਸੀ ਵੀ ਜਿਹੜੇ ਲੋਕੀ ਚੰਗੇ ਕੰਮ ਕਰਦੇ ਆ ਸ਼ਾਇਦ ਹਨਾ ਸੱਚ ਦੀ ਜ਼ਿੰਦਗੀ ਜਿਉਂਦੇ ਆ ਰੱਬ ਉਹਨਾਂ ਦਾ ਸਾਥ ਨਹੀਂ ਦਿੰਦੇ ਰੱਬ ਉਹਨਾਂ ਦਾ ਸਾਥ ਦਿੰਦੇ ਆ ਜਿਹੜੇ ਮਾੜੇ ਕੰਮ ਕਰਦੇ ਆ ਇੱਕ ਟਾਈਮ ਮੈਨੂੰ ਰੱਬ ਤੋਂ ਵੀ ਮੇਰਾ ਜਮਈ ਯਕੀਨ ਉੱਠ ਗਿਆ ਸੀ ਇੱਥੇ ਯੂਕੇ ਆ ਕੇ ਜਦੋਂ ਦਿਲ ਦੁਖੀ ਹੁੰਦਾ ਨਾ ਤਾਂ ਆਪਾਂ ਇਵਨ ਰੱਬ ਨੂੰ ਵੀ ਕਹਿੰਨੇ ਆ ਵੀ ਰੱਬਾ ਤੂੰ ਵੀ ਅਸੀਂ ਕਿਸੇ ਦਾ ਕੀ ਮਾੜਾ ਕਰਦੇ ਆ ਵੀ ਤੂੰ ਸਾਡੇ ਨਾਲ ਇਦਾਂ ਕਰਦਾਗਾ ਰੱਬ ਤੋਂ ਵੀ ਜਗੀਨ ਟੁੱਟਿਆ ਚਲੋ ਫਿਰ ਸਾਬੀ ਵੀਰਾ ਮਿਲਿਆ ਹਨਾ ਤੇ ਉਹਨੇ ਵਿਚਾਰੇ ਨੇ ਬਹੁਤ ਹੈਲਪ ਕੀਤੀ ਹਨਾ ਉਹਨਾਂ ਨੇ ਕਿਹਾ ਵੀ ਹਰਜੀਤ ਤੈਨੂੰ ਕੋਈ ਵੀ ਕਿਸੇ ਵੀ ਚੀਜ਼ ਦੀ ਲੋੜ ਹੈ ਤੂੰ ਮੈਨੂੰ ਦੱਸੀ ਤੂੰ ਮੈਨੂੰ ਫੋਨ ਕਰੀ ਹਨਾ ਐਵੇਂ ਕਹਿਣ ਵਾਲੇ ਲੋਕੀ ਬਹੁਤ ਘੱਟ ਹੁੰਦੇ ਆ ਤੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਨਾ ਲੋੜ ਪੈਣ ਤੇ ਤਾਂ ਉਹ ਵੀ ਭੱਜ ਜਾਂਦੇ ਆ ਸਭ ਉਹ ਵੀ ਨਹੀਂ ਫੋਨ ਚੱਕਣਾ ਬੰਦ ਕਰ ਜਾਂਦੇ ਆ ਰਿਸ਼ਤੇਦਾਰ ਵੀ ਮਾੜੇ ਟਾਈਮ 'ਚ ਅਸਲ ਕਹਿੰਦੇ ਆਪਣੇ ਆ ਤੇ ਬਕਾਨਿਆਂ ਦਾ ਬਗਾਨਿਆਂ ਦਾ ਸਿਆਣੇ ਕਹਿੰਦੇ ਸੀ ਹਨਾ ਸੁਣਦੇ ਸੀ ਵੀ ਆਪਣੇ ਤੇ ਬਗਾਨਿਆਂ ਦਾ ਉਦੋਂ ਪਤਾ ਲੱਗਦਾ ਜਦੋਂ ਤੁਹਾਨੂੰ ਲੋੜ ਹੁੰਦੀ ਆ ਜਦੋਂ ਲੋੜ ਹੁੰਦੀ ਆ ਉਦੋਂ ਪਰਖੇ ਜਾਂਦੇ ਨੇ ਕੌਣ ਆਪਣਾ ਕੌਣ ਬਗਾਨਾ ਜਿਹੜੇ ਖੂਨ ਦੇ ਰਿਸ਼ਤੇ ਸੀ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੇ ਫੋਨ ਵੀ ਚੱਕਣੇ ਬੰਦ ਕਰਤੇ ਵੀ ਹੁਣ ਔਖਾ ਟਾਈਮ ਆ ਕਿ ਸਾਡੇ ਤੋਂ ਕੁਝ ਮੰਗ ਨਾ ਲਵੇ ਹਰਜੀਤ ਤੇ ਵਿਚਾਰੇ ਚਲੋ ਸਾਬੀ ਵੀਰੇ ਦਾ ਸਹਾਰਾ ਹੋਇਆ ਹੌਸਲਾ ਹੋਇਆ ਹੋਰ ਵੀ ਕਾਫੀ ਵੀਰ ਸੀ ਜਿਹੜੇ ਵਿਚਾਰੇ ਮੇਰੇ ਨਾਲ ਜੁੜੇ ਜਿਹੜੇ ਕਹਿੰਦੇ ਸੀ ਵੀ ਹਰਜੀਤ ਕੋਈ ਨਹੀਂ ਜੇ ਕੋਈ ਤੈਨੂੰ ਪ੍ਰੋਬਲਮ ਆਈ ਤੂੰ ਸਾਨੂੰ ਫੋਨ ਕਰਦੀ ਹੈ ਨਾ ਹੋਰ ਵੀ ਹੈਗੇ ਸੀਗੇ ਤੇ ਇੱਕ ਦੋ ਵੀਰ ਮੇਰੇ ਨਾਲ ਲੰਡਨ ਤੋਂ ਜੁੜੇ ਹੋਏ ਨੇਗੇ ਇੱਕ ਦੋ ਮੇਰੇ ਤੋਂ ਅਮਰੀਕਾ ਤੋਂ ਜੁੜੇ ਹੋਏ ਨੇ ਜਿੱਦਾਂ ਹਨਾ ਉਹਨਾਂ ਨੇ ਹੌਸਲਾ ਦਿੱਤਾ ਵੀ ਕੋਈ ਨਹੀਂ ਉਹਨਾਂ ਨੂੰ ਮੈਂ ਦੱਸੀ ਫਿਰ ਆਪਦੀ ਪ੍ਰੋਬਲਮ ਵੀ ਮੈਨੂੰ ਤਾਂ ਬਹੁਤ ਮੈਨੂੰ ਪ੍ਰੋਬਲਮ ਆ ਰਹੀਆਂ ਨਹੀਂਆਂ ਗਿਆ ਉਹਨਾਂ ਨੇ ਵੀ ਵਿਚਾਰਿਆਂ ਨੇ ਬਹੁਤ ਮੈਨੂੰ ਉਹ ਕੀਤਾ ਸਹਾਰਾ ਦਿੱਤਾ ਹਨ ਤੇ ਫਿਰ ਸਾਬੀ ਵੀਰ ਨੇ ਤਾਂ ਦਿੱਤਾ ਹੀ ਦਿੱਤਾ ਫਿਰ ਉਹਨਾਂ ਨੇ ਵਿਚਾਰਿਆਂ ਨੇ ਜੌਬ ਲੱਭੀ ਇੰਨੀ ਜਗ੍ਹਾ ਤੇ ਫੋਨ ਕੀਤੇ ਕੰਟੈਕਟ ਕੀਤੇ ਵੀ ਇੱਕ ਕੁੜੀ ਆਈ ਆ ਹਨਾ ਇੰਡੀਆ ਤੋਂ ਵੀ ਉਹਨੂੰ ਕੰਮ ਦਵਾਉ ਮੇਰੀ ਛੋਟੀ ਭੈਣ ਆ ਤੇ ਉਹਨਾਂ ਨੇ ਵਿਚਾਰਿਆਂ ਨੇ ਇੰਨਾ ਟਾਈਮ ਤਾਂ ਕੰਮ ਦਾ ਨਹੀਂ ਬਣਿਆ ਹਨਾ ਚਲੋ ਉਹਨਾਂ ਦਾ ਹੌਸਲਾ ਰਿਹਾ ਚਲੋ ਇਦਾਂ ਸੀ ਵੀ ਹੁਣ ਆਪਾਂ ਭੁੱਖੇ ਨਹੀਂ ਮਰਦੇ ਚਲੋ ਹੈਗੇ ਨੇ ਪੰਜ ਸੱਤ ਵੀਰ ਹਨਾ ਜਿਹਦਾ ਸਹਾਰੇ ਆਪਾਂ ਰਹਿ ਸਕਦੇ ਆਂਗੇ ਜੇ ਇਨ ਕੇਸ ਆਪਣੇ ਕੋਲ ਕੁਝ ਵੀ ਨਹੀਂ ਹੋਊਗਾ ਤੈਨ ਆਪਾਂ ਉਹਨਾਂ ਨੂੰ ਫੋਨ ਕਰਾਂਗੇ ਉਹਨਾਂ ਤੋਂ ਹੈਲਪ ਲਵਾਂਗੇ ਤੇ ਫਿਰ ਸਾਬੀ ਵੀਰੇ ਨੇ ਹੌਲੀ 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 ਵਿਚਾਰਿਆਂ ਨੇ ਜੌਬ ਲੱਭੀ ਜੌਬ ਲੱਭੀ ਤੇ ਹੁਣ ਮੈਨੂੰ ਜੌਬ ਹੈ ਜਿਹੜੀ ਉਹ ਮਿਲ ਗਈ ਆ ਕਿਤੇ ਹੁਣ ਜਾ ਕੇ ਮੈਨੂੰ 5 ਮਹੀਨੇ ਹੋ ਗਏ ਇੱਥੇ ਆਈ ਨੂੰ ਮੈਨੂੰ ਹੁਣ ਇੱਥੇ ਜੌਬ ਮਿਲਿਆ ਸਾਬੀ ਵੀਰੇ ਨੇ ਉਹਨਾਂ ਦੇ ਰਿਸ਼ਤੇਦਾਰ ਸੀ ਜਿਹੜੇ ਹਨਾ ਤੇ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਚੱਲ ਅਸੀਂ ਹਰਜੀਤ ਨੂੰ ਰੱਖ ਲਾਂਗੇ ਉਹਨਾਂ ਨੇ ਮੈਨੂੰ ਕੰਮ ਤੇ ਰੱਖ ਲਿਆ ਹੁਣ ਮੈਂ ਜਿੱਦਾਂ ਹੁਣ ਮੈਂ ਕੰਮ ਕਰਦੀ ਆਂਗੀ ਗਰੋਸਰੀ ਸ਼ਾਪ ਆ ਜਿਹੜੀ ਉੱਥੇ ਮੈਂ ਕੰਮ ਕਰਦੀ ਆਂ ਚਲੋ ਦੇਰ ਨਾਲ ਸਹੀ ਪਰ ਮੈਂ ਜਿੱਥੇ ਕੰਮ ਕਰਦੀ ਆਂ ਮੈਨੂੰ ਬਹੁਤ ਰਿਸਪੈਕਟ ਮਿਲਦੀ ਆ ਬਹੁਤ ਮਾਣ ਮਿਲਦਾਗਾ ਤੇ ਬਹੁਤ ਵਧੀਆ ਨੇਗੇ ਉਹ ਤੇ ਹੁਣ ਥੋੜਾ ਜਿਹਾ ਲਾਈਫ ਕਿਤੇ ਜਾ ਕੇ ਇੰਨੇ ਮਹੀਨਿਆਂ ਬਾਅਦ ਲਾਈਫ ਥੋੜੀ ਸੈੱਟ ਹੋਈ ਹੈਗੀ ਤੇ ਸੋ ਤੁਸੀਂ ਸੋਚਦੇ ਹੋਵੋਗੇ ਵੀ ਹਰਜੀਤ ਇਹ ਗੱਲਾਂ ਪਤਾ ਨਹੀਂ ਕਿਉਂ ਦੱਸੀ ਜਾਂਦੀ ਆ ਕਿਉਂ ਸਾਡੇ ਨਾਲ ਸ਼ੇਅਰ ਕਰੀ ਜਾਂਦੀ ਆ ਪਤਾ ਨਹੀਂ ਉਹਨੇ ਪਬਲਿਸਿਟੀ ਲੈਣੀ ਆ ਪਤਾ ਨਹੀਂ ਉਹਨੇ ਲਾਈਕ ਵਧਾਉਣੇ ਆ ਪਤਾ ਨਹੀਂ ਉਹਨੇ ਕਮੈਂਟ ਵਧਾਉਣੇ ਆ ਨਹੀਂ ਵੀਰੋ ਮੈਂ ਇਸ ਲਈ ਤੁਹਾਨੂੰ ਗੱਲਾਂ ਨਹੀਂ ਦੱਸਦੀ ਮੈਂ ਤੁਹਾਨੂੰ ਇਸ ਲਈ ਗੱਲਾਂ ਦੱਸਦੀਆਂ ਜਿਹੜੇ ਲੋਕੀ ਆਪਣੀਆਂ ਕੱਲੀਆਂ ਕੁੜੀਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਭੇਜਦੇ ਨੇ ਅਨਮੈਰਿਡ ਕੁੜੀਆਂ ਜਿਹੜੀਆਂ ਸਾਡੀਆਂ ਭੈਣਾਂ ਕਹਿੰਦੀਆਂ ਨੇ ਨਾ ਅਸੀਂ ਅਨਮੈਰਿਡਾਂ ਅਸੀਂ ਬਾਹਰ ਚੱਲ ਜਾਾਂਗੇ ਅਸੀਂ ਬਾਹਰ ਜਾ ਕੇ ਆਹ ਕਰ ਲਾਂਗੇ ਅਸੀਂ ਬਾਹਰ ਜਾ ਕੇ ਆਹ ਕਰ ਲਾਂਗੇ ਇਹ ਵੀਡੀਓ ਉਹਨਾਂ ਕੁੜੀਆਂ ਲਈ ਆ ਮੇਰੇ ਨਾਲ 2 4 ਵੀਰ 5 ਵੀਰ 10 ਵੀਰ ਜੁੜੇ ਹੋਏ ਸੀ ਜਿਨ੍ਹਾਂ ਦਾ ਮੈਨੂੰ ਸਹਾਰਾ ਸੀ ਕਿ ਮੈਂ ਇਹ ਕੰਟਰੀ ਦੇ ਵਿੱਚ ਭੁੱਖੀ ਨਹੀਂ ਮਰਾਂਗੀ ਮੈਂ ਉਹਨਾਂ ਦੇ ਸਿਰ ਤੇ ਹੌਂਸਲਾ ਸੀ ਪਰ ਜਿਹੜੀਆਂ ਕੁੜੀਆਂ ਦਾ ਕੋਈ ਵੀ ਨਹੀਂ ਹੁੰਦਾ ਹਾਲਾਤ ਜਿੱਦਾਂ ਕਰੋਨਾ ਨੇ ਹਾਲਾਤ ਇੰਨੇ ਮਾੜੇ ਬਣਾਤੇ ਜੇ ਇੱਥੇ ਤੁਹਾਡਾ ਕੋਈ ਵੀ ਨਹੀਂ ਹੋਊਗਾ ਤਾਂ ਤੁਹਾਡਾ ਕੀ ਹੋਊਗਾ ਇਹ ਵੀਡੀਓ ਉਹਨਾਂ ਮਾਪੇ ਪਾ ਨੂੰ ਇੱਕ ਮੈਸੇਜ ਆ ਕਿ ਕੱਲੀਆਂ ਕੁੜੀਆਂ ਨੂੰ ਮਾਪੇ ਨਾ ਭੇਜਣ ਬਾਹਰ ਜੇ ਭੇਜਣਾ ਆ ਤਾਂ ਆਪਣੀਆਂ ਕੁੜੀਆਂ ਨੂੰ ਵਿਆਹ ਕਰਕੇ ਭੇਜੋ ਤਾਂ ਕਿ ਉਹਨਾਂ ਨੂੰ ਇੰਨਾ ਤਾਂ ਹੌਸਲਾ ਰਹੂਗਾ ਕਿ ਸਾਡਾ ਹਸਬੰਡ ਸਾਡੇ ਨਾਲ ਹੈਗਾ ਕੋਈ ਔਖਾ ਟਾਈਮ ਆਉਂਦਾ ਤਾਂ ਹਸਬੰਡ ਸਾਥ ਤਾਂ ਦੇ ਦੂਗਾ ਕਿਉਂਕਿ ਇਸ ਦੁਨੀਆ ਇਸ ਦੇਸ਼ਾਂ ਦੇ ਵਿੱਚ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਜੇ ਕੱਲੀਆਂ ਕੁੜੀਆਂ ਪਹਿਲਾਂ ਮੈਂ ਵੀ ਜਿੱਦਾਂ ਮੈਂ ਵੀ ਇੱਕ ਕੁੜੀਆਂ ਮੈਂ ਵੀ ਇਹ ਸੋਚਦੀ ਸੀ ਮੈਂ ਕੱਲੀ ਪਹਿਲਾਂ ਮੈਂ ਅਨਮੈਰਿਡ ਐਨ ਮੈਰਿਡ ਸੀਗੀ ਹਨਾ ਮੈਂ ਸੋਚਦੀ ਸੀ ਮੈਂ ਕੱਲੀ ਬਾਹਰ ਚੱਲ ਜਾ ਬਾਹਰ ਚੱਲ ਜਾ ਨਾ ਵੀ ਮੈਂ ਕੱਲੀ ਨਹੀਂ ਜਾਣਾ ਕੱਲੀ ਨਹੀਂ ਜਾਣਾ ਪਰ ਜਦੋਂ ਇੱਥੇ ਕੱਲੀਆਂ ਕੁੜੀਆਂ ਆਉਂਦੀਆਂ ਨੇ ਨਾ ਤਾਂ ਉਦੋਂ ਇਹ ਇਹੀ ਸੋਚਦੀਆਂ ਨੇ ਪਹਿਲਾਂ ਤਾਂ ਕੱਲੀਆਂ ਆ ਜਾਂਦੀਆਂ ਨੇ ਇੰਡੀਆ ਤੋਂ ਪਰ ਜਦੋਂ ਇੱਥੇ ਆ ਕੇ ਉਹਨਾਂ ਨੂੰ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਤਾਂ ਹਮੇਸ਼ਾ ਉਹ ਇਹ ਕਹਿੰਦੀਆਂ ਨੇ ਵੀ ਅਸੀਂ ਵਿਆਹ ਕਿਉਂ ਨਾ ਕਰਾ ਕੇ ਆਈਆਂ ਨਾ ਉਹ ਇੰਡੀਆ ਮੋੜਨ ਜੋਗੀਆਂ ਹੁੰਦੀਆਂ ਨੇਗੀਆਂ ਨਾ ਉਹ ਇੱਥੇ ਰਹਿਣਾ ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ हां ਜਿਨ੍ਹਾਂ ਦੇ ਮਾਵਾਪਾ ਕੋਲ ਜਾਦਾ ਪੈਸਾ ਆ ਜਾਂਦਾ ਅਮੀਰ ਨੇ ਉਹਨਾਂ ਲਈ ਤਾਂ ਕੋਈ ਔਖਾ ਨਹੀਂ ਕਿਉਂਕਿ ਇੰਡੀਆ ਤੋਂ ਪੈਸੇ ਭੇਜੀ ਜਾਣਗੇ ਪਰ ਜਿਹੜੇ ਸਟੂਡੈਂਟ ਕਰਜਾ ਚੱਕ ਚੱਕ ਆਉਂਦੇ ਨੇ ਕੁੜੀਆਂ ਜਿਹੜੀਆਂ ਕਹਿੰਦੀਆਂ ਅਸੀਂ ਇਕੱਲੀਆਂ ਜਾਵਾਂਗੇ ਮਾਵਾਪਾ ਕਹਿੰਦੇ ਨੇ ਅਸੀਂ ਇਕੱਲੀਆਂ ਕੁੜੀਆਂ ਨੂੰ ਉਤਾਰਾਂਗੇ ਉਹਨਾਂ ਲਈ ਬਹੁਤ ਔਖਾ ਖਾਸ ਤੌਰ ਤੇ ਇੰਗਲੈਂਡ ਕੰਟਰੀ ਦੇ ਵਿੱਚ ਕਿਉਂਕਿ ਮੈਂ ਐਕਸਪੀਰੀਅੰਸ ਕੀਤਾ ਬਾਕੀ ਕੰਟਰੀਆਂ ਦਾ ਮੈਨੂੰ ਨਹੀਂ ਪਤਾ ਬਹੁਤ ਬਹੁਤ ਔਕੜਾਂ ਨੇ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਮੇਰੇ ਨਾਲ ਦੋ ਚਾਰ ਵੀਰ ਜੁੜੇ ਹੋਏ ਸੀ ਮੈਨੂੰ ਚਲ ਉਹਨਾਂ ਦਾ ਹੌਸਲਾ ਸੀਗਾ ਹਨਾ ਵੀ ਵੀ ਮੈਨੂੰ ਚਲ ਮੈਂ ਇੱਥੇ ਰਹਿ ਸਕਦੀ ਆਂਗੀ ਹਨਾ ਹੋਰ ਹੋਰ ਨਹੀਂ ਤਾਂ ਮਤਲਬ ਕਰ ਲੂੰਗੀ ਸੈਟਿੰਗ ਪਰ ਜਿਹੜੀਆਂ ਕੁੜੀਆਂ ਦਾ ਇੱਥੇ ਕੋਈ ਵੀ ਨਹੀਂ ਨਾ ਹੁੰਦਾ ਉਹਨਾਂ ਨੂੰ ਵੀਰੇ ਬਹੁਤ ਔਖਾ ਹੁਣ ਜਿੱਦਾਂ ਮੈਂ ਸੋਸ਼ਲ ਮੀਡੀਆ ਤੇ ਪਾਉਂਦੀ ਸੀਗੀ ਵੀ ਸੈਚਰਡੇ ਸੰਡੇ ਅਸੀਂ ਗਰੋਸਰੀ ਗਰੋਸਰੀ ਦੀ ਹੈਲਪ ਕਰਦੇ ਆ ਕੁੜੀਆਂ ਦੀ ਤਾਂ ਮੈਨੂੰ ਬਹੁਤ ਸਟੂਡੈਂਟ ਕੁੜੀਆਂ ਜਿਹੜੀਆਂ ਆਪਣੀਆਂ ਨਵੀਆਂ ਆਈਆਂ ਸੀ ਉਹਨਾਂ ਦੇ ਮੈਸੇਜ ਆਉਂਦੇ ਆ ਹਰ ਰੋਜ਼ ਮੈਸੇਜ ਆਉਂਦੇ ਆ ਕੁੜੀਆਂ ਰੋ ਰੋ ਕੇ ਮੈਸੇਜ ਕਰਦੀਆਂ ਨੇ ਰਿਕਾਰਡਿੰਗਾਂ ਵੀ ਮੇਰੇ ਕੋਲ ਪਈਆਂ ਨੇ ਕੱਲੀਆਂ ਕੁੜੀਆਂ ਆ ਗਈਆਂ ਕੰਮ ਉਹਨਾਂ ਨੂੰ ਮਿਲੇ ਨਹੀਂ ਬਿਚਾਰੀਆਂ ਕੋਲੋਂ ਰੈਂਟ ਨਿਕਲਦੇ ਨਹੀਂ ਪਏ ਤਾਂ ਮੈਨੂੰ ਹਰ ਰੋਜ਼ ਫੋਨ ਕਰਦੀਆਂ ਨੇ ਦੀਦੀ ਸਾਡੀ ਰੈਂਟ ਦੀ ਹੈਲਪ ਕਰ ਦੋ ਦੀਦੀ ਸਾਡੀ ਆਹ ਹੈਲਪ ਕਰ ਦੋ ਦੀਦੀ ਸੋਡੀ ਆਹ ਹੈਲਪ ਕਰ ਦੋ ਬਹੁਤ ਕੁੜੀਆਂ ਰੋਂਦੀਆਂ ਨੇ ਇੱਥੇ ਸੋ ਇਹੀ ਮੈਸੇਜ ਆ ਜਿਹੜੇ ਬੱਚੇ ਬਾਹਰ ਆਉਣਾ ਚਾਹੁੰਦੇ ਆ ਆਓ ਬਹੁਤ ਵਧੀਆ ਕੰਟਰੀਆਂ ਨੇ ਰੂਲ ਬਹੁਤ ਵਧੀਆ ਨੇ ਤੁਹਾਨੂੰ ਤੁਹਾਨੂੰ ਇੱਕ ਮਤਲਬ ਜ਼ਿੰਦਗੀ ਦਾ ਮਕਸਦ ਮਿਲ ਜਾਂਦਾ ਕਿ ਤੁਸੀਂ ਕਾਮਯਾਬ ਹੋ ਸਕਦੇ ਹੋ ਤੁਸੀਂ ਜੇ ਮਿਹਨਤ ਕਰੋਗੇ ਤਾਂ ਤੁਹਾਡੀ ਮਿਹਨਤ ਦਾ ਮੁੱਲ ਪੈਣਾ ਆ ਇਹਨਾਂ ਕਹੇਗਾ ਪਰ ਕੱਲੀਆਂ ਕੁੜੀਆਂ ਨਾ ਆਉਣ ਜਿਹੜੀਆਂ ਕੱਲੀਆਂ ਕੁੜੀਆਂ ਆਉਣਾ ਚਾਹੁੰਦੀਆਂ ਨੇ ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਆ ਕੁੜੀਆਂ ਨੂੰ ਭੇਜਿਓ ਪਰ ਵਿਆਹ ਕਰਕੇ ਭੇਜਿਓ ਕੱਲੀਆਂ ਕੁੜੀਆਂ ਨੂੰ ਨਾ ਭੇਜਿਓ ਇਹਨਾਂ ਕੰਟਰੀਆਂ ਦੇ ਵਿੱਚ ਬਹੁਤ ਔਖਾ ਬਹੁਤ ਸਟਰਗਲ ਆ ਗਈ ਕਿਉਂਕਿ ਕਿਉਂਕਿ ਫਿਰ ਕੁੜੀਆਂ ਇਹ ਵੀ ਨਹੀਂ ਦੱਸ ਸਕਦੀਆਂ ਆਪਣੇ ਪੇਰੈਂਟਸ ਨੂੰ ਉਹਨਾਂ ਨੇ ਕਰਜਾ ਚਾੱਕ ਕੇ ਵਿਚਾਰਿਆਂ ਨੇ ਭੇਜਿਆ ਹੁੰਦਾ ਇਹ ਵੀ ਨਹੀਂ ਦੱਸ ਸਕਦੀਆਂ ਕਿ ਅਸੀਂ ਕਿਹੜੀਆਂ ਪ੍ਰੋਬਲਮਾਂ ਫੇਸ ਕਰਦੀਆਂ ਅਸੀਂ ਕਿਹੜੇ ਦੁੱਖ ਫੇਸ ਕਰਦੀਆਂ ਨਹੀਂ ਦੱਸ ਸਕਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸਾਡੇ ਪੇਰੈਂਟਸ ਨੇ ਸਾਨੂੰ ਪਹਿਲਾਂ ਹੀ ਮਸਾਂ ਭੇਜਿਆ ਜੇ ਅਸੀਂ ਦੱਸਾਂਗੇ ਤਾਂ ਉਹਨਾਂ ਨੂੰ ਹੋਰ ਵੀ ਦੁੱਖ ਹੋਣਾ ਪਰ ਉਹ ਕਰ ਵੀ ਕੁਝ ਨਹੀਂ ਸਕਦੇ ਉਹ ਏਡੀ ਦੂਰ ਬੈਠੇ ਨੇ ਸਾਡੇ ਪੇਰੈਂਟਸ ਸੋ ਅੱਜ ਦੀ ਮੇਰੀ ਵੀਡੀਓ ਐਸ ਲਈ ਸੀਗੀ ਇੰਗਲੈਂਡ ਕੰਟਰੀ ਦੇ ਵਿੱਚ ਹੁਣ ਤੁਸੀਂ ਇਹ ਦੇਖੋ ਬਹੁਤ ਵੱਡੇ ਸੁਪਨੇ ਲੈ ਕੇ ਆਈ ਸੀ ਮੈਂ ਬਹੁਤ ਮਤਲਬ ਇਹ ਸੋਚਿਆ ਸੀਗਾ ਕਿ ਮੈਂ ਹੁਣ ਜਿੱਦਾਂ ਮੇਰੇ ਹਸਬੰਡ ਮੇਰੇ ਨਾਲ ਹਜੇ ਨਹੀਂ ਆਏ ਕਿਉਂਕਿ ਵੀਜ਼ਾ ਨਹੀਂ ਲੱਗਿਆ ਸੀਗਾ ਨਾਲ ਤੇ ਮੈਂ ਪਤਾ ਕੀ ਸੋਚਿਆ ਸੀ ਮੈਂ ਸੋਚਿਆ ਸੀ ਚਲੋ ਇੰਗਲੈਂਡ ਚਲੀ ਜਾਵਾਂਗੀ ਉੱਥੇ ਜਾ ਕੇ ਮੈਂ ਆਪਣੀ ਵਧੀਆ ਸਟੱਡੀ ਕਰੂੰਗੀ ਸਟੱਡੀ ਕਰੂੰਗੀ ਤੇ ਸਟੱਡੀ ਕਰਨ ਤੋਂ ਬਾਅਦ ਮੈਂ ਉੱਥੇ ਕੰਮ ਵੀ ਕਰੂੰਗੀ ਤੇ ਇੱਕ ਵਾਰ ਜਿੰਨੇ ਪੈਸੇ ਮੇਰੇ ਤੇ ਮੇਰੇ ਘਰਦਿਆਂ ਨੇ ਲਾ ਕੇ ਕਰਜ਼ਾ ਚੱਕ ਕੇ ਭੇਜਿਆ ਉਹ ਮੈਂ ਪੈਸੇ ਮੋੜ ਦੂੰਗੀ ਜਦ ਮੈਂ ਪੈਸੇ ਮੋੜ ਤੇ ਤੇ ਫਿਰ ਮੈਂ ਸੋਸ਼ਲ ਵਰਕ ਕਰੂੰਗੀ ਜਿਹੜੇ ਮੈਂ ਆਪਣਾ ਪੰਜਾਬ ਦੇ ਵਿੱਚ ਹਨਾ ਆਪਣੇ ਪਿੰਡ ਦੇ ਵਿੱਚ ਲਾ ਲਉ ਆਪਣੇ ਸ਼ਹਿਰ ਦੇ ਵਿੱਚ ਲਾ ਲਉ ਜਿਹੜੇ ਕੰਮ ਸੋਚੇ ਹੋਏ ਸੀ ਵੀ ਮੈਂ ਆਹ ਕੰਮ ਕਰਨੇ ਨੇ ਆਹ ਲੋਕਾਂ ਦੀ ਮੈਂ ਹੈਲਪ ਕਰਨੀ ਆ ਜਿਹੜੇ ਮੈਂ ਸੁਪਨੇ ਲੈ ਕੇ ਆਈ ਸੀ ਵੀ ਮੈਂ ਉਹਨਾਂ ਲਈ ਪੈਸਾ ਕਮਾਉਣਾ ਉਹਨਾਂ ਦੀ ਹੈਲਪ ਕਰਨੀ ਆ ਹਨਾ ਤੇ ਉਹ ਸਾਰੇ ਸੁਪਨੇ ਮੇਰੇ ਚੂਰਾ ਚੂਰ ਹੋ ਗਏ ਹਜੇ ਤਾਂ ਸ਼ੁਰੂਆਤ ਆ ਅੱਗੇ ਪਤਾ ਨਹੀਂ ਕੀ ਹੋਣਾ ਸਾਢੇ 12 ਲੱਖ ਸਾਲ ਦੀ ਫੀਸ ਆ 7 ਲੱਖ ਰੁਪਏ ਭਰ ਕੇ ਆਈ ਸੀ ਇੱਕ ਸਾਲ ਦੇ ਵਿੱਚ ਦੂਜੇ ਪੈਸੇ ਪੂਰੇ ਕਰਨੇ ਸੀ 4 ਲੱਖ 4 ਲੱਖ ਰੁਪਏ ਮੇਰਾ 4.5 ਲੱਖ ਰੁਪਏ ਮੇਰਾ ਹੁਣ ਮੈਂ ਭਰਨਾਗਾ ਉਹ ਇਸੇ ਸਾਲ ਦੇ ਵਿੱਚ ਇੰਡੀਆ ਦਾ 4.5 ਲੱਖ ਇੱਥੇ ਦਾ 4 4000 45000 ਪਾਉਂਡ ਮੈਂ ਦੇਣਾ ਆ ਮੇਰੀ ਯੂਨੀਵਰਸਿਟੀ ਨੂੰ ਕਿੱਥੋਂ ਦੇ ਦੂੰਗੀ ਕਰੋਨਾ ਕਰਕੇ ਕੰਮ ਸਾਰੇ ਬੰਦ ਹੋ ਗਏ ਜਿਹੜੇ ਜਿਹੜਾ ਕੰਮ ਮਿਲਿਆ ਆ ਉਹ ਤੋਂ ਗੁਜ਼ਾਰੀ ਹੋਣਾਗਾ ਕੱਲੀ ਕੁੜੀ ਫੀਸਾਂ ਕੱਢੂਗੀ ਜਾਂ ਕਰਜ਼ਾ ਮੋੜੂਗੀ ਜਾਂ ਫਿਰ ਅਬ ਦਾ ਕੁਝ ਬਣਾਉਗੀ ਜਾਂ ਕੀ ਕਰੂਗੀ ਕੱਲੀਆਂ ਕੁੜੀਆਂ ਤੋਂ ਫੀਸਾਂ ਕੱਢਣੀਆਂ ਬਹੁਤ ਔਖੀਆਂ ਨੇ ਫੀਸਾਂ ਨਹੀਂ ਨਿਕਲਦੀਆਂ ਇੱਥੇ ਜਿਹੜੇ ਬੱਚੇ ਇੰਗਲੈਂਡ ਇੰਗਲੈਂਡ ਨੇ ਹੁਣ ਵੀਜ਼ੇ ਖੋਲੇ ਐ ਆਓ ਮੋਸਟ ਵੈਲਕਮ ਆਓ ਪਰ ਇਹ ਸਾਰੀਆਂ ਚੀਜ਼ਾਂ ਦੇਖ ਕੇ ਆਓ ਤੁਸੀਂ ਫੀਸਾਂ ਕਿਵੇਂ ਕੱਢਣੀਆਂ ਨੇ ਤੁਸੀਂ ਰਹਿਣਾ ਕਿਵੇਂ ਆ ਕੱਲੀਆਂ ਕੁੜੀਆਂ ਨਾ ਆਓ ਜੇ ਆਉਣਾ ਤਾਂ ਵਿਆਹ ਕਰਾ ਕੇ ਆਓ ਜਾਂ ਫਿਰ ਕੋਈ ਮੁੰਡਾ ਇੱਥੇ ਦੇਖ ਕੇ ਰੱਖੋ ਆਪਦਾ ਇੰਗਲੈਂਡ ਦੇ ਵਿੱਚ ਇੰਡੀਆ ਤੋਂ ਆਓ ਇੱਥੇ ਆ ਕੇ ਵਿਆਹ ਕਰਾਓ ਆਪਣੀ ਜ਼ਿੰਦਗੀ ਸੈੱਟ ਕਰੋ ਜੇ ਤੁਸੀਂ ਪੜੋਗੇ ਤਾਂ ਤੁਹਾਡੇ ਹਸਬੰਦ ਨੇ ਪੈਸੇ ਕਮਾਉਣੇ ਨੇ ਤੁਹਾਡੀਆਂ ਫੀਸਾਂ ਲੈ ਜਾਣੀਆਂ ਨੇ ਹੁਣ ਇੰਡੀਆ ਦਾ 4.5 ਲੱਖ ਫੀਸ ਦੇਣੀ ਆ ਕੁਝ ਸਪਟੰਬਰ ਦੇ ਵਿੱਚ ਦੇਣੀ ਆ ਕੁਝ ਦਸੰਬਰ ਦੇ ਵਿੱਚ ਦੇਣੀ ਆ ਕੁਛ ਨੀਂਗਾ ਕੋਲੇ ਕਿੱਥੋਂ ਦਊਂਗੀ ਨਹੀਂ ਦਊਂਗੀ ਜੇ ਨਾ ਦਿੱਤੀ ਤਾਂ ਦੋ ਨੰਬਰ ਚ ਰਹਿਣਾ ਪਊਗਾ ਜੇ ਨਾ ਦਿੱਤੀ ਫੀਸ ਤਾਂ ਮੈਂ ਆਪਣੇ ਹਸਬੈਂਡ ਨੂੰ ਇੰਡੀਆ ਤੋਂ ਨਹੀਂ ਬੁਲਾ ਸਕਦੀ ਕਿਉਂਕਿ ਯੂਨੀਵਰਸਿਟੀ ਨੇ ਮੈਨੂੰ ਲੈਟਰ ਹੀ ਨਹੀਂ ਦੇਣਾ ਵੀ ਤੋਂ ਆਪਣੇ ਹਸਬੈਂਡ ਨੂੰ ਬੁਲਾ ਲਾ ਜੇ ਫੀਸ ਦੇਤੀ ਮੰਨ ਲਓ ਮੈਂ ਪੈਸੇ ਕਮਾ ਲਏ ਹੁਣ ਮੈਨੂੰ ਜੋਬ ਮਿਲ ਗਈ ਹੈ ਹਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਨੂੰ ਜੋਬ ਮਿਲ ਗਈ ਚਲ ਮੈਂ ਪੈਸੇ ਕਮਾ ਵੀ ਲਈ ਮੈਂ ਯੂਨੀਵਰਸਿਟੀ ਨੂੰ ਭਰ ਦੂੰਗੀ। ਨਾ ਤਾਂ ਫਿਰ ਮੈਂ ਆਪਣਾ ਕਰਜ਼ਾ ਮੋੜ ਸਕਦੀ ਆ। ਨਾ ਮੈਂ ਆਪਣੇ ਕੋਲ ਕੋਈ ਸੇਵਿੰਗ ਕਰ ਸਕਦੀ ਆ ਵੀ ਮੈਂ ਕੋਈ ਐਮਰਜੈਂਸੀ ਪੈਸਾ ਬਰਤ ਲੂੰਗੀ। ਉਹ ਵੀ ਨਹੀਂ ਕਰ ਸਕਦੀ ਮੈਂ। ਪਹਿਲੀ ਗੱਲ ਤਾਂ ਨਿਕਲਨਗੀ ਹੀ ਨਹੀਂ ਫਿਰ ਸਾ ਕਿੱਥੋਂ ਨਿਕਲਦੀਆਂ ਰੈਂਟ ਹੀ ਨਿਕਲਦਾ, ਕਵਿਸ਼ਨ ਹੀ ਨਿਕਲਦਾ, ਕਵਿਸ਼ਨ ਹੀ ਬਚਦਾ। ਕਿਉਂਕਿ ਹਜੇ ਕੰਮ ਇੰਨੇ ਨਹੀਂ ਚੱਲੇ, ਕੰਮ ਚੱਲੇ ਆ ਥੋੜੇ ਬਹੁਤੇ ਕੰਮ ਚੱਲੇ ਆ। ਉਏ ਇਹ ਮੈਸੇਜ ਮੇਰਾ ਉਹਨਾਂ ਲਈ ਆ ਜਿਹੜੀਆਂ ਕੁੜੀਆਂ ਬਾਹਰ ਹੋਣਾ ਚਾਹੁੰਦੀਆਂ ਆ ਜਿਹੜੀਆਂ ਕਹਿੰਦੀਆਂ ਨੇ ਸਾਨੂੰ ਇੱਕ ਵਾਰ ਭੇਜੋ ਬਸ ਅਸੀਂ ਬਾਹਰ ਜਾ ਕੇ ਅਸੀਂ ਆਹ ਕਰ ਲਾਂਗੇ ਅਸੀਂ ਆਹ ਕਰ ਲਾਂਗੇ ਇਹ ਗੱਲਾਂ ਨਾ ਜਦੋਂ ਆਪਾਂ ਇੰਡੀਆ ਹੁੰਨੇ ਆ ਉਦੋਂ ਹੀ ਹੁੰਦੀਆਂ ਆ ਵੀ ਹਾਂ ਅਸੀਂ ਆਹ ਕਰ ਲਾਂਗੇ ਅਸੀਂ ਆਹ ਕਰ ਲਾਂਗੇ ਅਸੀਂ ਐ ਕਰ ਲਾਂਗੇ ਮੈਨੂੰ ਵੀ ਬਹੁਤ ਸੀਗਾ ਮੈਂ ਖੁਦ ਉਹਨਾਂ ਜੇ ਇੱਕ ਆ ਪਰ ਮੈਂ ਇੱਥੇ ਆ ਕੇ ਐਕਸਪੀਰੀਅੰਸ ਦੇਖਿਆ ਕੋਈ ਨਹੀਂ ਕਿਸੇ ਦਾ ਸਾਥ ਦਿੰਦਾ ਲੋਕੀ ਵੀ ਕਹੀ ਇਹੋ ਜਿਹੇ ਨੇ ਜਿਹੜੇ ਦੇਖਦੇ ਨੇ ਵੀ ਇਹ ਕੁੜੀਆਂ ਦੀ ਮਜਬੂਰੀ ਆ ਮਜਬੂਰੀਆਂ ਦਾ ਫਾਇਦਾ ਚੱਕਦੇ ਨੇ ਲੋਕੀ ਜੋ ਕੁੜੀਆਂ ਨੇ ਨਾ ਆਪਣੇ ਪੇਰੈਂਟਸ ਨੂੰ ਫੋਨ ਕਰਕੇ ਦੱਸ ਨਹੀਂ ਸਕਦੀਆਂ ਆਪਣੀਆਂ ਮਜਬੂਰੀਆਂ ਪੇਰੈਂਟਸ ਜੇ ਇੰਨੇ ਅਮੀਰ ਹੁੰਦੇ ਤਾਂ ਇਨ੍ਹਾਂ ਕੰਟਰੀਆਂ ਚ ਕਰਜ਼ਾ ਚੱਕ ਕੇ ਕਿਉਂ ਭੇਜਦੇ ਕੁੜੀਆਂ ਦੀਆਂ ਆਕੇ ਬਹੁਤ ਤਰ੍ਹਾਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਨੇ ਕੰਟਰੀਆਂ ਦੇ ਵਿੱਚ ਆਪਣੀਆਂ ਜ਼ਿੰਦਗੀਆਂ ਖਰਾਬ ਕਰ ਲੈਂਦੀਆਂ ਨੇ ਕੁੜੀਆਂ ਹੁਣ ਜਿਹੜੀਆਂ ਕਈ ਕੁੜੀਆਂ ਆਈਆਂ ਨੇ ਹਨਾ ਵਿਚਾਰੀਆਂ ਪਛਤਾਉਂਦੀਆਂ ਨੇ ਵੀ ਅਸੀਂ ਵਿਆਹ ਕਿਉਂ ਨਹੀਂ ਕਰਾ ਕੇ ਆਈਆਂ ਵੀ ਵਿਆਹ ਕਰਾ ਕੇ ਆਉਣੀ ਸੀਗੇ ਇੱਥੇ ਆ ਕੇ ਪਛਤਾਵਾ ਹੁੰਦਾ ਜਦੋਂ ਇਹੋ ਜਿਹੇ ਹਾਲਾਤ ਬਣਦੇ ਨੇ ਆਓ ਜੀ ਸਦਕੇ ਆਓ ਕੰਟਰੀਆਂ ਬਹੁਤ ਸੋਹਣੀਆਂ ਨੇ ਬਹੁਤ ਇੱਥੇ ਦੇ ਰੂਲ ਰੈਗੂਲੇਸ਼ਨ ਚੰਗੇ ਆ ਇੱਥੇ ਦੀਆਂ ਸਰਕਾਰਾਂ ਚੰਗੀਆਂ ਨੇ ਇੱਥੇ ਸਾਰਾ ਕੁਝ ਚੰਗਾ ਪਰ ਵਿਆਹ ਕਰਾ ਕੇ ਆਓ ਇਸ ਲਈ ਅੱਜ ਦੀ ਮੈਂ ਵੀਡੀਓ ਹੈ ਜਿਹੜੀ ਇਸ ਲਈ ਪਾ ਰਹੀ ਆ ਬਾਹਰਲੇ ਮੁਲਕਾਂ ਦਾ ਭੂਤ ਹਰ ਇੱਕ ਨੂੰ ਸਵਾਰ ਹੁੰਦਾ ਮੈਨੂੰ ਵੀ ਸੀ ਮੈਂ ਵੀ ਉਹਨਾਂ ਚੋਂ ਇੱਕ ਸੀ ਇੱਥੇ ਆ ਕੇ ਇੰਗਲੈਂਡ 'ਚ ਖਾਸ ਤੌਰ ਤੇ ਫੀਸਾਂ ਕੱਢਣੀਆਂ ਬਹੁਤ ਔਖੀਆਂ ਆ। ਹੁਣ ਤਾਂ ਵੈਸੇ ਹੀ ਕਰੋਨਾ ਆ ਗਿਆ। ਚਲੋ 4 ਲੱਖ ਮੰਨ ਲਓ ਮੈਂ ਇਹ ਸਾਲ ਦਾ ਭਰ ਦੂੰਗੀ। ਅਗਲਾ ਸਾਲ ਫੇਰ ਆ ਗਿਆ। ਅਗਲੇ ਸਾਲ ਦੀ ਫੇਰ 12.5 ਲੱਖ ਫੀਸ ਆ। ਦਸੰਬਰ ਤੱਕ ਇਹ ਸਾਲ ਪੂਰਾ ਹੋ ਦਸੰਬਰ ਤੋਂ ਬਾਅਦ 12.5 ਲੱਖ ਫੇਰ ਫੀਸ ਆ ਗਈ। ਉਦੋਂ ਆ 12.5 ਲੱਖ ਫੇਰ ਫੀਸ ਆ ਗਈ। 35 ਲੱਖ ਰੁਪਈਆ ਮੇਰੇ ਇਕੱਲੇ ਕੋਰਸ ਦੀ ਫੀਸ ਹੈ। ਕੱਲੀ ਕੁੜੀ ਕਰਜ਼ਾ ਮੋੜੂਗੀ ਜਾਂ ਫੀਸ ਕੱਢੂਗੀ ਕੀ ਕਰੂਗੀ ਮਾਪੇ ਅੱਖਾਂ ਮੀਚ ਕੇ ਕੁੜੀਆਂ ਨੂੰ ਜਿਹੜੇ ਬਾਹਰ ਭੇਜ ਦਿਆ ਉਹਦਾ ਮੈਂ ਐਕਸਪੀਰੀਅੰਸ ਕਰਕੇ ਦੇਖ ਲਿਆ ਮਾਪਿਆਂ ਨੂੰ ਬੇਨਤੀ ਆਪਣੇ ਬੱਚਿਆਂ ਨੂੰ ਭੇਜੋ ਜ਼ਰੂਰ ਭੇਜੋ ਪਰ ਕੁੜੀਆਂ ਦੇ ਵਿਆਹ ਕਰਕੇ ਭੇਜੋ ਇੰਨੀ ਕੁ ਮੇਰੀ ਬੇਨਤੀ ਆ ਉਹਨਾਂ ਦੇ ਹਸਬੰਦ ਨਾਲ ਆਉਣ ताकि चलो ਉਹਨਾਂ ਨੂੰ ਹੌਸਲਾ ਹੋਵੇ ਮੈਂ ਫੇਰ ਵੀ ਇੱਕ ਸਟਰੋਂਗ ਤੁਸੀਂ ਕੁੜੀ ਕਹਿ ਸਕਦੇ ਹੋ ਥੋੜੀ ਸਟਰੋਂਗ ਆ ਥੋੜਾ ਮੈਨੂੰ ਤੁਹਾਡੇ ਸਾਰਿਆਂ ਦਾ ਸਾਥ ਆ ਥੋੜੇ ਲੋਕੀ ਥੋੜੇ ਵੀਰ ਥੋੜੇ ਭੈਣਾਂ ਇੱਥੇ ਜੁੜੀਆਂ ਹੋਈਆਂ ਨੇ ਸਾਬੀ ਵੀਰ ਮੇਰਾ ਉਹਨਾਂ ਦਾ ਤਾਂ ਮੈਂ ਦੇਣਾ ਹੀ ਨਹੀਂ ਦੇ ਸਕਦੀ ਇੰਨਾ ਹੌਸਲਾ ਹੋਇਆ ਇੰਗਲੈਂਡ 'ਚ ਪਤਾ ਆ ਤੁਹਾਨੂੰ ਕੋਈ ਵੀ ਮੈਨੂੰ ਪ੍ਰੋਬਲਮ ਆ ਗਈ ਮੈਂ ਫੋਨ ਕਰ ਦੂੰਗੀ ਇੱਕ ਆਪਣੀ ਫੈਮਲੀ ਫੈਮਲੀ ਦਾ ਮੈਂਬਰ ਉਹ ਭਰਾ ਨੇ ਮੈਨੂੰ ਸਮਝਿਆ ਉਹਦੇ ਹੌਸਲੇ ਕਰਕੇ ਮੈਂ ਸ਼ਾਇਦ ਸਟਰਗਲ ਤਾਂ ਕਰ ਰਹੀ ਆ ਇੱਕ ਸਹਾਰਾ ਪਿੱਛੇ ਵੀ ਮੇਰਾ ਭਰਾ ਹੈਗਾ ਕੋਈ ਹੋਰ ਵੀ ਵੀਰ ਨੇ ਹੋਰ ਵੀ ਹੈਗੇ ਉਹ ਵੀ ਜੁੜੇ ਹੋਏ ਆ ਵਿਚਾਰੇ ਉਹਨਾਂ ਦਾ ਵੀ ਮੈਨੂੰ ਬਹੁਤ ਸਹਾਰਾ ਚਲੋ ਜੇ ਜੋਬ ਲੱਭ ਕੇ ਦਿੱਤੀ ਆ ਤਾਂ ਮੈਨੂੰ ਸਾਬੀ ਵੀਰ ਨੇ ਦਿੱਤੀ ਆ ਮੈਂ ਦਿਲੋਂ ਧੰਨਵਾਦ ਕਰਦੀ ਆ ਹਰ ਸੰਡੇ ਨੂੰ ਗਰੋਸਰੀ ਦੇ ਕੇ ਜਾਂਦੀ ਆ ਸਾਨੂੰ ਮੈਨੂੰ ਵੀ ਗਰੋਸਰੀ ਦੇ ਕੇ ਜਾਂਦੀ ਆ ਹੋਰ ਵੀ ਵੀਰ ਸਾਡੇ ਜੁੜੇ ਹੋਇਆ ਮੇਰਾ ਇੰਗਲੈਂਡ ਤੋਂ ਆ ਇੱਕ ਵੀਰਾ ਉਹਨੇ ਵੀ ਮੇਰਾ ਸਾਥ ਦਿੱਤਾ ਇੱਕ ਵੀਰਾ ਅਮਰੀਕਾ ਤੋਂ ਆ ਉਹਨੇ ਵੀ ਮੇਰਾ ਸਾਥ ਦਿੱਤਾ ਪਰ ਜਿਹੜੀਆਂ ਕੁੜੀਆਂ ਨੂੰ ਤੁਸੀਂ ਕੱਲੀਆਂ ਨੂੰ ਭੇਜ ਦਿੰਨੇ ਹੋ ਉਹਨਾਂ ਦਾ ਕੋਈ ਇੱਥੇ ਹੁੰਦਾ ਨਹੀਂਗਾ ਉਹ ਕੀ ਕਰਦੀਆਂ ਹੋਣੀਆਂ ਵਿਚਾਰੀਆਂ ਇਹ ਹਾਲਾਤ ਦੇ ਵਿੱਚ ਇਹ ਕਰੋਨਾ ਹੁਣ ਆ ਗਿਆ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ ਫਿਰ ਪੇਰੈਂਟਸ ਇੰਡੀਆ ਬੈਠੇ ਰੋਈ ਜਾਂਦੇ ਨੇ ਕੁੜੀਆਂ ਇੱਥੇ ਬੈਠੀਆਂ ਬੈਠੀਆਂ ਰੋਈ ਜਾਂਦੀਆਂ ਨੇਗੀਆਂ ਨਾ ਤਾਂ ਵਾਪਸ ਹੀ ਆ ਸਕਦੀਆਂ ਨੇ 15 ਲੱਖ ਲਾ ਕੇ ਕੌਣ ਆਜੂਗਾ ਵਾਪਸ ਸੋ ਮੇਰਾ ਮੈਸੇਜ ਉਹਨਾਂ ਲੋਕਾਂ ਲਈ ਹੈ ਮਾਪੇ ਪਾਪਾ ਲਈ ਹੈ ਕੁੜੀਆਂ ਲਈ ਹੈ ਜਿਹੜੀਆਂ ਕੁੜੀਆਂ ਦੇ ਸ਼ੌਂਕ ਨੇ ਕਿ ਅਸੀਂ ਬਾਹਰ ਆਈਏ ਕੱਲੀਆਂ ਮੈਂ ਵੀ ਤੁਹਾਡੇ ਸਾਰਿਆਂ ਚੋਂ ਇੱਕ ਸੀ ਮੈਨੂੰ ਵੀ ਬਹੁਤ ਸ਼ੌਂਕ ਸੀ ਇੱਕ ਦਿਨ ਤਾਂ ਮੈਂ ਰੱਬ ਨਾਲ ਵੀ ਗੁੱਸੇ ਹੋ ਗਈ ਸੀ ਰੱਬ ਤੋਂ ਵੀ ਦੁਖੀ ਹੋ ਗਈ ਸੀ ਮੈਂ ਕਿਹਾ ਰੱਬ ਤਾਂ ਹੈ ਹੀ ਨਹੀਂ ਦੁਨੀਆ ਤੇ ਮੈਂ ਕਿਹਾ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਫਿਰ ਵੀ ਰੱਬ ਮੇਰਾ ਸਾਥ ਨਹੀਂ ਦੇ ਰਿਹਾ ਮੈਨੂੰ ਜੋਬ ਨਹੀਂ ਮਿਲਦੀ ਮੈਂ ਦਰ ਦਰ ਤੇ ਭੜਕਦੀ ਸੀ ਜੋਬ ਲਈ ਹਰ ਇੱਕ ਸ਼ਾਪ ਤੇ ਮੈਂ ਜਾਣਾ ਮੈਨੂੰ ਜੋਬ ਦੇ ਦਿਓ ਮੈਨੂੰ ਜੋਬ ਦੇ ਦਿਓ ਮੈਨੂੰ ਜੋਬ ਦੇ ਦਿਓ ਮੈਂ ਹਰ ਇੱਕ ਸ਼ਾਪ ਤੇ ਗਈ ਬਹੁਤ ਲੋਕੀ ਮੈਂ ਫੇਸਬੁੱਕ ਤੇ ਵੀ ਪਾਇਆ ਵੀ ਜੇ ਕੋਈ ਬਰਮਿੰਗਮ ਤੋਂ ਆ ਮੇਰੇ ਨਾਲ ਸੰਪਰਕ ਕਰੋ ਕਿਤੇ ਵੀ ਵਿਚਾਰਿਆਂ ਨੇ ਸੰਪਰਕ ਮੁੰਡਿਆਂ ਨੇ ਮੇਰੇ ਨਾਲ ਮੈਂ ਉਹਨਾਂ ਨੂੰ ਕਿਹਾ ਫੋਨ ਤੇ ਫੋਨ ਕਰਨਾ ਵੀਰੇ ਮੈਨੂੰ ਜਵਾਬ ਦਵਾ ਦਿਓ ਵੀਰੇ ਮੈਨੂੰ ਜਵਾਬ ਦਵਾ ਦਿਓ ਬੱਟ ਮੈਨੂੰ ਜਵਾਬ ਤਾਂ ਨਹੀਂ ਬਣਿਆ ਥੇਰਸ ਤੋਂ ਬਾਅਦ ਮੈਂ ਸੋਸ਼ਲ ਵਰਕਰਾਂ ਨੂੰ ਵਿਚਾਰਿਆਂ ਨੂੰ ਫੋਨ ਕੀਤੇ ਵੀ ਮੈਨੂੰ ਤੁਹਾਡੀ ਲਿੰਕ ਚ ਕੋਈ ਹੋਣਾ ਉਹਨਾਂ ਤੋਂ ਮੈਨੂੰ ਜਵਾਬ ਦਵਾ ਦਿਓ ਆਪਣੇ ਪੰਜਾਬੀਆਂ ਦੇ ਬਹੁਤ ਛੋਪਾ ਨੇ ਇੱਥੇ ਬਹੁਤ ਕੰਮ ਨਹੀਂ ਇੱਥੇ ਬਰਮਿੰਗਮ ਦੇ ਵਿੱਚ ਉਹਨਾਂ ਵਿਚਾਰਿਆਂ ਨੇ ਬਹੁਤ ਫੋਨ ਕੀਤੇ ਪਰ ਕਿਸਮਤ दाना पाणी ਨਹੀਂ ਸੀ ਲਿਖਿਆ ਨਹੀਂ ਮਿਲੀ ਹੁਣ ਆ ਕੇ ਕਿਤੇ ਮੈਂ ਸੈਟੀਸਫਾਈ ਹੋਈਆਂ ਹੁਣ ਮੈਨੂੰ ਜੋਬ ਮਿਲੀ ਆ ਹੁਣ ਮੈਂ ਜੋਬ ਤੋਂ ਸੈਟੀਸਫਾਈ ਆ ਜਿੱਥੇ ਮੈਂ ਜੋਬ ਕਰਦੀ ਆ ਚਲੋ دیر ਨਾਲ ਸਹੀ ਪਰ ਬਹੁਤ ਇੱਜ਼ਤ ਮਿਲਦੀ ਆ ਰਿਸ਼ਤੇਦਾਰ ਸਭ ਸਾਥ ਛੱਡ ਗਏ ਸੀ ਫੋਨ ਚੱਕਣੇ ਬੰਦ ਕਰਤੇ ਸੀ ਰਿਸ਼ਤੇਦਾਰਾਂ ਨੇ ਕਿਉਂਕਿ ਰਿਸ਼ਤੇਦਾਰਾਂ ਨੂੰ ਵੀ ਇਹੀ ਹੁੰਦਾ ਵੀ ਹੁਣ ਔਖਾ ਟਾਈਮ ਆ ਕਿਤੇ ਪੈਸੇ ਨਾ ਮੰਗ ਲੇ ਫੋਨ ਹੀ ਨਹੀਂ ਚੱਕੇ ਸੋ ਕਦੇ ਕਿਸੇ ਤੋਂ ਉਮੀਦ ਨਾ ਰੱਖੋ ਜ਼ਿੰਦਗੀ ਚ ਇਕੱਲੇ ਤੁਰੋ ਪਰਮਾਤਮਾ ਦਾ ਸਾਥ ਲੈ ਕੇ ਸਟਰਗਲ ਕਰੋ ਸਟਰਗਲ ਸਟਰਗਲ ਕਰਕੇ ਹੀ ਆਪਾਂ ਜ਼ਿੰਦਗੀ ਦੇ ਵਿੱਚ ਕੁਝ ਸਿੱਖਦੇ ਹਾਂ ਜੇਪਨੂੰ ਠੋਕਰਾਂ ਲੱਗਦੀਆਂ ਨੇ ਤਾਂ ਕੁਝ ਅੱਗੇ ਸਿੱਖਿਆ ਜਾਂਦਾ ਇੱਕ ਦਿਨ ਦੀ ਗੱਲ ਆ ਮੈਂ ਤੇ ਮੇਰੀ ਫਰੈਂਡ ਸੀਗੇ ਅਸੀਂ ਨਾ ਉੱਥੇ ਮਾਂਚੈਸਟਰ ਹੀ ਸੀਗੇ ਅਸੀਂ ਦੋਹੇ ਜਾ ਰਹੀਆਂ ਸੀਗੀਆਂ ਅਸੀਂ ਤੇ ਮਾਂਚੈਸਟਰ ਮੈਂ ਕਈ ਮੁੰਡਿਆਂ ਨੂੰ ਇਹ ਗੱਲ ਦੱਸੀ ਵੀ ਆ ਕਈ ਵੀਰਾਂ ਨੂੰ ਇਹ ਗੱਲ ਦੱਸੀ ਵੀ ਆ ਅਸੀਂ ਨਾ ਦੋਹੇ ਜਾਣੀਆਂ ਤੁਰੀਆਂ ਜਾਈਏ ਤੇ ਐਟ ਅ ਟਾਈਮ ਪਾਈ ਸਾਡੀ ਜੇਬ 'ਚ ਇੱਕ ਵੀ ਰੁਪਿਆ ਨਹੀਂ ਸੀਗਾ 1 ਪੌਂਡ ਮੇਰੇ ਕੋਲ ਸੀ ਤੇ 1 ਪੌਂਡ ਉਹ ਕੁੜੀ ਦੇ ਜੇਬ 'ਚ ਸੀ ਅਸੀਂ ਦੋਏ ਤੁਰੀਆਂ ਜਾਈਏ ਤੇ ਪੈਸੇ ਤਾਂ ਸਾਡੇ ਕੋਲ ਹੈਗੇ ਸੀ ਚਲੋ ਘਰੇ ਪਏ ਸੀਗੇ ਹਨਾ ਐਟ ਅ ਟਾਈਮ ਨਹੀਂ ਸੀਗੇ ਤੇ ਮੈਂ ਮੈਂ ਤੇ ਮੇਰੀ ਫਰੈਂਡ ਜਾਈਏ ਉੱਥੇ ਨਾ ਮੂਰੇ ਸਟਾਲਾਂ ਜੀਆਂ ਲੱਗੀਆਂ ਪਈਆਂ ਸੀ ਜਿੱਥੇ 5-5 ਪੌਂਡਾਂ ਦੀਆਂ ਚੀਜ਼ਾਂ ਵਿਕਦੀਆਂ ਸੀ ਜਿੰਦਾ ਖਾਣ ਵਾਲੇ ਹਨਾ ਤੇ ਖਾਣ ਵਾਲੇ ਪਾਪਾ ਪਾਉਂਡਾਂ ਦੀਆਂ ਚੀਜ਼ਾਂ ਲੱਗੀਆਂ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਇਦਾਂ ਕਰ ਮੈਂ ਕਿਹਾ ਤੇਰੀ ਜੇਬ 'ਚ ਪੈਸੇ ਹੈਗੇ ਆ ਮੈਂ ਕਿਹਾ ਚੱਲ ਮੈਨੂੰ ਭੁੱਖ ਬਹੁਤ ਲੱਗੀ ਹੋਈ ਅਸੀਂ ਯੂਨੀਵਰਸਿਟੀ 'ਚੋਂ ਆਏ ਸੀਗੇ ਨਾ ਬਹੁਤ ਭੁੱਖ ਲੱਗੀ ਹੋਈ ਮੈਂ ਕਿਹਾ ਵੀ ਕੁਛ ਖਾ ਲੈਨੇ ਆਪਾਂ ਵੀ ਮੇਰਾ ਦਿਲ ਕਰਦਾ ਖਾਣ ਨੂੰ ਮੈਨੂੰ ਬਹੁਤ ਭੁੱਖ ਲੱਗੀ ਉਹ ਕਹਿੰਦੀ ਮੈਨੂੰ ਵੀ ਬਹੁਤ ਭੁੱਖ ਲੱਗੀ ਆ ਮੈਂ ਕਿਹਾ ਚੱਲ ਤੂੰ ਪੈਸੇ ਕੱਢ ਜੇਬ 'ਚੋਂ ਉਹਨੇ ਜੇਬ 'ਚੋਂ ਪਾਉਂਡ ਕੱਢਿਆ 1 ਪਾਉਂਡ ਤੇ ਮੈਂ ਆਪਣੀ ਜੇਬ 'ਚ ਦੇਖਿਆ ਤਾਂ ਮੇਰੇ ਕੋਲ ਵੀ ਇੱਕ ਪਾਉਂਡ ਸਾਡੇ ਦੋਹਾਂ ਕੋਲ 2 ਪ ਤੇਸਟ ਆਲਾਂ ਤੇ ਚਲੇ ਗਏ ਅਸੀਂ ਕਿਹਾ ਵੀ 2 ਪਾਉਂਡ ਦੀ ਕੋਈ ਚੀਜ਼ ਹੈਗੀ ਉਹ ਕਹਿੰਦੇ ਨਹੀਂ ਕਹਿੰਦੇ ਇਟਸ ਅ ਸਟਾਰਟ ਫਰੋਮ 5 ਪਾਉਂਡ ਤੇ 5 ਪਾਉਂਡਾਂ ਤੋਂ ਸਟਾਰਟ ਹੁੰਦੀ ਆ ਕਹਿੰਦੇ 2 ਪਾਉਂਡਾਂ ਦੀ ਕੋਈ ਚੀਜ਼ ਨਹੀਂ ਅਸੀਂ ਉਹਨੂੰ ਕਿਹਾ ਚੱਲ ਤੂੰ ਜਿਹੜੀ 5 ਪਾਉਂਡਾਂ ਵਾਲੀ ਚੀਜ਼ ਆ ਉਹ ਹਾਫ ਕਰਕੇ ਦੇ ਦੇ ਸਾਨੂੰ 2 ਪਾਉਂਡਾਂ ਦੀ ਦੇ ਦੇ ਕਹਿੰਦੇ ਨਹੀਂ ਵੀ ਹਨਾ ਵੀ 5 ਪਾਉਂਡਾਂ ਦੀ ਮਿਲੂਗੀ ਤੇ ਇੰਨੀ ਭੁੱਖ ਲੱਗੀ ਹੋਈ ਉੱਥੇ ਨਾ ਗੋਰੇ ਸਾਰੇ ਗੋਰੇ ਸੀਗੇ ਤੇ ਸਾਰੇ ਗੋਰੇ ਖਾਣ ਲੱਗੇ ਪਏ ਗੋਰੀਆਂ ਖਾਣ ਲੱਗੀਆਂ ਪਈਆਂ ਸਾਡਾ ਮਤਲਬ ਸਾਨੂੰ ਇਦਾਂ ਦੀ ਫੀਲਿੰਗ ਆਈ ਵੀ ਜਿੱਦਾਂ ਵੀ ਅਸੀਂ ਨਾ ਗਰੀਬ ਹੁੰਦੇ ਆ ਜਿੱਦਾਂ ਇੰਡੀਆ ਦੇ ਵਿੱਚ ਨਹੀਂ ਹੁੰਦੇ ਜਿਹੜੇ ਗਰੀਬ ਲੋਕ ਹੁੰਦੇ ਆ ਵਿਚਾਰੇ ਆਪਾਂ ਖੜੇ ਆ ਨਾ ਖਾਈ ਜਾਂਦੇ ਉਹਨਾਂ ਰੈਸਟੋਰੈਂਟ ਤੇ ਉਹ ਬਾਹਰ ਖੜੇ ਹੁੰਦੇ ਆ ਲੋਕੀ ਉਹ ਦੇਖਦੇ ਹੁੰਦੇ ਆ ਖਾਂਦੇ ਆ ਨੂੰ ਹਨਾ ਵੀ ਵੀ ਸਾਹਮਣੇ ਵੀ ਮੈਂ ਵੀ ਸਾਹਮਣੇ ਵਾਲਾ ਬੰਦਾ ਖਾ ਰਿਹਾ ਮੈਂ ਦੇਖ ਰਿਹਾ ਵੀ ਮੈਂ ਉਹ ਤੋਂ ਲੈ ਲਵਾਂ ਜਾਂ ਉਹ ਤੋਂ ਮੰਗਦਾ ਬੰਦਾ ਭੀਖ ਮੰਗਦਾ ਆ ਹਨਾ ਵੀ ਮੈਨੂੰ ਦਵਾ ਦੇ ਚੀਜ਼ ਤੂੰ ਹਨਾ ਸਾਡੇ ਤੇ ਇਹੋ ਜਿਹੇ ਹਾਲਾਤ ਬਣੇ ਦਿਲ ਕਰੇ ਹਨਾ ਵੀ ਕੋਈ ਸਾਨੂੰ 5 ਪੌਂਡ ਦੇ ਦੇ ਤਾਂ ਅਸੀਂ ਚੀਜ਼ ਖਾ ਲਈਏ ਮਤਲਬ ਆਪਣੇ ਆਪ ਨੂੰ ਇੰਨਾ ਗਰੀਬ ਮਹਿਸੂਸ ਕੀਤਾ ਹਨਾ ਵੀ ਇੰਡੀਆ ਦੇ ਵਿੱਚ ਅਸੀਂ ਮਤਲਬ ਰਾਜੇ ਹੁੰਦੇ ਸੀਗੇ ਹਨਾ ਵੀ ਇੱਥੇ ਆ ਕੇ ਵੀ ਆਪਾਂ ਕਿੰਨੇ ਗਰੀਬ ਹੋ ਗਏ ਅਸੀਂ ਹੱਸੇ ਵੀ ਆਪਣੇ ਆਪ ਤੇ ਹਨਾ ਇਦਾਂ ਫੀਲ ਵੀ ਕਰੀ ਅੰਦਰੋਂ ਤੇ ਸਾਡੇ ਕੋਲ 5 ਪਾਉਂਡ ਨਾ ਤੇ ਉਦੋਂ ਮੈਨੂੰ ਅਹਿਸਾਸ ਹੋਇਆ ਵੀ ਜਿਹੜੇ ਮੰਗ ਤੇ ਆਪਣੇ ਘਰੇ ਵਿਚਾਰੇ ਗਰੀਬ ਲੋਕ ਜਿਹੜੇ ਮੰਗਣਾਉਂਦੇ ਨੇ ਨਾ ਆਪਾਂ ਉਹਨਾਂ ਨੂੰ ਜਦੋਂ ਦਿੱਲੀ ਤੇ ਖੜੇ ਹੁੰਦੇ ਨੇ ਆਪਾਂ ਉਹਦੀ ਕਹਿ ਦਿੰਦੇ ਆ ਵੀ ਆ ਆ ਗਿਆ ਸਵੇਰੀ ਮੰਗਣਾ ਆਪਾਂ ਉਹਨਾਂ ਨੂੰ ਬਹੁਤ ਗਾਲਾਂ ਕੱਢਦੇ ਆ ਆਪਾਂ ਉਹਨਾਂ ਨੂੰ ਬਹੁਤ ਬੁਰਾ ਭਰਾ ਭਲਾ ਬੋਲਦੇ ਆ ਇਹ ਚੀਜ਼ ਦਾ ਮੈਨੂੰ ਅਹਿਸਾਸ ਹੋਇਆ ਕਿ ਪਤਾ ਨਹੀਂ ਇਨਸਾਨ ਜਿਹੜਾ ਤੁਹਾਡੇ ਘਰੇ ਆ ਰਿਹਾ ਉਹ ਕਿਹੜੇ ਹਾਲਾਤਾਂ ਦੇ ਵਿੱਚ ਆ ਉਹਦਾ ਢਿੱਡ ਕਿੰਨਾ ਕੁ ਭੁੱਖਾ ਆ ਪਤਾ ਨਹੀਂ ਉਹ ਕਿਉਂਕਿ ਮੰਗਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਪਤਾ ਨਹੀਂ ਉਹ ਇਨਸਾਨ ਕਿਉਂ ਤੁਹਾਡੇ ਘਰ ਮੰਗਣ ਆਇਆ ਆਪਾਂ ਇੱਕ ਵਾਰ ਵੀ ਇਹ ਗੱਲ ਨਹੀਂ ਸੋਚਦੇ ਆਪਾਂ ਉਹ ਲੋਕਾਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਵੀ ਮੂੰਹ ਚੱਕ ਕੇ ਸਾਡੇ ਘਰ ਆ ਗਿਆ ਸਵੇਰੀ ਸਾਡੇ ਮੱਥੇ ਲੱਗ ਗਿਆ ਲੋਕੀਂ ਤਰ੍ਹਾਂ ਤਰ੍ਹਾਂ ਦੀਆਂ ਗਾਲਾਂ ਕੱਢਦੇ ਉਹਨਾਂ ਪਰ ਉਹ ਚੀਜ਼ ਐ ਸਾਸ ਮੈਨੂੰ ਉੱਥੇ ਹੋਇਆ ਸੀ ਇਹ ਹਾਲਾਤ ਕਦੋਂ ਵੀ ਕਿਸੇ ਵੇਲੇ ਵੀ ਕਿਸੇ ਤੇ ਹੋ ਸਕਦੇ ਆ ਇਹ ਅਮੀਰ ਬੰਦੇ ਤੇ ਵੀ ਹੋ ਸਕਦੇ ਆ ਸਮ ਟਾਈਮ ਅਮੀਰ ਬੰਦਾ ਆ ਉਹਦੇ ਕੋਲ ਬਹੁਤ ਪੈਸੇ ਆ ਹਨਾ ਤੇ ਪਰ ਉਹ ਆਪਣਾ ਪਰਸ ਘਰੇ ਭੁੱਲ ਆਇਆ ਪਰ ਉਹਨੂੰ ਭੁੱਖ ਬਹੁਤ ਲੱਗੀ ਆ ਉਹਦੇ ਕੋਲ ਪੈਸੇ ਨਹੀਂ ਹੈਗੇ ਇਹ ਹਾਲਾਤ ਉਸ ਬੰਦੇ ਤੇ ਵੀ ਬਣ ਸਕਦੇ ਨੇ ਸੋ ਜੇ ਕੋਈ ਵੀ ਬੰਦਾ ਤੁਹਾਡੇ ਘਰੇ ਮੰਗਣ ਆਉਂਦਾ ਨਾ ਤਾਂ ਈਵਨ ਉਹਨੂੰ ਰੋਟੀ ਜ਼ਰੂਰ ਪੁੱਛ ਲਿਆ ਕਰੋ ਕਿਉਂਕਿ ਕਈ ਵਾਰ ਬੰਦੇ ਦਾ ਟਿੱਡ ਬਹੁਤ ਭੁੱਖਾ ਹੁੰਦਾ ਉਹਨੂੰ ਰੋਟੀ ਖਵਾ ਕੇ ਆਪਣੇ ਘਰੋਂ ਭੇਜਿਆ ਕਰੋ ਪੈਸਾ ਬੇਸ਼ੱਕ ਨਾ ਤੁਸੀਂ ਦਿਓ ਪਰ ਉਹਨੂੰ ਰੋਟੀ ਜ਼ਰੂਰ ਖਵਾ ਦਿਆ ਕਰੋ ਜੇ ਤੁਹਾਡੇ ਘਰੇ ਕੋਈ ਬੰਦਾ ਆਉਂਦਾ ਇਹ ਜ਼ਿੰਦਗੀ ਦੇ ਐਕਸਪੀਰੀਅੰਸ ਉਦੋਂ ਮਿਲਦਿਆ ਜੇ ਇਹ ਜ਼ਿੰਦਗੀ ਦੇ ਐਕਸਪੀਰੀਅੰਸ ਉਦੋਂ ਮਿਲਦਿਆ ਜਦੋਂ ਆਪਾਂ ਇਹਨਾਂ ਦਾ ਐਕਸਪੀਰੀਅੰਸ ਲੈਣ ਇਹਨਾਂ ਦਾ ਸਾਹਮਣਾ ਕਰਦੇ ਆਂ ਸੋ ਉਹਨਾ ਟਾਈਮ ਆਪਾਂ ਨੂੰ ਅਕਲ ਨਹੀਂ ਆਉਂਦੀ ਜਿੰਨਾ ਟਾਈਮ ਆਪਣੇ ਤੇ ਇਹ ਚੀਜ਼ਾਂ ਨਾ ਗੁਜ਼ਰਨ ਆਪਾਂ ਨੂੰ ਨਾ ਫੀਲ ਹੋਣਾ ਬਾਕੀ ਤੁਹਾਡੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਕੀ ਤੁਹਾਡੇ ਸਾਰੇ ਤੁਹਾਡੇ ਸਾਰਿਆਂ ਕਰਕੇ ਬਾਕੀ ਤੁਹਾਡੇ ਸਭਾ ਬਾਕੀ ਤੁਹਾਡਾ ਸਾਰੇ ਵੀਰਾਂ ਦਾ ਸਾਰੀਆਂ ਭੈਣਾਂ ਦਾ ਦਿਲੋਂ ਧੰਨਵਾਦ ਕਰਦੀਆਂ ਕਿਉਂਕਿ ਮੇਰੇ ਕੋਲ ਤੁਹਾਡਾ ਆਸ਼ੀਰਵਾਦ ਆ ਅੱਜ ਦੀ ਮੇਰੀ ਵੀਡੀਓ ਉਹਨਾਂ ਪੇਰੈਂਟਸਾਂ ਲਈ ਸੀ ਉਹਨਾਂ ਮਾਪਿਆਂ ਲਈ ਸੀ ਕਿ ਕੁੜੀਆਂ ਨੂੰ ਬਹੁਤ ਸਟਰਗਲ ਕਰਨੇ ਪੈਂਦੇ ਆ ਧੀਆਂ ਨੂੰ ਬਹੁਤ ਸਟਰਗਲ ਕਰਨੇ ਪੈਂਦੇ ਆ ਸੋ ਕੁੜੀਆਂ ਨੂੰ ਭੇਜੋ ਜਰੂਰ ਇਹਨਾਂ ਮੁਲਕਾਂ ਦੇ ਵਿੱਚ ਪਰ ਉਹਨਾਂ ਦਾ ਸਹਾਰਾ ਬਣ ਕੇ ਉਹਨਾਂ ਦਾ ਵਿਆਹ ਕਰਕੇ ਉਹਨਾਂ ਨੂੰ ਭੇਜੋ ਤਾਂ ਕਿ ਉਹਨਾਂ ਨੂੰ ਕਿਸੇ ਵੀ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਸਤਿ ਸ਼੍ਰੀ ਅਕਾਲ ਵੀਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਇੰਡੀਆ ਤੋਂ ਯੂਕੇ ਤੱਕ ਦਾ ਸਫ਼ਰ ਹੈ ਜਿਹੜਾ ਉਹ ਸ਼ੇਅਰ ਕਰਨ ਲਈ ਲਾਈਵ ਹੋਈਆਂ ਕਈ ਲੋਕੀ ਮੈਨੂੰ ਪੁੱਛਦਿਆ ਕਿ ਕਰੋਨਾ ਚੱਲਦੇ-ਚੱਲਦੇ ਤੁਸੀਂ ਯੂਕੇ ਕਿਵੇਂ ਚਲੇ ਗਏ ਸੋ ਆਪਣੀ ਜ਼ਿੰਦਗੀ ਦੇ ਇਹ 5 ਮਨਥ 5 ਮਹੀਨੇ ਕਿਵੇਂ ਲੰਘੇ ਇੰਗਲੈਂਡ ਦੇ ਵਿੱਚ ਅੱਜ ਮੈਂ ਉਹ ਗੱਲਾਂ ਕਰਨ ਦੇ ਲਈ ਲਾਈਵ ਹੋਈਆਂਗੀ ਹਾਰਿਕ ਦਾ ਸ਼ੌਂਕ ਹੁੰਦਾ ਕਿ ਅਸੀਂ ਇੰਡੀਆ ਤੋਂ ਬਾਹਰ ਨਿਕਲੀਏ ਕੋਈ ਨਵਾਂ ਸਿੱਖੀਏ ਆਪਣੀ ਜ਼ਿੰਦਗੀ ਨੂੰ ਸਵਾਰੀਏ ਜਦੋਂ ਵੀਜ਼ੇ ਤੇ ਸਟੈਂਪ ਲੱਗਦੀ ਹੈ ਤਾਂ ਅਸੀਂ ਉਦੋਂ ਇਹ ਵੀ ਨਹੀਂ ਦੇਖਦੇ ਵੀ ਕਿਹੜੇ ਏਰੀਆ ਦੇ ਵਿੱਚ ਸਾਨੂੰ ਵੀਜ਼ਾ ਮਿਲ ਰਿਹਾ ਸਾਨੂੰ ਇਹ ਹੁੰਦਾ ਵੀ ਪ੍ਰਮਾਤਮਾ ਇੱਕ ਵਾਰ ਬਾਹਰਲੇ ਦੇਸ਼ ਪਹੁੰਚਾ ਦੇ ਬਾਕੀ ਮੰਗਰੋਂ ਦੇਖਾਂਗੇ ਸੋ ਮੈਂ ਵੀ ਤੁਹਾਡੇ ਸਾਰਿਆਂ ਵਿੱਚੋਂ ਇੱਕ ਆ ਜਨਵਰੀ ਦੇ ਵਿੱਚ ਮੈਂ ਸਟੂਡੈਂਟ ਵੀਜ਼ੇ ਤੇ ਆਈ ਸੀ ਮੈਨੂੰ 3 3 ਸਾਲ ਹੋ ਗਏ ਅ ਅਪਲਾਈ ਕਰਦੀ ਨੂੰ ਬਟ ਮੈਂ ਪਹੁੰਚੀ ਹਾਂ ਯੂਕੇ ਸੋ ਥੋੜੀਆਂ ਜੀਆਂ ਗੱਲਾਂ ਅੱਜ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਿਸ ਦਿਨ ਵੀਜ਼ਾ ਆਇਆ ਸੀ ਬਹੁਤ ਖੁਸ਼ੀ ਹੋਈ ਸੀ ਬਹੁਤ ਖੁਸ਼ੀ ਹੋਈ ਸੀ ਇਦਾਂ ਲੱਗਦਾ ਸੀ ਬਸ ਹੁਣ ਤਾਂ ਜ਼ਿੰਦਗੀ ਸੈੱਟ ਹੋ ਗਈ 21 ਜਨਵਰੀ ਨੂੰ ਮੈਂ ਇੰਗਲੈਂਡ ਪਹੁੰਚੀ ਆਂਗੀ 1 ਲੱਖ ਰੁਪਏ ਇੰਡੀਆ ਦਾ ਨਾਲ ਲੈ ਕੇ ਆਈ ਸੀ ਨੀਅਰ ਅਬਾਊਟ 1000 ਪਾਉਂਡ ਯੂਨੀਵਰਸਿਟੀ ਮੈਨੂੰ ਉੱਥੇ ਮਿਲੀ ਜਿੱਥੇ ਆਪਣੇ ਪੰਜਾਬੀ ਬਹੁਤ ਘੱਟ ਰਹਿੰਦੇ ਸੀ ਮਾਂਚੈਸਟਰ ਸਿਟੀ ਦੇ ਵਿੱਚ ਉੱਤਰੀ ਬਰਮਿੰਗਮ 에ਅਰਪੋਰਟ ਤੇ ਮੇਰੀ ਕਜ਼ਨ ਰਹਿੰਦੀ ਸੀ ਇੱਥੇ ਉਹਦੇ ਕੋਲ ਮੈਂ ਆਈ ਸੀਗੀ ਇੱਥੋਂ ਮਾਂਚੈਸਟਰ ਜੇ ਆਪਾਂ ਜਾਣਾ ਆ ਤਾਂ ਇੱਕ ਦਿਨ ਦੇ 40-45 ਪੌਂਡ ਜਿਹੜਾ ਕਿਰਾਇਆ ਬਰਮਿੰਗਮ ਤੋਂ ਮਾਂਚੈਸਟਰ ਜਾਣ ਦਾ ਲੱਗਦਾ ਸੀ ਇੱਥੇ ਰਹੀ ਇੱਕ ਹਫ਼ਤਾ ਯੂਨੀਵਰਸਿਟੀ ਜਾਇਆ ਕਰਾਂ ਬਰਮਿੰਗਮ ਤੋਂ ਮਾਂਚੈਸਟਰ 40-45 ਪਾਉਂਡ ਲੱਗਿਆ ਕਰਨ ਇੱਕ ਦਿਨ ਦੇ ਮੈਨੂੰ ਐਂ ਲੱਗਿਆ ਕਰੇ ਬਸ 40-45 ਪਾਉਂਡ ਆਪਣੇ ਇੰਡੀਆ ਵਾਲੇ ਰੁਪਈਆ ਦੀ ਮੈਨੂੰ ਫੀਲਿੰਗ ਆਉਂਦੀ ਸੀ ਵੀ ਜਿਦਾਂ ਇੰਡੀਆ 'ਚ 40-45 ਰੁਪਏ ਹੁੰਦੇ ਨੇ ਵੀ ਉਹੀ 40-45 ਪਾਉਂਡ ਯੂਨੀਵਰਸਿਟੀ ਇੰਡੀਆ ਤੋਂ ਮਾਂਚੈਸਟਰ ਜਾਂਦੀ ਸੀ 45 ਪੌਂਡ ਹਰ ਰੋਜ਼ ਦੇ ਲਾ ਕੇ 1000 ਪੌਂਡ ਮੇਰੇ ਕੋਲ ਸੀ ਕਿਰਾਏ-ਕਿਰਾਏ ਦੇ ਵਿੱਚ ਘੱਟੋ-ਘੱਟ ਮੇਰਾ 400 ਪੌਂਡ ਲੱਗ ਗਿਆ ਰਹਿ ਗਿਆ 600 ਪੌਂਡ ਕੰਮ ਕੋਈ ਹੈ ਨਹੀਂ ਸੀ ਕਿਉਂ ਨਵੇਂ-ਨਵੇਂ ਆਏ ਆ ਕੰਮ ਕਿੱਥੋਂ ਮਿਲ ਜੂਗਾ ਉਸ ਤੋਂ ਬਾਅਦ ਮਾਂਚੈਸਟਰ ਚਲੀ ਗਈ ਮਾਂਚੈਸਟਰ ਜਾ ਕੇ ਸੋਚਿਆ ਵੀ ਚਲੋ ਰੂਮ ਮਾਂਚੈਸਟਰ ਲੱਭ ਲੈਨੇ ਆ ਕਿ ਕਿਰਾਇਆ ਬਹੁਤ ਜ਼ਿਆਦਾ ਆ ਮਾਂਚੈਸਟਰ ਕੋਈ ਜਾਣਦਾ ਨਹੀਂ ਸੀ ਨਵੇਂ-ਨਵੇਂ ਹੈਗੇ ਸੀ ਨਵੇਂ ਲੋਕ ਸੀ ਨਵਾਂ ਦੇਸ਼ ਸੀ ਮਾਂਚੈਸਟਰ ਗਈ ਤਾਂ ਉਥੇ ਇੱਕ ਮੈਨੂੰ ਕੁੜੀ ਮਿਲ ਗਈ ਯੂਨੀਵਰਸਿਟੀ ਚ ਉਹ ਕਹਿੰਦੀ ਵੀ ਦੀਦੀ ਮੈਂ ਵੀ ਰੂਮ ਲੈਣਾ ਆਪਾਂ ਦੋਏ ਲੱਭ ਲੈਨੇ ਆ ਅਸੀਂ ਦੋਏ ਕੁੜੀਆਂ ਸੀਗੀਆਂ ਅਸੀਂ ਮਾਂਚੈਸਟਰ ਦੇ ਵਿੱਚ ਗਏ ਅਸੀਂ ਡੋਰ ਟੂ ਡੋਰ ਲੋਕਾਂ ਦੇ ਦਰਵਾਜ਼ੇ ਖੜਕਾਏ ਵੀ ਸਾਨੂੰ ਰੂਮ ਚਾਹੀਦਾ ਉੱਥੇ ਪੰਜਾਬੀ ਬਹੁਤ ਘੱਟ ਸੀਗੇ ਇੱਕ ਘਰ ਗਏ ਗੇਟ ਖੜਕਾਇਆ ਵੀ ਸਾਨੂੰ ਰੂਮ ਚਾਹੀਦਾ ਉਹ ਕਹਿੰਦੇ ਨਹੀਂ ਰੂਮ ਨਹੀਂ ਹੈਗਾ ਫਿਰ ਦੂਜੇ ਘਰ ਗਏ ਫਿਰ ਤੀਜੇ ਘਰ ਗਏ ਸਵੇਰ ਤੋਂ ਅਸੀਂ ਸ਼ਾਮ ਤੱਕ ਲੋਕਾਂ ਦੇ ਗੇਟ ਖੜਕਾਉਂਦੇ ਰਹੇ ਵੀ ਸਾਨੂੰ ਇੱਥੇ ਰਹਿਣ ਲਈ ਰੂਮ ਦੇ ਦਿਓ ਤਾਂ ਕਿ ਸਾਨੂੰ ਸਸਤਾ ਪੈ ਜੂਗਾ ਸਾਡੇ ਕੋਲ ਸਿਰਫ 600 ਪਾਉਂਡ ਆ ਜੇ ਅਸੀਂ ਬਰਮਿੰਗਮ ਤੋਂ ਹਰ ਰੋਜ਼ ਮਾਂਚੈਸਟਰ ਆਵਾਂਗੇ ਤਾਂ ਸਾਨੂੰ ਕਿਰਾਇਆ ਬਹੁਤ ਜ਼ਿਆਦਾ ਪੈ ਜੂ ਸਾਡੇ ਕੋਲ ਕੋਈ ਕੰਮ ਹੈ ਨਹੀਂਗਾ ਤੇ ਸਾਨੂੰ ਰੂਮ ਨਹੀਂ ਮਿਲਿਆ ਸ਼ਾਮ ਪੈ ਗਈ ਸ਼ਾਮ ਪੈ ਗਈ ਮੇਰਾ ਇੱਕ ਕਲਾਸਮੇਟ ਮੁੰਡਾ ਰਹਿੰਦਾ ਵਿਚਾਰਾ ਮਾਂਚੈਸਟਰ ਆ ਉਹ ਉਹਨੂੰ ਮੈਂ ਫੋਨ ਕੀਤਾ ਮੈਂ ਕਿਹਾ ਵੀ ਹੁਣ ਅਸੀਂ ਅੱਜ ਬਰਮਿੰਗਮ ਚਲੇ ਗਏ ਤੇ ਸਾਨੂੰ ਕੱਲੂ ਫੇਰ ਆਵਾਂਗੇ ਅਸੀਂ 40 45 ਪਾਉਂਡ ਲਾ ਕੇ ਵੀ ਸਾਡੇ ਕੋਲ ਹੁਣ ਪੈਸੇ ਕਿੰਨੇ ਕਿਹਾ ਸਾਨੂੰ ਤਾਂ ਅਸੀਂ ਤਾਂ ਇੰਡੀਆ ਦੇ ਹਿਸਾਬ ਨਾਲ ਚਲਾਤੇ ਬਹੁਤ ਜ਼ਿਆਦਾ ਵੀ ਕੀ 40 45 ਪਾਉਂਡ ਹੀ ਨੇ ਸਮਝ ਹੀ ਗਏ ਜਿਵੇਂ ਇੰਡੀਆ ਦੇ 40 45 ਰੁਪਏ ਹੁੰਦੇ ਨੇ ਤੇ ਉੱਥੇ ਮੁੰਡੇ ਨੂੰ ਫੋਨ ਕੀਤਾ ਉਹ ਕਹਿੰਦਾ ਚਲ ਦੀ ਦੀ ਤੁਸੀਂ ਇਦਾਂ ਕਰੋ ਤੁਸੀਂ ਅੱਜ ਸਾਡੇ ਕੋਲ ਰਹਿ ਜਿਓ ਸਾਡੇ ਘਰ ਰੁਕ ਜਿਓ ਤੇ ਤੁਸੀਂ ਕੱਲੂ ਰੂਮ ਲੱਭ ਲਿਓ ਮੈਂ ਜੇਤੇ ਮੇਰੇ ਨਾਲ ਇੱਕ ਹੋਰ ਕੁੜੀ ਸੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਚੱਲ ਆਪਾਂ ਰੁੱਕ ਜਾਂਦੇ ਆ ਮੈਂ ਕਿਹਾ ਮੈਂ ਵੀ ਮੁੰਡਿਆਂ ਨੂੰ ਜਾਣਦੀ ਨਹੀਂ ਨਵੇਂ-ਨਵੇਂ ਹੈਗੇ ਆ ਹਨਾ ਨਵੇਂ-ਨਵੇਂ ਇਹ ਮੁੰਡੇ ਨੇ ਉਹ ਸਾਡੇ ਸ਼ਹਿਰ ਤੋਂ ਹੀ ਸੀ ਸੰਗਰੂਰ ਤੋਂ ਵਿਚਾਰੇ ਮੇਰੀ ਕਲਾਸ ਕਲਾਸ 'ਚ ਪੜਦਾ ਸੀ ਮੁੰਡਾ ਅਸੀਂ ਚਲੋ ਅਸੀਂ ਕਿਹਾ ਵੀ ਚਲੋ ਦੇਖ ਲੈਂਦੇ ਆ ਸ਼ਾਮ ਨੂੰ ਵੀ ਜੇ ਨਾ ਚੰਗਾ ਲੱਗਿਆ ਤਾਂ ਆਪਾਂ ਗੁਰੂ ਘਰ ਆ ਜਾਾਂਗੇ ਗੁਰੂ ਘਰ ਆ ਕੇ ਰੁੱਕ ਜਾਾਂਗੇ ਹਨਾ ਤੇ ਭੱਟ ਗੁਰੂ ਘਰ ਦੇ ਵਿੱਚ ਆਪਾਂ ਰਹਿ ਨਹੀਂ ਨਾ ਸਕਦੇ ਤੇ ਇੱਥੇ ਇੰਡੀਆ ਵਾਂਗੂ ਤਾਂ ਹੈ ਨਹੀਂਗਾ ਵੀ ਆਪਾਂ ਰਹਿ ਜਾਵਾਂਗੇ ਹਨਾ ਇੱਥੇ ਆਪਾਂ ਰਹਿ ਫਿਰ ਉਹ ਵਿਚਾਰੇ ਮੁੰਡੇ ਨੇ ਕਿਹਾ ਕਿ ਚਲੋ ਤੁਸੀਂ ਸਾਡੇ ਕੋਲ ਹੀ ਰੁਕ ਜਿਓ ਅਸੀਂ ਗਏ ਉਹਨਾਂ ਦੇ ਘਰ ਅਸੀਂ ਦੇਖਿਆ ਉਹਨੇ ਓਨਰ ਨਾਲ ਗੱਲ ਕੀਤੀ ਵੀ ਦੋ ਹਨਾ ਕੁੜੀਆਂ ਨੇ ਸਾਡੇ ਸ਼ਹਿਰ ਤੋਂ ਵੀ ਉਹਨਾਂ ਨੂੰ ਅੱਜ ਰੂਮ ਨਹੀਂ ਮਿਲਿਆ ਉਹਨਾਂ ਨੇ ਰਹਿਣਾਗਾ ਤੇ ਵੀ ਜੇ ਉਹ ਅੱਜ ਰਾਤ ਇੱਥੇ ਰਹਿਲਣ ਸਵੇਰੇ ਇੱਥੇ ਰੂਮ ਲੱਭ ਲੈਣਗੀਆਂ ਚਲੋ ਅਸੀਂ ਔਖੇ ਸੌਖੇ ਅਸੀਂ ਉੱਥੇ ਰਹਿ ਗਏ ਬਿਚਾਰਿਆ ਨੇ ਸਾਨੂੰ ਆਨਰ ਨਾਲ ਗੱਲ ਕਰਕੇ ਰੱਖ ਲਿਆ ਸਾਨੂੰ ਰੋਟੀ ਖਵਾਈ ਹੈ ਨਾ ਸਾਨੂੰ ਰੱਖਿਆ ਉਸ ਤੋਂ ਬਾਅਦ ਰਾਤ ਲੰਘੀ ਸਵੇਰ ਹੋਇਆ ਸਵੇਰੇ ਫੇਰ ਉਹੀ ਸਿਲਸਿਲਾ ਸ਼ੁਰੂ ਕੀ ਸਾਨੂੰ ਰੂਮ ਚਾਹੀਦਾ ਸਾਡੇ ਕੋਲ ਰੂਮ ਨਹੀਂ ਹੈਗਾ ਅਸੀਂ ਸਵੇਰੇ ਅਸੀਂ ਗੁਰੂ ਘਰ ਚਲੇ ਗਏ ਵੀ ਚੱਲ ਨਾਲੇ ਮੱਥਾ ਟੇਕਦੇ ਆਂ ਨਾਲੇ ਲੰਗਰ ਛਕਦੇ ਆਂ ਉਸ ਤੋਂ ਬਾਅਦ ਦੇਖਾਂਗੇ ਕਿਵੇਂ ਬਣਦਾ ਗੁਰੂ ਘਰ ਚਲੇ ਗਏ ਸਵੇਰੇ ਅਸੀਂ ਸਵੇਰੇ ਆ ਕੇ ਮੈਂ ਤੇ ਮੇਰੀ ਫਰੈਂਡ ਨੇ ਅਸੀਂ ਅਰਦਾਸ ਕੀਤੀ ਕਿ ਪ੍ਰਮਾਤਮਾ ਸਾਨੂੰ ਰੂਹ ਮਿਲ ਜਵੇ ਅੱਜ ਤੇ ਅਰਦਾਸ ਕਰਦੇ ਕਰਦੇ ਉੱਥੇ ਇੱਕ ਪੰਜਾਬੀ ਪੰਜਾਬੀ ਭਰਾ ਆਇਆ ਪੰਜਾਬੀ ਹੈ ਨਾ ਮੁੰਡਾ ਆ ਆਪਣੀਆਂ ਬੇਟੀਆਂ ਦੇ ਨਾਲ ਦੋ ਉਹਨਾਂ ਦੇ ਬੇਟੀਆਂ ਸੀਗੀਆਂ ਅਸੀਂ ਉਹਨਾਂ ਨਾਲ ਗੱਲ ਕੀਤੀ ਸਾਨੂੰ ਪੰਜਾਬੀ ਉੱਥੇ ਕੋਈ ਦਿਖਦਾ ਹੀ ਨਹੀਂ ਸੀਗਾ ਬਹੁਤ ਘੱਟ ਪੰਜਾਬੀ ਨੇ ਉੱਥੇ ਤੇ ਫਿਰ ਸਾਨੂੰ ਮਿਲਿਆ ਜਦੋਂ ਮੈਂ ਉਹਦੇ ਨਾਲ ਅਸੀਂ ਉਹਦੇ ਨਾਲ ਗੱਲ ਕੀਤੀ ਮੈਂ ਤੇ ਮੇਰੀ ਫਰੈਂਡ ਨੇ ਕਿ ਸਾਨੂੰ ਵੀਰੇ ਸਾਨੂੰ ਹਨਾ ਰੂਮ ਚਾਹੀਦਾ ਅਸੀਂ ਕੱਲ ਦੇ ਇੱਥੇ ਮਾਂਚੈਸਟਰ ਆਏ ਹੋਇਆ ਸਾਡੇ ਕੋਲ ਰੂਮ ਨਹੀਂ ਹੈਗਾ ਅਸੀਂ ਪਰੇਸ਼ਾਨ ਆ ਕਾਫੀ ਤੇ ਉਹ ਕਹਿੰਦਾ ਚਲ ਮੈਂ ਆਪਣੀ ਵਾਈਫ ਨਾਲ ਗੱਲ ਕਰਦਾ ਵੀ ਮੇਰੀ ਵਾਈਫ ਨਾਲ ਗੱਲ ਕਰਕੇ ਜੇ ਕੋਈ ਕੁਝ ਬਣਿਆ ਹਿੱਲਾ ਤਾਂ ਜ਼ਰੂਰ ਕਰੂੰਗਾ ਉਹ ਗੁਰੂ ਘਰ ਮੱਥਾ ਟੇਕਣ ਆਏ ਸੀ ਸਵੇਰ ਦੇ ਟਾਈਮ ਹਰ ਰੋਜ਼ ਗੁਰੂ ਘਰ ਆਉਂਦੇ ਸੀਗੇ ਉੱਕਰੇ ਗਏ ਉਹਨਾਂ ਨੇ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਆਪਣਾ ਤੇ ਮੈਂ ਨੰਬਰ ਲੈ ਗਏ ਸਾਡਾ ਤੇ ਘਰੇ ਜਾ ਕੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਹਾਂ ਵੀ ਮੇਰੀ ਉਹਦੀ ਵਾਈਫ ਨਾਲ ਗੱਲ ਕੀਤੀ ਕਿ ਦੋ ਕੁੜੀਆਂ ਮਿਲੀਆਂ ਸੀ ਗੁਰੂ ਘਰ ਦੇ ਵਿੱਚ ਜਿਨ੍ਹਾਂ ਨੂੰ ਰੂਮ ਨਹੀਂ ਮਿਲ ਰਿਹਾ ਕਾਫੀ ਪਰੇਸ਼ਾਨ ਸੀਗੀਆਂ ਹਨਾ ਵੀ ਜੇ ਉਹਨਾਂ ਲਈ ਰੂਮ ਦਾ ਅਰੇਂਜਮੈਂਟ ਹੋ ਸਕਦਾ ਤਾਂ ਦੇਖੋ ਤੇ ਉਹਦੀ ਵਾਈਫ ਨੇ ਵਿਚਾਰੀ ਨੇ ਨਾਲ ਦੀ ਨਾਲ ਆਪਣੇ ਹਸਬੰਦ ਨੂੰ ਕਿਹਾ ਵੀ ਤੈਨੂੰ ਉਹ ਕੁੜੀਆਂ ਮਿਲੀਆਂ ਹਨਾ ਵੀ ਗੁਰੂ ਘਰ ਤੈਨੂੰ ਕੁੜੀਆਂ ਮਿਲੀਆਂ ਵੀ ਪਤਾ ਨਹੀਂ ਕਿਹੜੀ ਵਿਪਤਾ ਦੇ ਵਿੱਚ ਹੋਣਗੀਆਂ ਜਦੋਂ ਅਸੀਂ ਇੰਗਲੈਂਡ ਆਏ ਸੀ ਵੀ ਆਪਣੇ ਕਿੰਨੇ ਮਾੜੇ ਹਾਲਾਤ ਸੀ अपना ਕਿਹੜਾ ਕੋਈ ਹੈਗਾ ਸੀਗਾ ਵੀ ਪਤਾ ਨਹੀਂ ਵਿਚਾਰੀਆਂ ਨੇ ਰੋਟੀ ਖਾਧੀ ਹੋਊਗੀ ਕਿ ਨਹੀਂ ਖਾਧੀ ਹੋਊਗੀ ਤੇ ਫਿਰ ਉਹ ਵੀਰੇ ਨੇ ਵਿਚਾਰੇ ਨੇ ਸਾਨੂੰ ਫੋਨ ਕੀਤਾ ਕਹਿੰਦਾ ਵੀ ਮੇਰੀ ਵਾਈਫ ਕਹਿੰਦੀ ਆ ਵੀ ਤੂੰ ਘਰੇ ਕਿਉਂ ਨਹੀਂ ਲੈ ਕੇ ਆਇਆ ਹਨਾ ਉਹਨਾਂ ਨੂੰ ਵੀ ਤੂੰ ਘਰੇ ਲੈ ਆਉਂਦਾ ਕੁੜੀਆਂ ਨੂੰ ਤੇ ਚਲੋ ਅਸੀਂ ਸੋਚਿਆ ਵੀ ਹੋਰ ਕੋਈ ਹਿੱਲਾ ਵੀ ਹੈ ਨਹੀਂ ਵੀ ਸਾਨੂੰ ਸ਼ਾਇਦ ਰੂ ਦਵਾ ਦੇ ਸਾਨੂੰ ਪੰਜਾਬੀ ਵੀ ਇਹੀ ਮਿਲਿਆ ਹੋਰ ਸ਼ਾਇਦ ਪੰਜਾਬੀ ਮਿਲੂ ਕਿ ਨਹੀਂ ਮਿਲੂ ਸਾਨੂੰ ਨਹੀਂ ਪਤਾ ਤੇ ਉਹਨੇ ਵਿਚਾਰੇ ਨੇ ਉਹ ਵਿਚਾਰਾ ਆਇਆ ਸਾਨੂੰ ਫੋਨ ਕੀਤਾ ਸਾਨੂੰ ਕਹਿੰਦਾ ਵੀ ਮੈਂ ਤੁਹਾਨੂੰ ਘਰੇ ਲੈ ਕੇ ਜਾਣਾ ਆਪਣੇ ਵੀ ਤੁਸੀਂ ਘਰੇ ਆਓ ਤੁਸੀਂ ਰੋਟੀ ਖਾਓ ਹਨਾ ਰੋਟੀ ਪਾਣੀ ਖਾ ਕੇ ਫਿਰ ਉਸ ਤੋਂ ਬਾਅਦ ਤੁਸੀਂ ਰੂਮ ਦਾ ਥੋੜਾ ਅਸੀਂ ਕਰਵਾ ਦਾਂਗੇ ਉਹਨੇ ਵਿਚਾਰੇ ਨੇ ਸਾਨੂੰ ਗੱਡੀ ਲੈ ਕੇ ਆਇਆ ਸਾਨੂੰ ਘਰ ਲੈ ਗਿਆ ਆਪਣੇ ਅਸੀਂ ਉਹਦੇ ਘਰ ਚਲੇ ਗਏ ਤੇ ਉੱਥੇ ਜਾ ਕੇ ਵਿਚਾਰੇ ਨੇ ਸਾਨੂੰ ਰੋਟੀ ਖਵਾਈ ਸਾਡਾ ਅਸੀਂ ਨਾਤੇ ਉੱਥੇ ਸਾਡਾ ਮਾਨ ਤਾਨ ਬਹੁਤ ਮਾਨ ਤਾਨ ਕੀਤਾ ਉਹਨਾਂ ਨੇ ਹਨਾ ਤੇ ਉਸ ਤੋਂ ਬਾਅਦ ਉਹ ਦੀਦੀ ਨੇ ਫਿਰ ਫੋਨ ਕੀਤਾ ਆਪਣੇ ਕਿਸੇ ਫਰੈਂਡ ਨੂੰ ਵੀ ਕੁੜੀਆਂ ਨੇ ਕੱਲ੍ਹ ਦੀ ਆਈਆਂ ਹੋਈਆਂ ਨੇ ਉਹਨਾਂ ਨੂੰ ਰੂਮ ਨਹੀਂ ਮਿਲ ਰਿਹਾ ਉਹ ਕਾਫੀ ਜ਼ਿਆਦਾ ਪਰੇਸ਼ਾਨ ਨੇ ਫਿਰ ਉਹ ਦੀਦੀ ਕਹਿੰਦੀ ਵੀ ਹਾਂ ਮੇਰੇ ਕੋਲ ਰੂਮ ਪਿਆ ਵੀ ਕੁੜੀਆਂ ਇੱਥੇ ਆਜਣ ਮੇਰੇ ਘਰੇ ਸਾਨੂੰ ਰੂਮ ਮਿਲ ਗਿਆ ਤੇ ਸਾਨੂੰ ਦੀਦੀ ਉਹਨਾਂ ਦੇ ਘਰੇ ਲੱਗੇ ਸਾਨੂੰ ਰੂਮ ਮਿਲ ਗਿਆ ਉਹ ਵੀ ਹਰਿਆਣੇ ਤੋਂ ਆ ਫੈਮਿਲੀ ਜਿੱਦਾਂ ਪੰਜਾਬੀ ਨੇਗੇ ਤੇ ਫਿਰ ਅਸੀਂ ਉਹਨਾਂ ਦੇ ਘਰ ਚਲੇ ਗਏ ਫਿਰ ਸਾਡਾ ਸਮਾਨ ਇੱਥੇ ਬਰਮਿੰਗਮ ਪਿਆ ਸੀ ਤੇ ਫਿਰ ਉਸ ਤੋਂ ਬਾਅਦ ਅਸੀਂ ਇੱਥੋਂ ਆ ਕੇ ਵਰਮਿੰਗਮ ਤੋਂ ਦੁਬਾਰਾ ਫੇਰ ਆਪਣਾ ਸਮਾਨ ਚੱਕ ਕੇ ਉੱਥੇ ਲੈ ਗਈ ਤੇ ਸਾਨੂੰ ਰੂਮ ਮਿਲ ਗਿਆ ਮਾਂਚੈਸਟਰ ਰਹੀ ਮੈਂ ਤੇ ਜਿੱਦਾਂ ਫਰਵਰੀ ਮਾਰਚ ਮੈਂ ਉੱਥੇ ਲਾਈ 2 ਮੰਥ ਮੈਂ ਉੱਥੇ ਲਾਏ ਹੈ ਨਾ ਤੇ ਉਸ ਤੋਂ ਬਾਅਦ ਫੇਰ ਮੇਰੀ ਕੰਮ ਦੀ ਥੋੜੀ ਮੇਰੀ ਸੈਟਿੰਗ ਨਹੀਂ ਆਈ ਹੈਗੀ ਉੱਥੇ ਹੈ ਨਾ ਮੈਨੂੰ ਇਦਾਂ ਲੱਗਦਾ ਸੀ ਕਿ ਉੱਥੇ ਕੋਈ ਪੰਜਾਬੀ ਨਹੀਂ ਹੈਗਾ ਵੀ ਪੰਜਾਬੀ ਬਹੁਤ ਘੱਟ ਮਿਲਦੇ ਸੀ ਦੇਖਣ ਨੂੰ ਦਿਲ ਨਹੀਂ ਸੀ ਲੱਗਦਾ ਹਨਾ ਐਂ ਲੱਗਦਾ ਸੀ ਵੀ ਆਪਾਂ ਕਿੱਥੇ ਆ ਕੇ ਫਸ ਗਏ ਐਂ ਲੱਗਦਾ ਸੀ ਵੀ ਆਪਾਂ ਕਿਉਂ ਪੰਜਾਬ ਛੱਡਿਆ ਕਿਉਂ ਨਾ ਆਪਾਂ ਪੰਜਾਬ 'ਚ ਰਹੇ ਬਹੁਤ ਮਨ ਦੁਖੀ ਹੁੰਦਾ ਸੀਗਾ ਤੇ ਲੋਕਾਂ ਦੀਆਂ ਕਹੀਆਂ ਹੋਈਆਂ ਗੱਲਾਂ ਬਹੁਤ ਜ਼ਿਆਦਾ ਆਉਂਦੀਆਂ ਸੀ ਕਹਿੰਦੇ ਕਹਿਣਾ ਬਹੁਤ ਸੌਖਾ ਬਾਹਰਲੇ ਮੁਲਕ ਪਰ ਤੰਗੀਆਂ ਬਹੁਤ ਆਉਂਦੀਆਂ ਨੇ ਤੇ ਕਹਿੰਦੇ ਬਾਥਰੂਮਾਂ ਦੇ ਵਿੱਚ ਤੁਸੀਂ ਲੁਕ ਲੁਕੇ ਰੋਇਆ ਕਰੋਗੇ ਕਿਸੇ ਦੇ ਸਾਹਮਣੇ ਵੀ ਤੁਹਾਡੇ ਤੋਂ ਰੋ ਨਹੀਂ ਹੋਣਾ ਉਹੀ ਗੱਲ ਹੋ ਗਈ ਸੀ ਉੱਥੇ ਰਹਿ ਕੇ ਇਦਾਂ ਲੱਗਣ ਲੱਗਿਆ ਵੀ ਆ ਕਿੱਥੇ ਗਏ ਉਸ ਤੋਂ ਬਾਅਦ ਫਿਰ ਮੈਂ ਮੈਂ ਆਪਣੇ ਕਜ਼ਨ ਨੂੰ ਫੋਨ ਕੀਤਾ ਮੈਂ ਉਹ ਬਰਮਿੰਗਮ ਸੀਗੀ ਮੈਂ ਕਿਹਾ ਵੀ ਮੇਰਾ ਨਹੀਂ ਇੱਥੇ ਦਿਲ ਲੱਗਦਾ ਵੀ ਮੈਂ ਬਰਮਿੰਗਮ ਆਉਣਾਗਾ ਤੇ ਚਲੋ ਜੀ ਮੈਂ ਮਾਰਚ ਅਪ੍ਰੈਲ ਅਪ੍ਰੈਲ ਹਾਂ ਅਪ੍ਰੈਲ ਦੇ ਵਿੱਚ ਮੈਂ ਬਰਮਿੰਗਮ ਆ ਗਈ ਅਪ੍ਰੈਲ ਤੇ ਮਈ ਹੁਣ ਮੈਂ ਬਰਮਿੰਗਮ ਦੇ ਵਿੱਚ ਆ ਬਰਮਿੰਗਮ ਆ ਕੇ ਕੰਮ ਨਹੀਂ ਮਿਲਿਆ ਕੰਮ ਕਿੱਥੋਂ ਮਿਲੇ ਕਰੋਨਾ ਕਰਕੇ ਸਾਰੇ ਸਾਰੀਆਂ ਸ਼ਾਪਾਂ ਬੰਦ ਦੇ ਸਾਰੇ ਕੰਮ ਬੰਦ ਆ ਬਹੁਤ ਘੱਟ ਕੰਮ ਸੀ ਜਿਹੜੇ ਖੁੱਲੇ ਹੋਏ ਸੀਗੇ ਨਾ ਤੇ ਇੱਥੇ ਬਰਮਿੰਗਮ ਆ ਕੇ ਮੈਂ ਇੰਨੇ ਕੁ ਲੋਕਾਂ ਨੂੰ ਫੋਨ ਕੀਤੇ ਇੰਨੇ ਕੁ ਸੋਸ਼ਲ ਵਰਕਰਾਂ ਨੂੰ ਫੋਨ ਕੀਤੇ ਬਹੁਤ ਮਤਲਬ फोन ਕੀਤੇ ਵੀ ਮੈਨੂੰ ਕੰਮ ਦਵਾ ਦਿਓ ਵੀ ਮੇਰੇ ਕੋਲ ਵੀ ਰੈਂਟ ਵੀ ਨਹੀਂ ਨਿਕਲਣਾ ਹੈਗਾ ਮੇਰੇ ਕੋਲ ਵੀ ਮੈਂ ਕੀ ਕਰੂੰਗੀ ਮੈਂ ਇੰਡੀਆ ਤੋਂ ਵੀ ਨਹੀਂ ਮੰਗਾ ਸਕਦੀ ਕਿਉਂਕਿ ਇਹ ਤਾਂ ਹੈ ਨਹੀਂਗਾ ਵੀ 2000 4000 ਵਿਚਾਰੇ ਇੰਡੀਆ ਵਾਲੇ ਭੇਜ ਦਿਆ ਕਰਨਗੇ ਹਰ ਮਹੀਨੇ ਆਪਣਾ ਗੁਜ਼ਾਰਾ ਚੱਲੀ ਜਾਊਗਾ ਇੰਡੀਆ ਦਾ ਜੇ ਆਪਣੇ ਕੋਲ 40 50000 ਰੁਪਏ ਹੈਗਾ ਆ ਤਾਂ ਇੱਥੇ ਇੱਕ ਮਹੀਨੇ ਦਾ ਖਰਚਾ ਮੈਂ ਨਹੀਂ ਸੀ ਮੰਗਾ ਸਕਦੀ ਤੇ ਫੇ ਮੈਂ ਫੇਸਬੁੱਕ ਤੇ ਵੀ ਮੈਂ ਪਾਇਆ ਸੀ ਵੀ ਜੇ ਕੋਈ ਬਰਮਿੰਗਮ ਤੋਂ ਕੋਈ ਵੀਰ ਕੋਈ ਭੈਣ ਹੈਗੀ ਆ ਮੇਰੀ ਫੇਸਬੁੱਕ ਤੇ ਮੇਰੇ ਨਾਲ ਜੁੜੀ ਹੋਈ ਆ ਤਾਂ ਪਲੀਸ ਵੀ ਮੇਰੇ ਨਾਲ ਕੰਟੈਕਟ ਕਰਨ ਮੈਂ ਪ੍ਰੋਬਲਮ ਦੇ ਵਿੱਚ ਆ ਤੇ ਕਾਫੀ ਵਿਚਾਰੇ ਮੁੰਡਿਆਂ ਨੇ ਮੈਨੂੰ ਕੰਟੈਕਟ ਵੀ ਕੀਤੇ ਜਿਹੜੇ ਬਰਮਿੰਗਮ ਤੋਂ ਸੀਗੇ ਕੰਟੈਕਟ ਕੀਤੇ ਕਾਫੀ ਨੇ ਤੇ ਕਹਿੰਦੇ ਚਲੋ ਹਨਾ ਵੀ ਅਸੀਂ ਤੁਹਾਡੀ ਜਿਹੜੀ ਹੈਲਪ ਆ ਉਹ ਕਰਾ ਦਾਂਗੇ ਤੁਹਾਨੂੰ ਕੰਮ ਲਵਾ ਦਾਂਗੇ ਤੁਹਾਨੂੰ ਉਹਨਾਂ ਨੇ ਬਹੁਤ ਕੰਮ ਲੱਭੇ ਮੈਨੂੰ ਕੰਮ ਨਹੀਂ ਮਿਲਿਆ ਮੈਂ ਸੋਸ਼ਲ ਵਰਕਰਾਂ ਨੂੰ ਕਿਹਾ ਵੀ ਤੁਹਾਡੇ ਕੰਟੈਕਟ ਦੇ ਵਿੱਚ ਵੀ ਮਤਲਬ ਇੱਥੋਂ 버밍ਹਮ ਤੋਂ ਲੋਕ ਜੁੜੇ ਹੋਣਗੇ ਉਹਨਾਂ ਨੂੰ ਕਹਿ ਕੇ ਮੇਰੀ ਹੈਲਪ ਕਰਾ ਦਿਓ ਮੈਨੂੰ ਕੰਮ ਦਵਾ ਦਿਓ ਮੇਰੇ ਕੋਲ ਕੰਮ ਨਹੀਂਗਾ ਤੇ ਵਿਚਾਰੇ ਬਹੁਤ ਸੋਸ਼ਲ ਵਰਕਰਾਂ ਨੇ ਇੱਥੇ ਆ ਕੇ ਫੋਨ ਕੀਤਾ ਹਨਾ ਫੋਨ ਕੀਤਾ ਲੋਕਾਂ ਨੂੰ ਵੀ ਹਰਜੀਤ ਨੂੰ ਕੰਮ ਦਵਾ ਦਿਓ ਬਹੁਤ ਮੁੰਡੇ ਮੇਰੇ ਕੰਟੈਕਟ ਚ ਆਏ ਜਿਹੜੇ ਕਹਿੰਦੇ ਸੀ ਵੀ ਭੈਣੇ ਹਾਂ ਸੀ ਤੈਨੂੰ ਕੰਮ ਦਵਾ ਦਾਂਗੇ ਅਸੀਂ ਤੇਰੀ ਹੈਲਪ ਕਰ ਦਾਂਗੇ ਬਟ ਮੈਂ ਹਰ ਪਾਸੋਂ ناکਾਮ ਰਹੀ ਮੈਨੂੰ ਜੋਬ ਨਹੀਂ ਮਿਲੀ ਮੈਂ ਇੰਨੀ ਜ਼ਿਆਦਾ ਮੈਂ ਡਿਪਰੈਸ਼ਨ ਦੇ ਵਿੱਚ ਹੋ ਗਈ ਸੀ ਕਿ ਟਾਈਮ ਮੈਨੂੰ ਇਦਾਂ ਲੱਗਦਾ ਸੀ ਵੀ ਮੈਂ ਕਿੱਥੇ ਆ ਕੇ ਫਸ ਗਈ ਨਾ ਤਾਂ ਮੈਂ ਇੰਡੀਆ ਵਾਪਸ ਹੋ ਸਕਦੀ ਸੀ ਕਿਉਂਕਿ ਇੰਡੀਆ ਦਾ ਮੈਂ 15 ਲੱਖ ਇੱਥੇ ਲਾ ਕੇ ਆਈਆਂਗੀ ਜੇ ਮੈਂ ਇੰਡੀਆ ਵਾਪਸ ਹੋ ਜਾਂ ਤਾਂ ਮੈਂ ਕਾਸੀ ਯੋਗ ਵੀ ਨਹੀਂ ਰਹਿਣਾ ਇੰਡੀਆ ਮੈਂ ਵਾਪਸ ਨਹੀਂ ਹੋ ਸਕਦੀ ਧੀ ਕਰੋਨਾ ਕਰਕੇ ਕੰਮ ਨਹੀਂ ਸੀ ਮਿਲਦਾ ਬਹੁਤ ਮਾੜੇ ਹਾਲਾਤ ਹੋ ਗਏ ਸੀ ਫਿਰ ਉਸ ਤੋਂ ਬਾਅਦ ਮੈਨੂੰ ਇੱਕ ਕੰਮ ਮਿਲਿਆ ਰੈਸਟੋਰੈਂਟ ਤੇ ਹਨਾ ਜਿੱਥੇ ਮੈਂ ਭਾਂਡੇ ਵੀ ਮਾਂਜੇ ਨੇਗੇ ਤੇ ਮੈਂ ਪਰੌਂਠੇ ਵੀ ਰਾਹੇ ਨੇਗੇ ਮੈਂ ਪੈਕਿੰਗਾਂ ਵੀ ਕਰੀਆਂ ਨੇਗੀਆਂ ਕਿਉਂਕਿ ਇਨ੍ਹਾਂ ਕੰਟਰੀਆਂ ਦੇ ਵਿੱਚ ਕੋਈ ਵੀ ਕੰਮ ਛੋਟਾ ਵੱਡਾ ਨਹੀਂਗਾ ਇੰਡੀਆ ਦੇ ਵਿੱਚ ਆਪਾਂ ਨਹੀਂ ਕਰ ਸਕਦੇ ਪਰ ਇੱਥੇ ਆ ਕੇ ਕਿਉਂਕਿ ਕੋਈ ਵੀ ਬੰਦਾ ਇਹ ਨਹੀਂ ਫੀਲ ਕਰਾਉਂਦਾ ਤੁਹਾਨੂੰ ਵੀ ਤੁਸੀਂ ਛੋਟਾ ਕੰਮ ਕਰਦੇ ਹੋ ਕੋਈ ਵੀ ਬੰਦਾ ਫੀਲ ਨਹੀਂ ਕਰਦਾ ਵੀ ਕੰਮ ਕੋਈ ਛੋਟਾ ਜਾਂ ਵੱਡਾ ਇੱਥੇ ਲੋਕੀ ਫੀਲ ਨਹੀਂ ਕਰਾਉਂਦੇ ਤੁਹਾਨੂੰ ਸਾਹਮਣੇ ਵਾਲਾ ਬੰਦਾ ਜੇ ਤੁਸੀਂ ਭਾਂਡੇ ਵੀ ਮਾਏ ਦਿਓ ਨਾ ਤਾਂ ਵੀ ਸਾਹਮਣੇ ਵਾਲਾ ਬੰਦਾ ਤੁਹਾਨੂੰ ਇੱਜ਼ਤ ਦੇ ਕੇ ਲੰਘੂਗਾ ਉਹ ਇਹ ਨਹੀਂ ਕਹਿੰਦਾ ਵੀ ਇਹ ਤਾਂ ਭਾਂਡੇ ਮਾਂਜਣ ਨਾਲ ਹੈਗਾ ਮਜਬੂਰੀ 'ਚ ਸਾਰੇ ਕੰਮ ਕਰਨੇ ਪੈਂਦੇ ਨੇਗੇ ਫਿਰ ਮੈਨੂੰ ਰੈਸਟੋਰੈਂਟ ਤੇ ਕੰਮ ਮਿਲਿਆ ਜਿੱਦਾਂ ਉਹ ਬਹੁਤ ਚੰਗੇ ਸੀਗੇ ਬਹੁਤ ਬਹੁਤ ਚੰਗੇ ਸੀ ਬਹੁਤ ਵਧੀਆ ਸੀਗੇ ਵਿਚਾਰੇ ਥੋੜੇ ਜਿਹੇ ਦਿਨ ਹੀ ਕੀਤਾ ਮੈਂ ਕਿਉਂਕਿ ਮੇਰੇ ਕੋਲ ਮੈ ਰੈਂਟ ਵੀ ਕੱਢਣਾ ਸੀਗਾ ਮੇਰੇ ਕੋਲ ਰੈਂਟ ਨਹੀਂ ਸੀ ਮੇਰੇ ਹਾਲਾਤ ਬਹੁਤ ਔਖੇ ਸੀਗੇ ਬਹੁਤ ਮਤਲਬ ਔਖਾ ਸੀਗਾ ਤੇ ਫਿਰ ਮੈਂ ਇੱਥੇ ਮੈਨੂੰ ਚਲੋ ਉਹ ਮੇਲੇ ਪਾਜੀ ਪਾਜੀ ਕਹਿੰਦੇ ਚੱਲ ਅਸੀਂ ਤੈਨੂੰ ਕੰਮ ਤੇ ਰੱਖ ਲੰਨੇ ਆ ਉਹਨਾਂ ਨੇ ਮੈਨੂੰ ਕੰਮ ਤੇ ਰੱਖ ਲਿਆ ਚਲੋ ਜੀ ਮੈਂ ਰੈਸਟੋਰੈਂਟ ਤੇ ਕੰਮ ਕੀਤਾ ਚੰਗੇ ਸੀ ਇਦਾਂ ਰਿਸਪੈਕਟ ਬਹੁਤ ਦਿੰਦੇ ਸੀਗੇ ਤੇ ਉਸ ਤੋਂ ਬਾਅਦ ਮੇਰੀ ਉੱਥੇ ਵੀ ਮਤਲਬ ਮੈਨੂੰ ਪੇਪਰਾਂ ਤੇ ਕੰਮ ਨਹੀਂ ਸੀ ਮਿਲਦਾ ਥੋੜੇ ਜਿਹੇ ਦਿਨ ਹੀ ਮਿਲਿਆ ਜਿੱਦਾਂ ਮੈਂ ਕਹਿ ਸਕਦੀ ਆ ਬਹੁਤ ਔਖਾ ਹੋ ਗਿਆ ਫਿਰ ਮੈਨੂੰ ਇੱਕ ਮੇਰੇ ਫੇਸਬੁੱਕ ਤੇ ਫੇਸਬੁੱਕ ਥਰੂ ਇੱਕ ਜਿੱਦਾਂ ਗਰੋਸਰੀ ਲਈ ਇੱਕ ਆਪਣਾ ਪੰਜਾਬੀ ਵੀਰ ਆ ਸਾਬੀ ਜਿਨ੍ਹਾਂ ਦੀ ਮੈਂ ਪੋਸਟ ਹਰ ਸੰਡੇ ਪਾਉਣੀ ਆ ਹਰ ਸੰਡੇ ਸਾਡੇ ਸਟੂਡੈਂਟਾਂ ਨੂੰ ਉਹ ਗਰੋਸਰੀ ਦਿੰਦੇ ਨੇਗੇ ਹਨਾ ਫਿਰ ਮੈਂ ਸਾਬੀ ਵੀਰਾਂ ਮੇਰੇ ਕੰਟੈਕਟ ਚ ਆਇਆ ਤੇ ਹੁਣ ਵੀ ਮੇਰੀ ਲਾਈਵ ਵੀਡੀਓ ਉਹ ਦੇਖ ਰਹੇ ਨੇ ਉੱਪਰ ਮੈਨੂੰ ਸ਼ੋ ਹੋ ਰਿਹਾ ਤੇ ਫਿਰ ਸਾਬੀ ਵੀਰਾ ਮੇਰੇ ਕੰਟੈਕਟ 'ਚ ਆਇਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਕਿੱਦਾਂ ਹਰਜੀਤ ਹਨਾ ਕਿੱਦਾਂ ਸਾਰਾ ਕੁਝ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਾ ਵੀ ਕੋਰੋਨਾ ਕਰਕੇ ਵੀਰੇ ਸਾਰੇ ਕੰਮ ਬੰਦ ਨੇ ਮੇਰੇ ਕੋਲ ਕੰਮ ਨਹੀਂ ਕੋਈ ਹੈਗਾ ਹਨਾ ਵੀ ਮੈਂ ਆਹ ਕੰਮ ਕਰਦੀ ਆ ਰੈਸਟੋਰੈਂਟ ਤੇ ਜਿਹਦੇ ਨਾਲ ਮੇਰਾ ਗੁਜ਼ਾਰਾ ਨਹੀਂ ਹੋਣਾ ਹਨਾ ਤੇ ਫਿਰ ਉਹਨਾਂ ਨੇ ਵਿਚਾਰਿਆਂ ਨੇ ਮੈਨੂੰ ਹਰ ਸੰਡੇ ਜਿੱਦਾਂ ਗਰੋਸਰੀ ਸਾਰੇ ਸਟੂਡੈਂਟਾਂ ਨੂੰ ਦਿੰਦੇ ਉਹ ਮੈਨੂੰ ਵੀ ਗਰੋਸਰੀ ਦਿੰਦੇ इवन ਕਿਉਂਕਿ ਹਾਲਾਤ ਇੰਨੇ ਮਾੜੇ ਸੀ ਕਿ ਗਰੋਸਰੀ ਗਰੋਸਰੀ ਵੀ ਨਹੀਂ ਖਰੀਦ ਸਕਦੇ ਸੀ ਤੇ ਉਹਨਾਂ ਨੇ ਮੈਨੂੰ ਗਰੋਸਰੀ ਦੇਣੀ ਹਰ ਹਰ ਸੰਡੇ ਉਹ ਗਰੋਸਰੀ ਸਾਰੇ ਸਟੂਡੈਂਟਾਂ ਨੂੰ ਦੇ ਕੇ ਜਾਂਦੇ ਤਾਂ ਮੈਨੂੰ ਵੀ ਦੇ ਕੇ ਜਾਂਦੇ ਹਨਾ ਤੇ ਉਹਨਾਂ ਦੀ ਗਰੋਸਰੀ ਨਾਲ ਟਾਈਮ ਲੰਘਿਆ ਉਹ ਵੀਰੇ ਨੇ ਮੇਰੀ ਇੰਨੀ ਕੁ ਜ਼ਿਆਦਾ ਹੈਲਪ ਕੀਤੀ ਜਿੱਦਾਂ ਆਪਾਂ ਕਹਿ ਦਿੰਨੇ ਆ ਨਾ ਜੇ ਕੋਈ ਇੱਕ ਵਾਰ ਤਾਂ ਮੇਰਾ ਜਮੀ ਰੱਬ ਤੋਂ ਵੀ ਯਕੀਨ ਟੁੱਟ ਗਿਆ ਸੀ ਜਦੋਂ ਹਾਲਾਤ ਮੇਰੇ ਮੈਂ ਹਰ ਇੱਕ ਨੂੰ ਜੌਬ ਲਈ ਕਹਿੰਦੀ ਹਰ ਇੱਕ ਨੂੰ ਜੌਬ ਲਈ ਕਹਿੰਦੀ ਜੌਬ ਲੱਭਦੀ ਮੈਨੂੰ ਜੌਬ ਦਵਾ ਦਿਓ ਜੌਬ ਦਵਾ ਦਿਓ ਜੌਬ ਜੌਬ ਦਾ ਨਹੀਂ ਕਿਤੇ ਬਣਦਾ ਸੀ ਤਾਂ ਮੈਨੂੰ ਇਵਨ ਮੈਨੂੰ ਰੱਬ ਤੋਂ ਵੀ ਯਕੀਨ ਉੱਠ ਗਿਆ ਸੀ ਮੈਨੂੰ ਇਹ ਲੱਗਦਾ ਸੀ ਵੀ ਜਿਹੜੇ ਲੋਕੀ ਚੰਗੇ ਕੰਮ ਕਰਦੇ ਆ ਸ਼ਾਇਦ ਹਨਾ ਸੱਚ ਦੀ ਜ਼ਿੰਦਗੀ ਜਿਉਂਦੇ ਆ ਰੱਬ ਉਹਨਾਂ ਦਾ ਸਾਥ ਨਹੀਂ ਦਿੰਦੇ ਰੱਬ ਉਹਨਾਂ ਦਾ ਸਾਥ ਦਿੰਦੇ ਆ ਜਿਹੜੇ ਮਾੜੇ ਕੰਮ ਕਰਦੇ ਆ ਇੱਕ ਟਾਈਮ ਮੈਨੂੰ ਰੱਬ ਤੋਂ ਵੀ ਮੇਰਾ ਜਮਈ ਯਕੀਨ ਉੱਠ ਗਿਆ ਸੀ ਇੱਥੇ ਯੂਕੇ ਆ ਕੇ ਜਦੋਂ ਦਿਲ ਦੁਖੀ ਹੁੰਦਾ ਨਾ ਤਾਂ ਆਪਾਂ ਇਵਨ ਰੱਬ ਨੂੰ ਵੀ ਕਹਿੰਨੇ ਆ ਵੀ ਰੱਬਾ ਤੂੰ ਵੀ ਅਸੀਂ ਕਿਸੇ ਦਾ ਕੀ ਮਾੜਾ ਕਰਦੇ ਆ ਵੀ ਤੂੰ ਸਾਡੇ ਨਾਲ ਇਦਾਂ ਕਰਦਾਗਾ ਰੱਬ ਤੋਂ ਵੀ ਜਗੀਰ ਟੁੱਟਿਆ ਚਲੋ ਫਿਰ ਸਾਬੀ ਵੀਰਾ ਮਿਲਿਆ ਹਨਾ ਤੇ ਉਹਨੇ ਵਿਚਾਰੇ ਨੇ ਬਹੁਤ ਹੈਲਪ ਕੀਤੀ ਹਨਾ ਉਹਨਾਂ ਨੇ ਕਿਹਾ ਵੀ ਹਰਜੀਤ ਤੈਨੂੰ ਕੋਈ ਵੀ ਕਿਸੇ ਵੀ ਚੀਜ਼ ਦੀ ਲੋੜ ਹੈ ਤੂੰ ਮੈਨੂੰ ਦੱਸੀ ਤੂੰ ਮੈਨੂੰ ਫੋਨ ਕਰੀ ਹਨਾ ਐਵੇਂ ਕਹਿਣ ਵਾਲੇ ਲੋਕੀ ਬਹੁਤ ਘੱਟ ਹੁੰਦੇ ਆ ਤੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਨਾ ਲੋੜ ਪੈਣ ਤੇ ਤਾਂ ਉਹ ਵੀ ਭੱਜ ਜਾਂਦੇ ਆ ਸਭ ਉਹ ਵੀ ਨਹੀਂ ਫੋਨ ਚੱਕਣਾ ਬੰਦ ਕਰ ਜਾਂਦੇ ਆ ਰਿਸ਼ਤੇਦਾਰ ਵੀ ਮਾੜੇ ਟਾਈਮ 'ਚ ਅਸਲ ਕਹਿੰਦੇ ਆਪਣੇ ਆ ਤੇ ਬਕਾਨਿਆਂ ਦਾ ਬਗਾਨਿਆਂ ਦਾ ਸਿਆਣੇ ਕਹਿੰਦੇ ਸੀ ਹਨਾ ਸੁਣਦੇ ਸੀ ਵੀ ਆਪਣੇ ਤੇ ਬਗਾਨਿਆਂ ਦਾ ਉਦੋਂ ਪਤਾ ਲੱਗਦਾ ਜਦੋਂ ਤੁਹਾਨੂੰ ਲੋੜ ਹੁੰਦੀ ਆ ਜਦੋਂ ਲੋੜ ਹੁੰਦੀ ਆ ਉਦੋਂ ਪਰਖੇ ਜਾਂਦੇ ਨੇ ਕੌਣ ਆਪਣਾ ਕੌਣ ਬਗਾਨਾ ਜਿਹੜੇ ਖੂਨ ਦੇ ਰਿਸ਼ਤੇ ਸੀ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੇ ਫੋਨ ਵੀ ਚੱਕਣੇ ਬੰਦ ਕਰਤੇ ਵੀ ਹੁਣ ਔਖਾ ਟਾਈਮ ਆ ਕਿ ਸਾਡੇ ਤੋਂ ਕੁਝ ਮੰਗ ਨਾ ਲਵੇ ਹਰਜੀਤ ਤੇ ਵਿਚਾਰੇ ਚਲੋ ਸਾਬੀ ਵੀਰੇ ਦਾ ਸਹਾਰਾ ਹੋਇਆ ਹੌਸਲਾ ਹੋਇਆ ਹੋਰ ਵੀ ਕਾਫੀ ਵੀਰ ਸੀ ਜਿਹੜੇ ਵਿਚਾਰੇ ਮੇਰੇ ਨਾਲ ਜੁੜੇ ਜਿਹੜੇ ਕਹਿੰਦੇ ਸੀ ਵੀ ਹਰਜੀਤ ਕੋਈ ਨਹੀਂ ਜੇ ਕੋਈ ਤੈਨੂੰ ਪ੍ਰੋਬਲਮ ਆਈ ਤੂੰ ਸਾਨੂੰ ਫੋਨ ਕਰਦੀ ਹੈ ਨਾ ਹੋਰ ਵੀ ਹੈਗੇ ਸੀਗੇ ਤੇ ਇੱਕ ਦੋ ਵੀਰ ਮੇਰੇ ਨਾਲ ਲੰਡਨ ਤੋਂ ਜੁੜੇ ਹੋਏ ਨੇਗੇ ਇੱਕ ਦੋ ਮੇਰੇ ਤੋਂ ਅਮਰੀਕਾ ਤੋਂ ਜੁੜੇ ਹੋਏ ਨੇ ਜਿੱਦਾਂ ਹਨਾ ਉਹਨਾਂ ਨੇ ਹੌਸਲਾ ਦਿੱਤਾ ਵੀ ਕੋਈ ਨਹੀਂ ਉਹਨਾਂ ਨੂੰ ਮੈਂ ਦੱਸੀ ਫਿਰ ਆਪਦੀ ਪ੍ਰੋਬਲਮ ਵੀ ਮੈਨੂੰ ਤਾਂ ਬਹੁਤ ਮੈਨੂੰ ਪ੍ਰੋਬਲਮ ਆ ਰਹੀਆਂ ਨਹੀਂਆਂ ਗਿਆ ਉਹਨਾਂ ਨੇ ਵੀ ਵਿਚਾਰਿਆਂ ਨੇ ਬਹੁਤ ਮੈਨੂੰ ਉਹ ਕੀਤਾ ਸਹਾਰਾ ਦਿੱਤਾ ਹਨ ਤੇ ਫਿਰ ਸਾਬੀ ਵੀਰ ਨੇ ਤਾਂ ਦਿੱਤਾ ਹੀ ਦਿੱਤਾ ਫਿਰ ਉਹਨਾਂ ਨੇ ਵਿਚਾਰਿਆਂ ਨੇ ਜੌਬ ਲੱਭੀ ਇੰਨੀ ਜਗ੍ਹਾ ਤੇ ਫੋਨ ਕੀਤੇ ਕੰਟੈਕਟ ਕੀਤੇ ਵੀ ਇੱਕ ਕੁੜੀ ਆਈ ਆ ਹਨਾ ਇੰਡੀਆ ਤੋਂ ਵੀ ਉਹਨੂੰ ਕੰਮ ਦਵਾਉ ਮੇਰੀ ਛੋਟੀ ਭੈਣ ਆ ਤੇ ਉਹਨਾਂ ਨੇ ਵਿਚਾਰਿਆਂ ਨੇ ਇੰਨਾ ਟਾਈਮ ਤਾਂ ਕੰਮ ਦਾ ਨਹੀਂ ਬਣਿਆ ਹਨਾ ਚਲੋ ਉਹਨਾਂ ਦਾ ਹੌਸਲਾ ਰਿਹਾ ਚਲੋ ਇਦਾਂ ਸੀ ਵੀ ਹੁਣ ਆਪਾਂ ਭੁੱਖੇ ਨਹੀਂ ਮਰਦੇ ਚਲੋ ਹੈਗੇ ਨੇ ਪੰਜ ਸੱਤ ਵੀਰ ਹਨਾ ਜਿਹਦਾ ਸਹਾਰੇ ਆਪਾਂ ਰਹਿ ਸਕਦੇ ਹਾਂਗੇ ਜੇ ਇਨ ਕੇਸ ਆਪਣੇ ਕੋਲ ਕੁਝ ਵੀ ਨਹੀਂ ਹੋਊਗਾ ਤੈਨ ਆਪਾਂ ਉਹਨਾਂ ਨੂੰ ਫੋਨ ਕਰਾਂਗੇ ਉਹਨਾਂ ਤੋਂ ਹੈਲਪ ਲਵਾਂਗੇ ਤੇ ਫਿਰ ਸਾਬੀ ਵੀਰੇ ਨੇ ਹੌਲੀ 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 ਵਿਚਾਰਿਆਂ ਨੇ ਜੌਬ ਲੱਭੀ ਜੌਬ ਲੱਭੀ ਤੇ ਹੁਣ ਮੈਨੂੰ ਜੌਬ ਹੈ ਜਿਹੜੀ ਉਹ ਮਿਲ ਗਈ ਆ ਕਿਤੇ ਹੁਣ ਜਾ ਕੇ ਮੈਨੂੰ 5 ਮਹੀਨੇ ਹੋ ਗਏ ਇੱਥੇ ਆਈ ਨੂੰ ਮੈਨੂੰ ਹੁਣ ਇੱਥੇ ਜੌਬ ਮਿਲਿਆ ਸਾਬੀ ਵੀਰੇ ਨੇ ਉਹਨਾਂ ਦੇ ਰਿਸ਼ਤੇਦਾਰ ਸੀ ਜਿਹੜੇ ਹਨਾ ਤੇ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਚੱਲ ਅਸੀਂ ਹਰਜੀਤ ਨੂੰ ਰੱਖ ਲਾਂਗੇ ਉਹਨਾਂ ਨੇ ਮੈਨੂੰ ਕੰਮ ਤੇ ਰੱਖ ਲਿਆ ਹੁਣ ਮੈਂ ਜਿੱਦਾਂ ਹੁਣ ਮੈਂ ਕੰਮ ਕਰਦੀ ਆਂਗੀ ਗਰੋਸਰੀ ਸ਼ਾਪ ਆ ਜਿਹੜੀ ਉੱਥੇ ਮੈਂ ਕੰਮ ਕਰਦੀ ਆਂ ਚਲੋ ਦੇਰ ਨਾਲ ਸਹੀ ਪਰ ਮੈਂ ਜਿੱਥੇ ਕੰਮ ਕਰਦੀ ਆਂ ਮੈਨੂੰ ਬਹੁਤ ਰਿਸਪੈਕਟ ਮਿਲਦੀ ਆ ਬਹੁਤ ਮਾਣ ਮਿਲਦਾਗਾ ਤੇ ਬਹੁਤ ਵਧੀਆ ਨੇਗੇ ਉਹ ਤੇ ਹੁਣ ਥੋੜਾ ਜਿਹਾ ਲਾਈਫ ਕਿਤੇ ਜਾ ਕੇ ਇੰਨੇ ਮਹੀਨਿਆਂ ਬਾਅਦ ਲਾਈਫ ਥੋੜੀ ਸੈੱਟ ਹੋਈ ਹੈਗੀ ਤੇ ਸੋ ਤੁਸੀਂ ਸੋਚਦੇ ਹੋਵੋਗੇ ਵੀ ਹਰਜੀਤ ਇਹ ਗੱਲਾਂ ਪਤਾ ਨਹੀਂ ਕਿਉਂ ਦੱਸੀ ਜਾਂਦੀ ਆ ਕਿਉਂ ਸਾਡੇ ਨਾਲ ਸ਼ੇਅਰ ਕਰੀ ਜਾਂਦੀ ਆ ਪਤਾ ਨਹੀਂ ਉਹਨੇ ਪਬਲਿਸਿਟੀ ਲੈਣੀ ਆ ਪਤਾ ਨਹੀਂ ਉਹਨੇ ਲਾਈਕ ਵਧਾਉਣੇ ਆ ਪਤਾ ਨਹੀਂ ਉਹਨੇ ਕਮੈਂਟ ਵਧਾਉਣੇ ਆ ਨਹੀਂ ਵੀਰੋ ਮੈਂ ਇਸ ਲਈ ਤੁਹਾਨੂੰ ਗੱਲਾਂ ਨਹੀਂ ਦੱਸਦੀ ਮੈਂ ਤੁਹਾਨੂੰ ਇਸ ਲਈ ਗੱਲਾਂ ਦੱਸਦੀਆਂ ਜਿਹੜੇ ਲੋਕੀ ਆਪਣੀਆਂ ਕੱਲੀਆਂ ਕੁੜੀਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਭੇਜਦੇ ਨੇ ਅਨਮੈਰਿਡ ਕੁੜੀਆਂ ਜਿਹੜੀਆਂ ਸਾਡੀਆਂ ਭੈਣਾਂ ਕਹਿੰਦੀਆਂ ਨੇ ਨਾ ਅਸੀਂ ਅਨਮੈਰਿਡਾਂ ਅਸੀਂ ਬਾਹਰ ਚੱਲ ਜਾਾਂਗੇ ਅਸੀਂ ਬਾਹਰ ਜਾ ਕੇ ਆਹ ਕਰ ਲਾਂਗੇ ਅਸੀਂ ਬਾਹਰ ਜਾ ਕੇ ਆਹ ਕਰ ਲਾਂਗੇ ਇਹ ਵੀਡੀਓ ਉਹਨਾਂ ਕੁੜੀਆਂ ਲਈ ਆ ਮੇਰੇ ਨਾਲ 2 4 ਵੀਰ 5 ਵੀਰ 10 ਵੀਰ ਜੁੜੇ ਹੋਏ ਸੀ ਜਿਨ੍ਹਾਂ ਦਾ ਮੈਨੂੰ ਸਹਾਰਾ ਸੀ ਕਿ ਮੈਂ ਇਹ ਕੰਟਰੀ ਦੇ ਵਿੱਚ ਭੁੱਖੀ ਨਹੀਂ ਮਰਾਂਗੀ ਮੈਂ ਉਹਨਾਂ ਦੇ ਸਿਰ ਤੇ ਹੌਸਲਾ ਸੀ ਪਰ ਜਿਹੜੀਆਂ ਕੁੜੀਆਂ ਦਾ ਕੋਈ ਵੀ ਨਹੀਂ ਹੁੰਦਾ ਹਾਲਾਤ ਜਿੱਦਾਂ ਕਰੋਨਾ ਨੇ ਹਾਲਾਤ ਇੰਨੇ ਮਾੜੇ ਬਣਾਤੇ ਜੇ ਇੱਥੇ ਤੁਹਾਡਾ ਕੋਈ ਵੀ ਨਹੀਂ ਹੋਊਗਾ ਤਾਂ ਤੁਹਾਡਾ ਕੀ ਹੋਊਗਾ ਇਹ ਵੀਡੀਓ ਉਹਨਾਂ ਮਾਪੇ ਪਾਪਾ ਨੂੰ ਇੱਕ ਮੈਸੇਜ ਆ ਕਿ ਕਲੀਆਂ ਕੁੜੀਆਂ ਨੂੰ ਮਾਪੇ ਨਾ ਭੇਜਣ ਬਾਹਰ ਜੇ ਭੇਜਣਾ ਆ ਤਾਂ ਆਪਣੀਆਂ ਕੁੜੀਆਂ ਨੂੰ ਵਿਆਹ ਕਰਕੇ ਭੇਜੋ ਤਾਂ ਕਿ ਉਹਨਾਂ ਨੂੰ ਇੰਨਾ ਤਾਂ ਹੌਸਲਾ ਰਹੂਗਾ ਕਿ ਸਾਡਾ ਹਸਬੰਡ ਸਾਡੇ ਨਾਲ ਹੈਗਾ ਕੋਈ ਔਖਾ ਟਾਈਮ ਆਉਂਦਾ ਤਾਂ ਹਸਬੰਡ ਸਾਥ ਤਾਂ ਦੇ ਦੂਗਾ ਕਿਉਂਕਿ ਇਸ ਦੁਨੀਆ ਇਸ ਦੇਸ਼ਾਂ ਦੇ ਵਿੱਚ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਜੇ ਕੱਲੀਆਂ ਕੁੜੀਆਂ ਪਹਿਲਾਂ ਮੈਂ ਵੀ ਜਿੱਦਾਂ ਮੈਂ ਵੀ ਇੱਕ ਕੁੜੀਆ ਮੈਂ ਵੀ ਇਹ ਸੋਚਦੀ ਸੀ ਮੈਂ ਕੱਲੀ ਪਹਿਲਾਂ ਮੈਂ ਅਨਮੈਰਿਡ ਸੀਗੀ ਹਨਾ ਮੈਂ ਸੋਚਦੀ ਸੀ ਮੈਂ ਕੱਲੀ ਬਾਹਰ ਚੱਲ ਜਾ ਬਾਹਰ ਚੱਲ ਜਾ ਨਾ ਵੀ ਮੈਂ ਕੱਲੀ ਨਹੀਂ ਜਾਣਾ ਕੱਲੀ ਨਹੀਂ ਜਾਣਾ ਪਰ ਜਦੋਂ ਇੱਥੇ ਕੱਲੀਆਂ ਕੁੜੀਆਂ ਆਉਂਦੀਆਂ ਨੇ ਨਾ ਤਾਂ ਉਦੋਂ ਇਹ ਇਹੀ ਸੋਚਦੀਆਂ ਨੇ ਪਹਿਲਾਂ ਤਾਂ ਕੱਲੀਆਂ ਆ ਜਾਂਦੀਆਂ ਨੇ ਇੰਡੀਆ ਤੋਂ ਪਰ ਜਦੋਂ ਇੱਥੇ ਆ ਕੇ ਉਹਨਾਂ ਨੂੰ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਤਾਂ ਹਮੇਸ਼ਾ ਉਹ ਇਹ ਕਹਿੰਦੀਆਂ ਨੇ ਵੀ ਅਸੀਂ ਵਿਆਹ ਕਿਉਂ ਨਾ ਕਰਾ ਕੇ ਆਈਆਂ ਨਾ ਉਹ ਇੰਡੀਆ ਮੋਡਨ ਜੋਗੀਆਂ ਹੁੰਦੀਆਂ ਨੇਗੀਆਂ ਨਾ ਉਹ ਇੱਥੇ ਰਹਿਣਾ ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ ਹਾਂ ਜਿਨ੍ਹਾਂ ਦੇ ਮਾਪੇ-ਬਾਪਾਂ ਕੋਲ ਜਾਦਾ ਪੈਸਾ ਆ ਜਾਂ ਜਿਆਦਾ ਅਮੀਰ ਨੇ ਉਹਨਾਂ ਲਈ ਤਾਂ ਕੋਈ ਔਖਾ ਨਹੀਂ ਕਿਉਂਕਿ ਇੰਡੀਆ ਤੋਂ ਪੈਸੇ ਭੇਜੀ ਜਾਣਗੇ ਪਰ ਜਿਹੜੇ ਸਟੂਡੈਂਟ ਕਰਜਾ ਚੱਕ-ਚੱਕ ਆਉਂਦੇ ਨੇ ਕੁੜੀਆਂ ਜਿਹੜੀਆਂ ਕਹਿੰਦੀਆਂ ਅਸੀਂ ਇਕੱਲੀਆਂ ਜਾਵਾਂਗੇ ਮਾਪੇ-ਬਾਪ ਕਹਿੰਦੇ ਨੇ ਅਸੀਂ ਇਕੱਲੀਆਂ ਕੁੜੀਆਂ ਨੂੰ ਉਤਾਰਾਂਗੇ ਉਹਨਾਂ ਲਈ ਬਹੁਤ ਔਖਾ ਖਾਸ ਤੌਰ ਤੇ ਇੰਗਲੈਂਡ ਕੰਟਰੀ ਦੇ ਵਿੱਚ ਕਿਉਂਕਿ ਮੈਂ ਐਕਸਪੀਰੀਅੰਸ ਕੀਤਾ ਬਾਕੀ ਕੰਟਰੀਆਂ ਦਾ ਮੈਨੂੰ ਨਹੀਂ ਪਤਾ ਬਹੁਤ ਬਹੁਤ ਔਕੜਾਂ ਨੇ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਮੇਰੇ ਨਾਲ ਦੋ ਚਾਰ ਵੀਰ ਜੁੜੇ ਹੋਏ ਸੀ ਮੈਨੂੰ ਚਲ ਉਹਨਾਂ ਦਾ ਹੌਸਲਾ ਸੀਗਾ ਹਨਾ ਵੀ ਵੀ ਮੈਨੂੰ ਚਲ ਮੈਂ ਇੱਥੇ ਰਹਿ ਸਕਦੀ ਆਂਗੀ ਹਨਾ ਹੋਰ ਹੋਰ ਨਹੀਂ ਤਾਂ ਮਤਲਬ ਕਰ ਲੂੰਗੀ ਸੈਟਿੰਗ ਪਰ ਜਿਹੜੀਆਂ ਕੁੜੀਆਂ ਦਾ ਇੱਥੇ ਕੋਈ ਵੀ ਨਹੀਂ ਨਾ ਹੁੰਦਾ ਉਹਨਾਂ ਨੂੰ ਵੀਰੇ ਬਹੁਤ ਔਖਾ ਹੁਣ ਜਿੱਦਾਂ ਮੈਂ ਸੋਸ਼ਲ ਮੀਡੀਆ ਤੇ ਪਾਉਂਦੀ ਸੀਗੀ ਵੀ ਸੈਟਰਡੇ ਸੰਡੇ ਅਸੀਂ ਗਰੋਸਰੀ ਗਰੋਸਰੀ ਦੀ ਹੈਲਪ ਕਰਦੇ ਆ ਕੁੜੀਆਂ ਦੀ ਤਾਂ ਮੈਨੂੰ ਬਹੁਤ ਸਟੂਡੈਂਟ ਕੁੜੀਆਂ ਜਿਹੜੀਆਂ ਆਪਣੀਆਂ ਨਵੀਂ ਆਈਆਂ ਸੀ ਉਹਨਾਂ ਦੇ ਮੈਸੇਜ ਆਉਂਦੇ ਆ ਹਰ ਰੋਜ਼ ਮੈਸੇਜ ਆਉਂਦੇ ਆ ਕੁੜੀਆਂ ਰੋ ਰੋ ਕੇ ਮੈਸੇਜ ਕਰਦੀਆਂ ਨੇ ਰਿਕਾਰਡਿੰਗਾਂ ਵੀ ਮੇਰੇ ਕੋਲ ਪਈਆਂ ਨੇ ਕੱਲੀਆਂ ਕੁੜੀਆਂ ਆ ਗਈਆਂ ਕੰਮ ਉਹਨਾਂ ਨੂੰ ਮਿਲੇ ਨਹੀਂ ਬਿਚਾਰੀਆਂ ਕੋਲੋਂ ਰੈਂਟ ਨਿਕਲਦੇ ਨਹੀਂ ਪਏ ਤਾਂ ਮੈਨੂੰ ਹਰ ਰੋਜ਼ ਫੋਨ ਕਰਦੀਆਂ ਨੇ ਦੀਦੀ ਸਾਡੀ ਰੈਂਟ ਦੀ ਹੈਲਪ ਕਰ ਦੋ ਦੀਦੀ ਸਾਡੀ ਆਹ ਹੈਲਪ ਕਰ ਦੋ ਦੀਦੀ ਸੋਡੀ ਆਹ ਹੈਲਪ ਕਰ ਦੋ ਬਹੁਤ ਕੁੜੀਆਂ ਰੋਂਦੀਆਂ ਨੇ ਇੱਥੇ ਸੋ ਇਹੀ ਮੈਸੇਜ ਆ ਜਿਹੜੇ ਬੱਚੇ ਬਾਹਰ ਆਉਣਾ ਚਾਹੁੰਦੇ ਆ ਆਓ ਬਹੁਤ ਵਧੀਆ ਕੰਟਰੀਆਂ ਨੇ ਰੂਲ ਬਹੁਤ ਵਧੀਆ ਨੇ ਤੁਹਾਨੂੰ ਤੁਹਾਨੂੰ ਇੱਕ ਮਤਲਬ ਜ਼ਿੰਦਗੀ ਦਾ ਮਕਸਦ ਮਿਲ ਜਾਂਦਾ ਕਿ ਤੁਸੀਂ ਕਾਮਯਾਬ ਹੋ ਸਕਦੇ ਹੋ ਤੁਸੀਂ ਜੇ ਮਿਹਨਤ ਕਰੋਗੇ ਤਾਂ ਤੁਹਾਡੀ ਮਿਹਨਤ ਦਾ ਮੁੱਲ ਪੈਣਾ ਆ ਇਹਨਾਂ ਕਹੇਗਾ ਪਰ ਕੱਲੀਆਂ ਕੁੜੀਆਂ ਨਾ ਆਉਣ ਜਿਹੜੀਆਂ ਕੱਲੀਆਂ ਕੁੜੀਆਂ ਆਉਣਾ ਚਾਹੁੰਦੀਆਂ ਨੇ ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਆ ਕੁੜੀਆਂ ਨੂੰ ਭੇਜੋ ਪਰ ਵਿਆਹ ਕਰਕੇ ਭੇਜੋ ਕੱਲੀਆਂ ਕੁੜੀਆਂ ਨੂੰ ਨਾ ਭੇਜੋ ਇਹਨਾਂ ਕੰਟਰੀਆਂ ਦੇ ਵਿੱਚ ਬਹੁਤ ਔਖਾ ਬਹੁਤ ਸਟਰਗਲ ਆ ਗਈ ਕਿਉਂਕਿ ਕਿਉਂਕਿ ਫਿਰ ਕੁੜੀਆਂ ਇਹ ਵੀ ਨਹੀਂ ਦੱਸ ਸਕਦੀਆਂ ਆਪਣੇ ਪੇਰੈਂਟਸ ਨੂੰ ਉਹਨਾਂ ਨੇ ਕਰਜਾ ਚੱਕ ਕੇ ਵਿਚਾਰਿਆਂ ਨੂੰ ਭੇਜਿਆ ਹੁੰਦਾ ਇਹ ਵੀ ਨਹੀਂ ਦੱਸ ਸਕਦੀਆਂ ਕਿ ਅਸੀਂ ਕਿਹੜੀਆਂ ਪ੍ਰੋਬਲਮਾਂ ਫੇਸ ਕਰਦੀਆਂ ਅਸੀਂ ਕਿਹੜੇ ਦੁੱਖ ਫੇਸ ਕਰਦੀਆਂ ਨਹੀਂ ਦੱਸ ਸਕਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸਾਡੇ ਪੇਰੈਂਟਸ ਨੇ ਸਾਨੂੰ ਪਹਿਲਾਂ ਹੀ ਮਸਾਂ ਭੇਜਿਆ ਜੇ ਅਸੀਂ ਦੱਸਾਂਗੇ ਤਾਂ ਉਹਨਾਂ ਨੂੰ ਹੋਰ ਵੀ ਦੁੱਖ ਹੋਣਾ ਪਰ ਉਹ ਕਰ ਵੀ ਕੁਝ ਨਹੀਂ ਸਕਦੇ ਉਹ ਏਡੀ ਦੂਰ ਬੈਠੇ ਨੇ ਸਾਡੇ ਪੇਰੈਂਟਸ ਸੋ ਅੱਜ ਦੀ ਮੇਰੀ ਵੀਡੀਓ ਐਸ ਲਈ ਸੀਗੀ ਇੰਗਲੈਂਡ ਕੰਟਰੀ ਦੇ ਵਿੱਚ ਹੁਣ ਤੁਸੀਂ ਇਹ ਦੇਖੋ ਬਹੁਤ ਵੱਡੇ ਸੁਪਨੇ ਲੈ ਕੇ ਆਈ ਸੀ ਮੈਂ ਬਹੁਤ ਮਤਲਬ ਇਹ ਸੋਚਿਆ ਸੀਗਾ ਕਿ ਮੈਂ ਹੁਣ ਜਿੱਦਾਂ ਮੇਰੇ ਹਸਬੰਡ ਮੇਰੇ ਨਾਲ ਹਜੇ ਨਹੀਂ ਆਏ ਕਿਉਂਕਿ ਵੀਜ਼ਾ ਨਹੀਂ ਲੱਗਿਆ ਸੀਗਾ ਨਾਲ ਤੇ ਮੈਂ ਪਤਾ ਕੀ ਸੋਚਿਆ ਸੀ ਮੈਂ ਸੋਚਿਆ ਸੀ ਚਲੋ ਇੰਗਲੈਂਡ ਚਲੀ ਜਾਵਾਂਗੀ ਉੱਥੇ ਜਾ ਕੇ ਮੈਂ ਆਪਣੀ ਵਧੀਆ ਸਟੱਡੀ ਕਰੂੰਗੀ ਸਟੱਡੀ ਕਰੂੰਗੀ ਤੇ ਸਟੱਡੀ ਕਰਨ ਤੋਂ ਬਾਅਦ ਮੈਂ ਉੱਥੇ ਕੰਮ ਵੀ ਕਰੂੰਗੀ ਤੇ ਇੱਕ ਵਾਰ ਜਿੰਨੇ ਪੈਸੇ ਮੇਰੇ ਤੇ ਮੇਰੇ ਘਰਦਿਆਂ ਨੇ ਲਾ ਕੇ ਕਰਜ਼ਾ ਚੱਕ ਕੇ ਭੇਜਿਆ ਉਹ ਮੈਂ ਪੈਸੇ ਮੋੜ ਦੂੰਗੀ ਜਦ ਮੈਂ ਪੈਸੇ ਮੋੜ ਤੇ ਤੇ ਫਿਰ ਮੈਂ ਸੋਸ਼ਲ ਵਰਕ ਕਰੂੰਗੀ ਜਿਹੜੇ ਮੈਂ ਆਪਣਾ ਪੰਜਾਬ ਦੇ ਵਿੱਚ ਹਨਾ ਆਪਣੇ ਪਿੰਡ ਦੇ ਵਿੱਚ ਲਾ ਲਉ ਆਪਣੇ ਸ਼ਹਿਰ ਦੇ ਵਿੱਚ ਲਾ ਲਉ ਜਿਹੜੇ ਕੰਮ ਸੋਚੇ ਹੋਏ ਸੀ ਵੀ ਮੈਂ ਆਹ ਕੰਮ ਕਰਨੇ ਨੇ ਆਹ ਲੋਕਾਂ ਦੀ ਮੈਂ ਹੈਲਪ ਕਰਨੀ ਆ ਜਿਹੜੇ ਮੈਂ ਸੁਪਨੇ ਲੈ ਕੇ ਆਈ ਸੀ ਵੀ ਮੈਂ ਉਹਨਾਂ ਲਈ ਪੈਸਾ ਕਮਾਉਣਾ ਉਹਨਾਂ ਦੀ ਹੈਲਪ ਕਰਨੀ ਆ ਹਨਾ ਤੇ ਉਹ ਸਾਰੇ ਸੁਪਨੇ ਮੇਰੇ ਚੂਰਾ ਚੂਰ ਹੋ ਗਏ ਹਜੇ ਤਾਂ ਸ਼ੁਰੂਆਤ ਆ ਅੱਗੇ ਪਤਾ ਨਹੀਂ ਕੀ ਹੋਣਾ ਸਾਢੇ 12 ਲੱਖ ਸਾਲ ਦੀ ਫੀਸ ਆ 7 ਲੱਖ ਰੁਪਏ ਭਰ ਕੇ ਆਈ ਸੀ ਇੱਕ ਸਾਲ ਦੇ ਵਿੱਚ ਦੂਜੇ ਪੈਸੇ ਪੂਰੇ ਕਰਨੇ ਸੀ 4 ਲੱਖ 4 ਲੱਖ ਰੁਪਏ ਮੇਰਾ 4.5 ਲੱਖ ਰੁਪਏ ਮੇਰਾ ਹੁਣ ਮੈਂ ਭਰਨਾਗਾ ਉਹ ਇਸੇ ਸਾਲ ਦੇ ਵਿੱਚ ਇੰਡੀਆ ਦਾ 4.5 ਲੱਖ ਇੱਥੇ ਦਾ 4 4000 45000 ਪਾਉਂਡ ਮੈਂ ਦੇਣਾ ਆ ਮੇਰੀ ਯੂਨੀਵਰਸਿਟੀ ਨੂੰ ਕਿੱਥੋਂ ਦੇ ਦੂੰਗੀ ਕਰੋਨਾ ਕਰਕੇ ਕੰਮ ਸਾਰੇ ਬੰਦ ਹੋ ਗਏ ਜਿਹੜੇ ਜਿਹੜਾ ਕੰਮ ਮਿਲਿਆ ਆ ਉਹ ਤੋਂ ਗੁਜ਼ਾਰੀ ਹੋਣਾਗਾ ਕੱਲੀ ਕੁੜੀ ਫੀਸਾਂ ਕੱਢੂਗੀ ਜਾਂ ਕਰਜ਼ਾ ਮੋੜੂਗੀ ਜਾਂ ਫਿਰ ਅਬ ਦਾ ਕੁਝ ਬਣਾਉਗੀ ਜਾਂ ਕੀ ਕਰੂਗੀ ਕੱਲੀਆਂ ਕੁੜੀਆਂ ਤੋਂ ਫੀਸਾਂ ਕੱਢਣੀਆਂ ਬਹੁਤ ਔਖੀਆਂ ਨੇ ਫੀਸਾਂ ਨਹੀਂ ਨਿਕਲਦੀਆਂ ਇੱਥੇ ਜਿਹੜੇ ਬੱਚੇ ਇੰਗਲੈਂਡ ਇੰਗਲੈਂਡ ਨੇ ਹੁਣ ਵੀਜ਼ੇ ਖੋਲੇ ਐ ਆਓ ਮੋਸਟ ਵੈਲਕਮ ਆਓ ਪਰ ਇਹ ਸਾਰੀਆਂ ਚੀਜ਼ਾਂ ਦੇਖ ਕੇ ਆਓ ਤੁਸੀਂ ਫੀਸਾਂ ਕਿਵੇਂ ਕੱਢਣੀਆਂ ਨੇ ਤੁਸੀਂ ਰਹਿਣਾ ਕਿਵੇਂ ਆ ਕੱਲੀਆਂ ਕੁੜੀਆਂ ਨਾ ਆਓ ਜੇ ਆਉਣਾ ਤਾਂ ਵਿਆਹ ਕਰਾ ਕੇ ਆਓ ਜਾਂ ਫਿਰ ਕੋਈ ਮੁੰਡਾ ਇੱਥੇ ਦੇਖ ਕੇ ਰੱਖੋ ਆਪਦਾ ਇੰਗਲੈਂਡ ਦੇ ਵਿੱਚ ਇੰਡੀਆ ਤੋਂ ਆਓ ਇੱਥੇ ਆ ਕੇ ਵਿਆਹ ਕਰਾਓ ਆਪਣੀ ਜ਼ਿੰਦਗੀ ਸੈੱਟ ਕਰੋ ਜੇ ਤੁਸੀਂ ਪੜੋਗੇ ਤਾਂ ਤੁਹਾਡੇ ਹਸਬੰਦ ਨੇ ਪੈਸੇ ਕਮਾਉਣੇ ਨੇ ਤੁਹਾਡੀਆਂ ਫੀਸਾਂ ਲੈ ਜਾਣੀਆਂ ਨੇ ਹੁਣ ਇੰਡੀਆ ਦਾ 4.5 ਲੱਖ ਫੀਸ ਦੇਣੀ ਆ ਕੁਝ ਸਪਟੰਬਰ ਦੇ ਵਿੱਚ ਦੇਣੀ ਆ ਕੁਝ ਦਸੰਬਰ ਦੇ ਵਿੱਚ ਦੇਣੀ ਆ ਕੁਛ ਨੀਂਗਾ ਕੋਲੇ ਕਿੱਥੋਂ ਦਵੂੰਗੀ ਨਹੀਂ ਦਵੂੰਗੀ ਜੇ ਨਾ ਦਿੱਤੀ ਤਾਂ ਦੋ ਨੰਬਰ ਚ ਰਹਿਣਾ ਪਊਗਾ ਜੇ ਨਾ ਦਿੱਤੀ ਫੀਸ ਤਾਂ ਮੈਂ ਆਪਣੇ ਹਸਬੈਂਡ ਨੂੰ ਇੰਡੀਆ ਤੋਂ ਨਹੀਂ ਬੁਲਾ ਸਕਦੀ ਕਿਉਂਕਿ ਯੂਨੀਵਰਸਿਟੀ ਨੇ ਮੈਨੂੰ ਲੈਟਰ ਹੀ ਨਹੀਂ ਦੇਣਾ ਵੀ ਤੋਂ ਆਪਣੇ ਹਸਬੈਂਡ ਨੂੰ ਬੁਲਾ ਲਾ ਜੇ ਫੀਸ ਦੇਤੀ ਮੰਨ ਲਓ ਮੈਂ ਪੈਸੇ ਕਮਾ ਲਏ ਹੁਣ ਮੈਨੂੰ ਜੋਬ ਮਿਲ ਗਈ ਹੈ ਹਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਨੂੰ ਜੋਬ ਮਿਲ ਗਈ ਚਲ ਮੈਂ ਪੈਸੇ ਕਮਾ ਵੀ ਲਈ ਮੈਂ ਯੂਨੀਵਰਸਿਟੀ ਨੂੰ ਭਰ ਦੂੰਗੀ ਨਾ ਤਾਂ ਮੈਂ ਮਾਮਦਾ ਕਾਰਜਾ 모ੜ ਸਕਦੀਆਂ ਨਾ ਮੈਂ ਆਪਣੇ ਕੋਲ ਕੋਈ ਸੇਵਿੰਗ ਕਰ ਸਕਦੀਆਂ ਵੀ ਮੈਂ ਕੋਈ ਐਮਰਜੈਂਸੀ ਪੈਸਾ ਬਰਤ ਲੂੰਗੀ ਉਹ ਵੀ ਨਹੀਂ ਕਰ ਸਕਦੀ ਮੈਂ ਪਹਿਲੀ ਗੱਲ ਤਾਂ ਨਿਕਲਣ ਗਈ ਨਹੀਂ ਫੀਸਾਂ ਕਿੱਥੋਂ ਨਿਕਲਦੀਆਂ ਰੈਂਟ ਹੀ ਨਿਕਲਦਾ ਕਵਚਨ ਹੀ ਨਿਕਲਦਾ ਕਵਚਨ ਹੀ ਬਚਦਾ ਕਿਉਂਕਿ ਹਜੇ ਕੰਮ ਇੰਨੇ ਨਹੀਂ ਚੱਲੇ ਆ ਕੰਮ ਚੱਲੇ ਆ ਥੋੜੇ ਬਹੁਤੇ ਕੰਮ ਚੱਲੇ ਆ ਉਏ ਇਹ ਮੈਸੇਜ ਮੇਰਾ ਉਹਨਾਂ ਲਈ ਆ ਜਿਹੜੀਆਂ ਕੁੜੀਆਂ ਬਾਹਰ ਹੋਣਾ ਚਾਹੁੰਦੀਆਂ ਆ ਜਿਹੜੀਆਂ ਕਹਿੰਦੀਆਂ ਨੇ ਸਾਨੂੰ ਇੱਕ ਵਾਰ ਭੇਜੋ ਬਸ ਅਸੀਂ ਬਾਹਰ ਜਾ ਕੇ ਅਸੀਂ ਆਹ ਕਰ ਲਾਂਗੇ ਅਸੀਂ ਆਹ ਕਰ ਲਾਂਗੇ ਇਹ ਗੱਲਾਂ ਨਾ ਜਦੋਂ ਆਪਾਂ ਇੰਡੀਆ ਹੁੰਨੇ ਆ ਉਦੋਂ ਹੀ ਹੁੰਦੀਆਂ ਆ ਵੀ ਹਾਂ ਅਸੀਂ ਆਹ ਕਰ ਲਾਂਗੇ ਅਸੀਂ ਆਹ ਕਰ ਲਾਂਗੇ ਅਸੀਂ ਐ ਕਰ ਲਾਂਗੇ ਮੈਨੂੰ ਵੀ ਬਹੁਤ ਸੀਗਾ ਮੈਂ ਖੁਦ ਉਹਨਾਂ ਜਿੱਕਿਆਂ ਪਰ ਮੈਂ ਇੱਥੇ ਆ ਕੇ ਐਕਸਪੀਰੀਅੰਸ ਦੇਖਿਆ ਕੋਈ ਨਹੀਂ ਕਿਸੇ ਦਾ ਸਾਥ ਦਿੰਦਾ ਲੋਕ ਲੋਕੀ ਵੀ ਕਹੀ ਇਹੋ ਜਿਹੇ ਨੇ ਜਿਹੜੇ ਦੇਖਦੇ ਨੇ ਵੀ ਇਹ ਕੁੜੀਆਂ ਦੀ ਮਜਬੂਰੀ ਆ ਮਜਬੂਰੀਆਂ ਦਾ ਫਾਇਦਾ ਚੱਕਦੇ ਨੇ ਲੋਕੀ ਜੋ ਕੁੜੀਆਂ ਨੇ ਨਾ ਆਪਣੇ ਪੇਰੈਂਟਸ ਨੂੰ ਫੋਨ ਕਰਕੇ ਦੱਸ ਨਹੀਂ ਸਕਦੀਆਂ ਆਪਣੀਆਂ ਮਜਬੂਰੀਆਂ ਪੇਰੈਂਟਸ ਜੇ ਐਨੇ ਅਮੀਰ ਹੁੰਦੇ ਤਾਂ ਇਹਨਾਂ ਕੰਟਰੀਆਂ ਚ ਕਰਜ਼ਾ ਚੱਕ ਕੇ ਕਿਉਂ ਭੇਜਦੇ ਕੁੜੀਆਂ ਦੀਆਂ ਆਕੇ ਬਹੁਤ ਤਰ੍ਹਾਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਨੇ ਇਹ ਕੰਟਰੀਆਂ ਦੇ ਵਿੱਚ ਆਪਣੀਆਂ ਜ਼ਿੰਦਗੀਆਂ ਖਰਾਬ ਕਰ ਲੈਂਦੀਆਂ ਨੇ ਕੁੜੀਆਂ ਹੁਣ ਜਿਹੜੀਆਂ ਕਈ ਕੁੜੀਆਂ ਆਈਆਂ ਨੇ ਹਨਾ ਵਿਚਾਰੀਆਂ ਪਛਤਾਉਂਦੀਆਂ ਨੇ ਵੀ ਅਸੀਂ ਵਿਆਹ ਕਿਉਂ ਨਹੀਂ ਕਰਾ ਕੇ ਆਈਆਂ ਵੀ ਵਿਆਹ ਕਰਾ ਕੇ ਆਉਣੀ ਸੀਗੇ ਇੱਥੇ ਆ ਕੇ ਪਛਤਾਵਾ ਹੁੰਦਾ ਜਦੋਂ ਇਹੋ ਜਿਹੇ ਹਾਲਾਤ ਬਣਦੇ ਨੇ ਆਓ ਜੀ ਸਦਕੇ ਆਓ ਕੰਟਰੀਆਂ ਬਹੁਤ ਸੋਹਣੀਆਂ ਨੇ ਬਹੁਤ ਇੱਥੇ ਦੇ ਰੂਲ ਰੈਗੂਲੇਸ਼ਨ ਚੰਗੇ ਆ ਇੱਥੇ ਦੀਆਂ ਸਰਕਾਰਾਂ ਚੰਗੀਆਂ ਨੇ ਇੱਥੇ ਸਾਰਾ ਕੁਝ ਚੰਗਾ ਪਰ ਵਿਆਹ ਕਰਾ ਕੇ ਆਓ ਇਸ ਲਈ ਅੱਜ ਦੀ ਮੈਂ ਵੀਡੀਓ ਹੈ ਜਿਹੜੀ ਇਸ ਲਈ ਪਾ ਰਹੀ ਆ ਬਾਹਰਲੇ ਮੁਲਕਾਂ ਦਾ ਭੂਤ ਹਰ ਇੱਕ ਨੂੰ ਸਵਾਰ ਹੁੰਦਾ ਮੈਨੂੰ ਵੀ ਸੀ ਮੈਂ ਵੀ ਉਹਨਾਂ ਚ ਇੱਕ ਸੀ ਇੱਥੇ ਆ ਕੇ ਇੰਗਲੈਂਡ 'ਚ ਖਾਸ ਤੌਰ ਤੇ ਫੀਸਾਂ ਕੱਢਣੀਆਂ ਬਹੁਤ ਔਖੀਆਂ ਆ। ਹੁਣ ਤਾਂ ਵੈਸੇ ਹੀ ਕਰੋਨਾ ਆ ਗਿਆ। ਚਲੋ 4 ਲੱਖ ਮੰਨ ਲਓ ਮੈਂ ਇਹ ਸਾਲ ਦਾ ਭਰ ਦੂੰਗੀ। ਅਗਲਾ ਸਾਲ ਫੇਰ ਆ ਗਿਆ। ਅਗਲੇ ਸਾਲ ਦੀ ਫੇਰ 12.5 ਲੱਖ ਫੀਸ ਆ। ਦਸੰਬਰ ਤੱਕ ਇਹ ਸਾਲ ਪੂਰਾ ਹੋ ਦਸੰਬਰ ਤੋਂ ਬਾਅਦ 12.5 ਲੱਖ ਫੇਰ ਫੀਸ ਆ ਗਈ। ਉਦੋਂ ਬਾਅਦ 12.5 ਲੱਖ ਫੇਰ ਫੀਸ ਆ ਗਈ। 35 ਲੱਖ ਰੁਪਈਆ ਮੇਰੇ ਇਕੱਲੇ ਕੋਰਸ ਦੀ ਫੀਸ ਹੈ। ਕੱਲੀ ਕੁੜੀ ਕਰਜ਼ਾ ਮੋੜੂਗੀ ਜਾਂ ਫੀਸ ਕੱਢੂਗੀ ਕੀ ਕਰੂਗੀ ਮਾਪੇ ਅੱਖਾਂ ਮੀਚ ਕੇ ਕੁੜੀਆਂ ਨੂੰ ਜਿਹੜੇ ਬਾਹਰ ਭੇਜ ਦਿਆ ਉਹਦਾ ਮੈਂ ਐਕਸਪੀਰੀਅੰਸ ਕਰਕੇ ਦੇਖ ਲਿਆ ਮਾਪਿਆਂ ਨੂੰ ਬੇਨਤੀ ਆਪਣੇ ਬੱਚਿਆਂ ਨੂੰ ਭੇਜੋ ਜ਼ਰੂਰ ਭੇਜੋ ਪਰ ਕੁੜੀਆਂ ਦੇ ਵਿਆਹ ਕਰਕੇ ਭੇਜੋ ਇੰਨੀ ਕੁ ਮੇਰੀ ਬੇਨਤੀ ਆ ਉਹਨਾਂ ਦੇ ਹਸਬੰਦ ਨਾਲ ਆਉਣ ताकि चलो ਉਹਨਾਂ ਨੂੰ ਹੌਸਲਾ ਹੋਵੇ ਮੈਂ ਫੇਰ ਵੀ ਇੱਕ ਸਟਰੋਂਗ ਤੁਸੀਂ ਕੁੜੀ ਕਹਿ ਸਕਦੇ ਹੋ ਥੋੜੀ ਸਟਰੋਂਗ ਆ ਥੋੜਾ ਮੈਨੂੰ ਤੁਹਾਡੇ ਸਾਰਿਆਂ ਦਾ ਸਾਥ ਆ ਥੋੜੇ ਲੋਕੀ ਥੋੜੇ ਵੀਰ ਥੋੜੇ ਭੈਣਾਂ ਇੱਥੇ ਜੁੜੀਆਂ ਹੋਈਆਂ ਨੇ ਸਾਬੀ ਵੀਰ ਮੇਰਾ ਉਹਨਾਂ ਦਾ ਤਾਂ ਮੈਂ ਦੇਣਾ ਹੀ ਨਹੀਂ ਦੇ ਸਕਦੀ ਇੰਨਾ ਹੌਸਲਾ ਹੋਇਆ ਇੰਗਲੈਂਡ 'ਚ ਪਤਾ ਆ ਤੁਹਾਨੂੰ ਕੋਈ ਵੀ ਮੈਨੂੰ ਪ੍ਰੋਬਲਮ ਆ ਗਈ ਮੈਂ ਫੋਨ ਕਰ ਦੂੰਗੀ ਇੱਕ ਆਪਣੀ ਫੈਮਲੀ ਫੈਮਲੀ ਦਾ ਮੈਂਬਰ ਉਹ ਭਰਾ ਨੇ ਮੈਨੂੰ ਸਮਝਿਆ ਉਹਦੇ ਹੌਸਲੇ ਕਰਕੇ ਮੈਂ ਸ਼ਾਇਦ ਸਟਰਗਲ ਤਾਂ ਕਰ ਰਹੀ ਆਂ ਇੱਕ ਸਹਾਰਾ ਪਿੱਛੇ ਵੀ ਮੇਰਾ ਭਰਾ ਹੈਗਾ ਕੋਈ ਹੋਰ ਵੀ ਵੀਰ ਨੇ ਹੋਰ ਵੀ ਹੈਗੇ ਉਹ ਵੀ ਜੁੜੇ ਹੋਏ ਆ ਵਿਚਾਰੇ ਉਹਨਾਂ ਦਾ ਵੀ ਮੈਨੂੰ ਬਹੁਤ ਸਹਾਰਾ ਚਲੋ ਜੇ ਜੋਬ ਲੱਭ ਕੇ ਦਿੱਤੀ ਆ ਤਾਂ ਮੈਨੂੰ ਸਾਬੀ ਵੀਰ ਨੇ ਦਿੱਤੀ ਆ ਮੈਂ ਦਿਲੋਂ ਧੰਨਵਾਦ ਕਰਦੀ ਆ ਹਰ ਸੰਡੇ ਨੂੰ ਗਰੋਸਰੀ ਦੇ ਕੇ ਜਾਂਦੇ ਆ ਸਾਨੂੰ ਮੈਨੂੰ ਵੀ ਗਰੋਸਰੀ ਦੇ ਕੇ ਜਾਂਦੇ ਆ ਹੋਰ ਵੀ ਵੀਰ ਸਾਡੇ ਜੁੜੇ ਹੋਏ ਆ ਮੇਰਾ ਇੰਗਲੈਂਡ ਤੋਂ ਆ ਇੱਕ ਵੀਰਾ ਉਹਨੇ ਵੀ ਮੇਰਾ ਸਾਥ ਦਿੱਤਾ ਇੱਕ ਵੀਰਾ ਅਮਰੀਕਾ ਤੋਂ ਆ ਉਹਨੇ ਵੀ ਮੇਰਾ ਸਾਥ ਦਿੱਤਾ ਪਰ ਜਿਹੜੀਆਂ ਕੁੜੀਆਂ ਨੂੰ ਤੁਸੀਂ ਕੱਲੀਆਂ ਨੂੰ ਭੇਜ ਦਿੰਨੇ ਹੋ ਉਹਨਾਂ ਦਾ ਕੋਈ ਇੱਥੇ ਹੁੰਦਾ ਨਹੀਂਗਾ ਉਹ ਕੀ ਕਰਦੀਆਂ ਹੋਣੀਆਂ ਵਿਚਾਰੀਆਂ ਇਹ ਹਾਲਾਤ ਦੇ ਵਿੱਚ ਇਹ ਕੋਰੋਨਾ ਹੁਣ ਆ ਗਿਆ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ ਫਿਰ ਪੇਰੈਂਟਸ ਇੰਡੀਆ ਬੈਠੇ ਰੋਈ ਜਾਂਦੇ ਨੇ ਕੁੜੀਆਂ ਇੱਥੇ ਬੈਠੀਆਂ ਬੈਠੀਆਂ ਰੋਈ ਜਾਂਦੀਆਂ ਨੇਗੀਆਂ ਨਾ ਤਾਂ ਵਾਪਸ ਹੀ ਆ ਸਕਦੀਆਂ ਨੇ 15 ਲੱਖ ਲਾ ਕੇ ਕੌਣ ਆਜੂਗਾ ਵਾਪਸ ਸੋ ਮੇਰਾ ਮੈਸੇਜ ਉਹਨਾਂ ਲੋਕਾਂ ਲਈ ਹੈ ਮਾਪੇ ਪਾਪਾ ਲਈ ਹੈ ਕੁੜੀਆਂ ਲਈ ਹੈ ਜਿਹੜੀਆਂ ਕੁੜੀਆਂ ਦੇ ਸ਼ੌਂਕ ਨੇ ਕਿ ਅਸੀਂ ਬਾਹਰ ਆਈਏ ਕੱਲੀਆਂ ਮੈਂ ਵੀ ਤੁਹਾਡੇ ਸਾਰਿਆਂ ਚੋਂ ਇੱਕ ਸੀ ਮੈਨੂੰ ਵੀ ਬਹੁਤ ਸ਼ੌਂਕ ਸੀ ਇੱਕ ਦਿਨ ਤਾਂ ਮੈਂ ਰੱਬ ਨਾਲ ਵੀ ਗੁੱਸੇ ਹੋ ਗਈ ਸੀ ਰੱਬ ਤੋਂ ਵੀ ਦੁਖੀ ਹੋ ਗਈ ਸੀ ਮੈਂ ਕਿਹਾ ਰੱਬ ਤਾਂ ਹੈ ਹੀ ਨਹੀਂ ਦੁਨੀਆ ਤੇ ਮੈਂ ਕਿਹਾ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਫਿਰ ਵੀ ਰੱਬ ਮੇਰਾ ਸਾਥ ਹਿੰਦਿਆ ਮੈਨੂੰ ਜੋਬ ਨਹੀਂ ਮਿਲਦੀ ਮੈਂ ਦਰ ਦਰ ਤੇ ਭੜਕਦੀ ਸੀ ਜੋਬ ਲਈ ਹਰ ਇੱਕ ਸ਼ਾਪ ਤੇ ਮੈਂ ਜਾਣਾ ਮੈਨੂੰ ਜੋਬ ਦੇ ਦਿਓ ਮੈਨੂੰ ਜੋਬ ਦੇ ਦਿਓ ਮੈਨੂੰ ਜੋਬ ਦੇ ਦਿਓ ਮੈਂ ਹਰ ਇੱਕ ਸ਼ਾਪ ਤੇ ਗਈ ਬਹੁਤ ਲੋਕੀ ਮੈਂ ਫੇਸਬੁੱਕ ਤੇ ਵੀ ਪਾਇਆ ਵੀ ਜੇ ਕੋਈ ਬਰਮਿੰਗਮ ਤੋਂ ਮੇਰੇ ਨਾਲ ਸੰਪਰਕ ਕਰੋ ਕਿਤੇ ਵੀ ਵਿਚਾਰਿਆਂ ਨੇ ਸੰਪਰਕ ਮੁੰਡਿਆਂ ਨੇ ਮੇਰੇ ਨਾਲ ਮੈਂ ਉਹਨਾਂ ਨੂੰ ਕਿਹਾ ਫੋਨ ਤੇ ਫੋਨ ਕਰਨਾ ਵੀਰੇ ਮੈਨੂੰ ਜਵਾਬ ਦਵਾ ਦਿਓ ਵੀਰੇ ਮੈਨੂੰ ਜਵਾਬ ਦਵਾ ਦਿਓ ਬੱਟ ਮੈਨੂੰ ਜਵਾਬ ਤਾਂ ਨਹੀਂ ਬਣਿਆ 13 ਤੋਂ ਬਾਅਦ ਮੈਂ ਸੋਸ਼ਲ ਵਰਕਰਾਂ ਨੂੰ ਵਿਚਾਰਿਆਂ ਨੂੰ ਫੋਨ ਕੀਤੇ ਵੀ ਮੈਨੂੰ ਤੁਹਾਡੀ ਲਿੰਕ ਚ ਕੋਈ ਹੋਣਾ ਉਹਨਾਂ ਤੋਂ ਮੈਨੂੰ ਜਵਾਬ ਦਵਾ ਦਿਓ ਆਪਣੇ ਪੰਜਾਬੀਆਂ ਦੇ ਬਹੁਤ ਛੋਪਾਂ ਨੇ ਇੱਥੇ ਬਹੁਤ ਕੰਮ ਨਹੀਂ ਇੱਥੇ ਬਰਮਿੰਗਮ ਦੇ ਵਿੱਚ ਉਹਨਾਂ ਵਿਚਾਰਿਆਂ ਨੇ ਬਹੁਤ ਫੋਨ ਕੀਤੇ ਪਰ ਕਿਸਮਤ दाना पानी ਨਹੀਂ ਸੀ ਲਿਖਿਆ ਨਹੀਂ ਮਿਲੀ ਹੁਣ ਆ ਕੇ ਕਿਤੇ ਮੈਂ ਸੈਟੀਸਫਾਈ ਹੋਈਆਂ ਹੁਣ ਮੈਨੂੰ ਜੋਬ ਮਿਲੀ ਆ ਹੁਣ ਮੈਂ ਜੋਬ ਤੋਂ ਸੈਟੀਸਫਾਈ ਆ ਜਿੱਥੇ ਮੈਂ ਜੋਬ ਕਰਦੀ ਆ ਚਲੋ دیر ਨਾਲ ਸਹੀ ਪਰ ਬਹੁਤ ਇੱਜ਼ਤ ਮਿਲਦੀ ਆ ਰਿਸ਼ਤੇਦਾਰ ਸਭ ਸਾਥ ਛੱਡ ਗਏ ਸੀ ਫੋਨ ਚੱਕਣੇ ਬੰਦ ਕਰਤੇ ਸੀ ਰਿਸ਼ਤੇਦਾਰਾਂ ਨੇ ਕਾ ਕਿ ਰਿਸ਼ਤੇਦਾਰਾਂ ਨੂੰ ਵੀ ਇਹੀ ਹੁੰਦਾ ਵੀ ਹੁਣ ਔਖਾ ਟਾਈਮ ਆ ਕਿਤੇ ਪੈਸੇ ਨਾ ਮੰਗ ਲੇ ਫੋਨ ਹੀ ਨਹੀਂ ਚੱਕੇ ਸੋ ਕਦੇ ਕਿਸੇ ਤੋਂ ਉਮੀਦ ਨਾ ਰੱਖੋ ਜ਼ਿੰਦਗੀ ਚ ਇਕੱਲੇ ਤੁਰੋ ਪਰਮਾਤਮਾ ਦਾ ਸਾਥ ਲੈ ਕੇ ਸਟਰਗਲ ਕਰੋ ਸਟਰਗਲ ਸਟਰਗਲ ਕਰਕੇ ਹੀ ਆਪਾਂ ਜ਼ਿੰਦਗੀ ਦੇ ਵਿੱਚ ਕੁਝ ਸਿੱਖਦੇ ਹਾਂ ਜੇ ਆਪ ਨੂੰ ਠੋਕਰਾਂ ਲੱਗਦੀਆਂ ਨੇ ਤਾਂ ਕੁਝ ਅੱਗੇ ਸਿੱਖਿਆ ਜਾਂਦਾ ਇੱਕ ਦਿਨ ਦੀ ਗੱਲ ਆ ਮੈਂ ਤੇ ਮੇਰੀ ਫਰੈਂਡ ਸੀਗੇ ਅਸੀਂ ਨਾ ਉੱਥੇ ਮਾਂਚੈਸਟਰ ਹੀ ਸੀਗੇ ਮੈਂ ਅਸੀਂ ਦੋਹੇ ਜਾ ਰਹੀਆਂ ਸੀਗੀਆਂ ਅਸੀਂ ਤੇ ਮਾਂਚੈਸਟਰ ਮੈਂ ਕਈ ਮੁੰਡਿਆਂ ਨੂੰ ਇਹ ਗੱਲ ਦੱਸੀ ਵੀ ਆ ਕਈ ਵੀਰਾਂ ਨੂੰ ਇਹ ਗੱਲ ਦੱਸੀ ਵੀ ਆ ਅਸੀਂ ਨਾ ਦੋਹੇ ਜਾਣੀਆਂ ਤੁਰੀਆਂ ਜਾਈਏ ਤੇ ਐਟ ਅ ਟਾਈਮ ਵੀ ਸਾਡੀ ਜੇਬ 'ਚ ਇੱਕ ਵੀ ਰੁਪਿਆ ਨਹੀਂ ਸੀਗਾ 1 ਪੌਂਡ ਮੇਰੇ ਕੋਲ ਸੀ ਤੇ 1 ਪੌਂਡ ਉਹ ਕੁੜੀ ਦੇ ਜੇਬ ਚ ਸੀ ਅਸੀਂ ਦੋਏ ਤੁਰਿਆਂ ਜਾਈਏ ਤੇ ਪੈਸੇ ਤਾਂ ਸਾਡੇ ਕੋਲ ਹੈਗੇ ਸੀ ਚਲੋ ਘਰੇ ਪਏ ਸੀਗੇ ਹਨਾ ਐਟ ਅ ਟਾਈਮ ਨਹੀਂ ਸੀਗੇ ਤੇ ਮੈਂ ਮੈਂ ਤੇ ਮੇਰੀ ਫਰੈਂਡਸ ਜਾਈਏ ਉੱਥੇ ਨਾ ਮੂਰੇ ਸਟਾਲਾਂ ਜੀਆਂ ਲੱਗੀਆਂ ਪਈਆਂ ਸੀ ਜਿੱਥੇ 5-5 ਪੌਂਡਾਂ ਦੀਆਂ ਚੀਜ਼ਾਂ ਵਿਕਦੀਆਂ ਸੀ ਜਿੰਦਾ ਖਾਣ ਵਾਲੇ ਹਨਾ ਤੇ ਖਾਣ ਵਾਲੇ ਪਾਪਾ ਪਾਉਂਡਾਂ ਦੀਆਂ ਚੀਜ਼ਾਂ ਲੱਗੀਆਂ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਇਦਾਂ ਕਰ ਮੈਂ ਕਿਹਾ ਤੇਰੀ ਜੇਬ 'ਚ ਪੈਸੇ ਹੈਗੇ ਆ ਮੈਂ ਕਿਹਾ ਚੱਲ ਮੈਨੂੰ ਭੁੱਖ ਬਹੁਤ ਲੱਗੀ ਹੋਈ ਅਸੀਂ ਯੂਨੀਵਰਸਿਟੀ 'ਚੋਂ ਆਏ ਸੀਗੇ ਨਾ ਬਹੁਤ ਭੁੱਖ ਲੱਗੀ ਹੋਈ ਮੈਂ ਕਿਹਾ ਵੀ ਕੁਝ ਖਾ ਲੈਨੇ ਆਪਾਂ ਵੀ ਮੇਰਾ ਦਿਲ ਕਰਦਾ ਖਾਣ ਨੂੰ ਮੈਨੂੰ ਬਹੁਤ ਭੁੱਖ ਲੱਗੀ ਉਹ ਕਹਿੰਦੀ ਮੈਨੂੰ ਵੀ ਬਹੁਤ ਭੁੱਖ ਲੱਗੀ ਆ ਮੈਂ ਕਿਹਾ ਚੱਲ ਤੂੰ ਪੈਸੇ ਕੱਢ ਜੇਬ 'ਚੋਂ ਉਹਨੇ ਜੇਬ 'ਚੋਂ ਪਾਉਂਡ ਕੱਢਿਆ ਇੱਕ ਪਾਉਂਡ ਤੇ ਮੈਂ ਆਪਣੀ ਜੇਬ 'ਚ ਦੇਖਿਆ ਤਾਂ ਮੇਰੇ ਕੋਲ ਵੀ ਇੱਕ ਪਾਉਂਡ ਸਾਡੇ ਦੋਹਾਂ ਕੋਲ ਦੋ ਪਾ ਤੇਸਟਾਲਾਂ ਤੇ ਚਲੇ ਗਏ ਅਸੀਂ ਕਿਹਾ ਵੀ 2 ਪਾਉਂਡ ਦੀ ਕੋਈ ਚੀਜ਼ ਹੈਗੀ ਉਹ ਕਹਿੰਦੇ ਨਹੀਂ ਕਹਿੰਦੇ ਇਟਸ ਸਟਾਰਟ ਫਰੋਮ 5 ਪਾਉਂਡ ਤੇ 5 ਪਾਉਂਡਾਂ ਤੋਂ ਸਟਾਰਟ ਹੁੰਦੀ ਆ ਕਹਿੰਦੇ 2 ਪਾਉਂਡਾਂ ਦੀ ਕੋਈ ਚੀਜ਼ ਨਹੀਂ ਅਸੀਂ ਉਹਨੂੰ ਕਿਹਾ ਚੱਲ ਤੂੰ ਜਿਹੜੀ 5 ਪਾਉਂਡਾਂ ਵਾਲੀ ਚੀਜ਼ ਆ ਉਹ ਹਾਫ ਕਰਕੇ ਦੇ ਦੇ ਸਾਨੂੰ 2 ਪਾਉਂਡਾਂ ਦੀ ਦੇ ਦੇ ਕਹਿੰਦੇ ਨਹੀਂ ਵੀ ਹਨਾ ਵੀ 5 ਪਾਉਂਡਾਂ ਦੀ ਮਿਲੂਗੀ ਤੇ ਇੰਨੀ ਭੁੱਖ ਲੱਗੀ ਹੋਈ ਉੱਥੇ ਨਾ ਗੋਰੇ ਸਾਰੇ ਗੋਰੇ ਸੀਗੇ ਤੇ ਸਾਰੇ ਗੋਰੇ ਖਾਣ ਲੱਗੇ ਪਏ ਗੋਰੀਆਂ ਖਾਣ ਲੱਗੀਆਂ ਪਈਆਂ ਸਾਡਾ ਮਤਲਬ ਸਾਨੂੰ ਇਦਾਂ ਦੀ ਫੀਲਿੰਗ ਆਈ ਵੀ ਜਿੱਦਾਂ ਵੀ ਅਸੀਂ ਨਾ ਗਰੀਬ ਹੁੰਨੇ ਆ ਜਿੱਦਾਂ ਇੰਡੀਆ ਦੇ ਵਿੱਚ ਨੇ ਹੁੰਦੇ ਜਿਹੜੇ ਗਰੀਬ ਲੋਕ ਹੁੰਦੇ ਆ ਵਿਚਾਰੇ ਆਪਾਂ ਖੜੇ ਆ ਨਾ ਖਾਈ ਜਾਂਦੇ ਉਹਨਾਂ ਰੈਸਟੋਰੈਂਟ ਤੇ ਉਹ ਬਾਹਰ ਖੜੇ ਹੁੰਦੇ ਆ ਲੋਕੀ ਉਹ ਦੇਖਦੇ ਹੁੰਦੇ ਆ ਖਾਂਦੇ ਆ ਨੂੰ ਹਨਾ ਵੀ ਵੀ ਸਾਹਮਣੇ ਵੀ ਮੈਂ ਵੀ ਸਾਹਮਣੇ ਵਾਲਾ ਬੰਦਾ ਖਾ ਰਿਹਾ ਮੈਂ ਦੇਖ ਰਿਹਾ ਵੀ ਮੈਂ ਉਹ ਤੋਂ ਲੈ ਲਵਾਂ ਜਾਂ ਉਹ ਤੋਂ ਮੰਗਦਾ ਬੰਦਾ ਭੀਖ ਮੰਗਦਾ ਆ ਹਨਾ ਵੀ ਮੈਨੂੰ ਦਵਾ ਦੇ ਚੀਜ਼ ਤੂੰ ਹਨਾ ਸਾਡੇ ਤੇ ਇਹੋ ਜਿਹੇ ਹਾਲਾਤ ਬਣੇ ਦਿਲ ਕਰੇ ਆ ਨਾ ਵੀ ਕੋਈ ਸਾਨੂੰ 5-6 ਪੌਂਡ ਦੇ ਦੇ ਤਾਂ ਅਸੀਂ ਚੀਜ਼ ਖਾ ਲਈਏ ਮਤਲਬ ਆਪਣੇ ਆਪ ਨੂੰ ਇੰਨਾ ਗਰੀਬ ਮਹਿਸੂਸ ਕੀਤਾ ਹਨਾ ਵੀ ਇੰਡੀਆ ਦੇ ਵਿੱਚ ਅਸੀਂ ਮਤਲਬ ਰਾਜੇ ਹੁੰਦੇ ਸੀਗੇ ਹਨਾ ਵੀ ਇੱਥੇ ਆ ਕੇ ਵੀ ਆਪਾਂ ਕਿੰਨੇ ਗਰੀਬ ਹੋ ਗਏ ਅਸੀਂ ਹੱਸੇ ਵੀ ਆਪਣੇ ਆਪ ਤੇ ਹਨਾ ਇਦਾਂ ਫੀਲ ਵੀ ਕਰੀ ਅੰਦਰੋਂ ਤੇ ਸਾਡੇ ਕੋਲ 5 ਪਾਉਂਡ ਨਾ ਤੇ ਉਦੋਂ ਮੈਨੂੰ ਅਹਿਸਾਸ ਹੋਇਆ ਵੀ ਜਿਹੜੇ ਮੰਗ ਤੇ ਆਪਣੇ ਘਰੇ ਵਿਚਾਰੇ ਗਰੀਬ ਲੋਕ ਜਿਹੜੇ ਮੰਗਣਾਉਂਦੇ ਨੇ ਨਾ ਆਪਾਂ ਉਹਨਾਂ ਨੂੰ ਜਦੋਂ ਦਿੱਲੀ ਤੇ ਖੜੇ ਹੁੰਦੇ ਨੇ ਆਪਾਂ ਉਹਦੀ ਕਹਿ ਦਿੰਦੇ ਆ ਵੀ ਆ ਆ ਗਿਆ ਸਵੇਰੀ ਮੰਗਣਾ ਆਪਾਂ ਉਹਨਾਂ ਨੂੰ ਬਹੁਤ ਗਾਲਾਂ ਕੱਢਦੇ ਆ ਆਪਾਂ ਉਹਨਾਂ ਨੂੰ ਬਹੁਤ ਬੁਰਾ ਭਰਾ ਭਲਾ ਬੋਲਦੇ ਆ ਇਹ ਚੀਜ਼ ਦਾ ਮੈਨੂੰ ਅਹਿਸਾਸ ਹੋਇਆ ਕਿ ਪਤਾ ਨਹੀਂ ਇਨਸਾਨ ਜਿਹੜਾ ਤੁਹਾਡੇ ਘਰੇ ਆ ਰਿਹਾ ਉਹ ਕਿਹੜੇ ਹਾਲਾਤਾਂ ਦੇ ਵਿੱਚ ਆ ਉਹਦਾ ਢਿੱਡ ਕਿੰਨਾ ਕੁ ਭੁੱਖਾ ਆ ਪਤਾ ਨਹੀਂ ਉਹ ਕਿਉਂਕਿ ਮੰਗਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਪਤਾ ਨਹੀਂ ਉਹ ਇਨਸਾਨ ਕਿਉਂ ਤੁਹਾਡੇ ਘਰ ਮੰਗਣ ਆਇਆ ਆਪਾਂ ਇੱਕ ਵਾਰ ਵੀ ਇਹ ਗੱਲ ਨਹੀਂ ਸੋਚਦੇ ਆਪਾਂ ਉਹ ਲੋਕਾਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਵੀ ਮੂੰਹ ਚੱਕ ਕੇ ਸਾਡੇ ਘਰ ਆ ਗਿਆ ਸਵੇਰੀ ਸਾਡੇ ਮੱਥੇ ਲੱਗ ਗਿਆ ਲੋਕੀਂ ਤਰ੍ਹਾਂ ਤਰ੍ਹਾਂ ਦੀਆਂ ਗਾਲਾਂ ਕੱਢਦੇ ਉਹਨਾਂ ਨੂੰ ਪਰ ਉਹ ਚੀਜ਼ ਹੈ ਸਾਾਸ ਮੈਨੂੰ ਉੱਥੇ ਹੋਇਆ ਸੀ ਇਹ ਹਾਲਾਤ ਕਦੋਂ ਵੀ ਕਿਸੇ ਵੇਲੇ ਵੀ ਕਿਸੇ ਤੇ ਹੋ ਸਕਦੇ ਆ ਇਹ ਅਮੀਰ ਬੰਦੇ ਤੇ ਵੀ ਹੋ ਸਕਦੇ ਆ ਸਮ ਟਾਈਮ ਅਮੀਰ ਬੰਦਾ ਆ ਉਹਦੇ ਕੋਲ ਬਹੁਤ ਪੈਸੇ ਆ ਹਨਾ ਤੇ ਪਰ ਉਹ ਆਪਣਾ ਪਰਸ ਘਰੇ ਭੁੱਲਿਆ ਆ ਪਰ ਉਹਨੂੰ ਭੁੱਖ ਬਹੁਤ ਲੱਗੀ ਆ ਉਹਦੇ ਕੋਲ ਪੈਸੇ ਨਹੀਂ ਹੈਗੇ ਇਹ ਹਾਲਾਤ ਉਸ ਬੰਦੇ ਤੇ ਵੀ ਬਣ ਸਕਦੇ ਨੇ ਸੋ ਜੇ ਕੋਈ ਵੀ ਬੰਦਾ ਤੁਹਾਡੇ ਘਰੇ ਮੰਗਣ ਆਉਂਦਾ ਨਾ ਤਾਂ ਇਵਨ ਉਹਨੂੰ ਰੋਟੀ ਜ਼ਰੂਰ ਪੁੱਛ ਲਿਆ ਕਰੋ ਕਿਉਂਕਿ ਕਈ ਵਾਰ ਬੰਦੇ ਦਾ ਟਿੱਡ ਬਹੁਤ ਭੁੱਖਾ ਹੁੰਦਾ ਉਹਨੂੰ ਰੋਟੀ ਖਵਾ ਕੇ ਆਪਣੇ ਘਰੋਂ ਭੇਜਿਆ ਕਰੋ ਪੈਸਾ ਬੇਸ਼ੱਕ ਨਾ ਤੁਸੀਂ ਦਿਓ ਪਰ ਉਹਨੂੰ ਰੋਟੀ ਜ਼ਰੂਰ ਖਵਾ ਦਿਆ ਕਰੋ ਜੇ ਤੁਹਾਡੇ ਘਰੇ ਕੋਈ ਬੰਦਾ ਆਉਂਦਾ ਇਹ ਜ਼ਿੰਦਗੀ ਦੇ ਐਕਸਪੀਰੀਅੰਸ ਉਦੋਂ ਮਿਲਦਿਆ ਇਹ ਜ਼ਿੰਦਗੀ ਦੇ ਐਕਸਪੀਰੀਅੰਸ ਉਦੋਂ ਮਿਲਦਿਆ ਜਦੋਂ ਆਪਾਂ ਇਹਨਾਂ ਦਾ ਐਕਸਪੀਰੀਅੰਸ ਲੈਣ ਇਹਨਾਂ ਦਾ ਸਾਹਮਣਾ ਕਰਦੇ ਆਂ ਸੋ ਉਹਨਾ ਟਾਈਮ ਆਪਾਂ ਨੂੰ ਅਕਲ ਨਹੀਂ ਆਉਂਦੀ ਜਿੰਨਾ ਟਾਈਮ ਆਪਣੇ ਤੇ ਇਹ ਚੀਜ਼ਾਂ ਨਾ ਗੁਜ਼ਰਨ ਆਪਾਂ ਨੂੰ ਨਾ ਫੀਲ ਹੋਣ ਬਾਕੀ ਤੁਹਾਡੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਕੀ ਤੁਹਾਡੇ ਸਾਰੇ ਤੁਹਾਡੇ ਸਾਰਿਆਂ ਕਰਕੇ ਬਾਕੀ ਤੁਹਾਡੇ ਸਭਾ ਬਾਕੀ ਤੁਹਾਡਾ ਸਾਰੇ ਵੀਰਾਂ ਦਾ ਸਾਰੀਆਂ ਭੈਣਾਂ ਦਾ ਦਿਲੋਂ ਧੰਨਵਾਦ ਕਰਦੀ ਆ ਕਿਉਂਕਿ ਮੇਰੇ ਕੋਲ ਤੁਹਾਡਾ ਆਸ਼ੀਰਵਾਦ ਆ ਅੱਜ ਦੀ ਮੇਰੀ ਵੀਡੀਓ ਉਹਨਾਂ ਪੇਰੈਂਟਸਾਂ ਲਈ ਸੀ ਉਹਨਾਂ ਮਾਪਿਆਂ ਲਈ ਸੀ ਕਿ ਕੁੜੀਆਂ ਨੂੰ ਬਹੁਤ ਸਟਰਗਲ ਕਰਨੇ ਪੈਂਦੇ ਆ ਧੀਆਂ ਨੂੰ ਬਹੁਤ ਸਟਰਗਲ ਕਰਨੇ ਪੈਂਦੇ ਆ ਸੋ ਕੁੜੀਆਂ ਨੂੰ ਭੇਜੋ ਜਰੂਰ ਇਹਨਾਂ ਮੁਲਕਾਂ ਦੇ ਵਿੱਚ ਪਰ ਉਹਨਾਂ ਦਾ ਸਹਾਰਾ ਬਣ ਕੇ ਉਹਨਾਂ ਦਾ ਵਿਆਹ ਕਰਕੇ ਉਹਨਾਂ ਨੂੰ ਭੇਜੋ ਤਾਂ ਕਿ ਉਹਨਾਂ ਨੂੰ ਕਿਸੇ ਵੀ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਸਤਿ ਸ਼੍ਰੀ ਅਕਾਲ ਵੀਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਇੰਡੀਆ ਤੋਂ ਯੂਕੇ ਤੱਕ ਦਾ ਸਫਰ ਹੈ ਜਿਹੜਾ ਉਹ ਸ਼ੇਅਰ ਕਰਨ ਲਈ ਲਾਈਵ ਹੋਈਆਂ ਕਈ ਲੋਕੀ ਮੈਨੂੰ ਪੁੱਛਦਿਆ ਕਿ ਕਰੋਨਾ ਚੱਲਦੇ-ਚੱਲਦੇ ਤੁਸੀਂ ਯੂਕੇ ਕਿਵੇਂ ਚਲੇ ਗਏ ਸੋ ਆਪਣੀ ਜ਼ਿੰਦਗੀ ਦੇ ਇਹ 5 ਮਨਥ 5 ਮਹੀਨੇ ਕਿਵੇਂ ਲੰਗੇ ਇੰਗਲੈਂਡ ਦੇ ਵਿੱਚ ਅੱਜ ਮੈਂ ਉਹ ਗੱਲਾਂ ਕਰਨ ਦੇ ਲਈ ਲਾਈਵ ਹੋਈਆਂਗੀ ਹਾਰਿਕ ਦਾ ਸ਼ੌਂਕ ਹੁੰਦਾ ਕਿ ਅਸੀਂ ਇੰਡੀਆ ਤੋਂ ਬਾਹਰ ਨਿਕਲੀਏ ਕੁਝ ਨਵਾਂ ਸਿੱਖੀਏ ਆਪਣੀ ਜ਼ਿੰਦਗੀ ਨੂੰ ਸੰਵਾਰੀਏ ਜਦੋਂ ਵੀਜ਼ੇ ਤੇ ਸਟੈਂਪ ਲੱਗਦੀ ਹੈ ਤਾਂ ਅਸੀਂ ਉਦੋਂ ਇਹ ਵੀ ਨਹੀਂ ਦੇਖਦੇ ਵੀ ਕਿਹੜੇ ਏਰੀਆ ਦੇ ਵਿੱਚ ਸਾਨੂੰ ਵੀਜ਼ਾ ਮਿਲ ਰਿਹਾ ਸਾਨੂੰ ਇਹ ਹੁੰਦਾ ਵੀ ਪ੍ਰਮਾਤਮਾ ਇੱਕ ਵਾਰ ਬਾਹਰਲੇ ਦੇਸ਼ ਪਹੁੰਚਾ ਦੇ ਬਾਕੀ ਮੰਗਰੋਂ ਦੇਖਾਂਗੇ ਸੋ ਮੈਂ ਵੀ ਤੁਹਾਡੇ ਸਾਰਿਆਂ ਵਿੱਚੋਂ ਇੱਕਾਂ ਜਨਵਰੀ ਦੇ ਵਿੱਚ ਮੈਂ ਸਟੂਡੈਂਟ ਵੀਜ਼ੇ ਤੇ ਆਈ ਸੀ ਮੈਨੂੰ 3 3 ਸਾਲ ਹੋ ਗਏ ਅ ਅਪਲਾਈ ਕਰਦੀ ਨੂੰ ਬਟ ਮੈਂ ਪਹੁੰਚੀ ਹਾਂ ਯੂਕੇ ਸੋ ਥੋੜੀਆਂ ਜੀਆਂ ਗੱਲਾਂ ਅੱਜ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਿਸ ਦਿਨ ਵੀਜ਼ਾ ਆਇਆ ਸੀ ਬਹੁਤ ਖੁਸ਼ੀ ਹੋਈ ਸੀ ਬਹੁਤ ਖੁਸ਼ੀ ਹੋਈ ਸੀ ਇਦਾਂ ਲੱਗਦਾ ਸੀ ਬਸ ਹੁਣ ਤਾਂ ਜ਼ਿੰਦਗੀ ਸੈੱਟ ਹੋ ਗਈ 21 ਜਨਵਰੀ ਨੂੰ ਮੈਂ ਇੰਗਲੈਂਡ ਪਹੁੰਚੀ ਆਂਗੀ 1 ਲੱਖ ਰੁਪਏ ਇੰਡੀਆ ਦਾ ਨਾਲ ਲੈ ਕੇ ਆਈ ਸੀ ਨੀਅਰ ਅਬਾਊਟ 1000 ਪਾਉਂਡ ਯੂਨੀਵਰਸਿਟੀ ਮੈਨੂੰ ਉੱਥੇ ਮਿਲੀ ਜਿੱਥੇ ਆਪਣੇ ਪੰਜਾਬੀ ਬਹੁਤ ਘੱਟ ਰਹਿੰਦੇ ਸੀ ਮਾਂਚੈਸਟਰ ਸਿਟੀ ਦੇ ਵਿੱਚ ਉੱਤਰੀ ਬਰਮਿੰਗਮ 에어ਪੋਰਟ ਤੇ ਮੇਰੀ ਕਜ਼ਨ ਰਹਿੰਦੀ ਸੀ ਇੱਥੇ ਉਹਦੇ ਕੋਲ ਮੈਂ ਆਈ ਸੀਗੀ ਇੱਥੋਂ ਮਾਂਚੈਸਟਰ ਜੇ ਆਪਾਂ ਜਾਣਾ ਆ ਤਾਂ ਇੱਕ ਦਿਨ ਦੇ 40-45 ਪੌਂਡ ਜਿਹੜਾ ਕਿਰਾਇਆ ਬਰਮਿੰਗਮ ਤੋਂ ਮਾਂਚੈਸਟਰ ਜਾਣ ਦਾ ਲੱਗਦਾ ਸੀ ਇੱਥੇ ਰਹੀ ਇੱਕ ਹਫ਼ਤਾ ਯੂਨੀਵਰਸਿਟੀ ਜਾਇਆ ਕਰਾਂ ਬਰਮਿੰਗਮ ਤੋਂ ਮਾਂਚੈਸਟਰ 40-45 ਪਾਉਂਡ ਲੱਗਿਆ ਕਰਨ ਇੱਕ ਦਿਨ ਦੇ ਮੈਨੂੰ ਐਂ ਲੱਗਿਆ ਕਰੇ ਬਸ 40-45 ਪਾਉਂਡ ਆਪਣੇ ਇੰਡੀਆ ਵਾਲੇ ਰੁਪਈਆ ਦੀ ਮੈਨੂੰ ਫੀਲਿੰਗ ਆਉਂਦੀ ਸੀ ਵੀ ਜਿਦਾਂ ਇੰਡੀਆ 'ਚ 40-45 ਰੁਪਏ ਹੁੰਦੇ ਨੇ ਵੀ ਉਹੀ 40-45 ਪਾਉਂਡ ਯੂਨੀਵਰਸਿਟੀ ਇੰਡੀਆ ਤੋਂ ਮਾਂਚੈਸਟਰ ਜਾਂਦੀ ਸੀ 45 ਪੌਂਡ ਹਰ ਰੋਜ਼ ਦੇ ਲਾ ਕੇ 1000 ਪੌਂਡ ਮੇਰੇ ਕੋਲ ਸੀ ਕਿਰਾਏ-ਕਿਰਾਏ ਦੇ ਵਿੱਚ ਘੱਟੋ-ਘੱਟ ਮੇਰਾ 400 ਪੌਂਡ ਲੱਗ ਗਿਆ ਰਹਿ ਗਿਆ 600 ਪੌਂਡ ਕੰਮ ਕੋਈ ਹੈ ਨਹੀਂ ਸੀ ਕਿਉਂ ਨਵੇਂ-ਨਵੇਂ ਆਏ ਆ ਕੰਮ ਕਿੱਥੋਂ ਮਿਲ ਜੂਗਾ ਉਸ ਤੋਂ ਬਾਅਦ ਮਾਂਚੈਸਟਰ ਚਲੀ ਗਈ ਮਾਂਚੈਸਟਰ ਜਾ ਕੇ ਸੋਚਿਆ ਵੀ ਚਲੋ ਰੂਮ ਮਾਂਚੈਸਟਰ ਲੱਭ ਲੈਨੇ ਆ ਕਿ ਕਿਰਾਇਆ ਬਹੁਤ ਜ਼ਿਆਦਾ ਆ ਮਾਂਚੈਸਟਰ ਕੋਈ ਜਾਣਦਾ ਨਹੀਂ ਸੀ ਨਵੇਂ-ਨਵੇਂ ਹੈਗੇ ਸੀ ਨਵੇਂ ਲੋਕ ਸੀ ਨਵਾਂ ਦੇਸ਼ ਸੀ ਮਾਂਚੈਸਟਰ ਗਈ ਤਾਂ ਉਥੇ ਇੱਕ ਮੈਨੂੰ ਕੁੜੀ ਮਿਲ ਗਈ ਯੂਨੀਵਰਸਿਟੀ ਚ ਉਹ ਕਹਿੰਦੀ ਵੀ ਦੀਦੀ ਮੈਂ ਵੀ ਰੂਮ ਲੈਣਾ ਆਪਾਂ ਦੋਏ ਲੱਭ ਲੈਨੇ ਆ ਅਸੀਂ ਦੋਏ ਕੁੜੀਆਂ ਸੀਗੀਆਂ ਅਸੀਂ ਮਾਂਚੈਸਟਰ ਦੇ ਵਿੱਚ ਗਏ ਅਸੀਂ ਡੋਰ ਟੂ ਡੋਰ ਲੋਕਾਂ ਦੇ ਦਰਵਾਜ਼ੇ ਖੜਕਾਏ ਵੀ ਸਾਨੂੰ ਰੂਮ ਚਾਹੀਦਾ ਉੱਥੇ ਪੰਜਾਬੀ ਬਹੁਤ ਘੱਟ ਸੀਗੇ ਇੱਕ ਘਰ ਗਏ ਗੇਟ ਖੜਕਾਇਆ ਵੀ ਸਾਨੂੰ ਰੂਮ ਚਾਹੀਦਾ ਉਹ ਕਹਿੰਦੇ ਨਹੀਂ ਰੂਮ ਨਹੀਂ ਹੈਗਾ ਫਿਰ ਦੂਜੇ ਘਰ ਗਏ ਫਿਰ ਤੀਜੇ ਘਰ ਗਏ ਸਵੇਰ ਤੋਂ ਅਸੀਂ ਸ਼ਾਮ ਤੱਕ ਲੋਕਾਂ ਦੇ ਗੇਟ ਖੜਕਾਉਂਦੇ ਰਹੇ ਵੀ ਸਾਨੂੰ ਇੱਥੇ ਰਹਿਣ ਲਈ ਰੂਮ ਦੇ ਦਿਓ ਤਾਂ ਕਿ ਸਾਨੂੰ ਸਸਤਾ ਪੈ ਜੂਗਾ ਸਾਡੇ ਕੋਲ ਸਿਰਫ 600 ਪਾਉਂਡ ਆ ਜੇ ਅਸੀਂ ਬਰਮਿੰਗਮ ਤੋਂ ਹਰ ਰੋਜ਼ ਮਾਂਚੈਸਟਰ ਆਵਾਂਗੇ ਤਾਂ ਸਾਨੂੰ ਕਿਰਾਇਆ ਬਹੁਤ ਜ਼ਿਆਦਾ ਪੈ ਜੂ ਸਾਡੇ ਕੋਲ ਕੋਈ ਕੰਮ ਹੈ ਨਹੀਂਗਾ ਤੇ ਸਾਨੂੰ ਰੂਮ ਨਹੀਂ ਮਿਲਿਆ ਸ਼ਾਮ ਪੈ ਗਈ ਸ਼ਾਮ ਪੈ ਗਈ ਮੇਰਾ ਇੱਕ ਕਲਾਸਮੇਟ ਮੁੰਡਾ ਰਹਿੰਦਾ ਵਿਚਾਰਾ ਮਾਂਚੈਸਟਰ ਐ ਉਹ ਉਹਨੂੰ ਮੈਂ ਫੋਨ ਕੀਤਾ ਮੈਂ ਕਿਹਾ ਵੀ ਹੁਣ ਅਸੀਂ ਅੱਜ ਬਰਮਿੰਗਮ ਚਲੇ ਗਏ ਤੇ ਸਾਨੂੰ ਕੱਲੂ ਫੇਰ ਆਵਾਂਗੇ ਅਸੀਂ 40 45 ਪਾਉਂਡ ਲਾ ਕੇ ਵੀ ਸਾਡੇ ਕੋਲ ਹੁਣ ਪੈਸੇ ਕਿੰਨੇ ਕਿਹਾ ਸਾਨੂੰ ਤਾਂ ਅਸੀਂ ਤਾਂ ਇੰਡੀਆ ਦੇ ਹਿਸਾਬ ਨਾਲ ਚਲਾਤੇ ਬਹੁਤ ਜਿਆਦਾ ਵੀ ਕੀ 40 45 ਪਾਉਂਡ ਹੀ ਨੇ ਸਮਝ ਹੀ ਗਏ ਜਿਵੇਂ ਇੰਡੀਆ ਦੇ 40 45 ਰੁਪਏ ਹੁੰਦੇ ਨੇ ਤੇ ਉੱਥੇ ਮੁੰਡੇ ਨੂੰ ਫੋਨ ਕੀਤਾ ਉਹ ਕਹਿੰਦਾ ਚਲ ਦੀ ਦੀ ਤੁਸੀਂ ਇਦਾਂ ਕਰੋ ਤੁਸੀਂ ਅੱਜ ਸਾਡੇ ਕੋਲ ਰਹਿ ਜਿਓ ਸਾਡੇ ਘਰ ਰੁਕ ਜਿਓ ਤੇ ਤੁਸੀਂ ਕੱਲੂ ਰੂਮ ਲੱਭ ਲਿਓ ਮੈਂ ਜੇ ਤੇ ਮੇਰੇ ਨਾਲ ਇੱਕ ਹੋਰ ਕੁੜੀ ਸੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਚੱਲ ਆਪਾਂ ਰੁੱਕ ਜਾਂਦੇ ਆ ਮੈਂ ਕਿਹਾ ਮੈਂ ਵੀ ਮੁੰਡਿਆਂ ਨੂੰ ਜਾਣਦੀ ਨਹੀਂ ਨਵੇਂ-ਨਵੇਂ ਹੈਗੇ ਆ ਹਨਾ ਨਵੇਂ-ਨਵੇਂ ਇਹ ਮੁੰਡੇ ਨੇ ਉਹ ਸਾਡੇ ਸ਼ਹਿਰ ਤੋਂ ਹੀ ਸੀ ਸੰਗਰੂਰ ਤੋਂ ਵਿਚਾਰੇ ਮੇਰੀ ਕਲਾਸ ਕਲਾਸ 'ਚ ਪੜਦਾ ਸੀ ਮੁੰਡਾ ਅਸੀਂ ਚਲੋ ਅਸੀਂ ਕਿਹਾ ਵੀ ਚਲੋ ਦੇਖ ਲੈਂਦੇ ਆ ਸ਼ਾਮ ਨੂੰ ਵੀ ਜੇ ਨਾ ਚੰਗਾ ਲੱਗਿਆ ਤਾਂ ਆਪਾਂ ਗੁਰੂ ਘਰ ਆ ਜਾਾਂਗੇ ਗੁਰੂ ਘਰ ਆ ਕੇ ਰੁੱਕ ਜਾਾਂਗੇ ਹਨਾ ਤੇ ਭੱਟ ਗੁਰੂ ਘਰ ਦੇ ਵਿੱਚ ਆਪਾਂ ਰਹਿ ਨਹੀਂ ਨਾ ਸਕਦੇ ਤੇ ਇੱਥੇ ਇੰਡੀਆ ਵਾਂਗੂ ਤਾਂ ਹੈ ਨਹੀਂਗਾ ਵੀ ਆਪਾਂ ਰਹਿ ਜਾਵਾਂਗੇ ਹਨਾ ਇੱਥੇ ਆਪਾਂ ਰਹਿ ਫਿਰ ਉਹ ਵਿਚਾਰੇ ਮੁੰਡੇ ਨੇ ਕਿਹਾ ਕਿ ਚਲੋ ਤੁਸੀਂ ਸਾਡੇ ਕੋਲ ਹੀ ਰੁਕ ਜਿਓ ਅਸੀਂ ਗਏ ਉਹਨਾਂ ਦੇ ਘਰ ਅਸੀਂ ਦੇਖਿਆ ਉਹਨੇ ਓਨਰ ਨਾਲ ਗੱਲ ਕੀਤੀ ਵੀ ਦੋ ਹਨਾ ਕੁੜੀਆਂ ਨੇ ਸਾਡੇ ਸ਼ਹਿਰ ਤੋਂ ਵੀ ਉਹਨਾਂ ਨੂੰ ਅੱਜ ਰੂਮ ਨਹੀਂ ਮਿਲਿਆ ਉਹਨਾਂ ਨੇ ਰਹਿਣਾਗਾ ਤੇ ਵੀ ਜੇ ਉਹ ਅੱਜ ਰਾਤ ਇੱਥੇ ਰਹਿਲਣ ਸਵੇਰੇ ਇੱਥੇ ਰੂਮ ਲੱਭ ਲੈਣੀਆਂ ਚਲੋ ਅਸੀਂ ਔਖੇ ਸੌਖੇ ਅਸੀਂ ਉੱਥੇ ਰਹਿ ਗਏ ਬਿਚਾਰਿਆ ਨੇ ਸਾਨੂੰ ਆਨਰ ਨਾਲ ਗੱਲ ਕਰਕੇ ਰੱਖ ਲਿਆ ਸਾਨੂੰ ਰੋਟੀ ਖਵਾਈ ਹੈ ਨਾ ਸਾਨੂੰ ਰੱਖਿਆ ਉਸ ਤੋਂ ਬਾਅਦ ਰਾਤ ਲੰਘੀ ਸਵੇਰ ਹੋਇਆ ਸਵੇਰੇ ਫੇਰ ਉਹੀ ਸਿਲਸਿਲਾ ਸ਼ੁਰੂ ਕੀ ਸਾਨੂੰ ਰੂਮ ਚਾਹੀਦਾ ਸਾਡੇ ਕੋਲ ਰੂਮ ਨਹੀਂ ਹੈਗਾ ਅਸੀਂ ਸਵੇਰੇ ਅਸੀਂ ਗੁਰੂ ਘਰ ਚਲੇ ਗਏ ਵੀ ਚੱਲ ਨਾਲੇ ਮੱਥਾ ਟੇਕਦੇ ਆਂ ਨਾਲੇ ਲੰਗਰ ਛਕਦੇ ਆਂ ਉਸ ਤੋਂ ਬਾਅਦ ਦੇਖਾਂਗੇ ਕਿਵੇਂ ਬਣਦਾ ਗੁਰੂ ਘਰ ਚਲੇ ਗਏ ਸਵੇਰੇ ਅਸੀਂ ਸਵੇਰੇ ਆ ਕੇ ਮੈਂ ਤੇ ਮੇਰੀ ਫਰੈਂਡ ਨੇ ਅਸੀਂ ਅਰਦਾਸ ਕੀਤੀ ਕਿ ਪ੍ਰਮਾਤਮਾ ਸਾਨੂੰ ਰੂਹ ਮਿਲ ਜਵੇ ਅੱਜ ਤੇ ਅਰਦਾਸ ਕਰਦੇ ਕਰਦੇ ਉੱਥੇ ਇੱਕ ਪੰਜਾਬੀ ਪੰਜਾਬੀ ਭਰਾ ਆਇਆ ਪੰਜਾਬੀ ਹੈ ਨਾ ਮੁੰਡਾ ਆ ਆਪਣੀਆਂ ਬੇਟੀਆਂ ਦੇ ਨਾਲ ਦੋਨਾਂ ਦੇ ਬੇਟੀਆਂ ਸੀਗੀਆਂ ਅਸੀਂ ਉਹਨਾਂ ਨਾਲ ਗੱਲ ਕੀਤੀ ਸਾਨੂੰ ਪੰਜਾਬੀ ਉੱਥੇ ਕੋਈ ਦਿਖਦਾ ਹੀ ਨਹੀਂ ਸੀਗਾ ਬਹੁਤ ਘੱਟ ਪੰਜਾਬੀ ਨੇ ਉੱਥੇ ਤੇ ਫਿਰ ਸਾਨੂੰ ਮਿਲਿਆ ਜਦੋਂ ਮੈਂ ਉਹਦੇ ਨਾਲ ਅਸੀਂ ਉਹਦੇ ਨਾਲ ਗੱਲ ਕੀਤੀ ਮੈਂ ਤੇ ਮੇਰੀ ਫਰੈਂਡ ਨੇ ਕਿ ਸਾਨੂੰ ਵੀਰੇ ਸਾਨੂੰ ਹਨਾ ਰੂਮ ਚਾਹੀਦਾ ਅਸੀਂ ਕੱਲ ਦੇ ਇੱਥੇ ਮਾਂਚੈਸਟਰ ਆਏ ਹੋਇਆ ਸਾਡੇ ਕੋਲ ਰੂਮ ਨਹੀਂ ਹੈਗਾ ਅਸੀਂ ਪਰੇਸ਼ਾਨ ਆ ਕਾਫੀ ਤੇ ਉਹ ਕਹਿੰਦਾ ਚਲ ਮੈਂ ਆਪਣੀ ਵਾਈਫ ਨਾਲ ਗੱਲ ਕਰਦਾ ਵੀ ਮੇਰੀ ਵਾਈਫ ਨਾਲ ਗੱਲ ਕਰਕੇ ਜੇ ਕੋਈ ਕੁਝ ਬਣਿਆ ਹਿਲਾ ਤਾਂ ਜ਼ਰੂਰ ਕਰੂੰਗਾ ਗੁਰੂ ਘਰ ਮੱਥਾ ਟੇਕਣ ਆਏ ਸੀ ਸਵੇਰ ਦੇ ਟਾਈਮ ਹਰ ਰੋਜ਼ ਗੁਰੂ ਘਰ ਆਉਂਦੇ ਸੀਗੇ ਉੱਕਰੇ ਗਏ ਉਹਨਾਂ ਨੇ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਆਪਣਾ ਤੇ ਮੈਂ ਨੰਬਰ ਲੈ ਗਏ ਸਾਡਾ ਤੇ ਘਰੇ ਜਾ ਕੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਹਾਂ ਵੀ ਉਹਦੀ ਵਾਈਫ ਨਾਲ ਗੱਲ ਕੀਤੀ ਕਿ ਦੋ ਕੁੜੀਆਂ ਮਿਲੀਆਂ ਸੀ ਗੁਰੂ ਘਰ ਦੇ ਵਿੱਚ ਜਿਨ੍ਹਾਂ ਨੂੰ ਰੂਮ ਨਹੀਂ ਮਿਲ ਰਿਹਾ ਕਾਫੀ ਪਰੇਸ਼ਾਨ ਸੀਗੀਆਂ ਹਨਾ ਵੀ ਜੇ ਉਹਨਾਂ ਲਈ ਰੂਮ ਦਾ ਅਰੇਂਜਮੈਂਟ ਹੋ ਸਕਦਾ ਤਾਂ ਦੇਖੋ ਤੇ ਉਹਦੀ ਵਾਈਫ ਨੇ ਵਿਚਾਰੀ ਨੇ ਨਾਲ ਦੀ ਨਾਲ ਆਪਣੇ ਹਸਬੰਦ ਨੂੰ ਕਿਹਾ ਵੀ ਤੈਨੂੰ ਉਹ ਕੁੜੀਆਂ ਮਿਲੀਆਂ ਹਨਾ ਵੀ ਗੁਰੂ ਘਰ ਤੈਨੂੰ ਕੁੜੀਆਂ ਮਿਲੀਆਂ ਵੀ ਪਤਾ ਨਹੀਂ ਕਿਹੜੀ ਵਿਪਤਾ ਦੇ ਵਿੱਚ ਹੋਣਗੀਆਂ ਜਦੋਂ ਅਸੀਂ ਇੰਗਲੈਂਡ ਆਏ ਸੀ ਵੀ ਆਪਣੇ ਕਿੰਨੇ ਮਾੜੇ ਹਾਲਾਤ ਆਪਣਾ ਕਿਹੜਾ ਕੋਈ ਹੈਗਾ ਸੀਗਾ ਵੀ ਪਤਾ ਨਹੀਂ ਵਿਚਾਰੀਆਂ ਨੇ ਰੋਟੀ ਖਾਧੀ ਹੋਊਗੀ ਕਿ ਨਹੀਂ ਖਾਧੀ ਹੋਊਗੀ ਤੇ ਫਿਰ ਉਹ ਵੀਰੇ ਨੇ ਵਿਚਾਰੇ ਨੇ ਸਾਨੂੰ ਫੋਨ ਕੀਤਾ ਕਹਿੰਦਾ ਵੀ ਮੇਰੀ ਵਾਈਫ ਕਹਿੰਦੀ ਆ ਵੀ ਤੂੰ ਘਰੇ ਕਿਉਂ ਨਹੀਂ ਲੈ ਕੇ ਆਇਆ ਹਨਾ ਉਹਨਾਂ ਨੂੰ ਵੀ ਤੂੰ ਘਰੇ ਲੈ ਆਉਂਦਾ ਕੁੜੀਆਂ ਨੂੰ ਤੇ ਚਲੋ ਅਸੀਂ ਸੋਚਿਆ ਵੀ ਹੋਰ ਕੋਈ ਹਿੱਲਾ ਵੀ ਹੈ ਨਹੀਂ ਵੀ ਸਾਨੂੰ ਸ਼ਾਇਦ ਰੂ ਦਵਾ ਦੇ ਸਾਨੂੰ ਪੰਜਾਬੀ ਵੀ ਇਹੀ ਮਿਲਿਆ ਹੋਰ ਸ਼ਾਇਦ ਪੰਜਾਬੀ ਮਿਲੂ ਕਿ ਨਹੀਂ ਮਿਲੂ ਸਾਨੂੰ ਨਹੀਂ ਪਤਾ ਤੇ ਉਹਨੇ ਵਿਚਾਰੇ ਨੇ ਉਹ ਵਿਚਾਰਾ ਆਇਆ ਸਾਨੂੰ ਫੋਨ ਕੀਤਾ ਸਾਨੂੰ ਕਹਿੰਦਾ ਵੀ ਮੈਂ ਤੁਹਾਨੂੰ ਘਰੇ ਲੈ ਕੇ ਜਾਣਾ ਆਪਣੇ ਵੀ ਤੁਸੀਂ ਘਰੇ ਆਓ ਤੁਸੀਂ ਰੋਟੀ ਖਾਓ ਹਨਾ ਰੋਟੀ ਪਾਣੀ ਖਾ ਕੇ ਫਿਰ ਉਸ ਤੋਂ ਬਾਅਦ ਤੁਸੀਂ ਰੂਮ ਦਾ ਥੋੜਾ ਅਸੀਂ ਕਰਵਾ ਦਾਂਗੇ ਉਹਨੇ ਵਿਚਾਰੇ ਨੇ ਸਾਨੂੰ ਗੱਡੀ ਲੈ ਕੇ ਆਇਆ ਸਾਨੂੰ ਘਰ ਲੈ ਗਿਆ ਆਪਣੇ ਅਸੀਂ ਉਹਦੇ ਘਰ ਚਲੇ ਗਏ ਤੇ ਉੱਥੇ ਜਾ ਕੇ ਵਿਚਾਰੇ ਨੇ ਸਾਨੂੰ ਰੋਟੀ ਖਵਾਈ ਸਾਡਾ ਅਸੀਂ ਨਾਤੇ ਉੱਥੇ ਸਾਡਾ ਮਾਨ ਤਾਨ ਬਹੁਤ ਮਾਨ ਤਾਨ ਕੀਤਾ ਉਹਨਾਂ ਨੇ ਹਨਾ ਤੇ ਅਸ ਤੋਂ ਬਾਅਦ ਉਹ ਦੀਦੀ ਨੇ ਫਿਰ ਫੋਨ ਕੀਤਾ ਆਪਣੇ ਕਿਸੇ ਫਰੈਂਡ ਨੂੰ ਵੀ ਕੁੜੀਆਂ ਨੇ ਕੱਲ ਦੀ ਆਈਆਂ ਹੋਈਆਂ ਨੇ ਉਹਨਾਂ ਨੂੰ ਰੂਮ ਨਹੀਂ ਮਿਲ ਰਿਹਾ ਉਹ ਕਾਫੀ ਜ਼ਿਆਦਾ ਪਰੇਸ਼ਾਨ ਨੇ ਫਿਰ ਉਹ ਦੀਦੀ ਕਹਿੰਦੀ ਵੀ ਹਾਂ ਮੇਰੇ ਕੋਲ ਰੂਮ ਪਿਆ ਵੀ ਕੁੜੀਆਂ ਇੱਥੇ ਆਜਣ ਮੇਰੇ ਘਰੇ ਸਾਨੂੰ ਰੂਮ ਮਿਲ ਗਿਆ ਤੇ ਸਾਨੂੰ ਦੀਦੀ ਉਹਨਾਂ ਦੇ ਘਰੇ ਲੱਗੇ ਸਾਨੂੰ ਰੂਮ ਮਿਲ ਗਿਆ ਉਹ ਵੀ ਹਰਿਆਣੇ ਤੋਂ ਐ ਫੈਮਿਲੀ ਜਿੱਦਾਂ ਪੰਜਾਬੀ ਨੇਗੇ ਤੇ ਫਿਰ ਅਸੀਂ ਉਹਨਾਂ ਦੇ ਘਰ ਚਲੇ ਗਏ ਫਿਰ ਸਾਡਾ ਸਮਾਨ ਇੱਥੇ ਬਰਮਿੰਗਮ ਪਿਆ ਸੀ ਤੇ ਫਿਰ ਉਸ ਤੋਂ ਬਾਅਦ ਅਸੀਂ ਇੱਥੋਂ ਆ ਕੇ 버밍ਹਮ ਤੋਂ ਦੁਆਰਾ ਫੇਰ ਆਪਣਾ ਸਮਾਨ ਚੱਕ ਕੇ ਉੱਥੇ ਲੈ ਗਈ ਤੇ ਸਾਨੂੰ ਰੂਮ ਮਿਲ ਗਿਆ ਮਾਂਚੈਸਟਰ ਰਹੀ ਮੈਂ ਤੇ ਜਿੱਦਾਂ ਫਰਵਰੀ ਮਾਰਚ ਮੈਂ ਉੱਥੇ ਲਾਈ 2 ਮੰਥ ਮੈਂ ਉੱਥੇ ਲਾਈ ਹੈ ਨਾ ਤੇ ਉਸ ਤੋਂ ਬਾਅਦ ਫੇਰ ਮੇਰੀ ਕੰਮ ਦੀ ਥੋੜੀ ਮੇਰੀ ਸੈਟਿੰਗ ਨਹੀਂ ਆਈ ਹੈਗੀ ਉੱਥੇ ਹੈ ਨਾ ਮੈਨੂੰ ਇਦਾਂ ਲੱਗਦਾ ਸੀ ਕਿ ਉੱਥੇ ਕੋਈ ਪੰਜਾਬੀ ਨਹੀਂ ਹੈਗਾ ਵੀ ਪੰਜਾਬੀ ਬਹੁਤ ਘੱਟ ਮਿਲਦੇ ਸੀ ਦੇਖਣ ਨੂੰ ਦਿਲ ਨਹੀਂ ਸੀ ਲੱਗਦਾ ਹਨਾ ਐਂ ਲੱਗਦਾ ਸੀ ਵੀ ਆਪਾਂ ਕਿੱਥੇ ਆ ਕੇ ਫਸ ਗਏ ਐਂ ਲੱਗਦਾ ਸੀ ਵੀ ਆਪਾਂ ਕਿਉਂ ਪੰਜਾਬ ਛੱਡਿਆ ਕਿਉਂ ਨਾ ਆਪਾਂ ਪੰਜਾਬ 'ਚ ਰਹੇ ਬਹੁਤ ਮਨ ਦੁਖੀ ਹੁੰਦਾ ਸੀਗਾ ਤੇ ਲੋਕਾਂ ਦੀਆਂ ਕਹੀਆਂ ਹੋਈਆਂ ਗੱਲਾਂ ਬਹੁਤ ਜ਼ਿਆਦਾ ਆਉਂਦੀਆਂ ਸੀ ਕਹਿੰਦੇ ਕਹਿਣਾ ਬਹੁਤ ਸੌਖਾ ਬਾਹਰਲੇ ਮੁਲਕ ਪਰ ਤੰਗੀਆਂ ਬਹੁਤ ਆਉਂਦੀਆਂ ਨੇ ਤੇ ਕਹਿੰਦੇ ਬਾਥਰੂਮਾਂ ਦੇ ਵਿੱਚ ਤੁਸੀਂ ਲੁੱਕ ਲੁੱਕ ਕੇ ਰੋਇਆ ਕਰੋਗੇ ਕਿਸੇ ਦੇ ਸਾਹਮਣੇ ਵੀ ਤੁਹਾਡੇ ਤੋਂ ਰੋ ਨਹੀਂ ਹੋਣਾ ਉਹੀ ਗੱਲ ਹੋ ਗਈ ਸੀ ਉੱਥੇ ਰਹਿ ਕੇ ਇਦਾਂ ਲੱਗਣ ਲੱਗਿਆ ਵੀ ਆ ਕਿੱਥੇ ਗਏ ਉਸ ਤੋਂ ਬਾਅਦ ਫਿਰ ਮੈਂ ਮੈਂ ਆਪਣੀ ਕਜ਼ਨ ਨੂੰ ਫੋਨ ਕੀਤਾ ਮੈਂ ਉਹ ਵਰਮਿੰਗਮ ਸੀਗੀ ਮੈਂ ਕਿਹਾ ਵੀ ਮੇਰਾ ਨਹੀਂ ਇੱਥੇ ਦਿਲ ਲੱਗਦਾ ਵੀ ਮੈਂ ਵਰਮਿੰਗਮ ਆਉਣਾਗਾ ਤੇ ਚਲੋ ਜੀ ਮੈਂ ਮਾਰਚ ਅਪ੍ਰੈਲ ਅਪ੍ਰੈਲ ਹਾਂ ਅਪ੍ਰੈਲ ਦੇ ਵਿੱਚ ਮੈਂ ਵਰਮਿੰਗਮ ਆ ਗਈ ਅਪ੍ਰੈਲ ਤੇ ਮਈ ਹੁਣ ਮੈਂ ਬਰਮਿੰਗਮ ਦੇ ਵਿੱਚ ਆ ਬਰਮਿੰਗਮ ਆ ਕੇ ਕੰਮ ਨਹੀਂ ਮਿਲਿਆ ਕੰਮ ਕਿੱਥੋਂ ਮਿਲੇ ਕਰੋਨਾ ਕਰਕੇ ਸਾਰੇ ਸਾਰੀਆਂ ਸ਼ਾਪਾਂ ਬੰਦ ਐ ਸਾਰੇ ਕੰਮ ਬੰਦ ਐ ਬਹੁਤ ਘੱਟ ਕੰਮ ਸੀ ਜਿਹੜੇ ਖੁੱਲੇ ਹੋਏ ਸੀਗੇ ਹਨ ਤੇ ਇੱਥੇ ਬਰਮਿੰਗਮ ਆ ਕੇ ਮੈਂ ਇੰਨੇ ਕੁ ਲੋਕਾਂ ਨੂੰ ਫੋਨ ਕੀਤੇ ਇੰਨੇ ਕੁ ਸੋਸ਼ਲ ਵਰਕਰਾਂ ਨੂੰ ਫੋਨ ਕੀਤੇ ਬਹੁਤ ਮਤਲਬ ਫੋਨ ਕੀਤੇ ਵੀ ਮੈਨੂੰ ਕੰਮ ਦਵਾ ਦੋ ਵੀ ਮੇਰੇ ਕੋਲ ਵੀ ਰੈਂਟ ਵੀ ਨਹੀਂ ਨਿਕਲਣਾ ਹੈਗਾ ਮੇਰੇ ਕੋਲ ਵੀ ਮੈਂ ਕੀ ਕਰੂੰਗੀ ਮੈਂ ਇੰਡੀਆ ਤੋਂ ਵੀ ਨਹੀਂ ਮੰਗਾ ਸਕਦੀ ਕਿਉਂਕਿ ਇਹ ਤਾਂ ਹੈ ਨਹੀਂਗਾ ਵੀ 2000 4000 ਵਿਚਾਰੇ ਇੰਡੀਆ ਵਾਲੇ ਭੇਜ ਦਿਆ ਕਰਨਗੇ ਹਰ ਮਹੀਨੇ ਆਪਣਾ ਗੁਜ਼ਾਰਾ ਚੱਲੀ ਜਾਊਗਾ ਇੰਡੀਆ ਦਾ ਜੇ ਆਪਣੇ ਕੋਲ 40 50000 ਰੁਪਏ ਹੈਗਾ ਆ ਤਾਂ ਇੱਥੇ ਇੱਕ ਮਹੀਨੇ ਦਾ ਖਰਚਾ ਮੈਂ ਨਹੀਂ ਸੀ ਮੰਗਾ ਸਕਦੀ ਤੇ ਫੇ ਮੈਂ ਫੇਸਬੁੱਕ ਤੇ ਵੀ ਮੈਂ ਪਾਇਆ ਸੀ ਵੀ ਜੇ ਕੋਈ ਬਰਮਿੰਗਮ ਤੋਂ ਕੋਈ ਵੀਰ ਕੋਈ ਭੈਣ ਹੈਗੀ ਆ ਮੇਰੀ ਫੇਸਬੁੱਕ ਤੇ ਮੇਰੇ ਨਾਲ ਜੁੜੀ ਹੋਈ ਆ ਤਾਂ ਪਲੀਸ ਵੀ ਮੇਰੇ ਨਾਲ ਕੰਟੈਕਟ ਕਰਨ ਮੈਂ ਪ੍ਰੋਬਲਮ ਦੇ ਵਿੱਚ ਆ ਤੇ ਕਾਫੀ ਵਿਚਾਰੇ ਮੁੰਡਿਆਂ ਨੇ ਮੈਨੂੰ ਕੰਟੈਕਟ ਵੀ ਕੀਤੇ ਜਿਹੜੇ ਬਰਮਿੰਗਮ ਤੋਂ ਸੀਗੇ ਕੰਟੈਕਟ ਕੀਤੇ ਕਾਫੀ ਨੇ ਤੇ ਕਹਿੰਦੇ ਚਲੋ ਹਨਾ ਵੀ ਅਸੀਂ ਤੁਹਾਡੀ ਜਿਹੜੀ ਹੈਲਪ ਆ ਉਹ ਕਰਾ ਦਾਂਗੇ ਤੁਹਾਨੂੰ ਕੰਮ ਲਵਾ ਦਾਂਗੇ ਤੁਹਾਨੂੰ ਉਹਨਾਂ ਨੇ ਬਹੁਤ ਕੰਮ ਲੱਭੇ ਮੈਨੂੰ ਕੰਮ ਨਹੀਂ ਮਿਲਿਆ ਮੈਂ ਸੋਸ਼ਲ ਵਰਕਰਾਂ ਨੂੰ ਕਿਹਾ ਵੀ ਤੁਹਾਡੇ ਕੰਟੈਕਟ ਦੇ ਵਿੱਚ ਵੀ ਮਤਲਬ ਇਥੋਂ ਵਰਮਿੰਗਮ ਤੋਂ ਲੋਕ ਜੁੜੇ ਹੋਣਗੇ ਉਹਨਾਂ ਨੂੰ ਕਹਿ ਕੇ ਮੇਰੀ ਹੈਲਪ ਕਰਾ ਦਿਓ ਮੈਨੂੰ ਕੰਮ ਦਿਵਾ ਦਿਓ ਮੇਰੇ ਕੋਲ ਕੰਮ ਨਹੀਂਗਾ ਤੇ ਵਿਚਾਰੇ ਬਹੁਤ ਸੋਸ਼ਲ ਵਰਕਰਾਂ ਨੇ ਇੱਥੇ ਆ ਕੇ ਫੋਨ ਕੀਤਾ ਹਨਾ ਫੋਨ ਕੀਤਾ ਲੋਕਾਂ ਨੂੰ ਵੀ ਹਰਜੀਤ ਨੂੰ ਕੰਮ ਦਵਾ ਦਿਓ ਬਹੁਤ ਮੁੰਡੇ ਮੇਰੇ ਕੰਟੈਕਟ ਚ ਆਏ ਜਿਹੜੇ ਕਹਿੰਦੇ ਸੀ ਵੀ ਭੈਣੇ ਹਾਂ ਸੀ ਤੈਨੂੰ ਕੰਮ ਦਵਾ ਦਾਂਗੇ ਅਸੀਂ ਤੇਰੀ ਹੈਲਪ ਕਰ ਦਾਂਗੇ ਬਟ ਮੈਂ ਹਰ ਪਾਸੋਂ ناکਾਮ ਰਹੀ ਮੈਨੂੰ ਜੋਬ ਨਹੀਂ ਮਿਲੀ ਮੈਂ ਇੰਨੀ ਜ਼ਿਆਦਾ ਮੈਂ ਡਿਪਰੈਸ਼ਨ ਦੇ ਵਿੱਚ ਹੋ ਗਈ ਸੀ ਕਿ ਟਾਈਮ ਮੈਨੂੰ ਇਦਾਂ ਲੱਗਦਾ ਸੀ ਵੀ ਮੈਂ ਕਿੱਥੇ ਆ ਕੇ ਫਸ ਗਈ ਨਾ ਤਾਂ ਮੈਂ ਇੰਡੀਆ ਵਾਪਸ ਹੋ ਸਕਦੀ ਸੀ ਕਿਉਂਕਿ ਇੰਡੀਆ ਦਾ ਮੈਂ 15 ਲੱਖ ਇੱਥੇ ਲਾ ਕੇ ਆਈਆਂਗੀ ਜੇ ਮੈਂ ਇੰਡੀਆ ਵਾਪਸ ਹੋ ਜਾਂ ਤਾਂ ਮੈਂ ਕਾਸੀ ਜੋਗੀ ਵੀ ਨਹੀਂ ਰਹਿਣਾ ਇੰਡੀਆ ਮੈਂ ਵਾਪਸ ਨਹੀਂ ਹੋ ਸਕਦੀ ਧੀ ਕਰੋਨਾ ਕਰਕੇ ਕੰਮ ਨਹੀਂ ਸੀ ਮਿਲਦਾ ਬਹੁਤ ਮਾੜੇ ਹਾਲਾਤ ਹੋ ਗਏ ਸੀ ਫਿਰ ਉਸ ਤੋਂ ਬਾਅਦ ਮੈਨੂੰ ਇੱਕ ਕੰਮ ਮਿਲਿਆ ਰੈਸਟੋਰੈਂਟ ਤੇ ਹਨਾ ਜਿੱਥੇ ਮੈਂ ਭਾਂਡੇ ਵੀ ਮਾਂਜੇ ਨੇਗੇ ਤੇ ਮੈਂ ਪਰੌਂਠੇ ਵੀ ਰਾਹੇ ਨੇਗੇ ਮੈਂ ਪੈਕਿੰਗਾਂ ਵੀ ਕਰੀਆਂ ਨੇਗੀਆਂ ਕਿਉਂਕਿ ਇਨ੍ਹਾਂ ਕੰਟਰੀਆਂ ਦੇ ਵਿੱਚ ਕੋਈ ਵੀ ਕੰਮ ਛੋਟਾ ਵੱਡਾ ਨਹੀਂਗਾ ਇੰਡੀਆ ਦੇ ਵਿੱਚ ਆਪਾਂ ਨਹੀਂ ਕਰ ਸਕਦੇ ਪਰ ਇੱਥੇ ਆ ਕੇ ਕਿਉਂਕਿ ਕੋਈ ਵੀ ਬੰਦਾ ਇਹ ਨਹੀਂ ਫੀਲ ਕਰਾਉਂਦਾ ਤੁਹਾਨੂੰ ਵੀ ਤੁਸੀਂ ਛੋਟਾ ਕੰਮ ਕਰਦੇ ਹੋ ਕੋਈ ਵੀ ਬੰਦਾ ਫੀਲ ਨਹੀਂ ਕਰਦਾ ਵੀ ਕੰਮ ਕੋਈ ਛੋਟਾ ਜਾਂ ਵੱਡਾ ਹੈ ਇੱਥੇ ਲੋਕੀ ਫੀਲ ਨਹੀਂ ਕਰਾਉਂਦੇ ਤੁਹਾਨੂੰ ਸਾਹਮਣੇ ਵਾਲਾ ਬੰਦਾ ਜੇ ਤੁਸੀਂ ਭਾਂਡੇ ਵੀ ਮਾਏ ਦਿਓ ਨਾ ਤਾਂ ਵੀ ਸਾਹਮਣੇ ਵਾਲਾ ਬੰਦਾ ਤੁਹਾਨੂੰ ਇੱਜ਼ਤ ਦੇ ਕੇ ਲੰਘੂਗਾ ਉਹ ਇਹ ਨਹੀਂ ਕਹਿੰਦਾ ਵੀ ਇਹ ਤਾਂ ਭਾਂਡੇ ਮਾਂਜਣ ਨਾਲ ਹੈਗਾ ਮਜਬੂਰੀ 'ਚ ਸਾਰੇ ਕੰਮ ਕਰਨੇ ਪੈਂਦੇ ਨੇਗੇ ਫਿਰ ਮੈਨੂੰ ਰੈਸਟੋਰੈਂਟ ਤੇ ਕੰਮ ਮਿਲਿਆ ਜਿੱਦਾਂ ਉਹ ਬਹੁਤ ਚੰਗੇ ਸੀਗੇ ਬਹੁਤ ਬਹੁਤ ਚੰਗੇ ਸੀ ਬਹੁਤ ਵਧੀਆ ਸੀਗੇ ਵਿਚਾਰੇ ਥੋੜੇ ਜਿਹੇ ਦਿਨ ਹੀ ਕੀਤਾ ਮੈਂ ਕਿਉਂਕਿ ਮੇਰੇ ਕੋਲ ਮੈ ਰੈਂਟ ਵੀ ਕੱਢਣਾ ਸੀਗਾ ਮੇਰੇ ਕੋਲ ਰੈਂਟ ਨਹੀਂ ਸੀ ਮੇਰੇ ਹਾਲਾਤ ਬਹੁਤ ਔਖੇ ਸੀਗੇ ਬਹੁਤ ਮਤਲਬ ਔਖਾ ਸੀਗਾ ਤੇ ਫਿਰ ਮੈਂ ਇੱਥੇ ਮੈਨੂੰ ਚਲੋ ਉਹ ਮੇਲੇ ਭਾਜੀ ਭਾਜੀ ਕਹਿੰਦੇ ਚੱਲ ਅਸੀਂ ਤੈਨੂੰ ਕੰਮ ਤੇ ਰੱਖ ਲੰਨੇ ਆ ਉਹਨਾਂ ਨੇ ਮੈਨੂੰ ਕੰਮ ਤੇ ਰੱਖ ਲਿਆ ਚਲੋ ਜੀ ਮੈਂ ਰੈਸਟੋਰੈਂਟ ਤੇ ਕੰਮ ਕੀਤਾ ਚੰਗੇ ਸੀ ਇਦਾਂ ਰਿਸਪੈਕਟ ਬਹੁਤ ਦਿੰਦੇ ਸੀਗੇ ਤੇ ਉਸ ਤੋਂ ਬਾਅਦ ਮੇਰੀ ਉੱਥੇ ਵੀ ਮਤਲਬ ਮੈਨੂੰ ਪੇਪਰਾਂ ਤੇ ਕੰਮ ਨਹੀਂ ਸੀ ਮਿਲਦਾ ਥੋੜੇ ਜਿ ਦਿਨ ਹੀ ਮਿਲਿਆ ਜਿੱਦਾਂ ਮੈਂ ਕਹਿ ਸਕਦੀ ਆ ਬਹੁਤ ਔਖਾ ਹੋ ਗਿਆ ਫਿਰ ਮੈਨੂੰ ਇੱਕ ਮੇਰੇ ਫੇਸਬੁੱਕ ਤੇ ਫੇਸਬੁੱਕ ਥਰੂ ਇੱਕ ਜਿਦਾਂ ਗਰੋਸਰੀ ਲਈ ਇੱਕ ਆਪਣਾ ਪੰਜਾਬੀ ਵੀਰ ਆ ਸਾਬੀ ਜਿਨ੍ਹਾਂ ਦੀ ਮੈਂ ਪੋਸਟ ਆ ਹਰ ਸੰਡੇ ਪਾਉਣੀ ਆ ਹਰ ਸੰਡੇ ਸਾਡੇ ਸਟੂਡੈਂਟਾਂ ਨੂੰ ਉਹ ਗਰੋਸਰੀ ਦਿੰਦੇ ਨੇਗੇ ਹਨਾ ਫਿਰ ਮੈਂ ਸਾਬੀ ਵੀਰਾਂ ਮੇਰੇ ਕੰਟੈਕਟ ਚ ਆਇਆ ਤੇ ਹੁਣ ਵੀ ਮੇਰੀ ਲਾਈਵ ਵੀਡੀਓ ਉਹ ਦੇਖ ਰਹੇ ਨੇ ਉੱਪਰ ਮੈਨੂੰ ਸ਼ੋ ਹੋ ਰਿਹਾ ਫਿਰ ਸਾਭੀ ਵੀਰ ਮੇਰੇ ਕੰਟੈਕਟ ਚ ਆਇਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਕਿੱਦਾਂ ਹਰਜੀਤ ਹਨਾ ਕਿੱਦਾਂ ਸਾਰਾ ਕੁਝ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਕੋਰੋਨਾ ਕਰਕੇ ਵੀਰੇ ਸਾਰੇ ਕੰਮ ਬੰਦ ਨੇ ਮੇਰੇ ਕੋਲ ਕੰਮ ਨਹੀਂ ਕੋਈ ਹੈਗਾ ਹਨਾ ਵੀ ਮੈਂ ਆਹ ਕੰਮ ਕਰਦੀ ਆ ਰੈਸਟੋਰੈਂਟ ਤੇ ਜਿਹਦੇ ਨਾਲ ਮੇਰਾ ਗੁਜ਼ਾਰਾ ਨਹੀਂ ਹੋਣਾ ਹਨਾ ਤੇ ਫਿਰ ਉਹਨਾਂ ਨੇ ਵਿਚਾਰਿਆਂ ਨੇ ਮੈਨੂੰ ਹਰ ਸੰਡੇ ਜਿੱਦਾਂ ਗਰੋਸਰੀ ਸਾਰੇ ਸਟੂਡੈਂਟਾਂ ਨੂੰ ਦਿੰਦੇ ਉਹ ਮੈਨੂੰ ਵੀ ਗਰੋਸਰੀ ਦਿੰਦੇ इवन ਕਿਉਂਕਿ ਹਾਲਾਤ ਇੰਨੇ ਮਾੜੇ ਸੀ ਕਿ ਗਰੋਸਰੀ ਗਰੋਸਰੀ ਵੀ ਨਹੀਂ ਖਰੀਦ ਸਕਦੇ ਸੀ ਤੇ ਉਹਨਾਂ ਨੇ ਮੈਨੂੰ ਗਰੋਸਰੀ ਦੇਣੀ ਹਰ ਹਰ ਸੰਡੇ ਉਹ ਗਰੋਸਰੀ ਸਾਰੇ ਸਟੂਡੈਂਟਾਂ ਨੂੰ ਦੇ ਕੇ ਜਾਂਦੇ ਤਾਂ ਮੈਨੂੰ ਵੀ ਦੇ ਕੇ ਜਾਂਦੇ ਹਨਾ ਤੇ ਉਹਨਾਂ ਦੀ ਗਰੋਸਰੀ ਨਾਲ ਟਾਈਮ ਲੰਘਿਆ ਉਹ ਵੀਰੇ ਨੇ ਮੇਰੀ ਇੰਨੀ ਕੁ ਜ਼ਿਆਦਾ ਹੈਲਪ ਕੀਤੀ ਜਿੱਦਾਂ ਆਪਾਂ ਕਹਿ ਦਿੰਨੇ ਆ ਨਾ ਜੇ ਕੋਈ ਇੱਕ ਵਾਰ ਤਾਂ ਮੇਰਾ ਜਮੀ ਰੱਬ ਤੋਂ ਵੀ ਯਕੀਨ ਟੁੱਟ ਗਿਆ ਸੀ ਜਦੋਂ ਹਾਲਾਤ ਮੇਰੇ ਮੈਂ ਹਰ ਇੱਕ ਨੂੰ ਜੌਬ ਲਈ ਕਹਿੰਦੀ ਹਰ ਇੱਕ ਨੂੰ ਜੌਬ ਲਈ ਕਹਿੰਦੀ ਜੌਬ ਲੱਭਦੀ ਮੈਨੂੰ ਜੌਬ ਦਵਾ ਦਿਓ ਜੌਬ ਦਵਾ ਦਿਓ ਜੌਬ ਜੌਬ ਦਾ ਨਹੀਂ ਕਿਤੇ ਬਣਦਾ ਸੀ ਤਾਂ ਮੈਨੂੰ ਇਵਨ ਮੈਨੂੰ ਰੱਬ ਤੋਂ ਵੀ ਯਕੀਨ ਉੱਠ ਗਿਆ ਸੀ ਮੈਨੂੰ ਇਹ ਲੱਗਦਾ ਸੀ ਵੀ ਜਿਹੜੇ ਲੋਕੀ ਚੰਗੇ ਕੰਮ ਕਰਦੇ ਆ ਸ਼ਾਇਦ ਹਨਾ ਸੱਚ ਦੀ ਜ਼ਿੰਦਗੀ ਜਿਉਂਦੇ ਆ ਰੱਬ ਉਹਨਾਂ ਦਾ ਸਾਥ ਨਹੀਂ ਦਿੰਦੇ ਰੱਬ ਉਹਨਾਂ ਦਾ ਸਾਥ ਦਿੰਦੇ ਆ ਜਿਹੜੇ ਮਾੜੇ ਕੰਮ ਕਰਦੇ ਆ ਇੱਕ ਟਾਈਮ ਮੈਨੂੰ ਰੱਬ ਤੋਂ ਵੀ ਮੇਰਾ ਜਮਈ ਯਕੀਨ ਉੱਠ ਗਿਆ ਸੀ ਇੱਥੇ ਯੂਕੇ ਆ ਕੇ ਜਦੋਂ ਦਿਲ ਦੁਖੀ ਹੁੰਦਾ ਨਾ ਤਾਂ ਆਪਾਂ ਇਵਨ ਰੱਬ ਨੂੰ ਵੀ ਕਹਿੰਨੇ ਆ ਵੀ ਰੱਬਾ ਤੂੰ ਵੀ ਅਸੀਂ ਕਿਸੇ ਦਾ ਕੀ ਮਾੜਾ ਕਰਦੇ ਆ ਵੀ ਤੂੰ ਸਾਡੇ ਨਾਲ ਇਦਾਂ ਕਰਦਾਗਾ ਰੱਬ ਤੋਂ ਵੀ ਜਗੀਰ ਟੁੱਟਿਆ ਚਲੋ ਫਿਰ ਸਾਬੀ ਵੀਰਾ ਮਿਲਿਆ ਹਨਾ ਤੇ ਉਹਨੇ ਵਿਚਾਰੇ ਨੇ ਬਹੁਤ ਹੈਲਪ ਕੀਤੀ ਹਨਾ ਉਹਨਾਂ ਨੇ ਕਿਹਾ ਵੀ ਹਰਜੀਤ ਤੈਨੂੰ ਕੋਈ ਵੀ ਕਿਸੇ ਵੀ ਚੀਜ਼ ਦੀ ਲੋੜ ਹੈ ਤੂੰ ਮੈਨੂੰ ਦੱਸੀ ਤੂੰ ਮੈਨੂੰ ਫੋਨ ਕਰੀ ਹਨਾ ਐਵੇਂ ਕਹਿਣ ਵਾਲੇ ਲੋਕੀ ਬਹੁਤ ਘੱਟ ਹੁੰਦੇ ਆ ਤੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਨਾ ਲੋੜ ਪੈਣ ਤੇ ਤਾਂ ਉਹ ਵੀ ਭੱਜ ਜਾਂਦੇ ਆ ਸਭ ਉਹ ਵੀ ਨਹੀਂ ਫੋਨ ਚੱਕਣਾ ਬੰਦ ਕਰ ਦਿੰਦੇ ਆ ਰਿਸ਼ਤੇਦਾਰ ਵੀ ਮਾੜੇ ਟਾਈਮ 'ਚ ਅਸਲ ਕਹਿੰਦੇ ਆਪਣੇ ਆ ਤੇ ਬਕਾਨਿਆਂ ਦਾ ਬਗਾਨਿਆਂ ਦਾ ਸਿਆਣੇ ਕਹਿੰਦੇ ਸੀ ਹਨਾ ਸੁਣਦੇ ਸੀ ਵੀ ਆਪਣੇ ਤੇ ਬਗਾਨਿਆਂ ਦਾ ਉਦੋਂ ਪਤਾ ਲੱਗਦਾ ਜਦੋਂ ਤੁਹਾਨੂੰ ਲੋੜ ਹੁੰਦੀ ਆ ਜਦੋਂ ਲੋੜ ਹੁੰਦੀ ਆ ਉਦੋਂ ਪਰਖੇ ਜਾਂਦੇ ਨੇ ਕੌਣ ਆਪਣਾ ਕੌਣ ਬਗਾਨਾ ਜਿਹੜੇ ਖੂਨ ਦੇ ਰਿਸ਼ਤੇ ਸੀ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੇ ਫੋਨ ਵੀ ਚੱਕਣੇ ਬੰਦ ਕਰਤੇ ਵੀ ਹੁਣ ਔਖਾ ਟਾਈਮ ਆ ਕਿ ਸਾਡੇ ਤੋਂ ਕੁਝ ਮੰਗ ਨਾ ਲਵੇ ਹਰਜੀਤ ਤੇ ਵਿਚਾਰੇ ਚਲੋ ਸਾਬੀ ਵੀਰੇ ਦਾ ਸਹਾਰਾ ਹੋਇਆ ਹੌਸਲਾ ਹੋਇਆ ਹੋਰ ਵੀ ਕਾਫੀ ਵੀਰ ਸੀ ਜਿਹੜੇ ਵਿਚਾਰੇ ਮੇਰੇ ਨਾਲ ਜੁੜੇ ਜਿਹੜੇ ਕਹਿੰਦੇ ਸੀ ਵੀ ਹਰਜੀਤ ਕੋਈ ਨਹੀਂ ਜੇ ਕੋਈ ਤੈਨੂੰ ਪ੍ਰੋਬਲਮ ਆਈ ਤੂੰ ਸਾਨੂੰ ਫੋਨ ਕਰਦੀ ਹੈ ਨਾ ਹੋਰ ਵੀ ਹੈਗੇ ਸੀਗੇ ਤੇ ਇੱਕ ਦੋ ਵੀਰ ਮੇਰੇ ਨਾਲ ਲੰਡਨ ਤੋਂ ਜੁੜੇ ਹੋਏ ਨੇਗੇ ਇੱਕ ਦੋ ਮੇਰੇ ਤੋਂ ਅਮਰੀਕਾ ਤੋਂ ਜੁੜੇ ਹੋਏ ਨੇ ਜਿੱਦਾਂ ਹਨਾ ਉਹਨਾਂ ਨੇ ਹੌਸਲਾ ਦਿੱਤਾ ਵੀ ਕੋਈ ਨਹੀਂ ਉਹਨਾਂ ਨੂੰ ਮੈਂ ਦੱਸੀ ਫਿਰ ਆਪਦੀ ਪ੍ਰੋਬਲਮ ਵੀ ਮੈਨੂੰ ਤਾਂ ਬਹੁਤ ਮੈਨੂੰ ਪ੍ਰੋਬਲਮ ਆ ਰਹੀਆਂ ਨਹੀਂ ਗੀਆਂ ਉਹਨਾਂ ਨੇ ਵੀ ਵਿਚਾਰਿਆਂ ਨੇ ਬਹੁਤ ਮੈਨੂੰ ਉਹ ਕੀਤਾ ਸਹਾਰਾ ਦਿੱਤਾ ਹਨ ਤੇ ਫਿਰ ਸਾਬੀ ਵੀਰ ਨੇ ਤਾਂ ਦਿੱਤੇ ਹੀ ਦਿੱਤਾ ਫਿਰ ਉਹਨਾਂ ਨੇ ਵਿਚਾਰਿਆਂ ਨੇ ਜੌਬ ਲੱਭੀ ਇੰਨੀ ਜਗ੍ਹਾ ਤੇ ਫੋਨ ਕੀਤੇ ਕੰਟੈਕਟ ਕੀਤੇ ਵੀ ਇੱਕ ਕੁੜੀ ਆਈ ਆ ਹਨਾ ਇੰਡੀਆ ਤੋਂ ਵੀ ਉਹਨੂੰ ਕੰਮ ਦਵਾਉ ਮੇਰੀ ਛੋਟੀ ਭੈਣ ਆ ਤੇ ਉਹਨਾਂ ਨੇ ਵਿਚਾਰਿਆਂ ਨੇ ਇੰਨਾ ਟਾਈਮ ਤਾਂ ਕੰਮ ਦਾ ਨਹੀਂ ਬਣਿਆ ਹਨਾ ਚਲੋ ਉਹਨਾਂ ਦਾ ਹੌਸਲਾ ਰਿਹਾ ਚਲੋ ਇਦਾਂ ਸੀ ਵੀ ਹੁਣ ਆਪਾਂ ਭੁੱਖੇ ਨਹੀਂ ਮਰਦੇ ਚਲੋ ਹੈਗੇ ਨੇ ਪੰਜ ਸੱਤ ਵੀਰ ਹਨਾ ਜਿਹਦਾ ਸਹਾਰੇ ਆਪਾਂ ਰਹਿ ਸਕਦੇ ਆਂਗੇ ਜੇ ਇਨ ਕੇਸ ਆਪਣੇ ਕੋਲ ਕੁਝ ਵੀ ਨਹੀਂ ਹੋਊਗਾ ਤੈਨ ਆਪਾਂ ਉਹਨਾਂ ਨੂੰ ਫੋਨ ਕਰਾਂਗੇ ਉਹਨਾਂ ਤੋਂ ਹੈਲਪ ਲਵਾਂਗੇ ਤੇ ਫਿਰ ਸਾਬੀ ਵੀਰੇ ਨੇ ਹੌਲੀ 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 ਵਿਚਾਰਿਆਂ ਨੇ ਜੌਬ ਲੱਭੀ ਜੌਬ ਲੱਭੀ ਤੇ ਹੁਣ ਮੈਨੂੰ ਜੌਬ ਹੈ ਜਿਹੜੀ ਉਹ ਮਿਲ ਗਈ ਆ ਕਿਤੇ ਹੁਣ ਜਾ ਕੇ ਮੈਨੂੰ 5 ਮਹੀਨੇ ਹੋ ਗਏ ਇੱਥੇ ਆਈ ਨੂੰ ਮੈਨੂੰ ਹੁਣ ਇੱਥੇ ਜੌਬ ਮਿਲਿਆ ਸਾਬੀ ਵੀਰੇ ਨੇ ਉਹਨਾਂ ਦੇ ਰਿਸ਼ਤੇਦਾਰ ਸੀ ਜਿਹੜੇ ਹਨਾ ਤੇ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਚੱਲ ਅਸੀਂ ਹਰਜੀਤ ਨੂੰ ਰੱਖ ਲਾਂਗੇ ਉਹਨਾਂ ਨੇ ਮੈਨੂੰ ਕੰਮ ਤੇ ਰੱਖ ਲਿਆ ਹੁਣ ਮੈਂ ਜਿੱਦਾਂ ਹੁਣ ਮੈਂ ਕੰਮ ਕਰਦੀ ਆਂਗੀ ਗਰੋਸਰੀ ਸ਼ਾਪ ਆ ਜਿਹੜੀ ਉੱਥੇ ਮੈਂ ਕੰਮ ਕਰਦੀ ਆਂ ਚਲੋ देर ਨਾਲ ਸਹੀ ਪਰ ਮੈਂ ਜਿੱਥੇ ਕੰਮ ਕਰਦੀ ਆਂ ਮੈਨੂੰ ਬਹੁਤ ਰਿਸਪੈਕਟ ਮਿਲਦੀ ਆ ਬਹੁਤ ਮਾਣ ਮਿਲਦਾਗਾ ਤੇ ਬਹੁਤ ਵਧੀਆ ਨੇਗੇ ਉਹ ਤੇ ਹੁਣ ਥੋੜਾ ਜਿਹਾ ਲਾਈਫ ਕਿਤੇ ਜਾ ਕੇ ਇੰਨੇ ਮਹੀਨਿਆਂ ਬਾਅਦ ਲਾਈਫ ਥੋੜੀ ਸੈੱਟ ਹੋਈ ਹੈਗੀ ਤੇ ਸੋ ਤੁਸੀਂ ਸੋਚਦੇ ਹੋਵੋਗੇ ਵੀ ਹਰਜੀਤ ਇਹ ਗੱਲਾਂ ਪਤਾ ਨਹੀਂ ਕਿਉਂ ਦੱਸੀ ਜਾਂਦੀ ਆ ਕਿਉਂ ਸਾਡੇ ਨਾਲ ਸ਼ੇਅਰ ਕਰੀ ਜਾਂਦੀ ਆ ਪਤਾ ਨਹੀਂ ਉਹਨੇ ਪਬਲਿਸਿਟੀ ਲੈਣੀ ਆ ਪਤਾ ਨਹੀਂ ਉਹਨੇ ਲਾਈਕ ਵਧਾਉਣੇ ਆ ਪਤਾ ਨਹੀਂ ਉਹਨੇ ਕਮੈਂਟ ਵਧਾਉਣੇ ਆ ਨਹੀਂ ਵੀਰੋ ਮੈਂ ਇਸ ਲਈ ਤੁਹਾਨੂੰ ਗੱਲਾਂ ਨਹੀਂ ਦੱਸਦੀ ਮੈਂ ਤੁਹਾਨੂੰ ਇਸ ਲਈ ਗੱਲਾਂ ਦੱਸਦੀਆਂ ਜਿਹੜੇ ਲੋਕੀ ਆਪਣੀਆਂ ਕੱਲੀਆਂ ਕੁੜੀਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਭੇਜਦੇ ਨੇ ਅਨਮੈਰਿਡ ਕੁੜੀਆਂ ਜਿਹੜੀਆਂ ਸਾਡੀਆਂ ਭੈਣਾਂ ਕਹਿੰਦੀਆਂ ਨੇ ਨਾ ਅਸੀਂ ਅਨਮੈਰਿਡਾਂ ਅਸੀਂ ਬਾਹਰ ਚੱਲ ਜਾਾਂਗੇ ਅਸੀਂ ਬਾਹਰ ਜਾ ਕੇ ਆਹ ਕਰ ਲਾਂਗੇ ਅਸੀਂ ਬਾਹਰ ਜਾ ਕੇ ਆਹ ਕਰ ਲਾਂਗੇ ਇਹ ਵੀਡੀਓ ਉਹਨਾਂ ਕੁੜੀਆਂ ਲਈ ਆ ਮੇਰੇ ਨਾਲ 2 4 ਵੀਰ 5 ਵੀਰ 10 ਵੀਰ ਜੁੜੇ ਹੋਏ ਸੀ ਜਿਨ੍ਹਾਂ ਦਾ ਮੈਨੂੰ ਸਹਾਰਾ ਸੀ ਕਿ ਮੈਂ ਇਹ ਕੰਟਰੀ ਦੇ ਵਿੱਚ ਭੁੱਖੀ ਨਹੀਂ ਮਰਾਂਗੀ ਮੈਂ ਉਹਨਾਂ ਦੇ ਸਿਰ ਤੇ ਹੌਂਸਲਾ ਸੀ ਪਰ ਜਿਹੜੀਆਂ ਕੁੜੀਆਂ ਦਾ ਕੋਈ ਵੀ ਨਹੀਂ ਹੁੰਦਾ ਹਾਲਾਤ ਜਿੱਦਾਂ ਕਰੋਨਾ ਨੇ ਹਾਲਾਤ ਇੰਨੇ ਮਾੜੇ ਬਣਾਤੇ ਜੇ ਇੱਥੇ ਤੁਹਾਡਾ ਕੋਈ ਵੀ ਨਹੀਂ ਹੋਊਗਾ ਤਾਂ ਤੁਹਾਡਾ ਕੀ ਹੋਊਗਾ ਇਹ ਵੀਡੀਓ ਉਹਨਾਂ ਮਾਪੇ ਪਾਪਾ ਨੂੰ ਇੱਕ ਮੈਸੇਜ ਆ ਕਿ ਕੱਲੀਆਂ ਕੁੜੀਆਂ ਨੂੰ ਮਾਪੇ ਨਾ ਭੇਜਣ ਬਾਹਰ ਜੇ ਭੇਜਣਾ ਆ ਤਾਂ ਆਪਣੀਆਂ ਕੁੜੀਆਂ ਨੂੰ ਵਿਆਹ ਕਰਕੇ ਭੇਜੋ ਤਾਂ ਕਿ ਉਹਨਾਂ ਨੂੰ ਇੰਨਾ ਤਾਂ ਹੌਸਲਾ ਰਹੂਗਾ ਕਿ ਸਾਡਾ ਹਸਬੰਡ ਸਾਡੇ ਨਾਲ ਹੈਗਾ ਕੋਈ ਔਖਾ ਟਾਈਮ ਆਉਂਦਾ ਤਾਂ ਹਸਬੰਡ ਸਾਥ ਤਾਂ ਦੇ ਦੂਗਾ ਕਿਉਂਕਿ ਇਸ ਦੁਨੀਆ ਇਸ ਦੇਸ਼ਾਂ ਦੇ ਵਿੱਚ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਜੇ ਕੱਲੀਆਂ ਕੁੜੀਆਂ ਪਹਿਲਾਂ ਮੈਂ ਵੀ ਜਿੱਦਾਂ ਮੈਂ ਵੀ ਇੱਕ ਕੁੜੀ ਆ ਮੈਂ ਵੀ ਇਹ ਸੋਚਦੀ ਸੀ ਮੈਂ ਕੱਲੀ ਪਹਿਲਾਂ ਮੈਂ ਅਨਮੈਰਿਡ ਸੀਗੀ ਹਨਾ ਮੈਂ ਸੋਚਦੀ ਸੀ ਮੈਂ ਕੱਲੀ ਬਾਹਰ ਚੱਲ ਜਾ ਬਾਹਰ ਚੱਲ ਜਾ ਹਨਾ ਵੀ ਮੈਂ ਕੱਲੀ ਨਹੀਂ ਜਾਣਾ ਕੱਲੀ ਨਹੀਂ ਜਾਣਾ ਪਰ ਜਦੋਂ ਇੱਥੇ ਕੱਲੀਆਂ ਕੁੜੀਆਂ ਆਉਂਦੀਆਂ ਨੇ ਨਾ ਤਾਂ ਉਦੋਂ ਇਹ ਇਹੀ ਸੋਚਦੀਆਂ ਨੇ ਪਹਿਲਾਂ ਤਾਂ ਕੱਲੀਆਂ ਆ ਜਾਂਦੀਆਂ ਨੇ ਇੰਡੀਆ ਤੋਂ ਪਰ ਜਦੋਂ ਇੱਥੇ ਆ ਕੇ ਉਹਨਾਂ ਨੂੰ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਤਾਂ ਹਮੇਸ਼ਾ ਉਹ ਇਹ ਕਹਿੰਦੀਆਂ ਨੇ ਵੀ ਅਸੀਂ ਵਿਆਹ ਕਿਉਂ ਨਾ ਕਰਾ ਕੇ ਆਈਆਂ ਨਾ ਉਹ ਇੰਡੀਆ ਮੁੜਨ ਜੋਗੀਆਂ ਹੁੰਦੀਆਂ ਨਹੀਂ ਹੈਗੀਆਂ ਨਾ ਉਹ ਇੱਥੇ ਰਹਿਣਾ ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ ਹਾਂ ਜਿਨ੍ਹਾਂ ਦੇ ਮਾਵਾਪਾ ਕੋਲ ਜਾਦਾ ਪੈਸਾ ਆ ਜਾਂਦਾ ਜਿਆਦਾ ਅਮੀਰ ਨੇ ਉਹਨਾਂ ਲਈ ਤਾਂ ਕੋਈ ਔਖਾ ਨਹੀਂ ਕਿਉਂਕਿ ਇੰਡੀਆ ਤੋਂ ਪੈਸੇ ਭੇਜੀ ਜਾਣਗੇ ਪਰ ਜਿਹੜੇ ਸਟੂਡੈਂਟ ਕਰਜਾ ਚੱਕ ਚੱਕ ਆਉਂਦੇ ਨੇ ਕੁੜੀਆਂ ਜਿਹੜੀਆਂ ਕਹਿੰਦੀਆਂ ਅਸੀਂ ਕੱਲੀਆਂ ਜਾਵਾਂਗੇ ਮਾਪੇ ਕਹਿੰਦੇ ਨੇ ਅਸੀਂ ਕੱਲੀਆਂ ਕੁੜੀਆਂ ਨੂੰ ਉਤਾਰਾਂਗੇ ਉਹਨਾਂ ਲਈ ਬਹੁਤ ਔਖਾ ਖਾਸ ਤੌਰ ਤੇ ਇੰਗਲੈਂਡ ਕੰਟਰੀ ਦੇ ਵਿੱਚ ਕਿਉਂਕਿ ਮੈਂ ਐਕਸਪੀਰੀਅੰਸ ਕੀਤਾ ਬਾਕੀ ਕੰਟਰੀਆਂ ਦਾ ਮੈਨੂੰ ਨਹੀਂ ਪਤਾ ਬਹੁਤ ਬਹੁਤ ਔਕੜਾਂ ਨੇ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਮੇਰੇ ਨਾਲ ਦੋ ਚਾਰ ਵੀਰ ਜੁੜੇ ਹੋਏ ਸੀ ਮੈਨੂੰ ਚਲ ਉਹਨਾਂ ਦਾ ਹੌਸਲਾ ਸੀਗਾ ਹਨਾ ਵੀ ਵੀ ਮੈਨੂੰ ਚਲ ਮੈਂ ਇੱਥੇ ਰਹਿ ਸਕਦੀ ਆਂਗੀ ਹਨਾ ਹੋਰ ਹੋਰ ਨਹੀਂ ਤਾਂ ਮਤਲਬ ਕਰ ਲੂੰਗੀ ਸੈਟਿੰਗ ਪਰ ਜਿਹੜੀਆਂ ਕੁੜੀਆਂ ਦੇ ਇੱਥੇ ਕੋਈ ਵੀ ਨਹੀਂ ਨਾ ਹੁੰਦਾ ਉਹਨਾਂ ਨੂੰ ਵੀਰੇ ਬਹੁਤ ਔਖਾ ਹੁਣ ਜਿੱਦਾਂ ਮੈਂ ਸੋਸ਼ਲ ਮੀਡੀਆ ਤੇ ਪਾਉਂਦੀ ਸੀਗੀ ਵੀ ਸੈਚਰਡੇ ਸੰਡੇ ਅਸੀਂ ਗਰੋਸਰੀ ਗਰੋਸਰੀ ਦੀ ਹੈਲਪ ਕਰਦੇ ਆ ਕੁੜੀਆਂ ਦੀ ਤਾਂ ਮੈਨੂੰ ਬਹੁਤ ਸਟੂਡੈਂਟ ਕੁੜੀਆਂ ਜਿਹੜੀਆਂ ਆਪਣੀਆਂ ਨਵੀਆਂ ਆਈਆਂ ਸੀ ਉਹਨਾਂ ਦੇ ਮੈਸੇਜ ਆਉਂਦੇ ਆ ਹਰ ਰੋਜ਼ ਮੈਸੇਜ ਆਉਂਦੇ ਆ ਕੁੜੀਆਂ ਰੋ ਰੋ ਕੇ ਮੈਸੇਜ ਕਰਦੀਆਂ ਨੇ ਰਿਕਾਰਡਿੰਗਾਂ ਵੀ ਮੇਰੇ ਕੋਲ ਪਈਆਂ ਨੇ ਕੱਲੀਆਂ ਕੁੜੀਆਂ ਆ ਗਈਆਂ ਕੰਮ ਉਹਨਾਂ ਨੂੰ ਮਿਲੇ ਨਹੀਂ ਵਿਚਾਰੀਆਂ ਕੋਲੋਂ ਰੈਂਟ ਨਿਕਲਦੇ ਨਹੀਂ ਪਏ ਤਾ ਮੈਨੂੰ ਹਰ ਰੋਜ਼ ਫੋਨ ਕਰਦੀਆਂ ਨੇ ਦੀਦੀ ਸਾਡੀ ਰੈਂਟ ਦੀ ਹੈਲਪ ਕਰ ਦੋ ਦੀਦੀ ਸਾਡੀ ਆਹ ਹੈਲਪ ਕਰ ਦੋ ਦੀਦੀ ਸੋਡੀ ਆਹ ਹੈਲਪ ਕਰ ਦੋ ਬਹੁਤ ਕੁੜੀਆਂ ਰੋਂਦੀਆਂ ਨੇ ਇੱਥੇ ਸੋ ਇਹੀ ਮੈਸੇਜ ਆ ਜਿਹੜੇ ਬੱਚੇ ਬਾਹਰ ਆਉਣਾ ਚਾਹੁੰਦੇ ਆ ਆਓ ਬਹੁਤ ਵਧੀਆ ਕੰਟਰੀਆਂ ਨੇ ਰੂਲ ਬਹੁਤ ਵਧੀਆ ਨੇ ਤੁਹਾਨੂੰ ਤੁਹਾਨੂੰ ਇੱਕ ਮਤਲਬ ਜ਼ਿੰਦਗੀ ਦਾ ਮਕਸਦ ਮਿਲ ਜਾਂਦਾ ਕਿ ਤੁਸੀਂ ਕਾਮਯਾਬ ਹੋ ਸਕਦੇ ਹੋ ਤੁਸੀਂ ਜੇ ਮਿਹਨਤ ਕਰੋਗੇ ਤਾਂ ਤੁਹਾਡੀ ਮਿਹਨਤ ਦਾ ਮੁੱਲ ਪੈਣਾ ਆ ਇੰਨਾ ਕਹੇਗਾ ਪਰ ਕੱਲੀਆਂ ਕੁੜੀਆਂ ਨਾ ਆਉਣ ਜਿਹੜੀਆਂ ਕੱਲੀਆਂ ਕੁੜੀਆਂ ਆਉਣਾ ਚਾਹੁੰਦੀਆਂ ਨੇ ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਆ ਕੁੜੀਆਂ ਨੂੰ ਭੇਜੋ ਪਰ ਵਿਆਹ ਕਰਕੇ ਭੇਜੋ ਕੱਲੀਆਂ ਕੁੜੀਆਂ ਨੂੰ ਨਾ ਭੇਜੋ ਇਨ੍ਹਾਂ ਕੰਟਰੀਆਂ ਦੇ ਵਿੱਚ ਬਹੁਤ ਔਖਾ ਬਹੁਤ ਸਟਰਗਲ ਆਗੀ ਕਿਉਂਕਿ ਕਿਉਂਕਿ ਫਿਰ ਕੁੜੀਆਂ ਇਹ ਵੀ ਨਹੀਂ ਦੱਸ ਸਕਦੀਆਂ ਆਪਣੇ ਪੇਰੈਂਟਸ ਨੂੰ ਉਹਨਾਂ ਨੇ ਕਰਜਾ ਚੱਕ ਕੇ ਵਿਚਾਰਿਆਂ ਨੇ ਭੇਜਿਆ ਹੁੰਦਾ ਇਹ ਵੀ ਨਹੀਂ ਦੱਸ ਸਕਦੀਆਂ ਕਿ ਅਸੀਂ ਕਿਹੜੀਆਂ ਪ੍ਰੋਬਲਮਾਂ ਫੇਸ ਕਰਦੀਆਂ ਅਸੀਂ ਕਿਹੜੇ ਦੁੱਖ ਫੇਸ ਕਰਦੀਆਂ ਨਹੀਂ ਦੱਸ ਸਕਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸਾਡੇ ਪੇਰੈਂਟਸ ਨੇ ਸਾਨੂੰ ਪਹਿਲਾਂ ਹੀ ਮਸਾ ਭੇਜਿਆ ਜੇ ਅਸੀਂ ਦੱਸਾਂਗੇ ਤਾਂ ਉਹਨਾਂ ਨੂੰ ਹੋਰ ਵੀ ਦੁੱਖ ਹੋਣਾ ਪਰ ਉਹ ਕਰ ਵੀ ਕੁਝ ਨਹੀਂ ਸਕਦੇ ਉਹ ਏਡੀ ਦੂਰ ਬੈਠੇ ਨੇ ਸਾਡੇ ਪੇਰੈਂਟਸ ਸੋ ਅੱਜ ਦੀ ਮੇਰੀ ਵੀਡੀਓ ਐਸੇ ਲਈ ਸੀਗੀ ਇੰਗਲੈਂਡ ਕੰਟਰੀ ਦੇ ਵਿੱਚ ਹੁਣ ਤੁਸੀਂ ਇਹ ਦੇਖੋ ਬਹੁਤ ਵੱਡੇ ਸੁਪਨੇ ਲੈ ਕੇ ਆਈ ਸੀ ਮੈਂ ਬਹੁਤ ਮਤਲਬ ਇਹ ਸੋਚਿਆ ਸੀਗਾ ਆ ਕਿ ਮੈਂ ਹੁਣ ਜਿੱਦਾਂ ਮੇਰੇ ਹਸਬੰਡ ਮੇਰੇ ਨਾਲ ਹਜੇ ਨਹੀਂ ਆਏ ਕਿਉਂਕਿ ਵੀਜ਼ਾ ਨਹੀਂ ਲੱਗਿਆ ਸੀਗਾ ਨਾਲ ਤੇ ਮੈਂ ਪਤਾ ਕੀ ਸੋਚਿਆ ਸੀ ਮੈਂ ਸੋਚਿਆ ਸੀ ਚਲੋ ਇੰਗਲੈਂਡ ਚਲੀ ਜਾਵਾਂਗੀ ਉੱਥੇ ਜਾ ਕੇ ਮੈਂ ਆਪਣੀ ਵਧੀਆ ਸਟੱਡੀ ਕਰੂੰਗੀ ਸਟੱਡੀ ਕਰੂੰਗੀ ਤੇ ਸਟੱਡੀ ਕਰਨ ਤੋਂ ਬਾਅਦ ਮੈਂ ਉੱਥੇ ਕੰਮ ਵੀ ਕਰੂੰਗੀ ਤੇ ਇੱਕ ਵਾਰ ਜਿੰਨੇ ਪੈਸੇ ਮੇਰੇ ਤੇ ਮੇਰੇ ਘਰਦਿਆਂ ਨੇ ਲਾ ਕੇ ਕਰਜ਼ਾ ਚੱਕ ਕੇ ਭੇਜਿਆ ਉਹ ਮੈਂ ਪੈਸੇ ਮੋੜ ਦੂੰਗੀ ਜਦ ਮੈਂ ਪੈਸੇ ਮੋੜ ਤੇ ਤੇ ਫਿਰ ਮੈਂ ਸੋਸ਼ਲ ਵਰਕ ਕਰੂੰਗੀ ਜਿਹੜੇ ਮੈਂ ਆਪਣਾ ਪੰਜਾਬ ਦੇ ਵਿੱਚ ਹਨਾ ਆਪਣੇ ਪਿੰਡ ਦੇ ਵਿੱਚ ਲਾ ਲਉ ਆਪਣੇ ਸ਼ਹਿਰ ਦੇ ਵਿੱਚ ਲਾ ਲਉ ਜਿਹੜੇ ਕੰਮ ਸੋਚੇ ਹੋਏ ਸੀ ਵੀ ਮੈਂ ਆਹ ਕੰਮ ਕਰਨੇ ਨੇ ਆਹ ਲੋਕਾਂ ਦੀ ਮੈਂ ਹੈਲਪ ਕਰਨੀ ਆ ਜਿਹੜੇ ਮੈਂ ਸੁਪਨੇ ਲੈ ਕੇ ਆਈ ਸੀ ਵੀ ਮੈਂ ਉਹਨਾਂ ਲਈ ਪੈਸਾ ਕਮਾਉਣਾ ਉਹਨਾਂ ਦੀ ਹੈਲਪ ਕਰਨੀ ਆ ਹਨਾ ਤੇ ਉਹ ਸਾਰੇ ਸੁਪਨੇ ਮੇਰੇ ਚੂਰਾ ਚੂਰ ਹੋ ਗਏ ਹਜੇ ਤਾਂ ਸ਼ੁਰੂਆਤ ਆ ਅੱਗੇ ਪਤਾ ਨਹੀਂ ਕੀ ਹੋਣਾ 12.5 ਲੱਖ ਸਾਲ ਦੀ ਫੀਸ ਆ 7 ਲੱਖ ਰੁਪਏ ਭਰ ਕੇ ਆਈ ਸੀ ਇੱਕ ਸਾਲ ਦੇ ਵਿੱਚ ਦੂਜੇ ਪੈਸੇ ਪੂਰੇ ਕਰਨੇ ਸੀ 4 ਲੱਖ 4 ਲੱਖ ਰੁਪਏ ਮੇਰਾ 4 4.5 ਲੱਖ ਰੁਪਏ ਮੇਰਾ ਹੁਣ ਮੈਂ ਭਰਨਾਗਾ ਉਹ ਇਸੇ ਸਾਲ ਦੇ ਵਿੱਚ ਇੰਡੀਆ ਦਾ 4.5 ਲੱਖ ਇੱਥੇ ਦਾ 4 4000 45000 ਪੌਂਡ ਮੈਂ ਦੇਣਾ ਆ ਮੇਰੀ ਯੂਨੀਵਰਸਿਟੀ ਨੂੰ ਕਿੱਥੋਂ ਦੇ ਦੂੰਗੀ ਕਰੋਨਾ ਕਰਕੇ ਕੰਮ ਸਾਰੇ ਬੰਦ ਹੋ ਗਏ ਜਿਹੜੇ ਜਿਹੜਾ ਕੰਮ ਮਿਲਿਆ ਆ ਉਹ ਤੋਂ ਗੁਜ਼ਾਰੀ ਹੋਣਾਗਾ ਕੱਲੀ ਕੁੜੀ ਫੀਸਾ ਕੱਢੂਗੀ ਜਾਂ ਕਰਜ਼ਾ ਮੋੜੂਗੀ ਜਾਂ ਫਿਰ ਅਬ ਦਾ ਕੁਛ ਬਣਾਉਗੀ ਜਾਂ ਕੀ ਕਰੂਗੀ ਕੱਲੀਆਂ ਕੁੜੀਆਂ ਤੋਂ ਫੀਸਾ ਕੱਢਣੀਆਂ ਬਹੁਤ ਔਖੀਆਂ ਨੇ ਫੀਸਾ ਨਹੀਂ ਨਿਕਲਦੀ ਇੱਥੇ ਜਿਹੜੇ ਬੱਚੇ ਇੰਗਲੈਂਡ ਇੰਗਲੈਂਡ ਨੇ ਹੁਣ ਵੀਜ਼ੇ ਖੋਲੇ ਐ ਆਓ ਮੋਸਟ ਵੈਲਕਮ ਆਓ ਪਰ ਇਹ ਸਾਰੀਆਂ ਚੀਜ਼ਾਂ ਦੇਖ ਕੇ ਆਓ ਤੁਸੀਂ ਫੀਸਾ ਕਿਵੇਂ ਕੱਢਣੀਆਂ ਨੇ ਤੁਸੀਂ ਰਹਿਣਾ ਕਿਵੇਂ ਆ ਕੱਲੀਆਂ ਕੁੜੀਆਂ ਨਾ ਆਓ ਜੇ ਆਉਣਾ ਤਾਂ ਵਿਆਹ ਕਰਾ ਕੇ ਆਓ ਜਾਂ ਫਿਰ ਕੋਈ ਮੁੰਡਾ ਇੱਥੇ ਦੇਖ ਕੇ ਰੱਖੋ ਆਪਦਾ ਇੰਗਲੈਂਡ ਦੇ ਵਿੱਚ ਇੰਡੀਆ ਤੋਂ ਆਓ ਇੱਥੇ ਆ ਕੇ ਵਿਆਹ ਕਰਾਓ ਆਪਣੀ ਜ਼ਿੰਦਗੀ ਸੈੱਟ ਕਰੋ ਜੇ ਤੁਸੀਂ ਪੜੋਗੇ ਤਾਂ ਤੁਹਾਡੇ ਹਸਬੰਡ ਨੇ ਪੈਸੇ ਕਮਾਉਣੇ ਨੇ ਤੁਹਾਡੀਆਂ ਫੀਸਾਂ ਲੈ ਜਾਣੀਆਂ ਨੇ ਹੁਣ ਇੰਡੀਆ ਦਾ 4.5 ਲੱਖ ਫੀਸ ਦੇਣੀ ਆ ਕੁਝ ਸਪਟੰਬਰ ਦੇ ਵਿੱਚ ਦੇਣੀ ਆ ਕੁਝ ਦਸੰਬਰ ਦੇ ਵਿੱਚ ਦੇਣੀ ਆ ਕਵਰਸ਼ਨਿੰਗਾ ਕੋਲੇ ਕਿੱਥੋਂ ਦਵੂੰਗੀ ਨਹੀਂ ਦਵੂੰਗੀ ਜੇ ਨਾਂ ਦਿੱਤੀ ਤਾਂ 2 ਨੰਬਰ ਚ ਰਹਿਣਾ ਪਊਗਾ ਜੇ ਨਾਂ ਦਿੱਤੀ ਫੀਸ ਤਾਂ ਮੈਂ ਆਪਣੇ ਹਸਬੈਂਡ ਨੂੰ ਇੰਡੀਆ ਤੋਂ ਨਹੀਂ ਬੁਲਾ ਸਕਦੀ ਕਿਉਂਕਿ ਯੂਨੀਵਰਸਿਟੀ ਨੇ ਮੈਨੂੰ ਲੈਟਰ ਹੀ ਨਹੀਂ ਦੇਣਾ ਵੀ ਤੋ ਆਪਣੇ ਹਸਬੈਂਡ ਨੂੰ ਬੁਲਾ ਲਾ ਜੇ ਫੀਸ ਦੇਤੀ ਮਨ ਲਓ ਮੈਂ ਪੈਸੇ ਕਮਾ ਲਏ ਹੁਣ ਮੈਨੂੰ ਜੋਬ ਮਿਲ ਗਈ ਹੈ ਹਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਨੂੰ ਜੋਬ ਮਿਲ ਗਈ ਚਲ ਮੈਂ ਪੈਸੇ ਕਮਾ ਵੀ ਲਈ ਮੈਂ ਯੂਨੀਵਰਸਿਟੀ ਨੂੰ ਭਰ ਦੂੰਗੀ ਨਾ ਤਾਂ ਫਿਰ ਮੈਂ ਆਪਦਾ ਖਰਚਾ ਮੋੜ ਸਕਦੀ ਆ ਨਾ ਮੈਂ ਆਪਣੇ ਕੋਲ ਕੋਈ ਸੇਵਿੰਗ ਕਰ ਸਕਦੀ ਆ ਵੀ ਮੈਂ ਕੋਈ ਐਮਰਜੈਂਸੀ ਪੈਸਾ ਬਰਤ ਲੂੰਗੀ ਉਹ ਵੀ ਨਹੀਂ ਕਰ ਸਕਦੀ ਮੈਂ ਪਹਿਲੀ ਗੱਲ ਤਾਂ ਨਿਕਲਣ ਗਈ ਨਹੀਂ ਫਿਸਾਂ ਕਿੱਥੋਂ ਨਿਕਲਦੀਆਂ ਰੈਂਟੀ ਨਿਕਲਦਾ ਕੁਐਸ਼ਨ ਹੀ ਨਿਕਲਦਾ ਕੁਐਸ਼ਨ ਹੀ ਬਚਦਾ ਕਿਉਂਕਿ ਹਜੇ ਕੰਮ ਇੰਨੇ ਨਹੀਂ ਚੱਲੇ ਆ ਕੰਮ ਚੱਲੇ ਆ ਥੋੜੇ ਬਹੁਤੇ ਕੰਮ ਚੱਲੇ ਆ ਉਹ ਇਹ ਮੈਸੇਜ ਮੇਰਾ ਉਹਨਾਂ ਲਈ ਆ ਜਿਹੜੀਆਂ ਕੁੜੀਆਂ ਬਾਹਰ ਹੋਣਾ ਚਾਹੁੰਦੀਆਂ ਆ ਜਿਹੜੀਆਂ ਕਹਿੰਦੀਆਂ ਨੇ ਸਾਨੂੰ ਇੱਕ ਵਾਰ ਪੇਜੋ ਬਸ ਅਸੀਂ ਬਾਹਰ ਜਾ ਕੇ ਅਸੀਂ ਆਹ ਕਰ ਲਾਂਗੇ ਅਸੀਂ ਆਹ ਕਰ ਲਾਂਗੇ ਇਹ ਗੱਲਾਂ ਨਾ ਜਦੋਂ ਆਪਾਂ ਇੰਡੀਆ ਹੁੰਨੇ ਆ ਉਦੋਂ ਹੀ ਹੁੰਦੀਆਂ ਆ ਵੀ ਹਾਂ ਅਸੀਂ ਆਹ ਕਰ ਲਾਂਗੇ ਅਸੀਂ ਆਹ ਕਰ ਲਾਂਗੇ ਅਸੀਂ ਐ ਕਰ ਲਾਂਗੇ ਮੈਨੂੰ ਵੀ ਬਹੁਤ ਸੀਗਾ ਮੈਂ ਖੁਦ ਉਹਨਾਂ ਜਿੱਕਿਆਂ ਪਰ ਮੈਂ ਇੱਥੇ ਆ ਕੇ ਐਕਸਪੀਰੀਅੰਸ ਦੇਖਿਆ ਕੋਈ ਨਹੀਂ ਕਿਸੇ ਦਾ ਸਾਥ ਦਿੰਦਾ ਲੋਕ ਲੋਕੀ ਵੀ ਕਹੀ ਇਹੋ ਜਿਹੇ ਨੇ ਜਿਹੜੇ ਦੇਖਦੇ ਨੇ ਵੀ ਇਹ ਕੁੜੀਆਂ ਦੀ ਮਜਬੂਰੀ ਆ ਮਜਬੂਰੀਆਂ ਦਾ ਫਾਇਦਾ ਚੱਕਦੇ ਨੇ ਲੋਕੀ ਜੋ ਕੁੜੀਆਂ ਨੇ ਨਾ ਆਪਣੇ ਪੇਰੈਂਟਸ ਨੂੰ ਫੋਨ ਕਰਕੇ ਦੱਸ ਨਹੀਂ ਸਕਦੀਆਂ ਆਪਣੀਆਂ ਮਜਬੂਰੀਆਂ ਪੇਰੈਂਟਸ ਜੇ ਐਨੇ ਅਮੀਰ ਹੁੰਦੇ ਤਾਂ ਇਨ੍ਹਾਂ ਕੰਟਰੀਆਂ 'ਚ ਕਰਜ਼ਾ ਚੱਕ ਕੇ ਕਿਉਂ ਭੇਜਦੇ ਕੁੜੀਆਂ ਦੀ ਆ ਕੇ ਬਹੁਤ ਤਰ੍ਹਾਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਨੇ ਇਹ ਕੰਟਰੀਆਂ ਦੇ ਵਿੱਚ ਆਪਣੀਆਂ ਜ਼ਿੰਦਗੀਆਂ ਖਰਾਬ ਕਰ ਲੈਂਦੀਆਂ ਨੇ ਕੁੜੀਆਂ ਹੁਣ ਜਿਹੜੀਆਂ ਕਈ ਕੁੜੀਆਂ ਆਈਆਂ ਨੇ ਹਨਾ ਵਿਚਾਰੀਆਂ ਪਛਤਾਉਂਦੀਆਂ ਨੇ ਵੀ ਅਸੀਂ ਵਿਆਹ ਕਿਉਂ ਨਹੀਂ ਕਰਾ ਕੇ ਆਈਆਂ ਵੀ ਵਿਆਹ ਕਰਾ ਕੇ ਆਉਣੇ ਸੀਗੇ ਇੱਥੇ ਆ ਕੇ ਪਛਤਾਵਾ ਹੁੰਦਾ ਜਦੋਂ ਇਹੋ ਜਿਹੇ ਹਾਲਾਤ ਬਣਦੇ ਨੇ ਆਓ ਜੀ ਸਦਕੇ ਆਓ ਕੰਟਰੀਆਂ ਬਹੁਤ ਸੋਹਣੀਆਂ ਨੇ ਬਹੁਤ ਇੱਥੇ ਦੇ ਰੂਲ ਰੈਗੂਲੇਸ਼ਨ ਚੰਗੇ ਆ ਇੱਥੇ ਦੀਆਂ ਸਰਕਾਰਾਂ ਚੰਗੀਆਂ ਨੇ ਇੱਥੇ ਸਾਰਾ ਕੁਝ ਚੰਗਾ ਪਰ ਵਿਆਹ ਕਰਾ ਕੇ ਆਓ ਇਸ ਲਈ ਅੱਜ ਦੀ ਮੈਂ ਵੀਡੀਓ ਜਿਹੜੀ ਇਸ ਲਈ ਪਾ ਰਹੀ ਆ ਬਾਹਰਲੇ ਮੁਲਕਾਂ ਦਾ ਭੂਤ ਹਰ ਇੱਕ ਨੂੰ ਸਵਾਰ ਹੁੰਦਾ ਮੈਨੂੰ ਵੀ ਸੀ ਮੈਂ ਵੀ ਉਹਨਾਂ ਚੋਂ ਇੱਕ ਸੀ ਇੱਥੇ ਆ ਕੇ ਇੰਗਲੈਂਡ ਚ ਖਾਸ ਤੌਰ ਤੇ ਫੀਸਾਂ ਕੱਢਣੀਆਂ ਬਹੁਤ ਔਖੀਆਂ ਆ ਹੁਣ ਤਾਂ ਵੈਸੇ ਹੀ ਕਰੋਨਾ ਆ ਗਿਆ ਚਲੋ 4 ਲੱਖ ਮੰਨ ਲਓ ਮੈਂ ਇਹ ਸਾਲ ਦਾ ਭਰ ਦੂੰਗੀ ਅਗਲਾ ਸਾਲ ਫੇਰ ਆ ਗਿਆ ਅਗਲੇ ਸਾਲ ਦੀ ਫੇਰ 12.5 ਲੱਖ ਫੀਸਾਂ ਦਸੰਬਰ ਤੱਕ ਕੇ ਸਾਲ ਪੂਰਾ ਉਹ ਦਸੰਬਰ ਤੋਂ ਬਾਅਦ 12.5 ਲੱਖ ਫੀਰ ਫੀਸ ਆ ਗਈ। ਉਦੋਂ ਬਾਅਦ 12.5 ਲੱਖ ਫੀਰ ਫੀਸ ਆ ਗਈ। 35 ਲੱਖ ਰੁਪਇਆ ਮੇਰੇ ਇਕੱਲੇ ਕੋਰਸ ਦੀ ਫੀਸ ਹੈ। ਇਕੱਲੀ ਕੁੜੀ ਕਰਜ਼ਾ ਮੋੜੂਗੀ ਜਾਂ ਫੀਸ ਕੱਢੂਗੀ? ਕੀ ਕਰੂਗੀ? ਮਾਪੇ ਅੱਖਾਂ ਮੀਚ ਕੇ ਕੁੜੀਆਂ ਨੂੰ ਜਿਹੜੇ ਬਾਹਰ ਭੇਜ ਦਿਆ ਉਹਦਾ ਮੈਂ ਐਕਸਪੀਰੀਅנס ਕਰਕੇ ਦੇਖ ਲਿਆ ਮਾਪਿਆਂ ਨੂੰ ਬੇਨਤੀ ਆਪਣੇ ਬੱਚਿਆਂ ਨੂੰ ਭੇਜੋ ਜ਼ਰੂਰ ਭੇਜੋ ਪਰ ਕੁੜੀਆਂ ਦੇ ਵਿਆਹ ਕਰਕੇ ਭੇਜੋ ਇੰਨੀ ਕੁ ਮੇਰੀ ਬੇਨਤੀ ਆ ਉਹਨਾਂ ਦੇ ਹਸਬੰਦ ਨਾਲ ਆਉਣ ਤਾਂ ਕਿ ਚਲੋ ਉਹਨਾਂ ਨੂੰ ਹੌਸਲਾ ਹੋਵੇ ਮੈਂ ਫੇਰ ਵੀ ਇੱਕ ਸਟਰੋਂਗ ਤੁਸੀਂ ਕੁੜੀ ਕਹਿ ਸਕਦੇ ਹੋ ਥੋੜੀ ਸਟਰੋਂਗ ਆ ਥੋੜਾ ਮੈਨੂੰ ਤੁਹਾਡੇ ਸਾਰਿਆਂ ਦਾ ਸਾਥ ਆ ਥੋੜੇ ਲੋਕੀ ਥੋੜੇ ਵੀਰ ਥੋੜੇ ਭੈਣਾਂ ਇੱਥੇ ਜੁੜੀਆਂ ਹੋਈਆਂ ਨੇ ਸਾਬੀ ਵੀਰ ਮੇਰਾ ਉਹਨਾਂ ਦਾ ਤਾਂ ਮੈਂ ਦੇਣਾ ਹੀ ਨਹੀਂ ਦੇ ਸਕਦੀ ਇੰਨਾ ਹੌਸਲਾ ਹੋਇਆ ਇੰਗਲੈਂਡ ਚ ਪਤਾ ਆ ਤੁਹਾਨੂੰ ਕੋਈ ਵੀ ਮੈਨੂੰ ਪ੍ਰੋਬਲਮ ਆ ਗਈ ਮੈਂ ਫੋਨ ਕਰ ਦੂੰਗੀ ਇੱਕ ਆਪਣੀ ਫੈਮਲੀ ਫੈਮਲੀ ਦਾ ਮੈਂਬਰ ਉਹ ਭਰਾ ਨੇ ਮੈਨੂੰ ਸਮਝਿਆ ਉਹਦੇ ਹੌਸਲੇ ਕਰਕੇ ਮੈਂ ਸ਼ਾਇਦ ਸਟਰਗਲ ਤਾਂ ਕਰ ਰਹੀ ਆ ਇੱਕ ਸਹਾਰਾ ਪਿੱਛੇ ਵੀ ਮੇਰਾ ਭਰਾ ਹੈਗਾ ਕੋਈ ਹੋਰ ਵੀ ਵੀਰ ਨੇ ਹੋਰ ਵੀ ਹੈਗੇ ਆ ਉਹ ਵੀ ਜੁੜੇ ਹੋਏ ਆ ਵਿਚਾਰੇ ਉਹਨਾਂ ਦਾ ਵੀ ਮੈਨੂੰ ਬਹੁਤ ਸਹਾਰਾ ਚਲੋ ਜੇ ਜੌਬ ਲੱਭ ਕੇ ਦਿੱਤੀ ਆ ਤਾਂ ਮੈਨੂੰ ਸਾਬੀ ਵੀਰ ਨੇ ਦਿੱਤੀ ਆ ਮੈਂ ਦਿਲੋਂ ਧੰਨਵਾਦ ਕਰਦੀ ਆ ਹਰ ਸੰਡੇ ਨੂੰ ਗਰੋਸਰੀ ਦੇ ਕੇ ਜਾਂਦੇ ਆ ਸਾਨੂੰ ਮੈਨੂੰ ਵੀ ਗਰੋਸਰੀ ਦੇ ਕੇ ਜਾਂਦੀ ਆ ਹੋਰ ਵੀ ਵੀਰ ਸਾਡੇ ਜੁੜੇ ਹੋਏ ਆ ਮੇਰਾ ਇੰਗਲੈਂਡ ਤੋਂ ਆ ਇੱਕ ਵੀਰਾ ਉਹਨੇ ਵੀ ਮੇਰਾ ਸਾਥ ਦਿੱਤਾ ਇੱਕ ਵੀਰਾ ਅਮਰੀਕਾ ਤੋਂ ਆ ਉਹਨੇ ਵੀ ਮੇਰਾ ਸਾਥ ਦਿੱਤਾ ਪਰ ਜਿਹੜੀਆਂ ਕੁੜੀਆਂ ਨੂੰ ਤੁਸੀਂ ਕੱਲੀਆਂ ਨੂੰ ਭੇਜ ਦਿੰਨੇ ਹੋ ਉਹਨਾਂ ਦਾ ਕੋਈ ਇੱਥੇ ਹੁੰਦਾ ਨਹੀਂਗਾ ਉਹ ਕੀ ਕਰਦੀਆਂ ਹੋਣੀਆਂ ਵਿਚਾਰੀਆਂ ਇਹ ਹਾਲਾਤ ਦੇ ਵਿੱਚ ਇਹ ਕਰੋਨਾ ਹੁਣ ਆ ਗਿਆ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ ਫਿਰ ਪੇਰੈਂਟਸ ਇੰਡੀਆ ਬੈਠੇ ਰੋਈ ਜਾਂਦੇ ਨੇ ਕੁੜੀਆਂ ਇੱਥੇ ਬੈਠੀਆਂ ਬੈਠੀਆਂ ਰੋਈ ਜਾਂਦੀਆਂ ਨੇਗੀਆਂ ਨਾ ਤਾਂ ਵਾਪਸ ਹੀ ਆ ਸਕਦੀਆਂ ਨੇ 15 ਲੱਖ ਲਾ ਕੇ ਕੌਣ ਆਜੂਗਾ ਵਾਪਸ ਸੋ ਮੇਰਾ ਮੈਸੇਜ ਉਹਨਾਂ ਲੋਕਾਂ ਲਈ ਹੈ ਮਾਪਪਾਂ ਲਈ ਹੈ ਕੁੜੀਆਂ ਲਈ ਹੈ ਜਿਹੜੀਆਂ ਕੁੜੀਆਂ ਦੇ ਸ਼ੌਂਕ ਨੇ ਕਿ ਅਸੀਂ ਬਾਹਰ ਆਈਏ ਕੱਲੀਆਂ ਮੈਂ ਵੀ ਤੁਹਾਡੇ ਸਾਰਿਆਂ ਚੋਂ ਇੱਕ ਸੀ ਮੈਨੂੰ ਵੀ ਬਹੁਤ ਸ਼ੌਂਕ ਸੀ ਇੱਕ ਦਿਨ ਤਾਂ ਮੈਂ ਰੱਬ ਨਾਲ ਵੀ ਗੁੱਸੇ ਹੋ ਗਈ ਸੀ ਰੱਬ ਤੋਂ ਵੀ ਦੁਖੀ ਹੋ ਗਈ ਸੀ ਮੈਂ ਕਿਹਾ ਰੱਬ ਤਾਂ ਹੈ ਹੀ ਨਹੀਂ ਦੁਨੀਆ ਤੇ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਫਿਰ ਵੀ ਰੱਬ ਮੇਰਾ ਸਾਥ ਹਿੰਦੀ ਰ ਮੈਨੂੰ ਜੋਬ ਨਹੀਂ ਮਿਲਦੀ ਮੈਂ ਦਰ ਦਰ ਤੇ ਭੜਕਦੀ ਸੀ ਜੋਬ ਲਈ ਹਰ ਇੱਕ ਸ਼ਾਪ ਤੇ ਮੈਂ ਜਾਣਾ ਮੈਨੂੰ ਜੋਬ ਦੇ ਦਿਓ ਮੈਨੂੰ ਜੋਬ ਦੇ ਦਿਓ ਮੈਨੂੰ ਜੋਬ ਦੇ ਦਿਓ ਮੈਂ ਹਰ ਇੱਕ ਸ਼ਾਪ ਤੇ ਗਈ ਬਹੁਤ ਲੋਕੀ ਮੈਂ ਫੇਸਬੁੱਕ ਤੇ ਵੀ ਪਾਇਆ ਵੀ ਜੇ ਕੋਈ ਬਰਮਿੰਗਮ ਤੋਂ ਆ ਮੇਰੇ ਨਾਲ ਸੰਪਰਕ ਕਰੋ ਕਿਤੇ ਵੀ ਵਿਚਾਰਿਆਂ ਨੇ ਸੰਪਰਕ ਮੁੰਡਿਆਂ ਨੇ ਮੇਰੇ ਨਾਲ ਮੈਂ ਉਹਨਾਂ ਨੂੰ ਕਿਹਾ ਫੋਨ ਤੇ ਫੋਨ ਕਰਨਾ ਵੀਰੇ ਮੈਨੂੰ ਜਵਾਬ ਦਵਾ ਦਿਓ ਵੀਰੇ ਮੈਨੂੰ ਜਵਾਬ ਦਵਾ ਦਿਓ ਬੱਟ ਮੈਨੂੰ ਜਵਾਬ ਤਾਂ ਨਹੀਂ ਬਣਿਆ 13 ਤੋਂ ਬਾਅਦ ਮੈਂ ਸੋਸ਼ਲ ਵਰਕਰਾਂ ਨੂੰ ਵਿਚਾਰਿਆਂ ਨੂੰ ਫੋਨ ਕੀਤਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਇੰਡੀਆ ਤੋਂ ਯੂਕੇ ਤੱਕ ਦਾ ਸਫਰ ਹੈ ਜਿਹੜਾ ਉਹ ਸ਼ੇਅਰ ਕਰਨ ਲਈ ਲਾਈਵ ਹੋਈਆਂ ਕਈ ਲੋਕੀ ਮੈਨੂੰ ਪੁੱਛਦਿਆ ਕਿ ਕਰੋਨਾ ਚੱਲਦੇ-ਚੱਲਦੇ ਤੁਸੀਂ ਯੂਕੇ ਕਿਵੇਂ ਚਲੇ ਗਏ ਸੋ ਆਪਣੀ ਜ਼ਿੰਦਗੀ ਦੇ ਇਹ 5 ਮੰਥ ਪੰਜ ਮਹੀਨੇ ਕਿਵੇਂ ਲੰਘੇ ਇੰਗਲੈਂਡ ਦੇ ਵਿੱਚ ਅੱਜ ਮੈਂ ਉਹ ਗੱਲਾਂ ਕਰਨ ਦੇ ਲਈ ਲਾਈਵ ਹੋਈਆਂਗੀ ਹਰ ਇੱਕ ਦਾ ਸ਼ੌਂਕ ਹੁੰਦਾ ਕਿ ਅਸੀਂ ਇੰਡੀਆ ਤੋਂ ਬਾਹਰ ਨਿਕਲੀਏ ਕੋਈ ਨਵਾਂ ਸਿੱਖੀਏ ਆਪਣੀ ਜ਼ਿੰਦਗੀ ਨੂੰ ਸੰਵਾਰੀਏ ਜਦੋਂ ਵੀਜ਼ੇ ਤੇ ਸਟੈਂਪ ਲੱਗਦੀ ਹੈ ਤਾਂ ਅਸੀਂ ਉਦੋਂ ਇਹ ਵੀ ਨਹੀਂ ਦੇਖਦੇ ਵੀ ਕਿਹੜੇ ਏਰੀਆ ਦੇ ਵਿੱਚ ਸਾਨੂੰ ਵੀਜ਼ਾ ਮਿਲ ਰਿਹਾ ਸਾਨੂੰ ਇਹ ਹੁੰਦਾ ਵੀ ਪ੍ਰਮਾਤਮਾ ਇੱਕ ਵਾਰ ਬਾਹਰਲੇ ਦੇਸ਼ ਪਹੁੰਚਾ ਦੇ ਬਾਕੀ ਮੰਗਰੋਂ ਦੇਖਾਂਗੇ ਸੋ ਮੈਂ ਵੀ ਤੁਹਾਡੇ ਸਾਰਿਆਂ ਵਿੱਚੋਂ ਇੱਕਾਂ ਜਨਵਰੀ ਦੇ ਵਿੱਚ ਮੈਂ ਸਟੂਡੈਂਟ ਵੀਜ਼ੇ ਤੇ ਆਈ ਸੀ ਮੈਨੂੰ 3 3 ਸਾਲ ਹੋ ਗਏ ਅ ਅਪਲਾਈ ਕਰਦੀ ਨੂੰ ਬਟ ਮੈਂ ਪਹੁੰਚੀ ਹਾਂ ਜੁਕੇ ਸੋ ਥੋੜੀਆਂ ਜੀਆਂ ਗੱਲਾਂ ਅੱਜ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਿਸ ਦਿਨ ਵੀਜ਼ਾ ਆਇਆ ਸੀ ਬਹੁਤ ਖੁਸ਼ੀ ਹੋਈ ਸੀ ਬਹੁਤ ਖੁਸ਼ੀ ਹੋਈ ਸੀ ਇਦਾਂ ਲੱਗਦਾ ਸੀ ਬਸ ਹੁਣ ਤਾਂ ਜ਼ਿੰਦਗੀ ਸੈੱਟ ਹੋ ਗਈ